ਅਮਰਤਾ ਪ੍ਰੀਤਮ ਦਾ ਨੋਵਲ ਹੈ ਪਿੰਜਰ ਗੱਲ ਹੈ 1935 ਦੀ ਸਲੇਟੀ ਰੰਗਾਂ ਦਿਨ ਸੀ ਬੋਰੀ ਦੇ ਇੱਕ ਟੋਟੇ ਨੂੰ ਪੈਰਾਂ ਹੇਠਾਂ ਲੈ ਕੇ ਪੂਰੋ ਮਟਰ ਕੱਢਦੀ ਪਈ ਸੀ ਉਂਗਲਾਂ ਚ ਨੱਪੇ ਹੋਏ ਮਟਰ ਦਾ ਮੂੰਹ ਖੋਲ੍ਹ ਕੇ ਜਦੋਂ ਉਹਨੇ ਦਾਣਿਆਂ ਨੂੰ ਮੁੱਠ ਵਿੱਚ ਸਰਕਾਉਣਾ ਚਾਹਿਆ ਇੱਕ ਚਿੱਟੀ ਸੁੰਡੀ ਉਹਦੇ ਅੰਗੂਠੇ ਨਾਲ ਲੱਗ ਗਈ ਜਿਵੇਂ ਕਿਸੇ ਦਾ ਪੈਰ ਟਿਕੜ ਨਾਲ ਘਰੇ ਭਰਾਤੇ ਟੋਏ ਵਿੱਚ ਜਾ ਪਵੇ ਪੂਰੋਂ ਨੂੰ ਇੱਕ ਕਰੀ ਚਾਹੀਏ ਹੱਥ ਨੂੰ ਛੰਡ ਕੇ ਉਹਨੇ ਸੁੰਡੀ ਨੂੰ ਘਰੇ ਸੁੱਟ ਦਿੱਤਾ ਤੇ ਆਪਣੇ ਦੋਹਾਂ ਹੱਥਾਂ ਨੂੰ ਆਪਣੇ ਦੋਹਾਂ ਗੋਡਿਆਂ 'ਚ ਘੁੱਟ ਲਿਆ ਭਰੇ ਹੋਏ ਮਟਰ ਕੱਢੇ ਹੋਏ ਦਾਣੇ ਤੇ ਖਾਲੀ ਛਿੱਲਾ ਪੂਰੋਂ ਦੇ ਮੂੰਹ ਅੱਗੇ ਖਿਲ ਰੀਆਂ ਰਹੀਆਂ ਜੋੜੇ ਹੋਏ ਗੋਡਿਆਂ ਵਿੱਚੋਂ ਹੱਥ ਕੱਢ ਕੇ ਉਹਨੇ ਆਪਣੇ ਕਲੇਜੇ ਨੂੰ ਨੱਪ ਲਿਆ ਪੂਰੋ ਨੂੰ ਲੱਗਿਆ ਸਿਰ ਤੋਂ ਲੈ ਕੇ ਪੈਰਾਂ ਤੱਕਰ ਉਹਦਾ ਪਿੰਡਾ ਮਟਰਾਂ ਦੀ ਉਸ ਫਲੀ ਵਾਂਗਣ ਸੀ ਜਿਹਦੇ ਅੰਦਰ ਮਟਰਾਂ ਦੇ ਸੁੱਚੇ ਦਾਣਿਆਂ ਦੀ ਥਾਂ ਇੱਕ ਗਲੀਜ਼ ਸੁੰਡੀ ਪਲਦੀ ਪਈ ਸੀ ਪੂਰੋ ਨੂੰ ਆਪਣੇ ਸਾਰੇ ਅੰਗਾਂ ਨਾਲ ਗ੍ਰਹਿਤ ਆ ਗਈ ਉਹਦਾ ਜੀ ਕੀਤਾ ਆਪਣੇ ਪੇਟ 'ਚ ਪਲਦੀ ਪਈ ਸੁੰਡੀ ਨੂੰ ਉਹ ਛੰਡ ਛੁੱਟੇ ਆਪਣੇ ਪਿੰਡੇ ਨਾਲੋਂ ਝਾੜ ਦੇਵੇ ਇਸ ਤਰ੍ਹਾਂ ਜਿਵੇਂ ਕੋਈ ਨੋਹ ਵਿਚੜ ਕੇ ਚੁਬੇ ਹੋਏ ਕੰਡੇ ਨੂੰ ਕੱਢ ਦਿੰਦਾ ਹੈ ਜਿਸ ਤਰ੍ਹਾਂ ਕੋਈ ਚੰਬੜੀ ਹੋਈ ਭਖੜੇ ਨੂੰ ਲਾ ਸੁੱਟਦਾ ਹੈ ਜਿਸ ਤਰ੍ਹਾਂ ਕੋਈ ਚਮੁੱਟੇ ਹੋਈ ਚਿਚੜ ਨੂੰ ਤੋੜ ਦਿੰਦਾ ਹੈ ਜਿਸ ਤਰ੍ਹਾਂ ਕੋਈ ਲੱਗੀ ਹੋਈ ਜੋਕ ਨੂੰ ਤਰੂ ਸੁੱਟਦਾ ਪੂਰਾ ਸਾਹਮਣੀ ਕੰਦਵਲ ਤੱਕਣ ਲੱਗ ਪਈ ਬੀਤੇ ਹੋਏ ਦਿਨ ਇੱਕ ਇੱਕ ਕਰਕੇ ਉੱਥੋਂ ਲੰਘਦੇ ਪਏ ਸਨ ਪੂਰੇ ਗੁਜਰਾਤ ਦੇ ਜ਼ਿਲ੍ਹੇ ਵਿੱਚ ਛਤੋਆਣੀ ਪਿੰਡ ਦੇ ਸ਼ਾਹਾਂ ਦੀ ਧੀ ਸੀ ਸ਼ਾਹ ਜਿਹੜੇ ਚਿਰ ਹੋਇਆ ਸ਼ਾਹ ਨਹੀਂ ਸੰਭ ਰਹੇ ਪਰ ਫਿਰ ਵੀ ਸ਼ਾਹ ਖਵਾਉਂਦੇ ਰਹੇ ਸਨ ਦਿਨਾਂ ਦੇ ਫੇਰ ਨਾਲ ਸ਼ਾਹਾਂ ਦੇ ਉਸ ਘਰ ਦਾ ਇਹ ਹਾਲ ਹੋ ਗਿਆ ਸੀ ਕਿ ਉਹਨਾਂ ਦੇ ਦੇਗ ਬਰਿਆਂ ਤੇ ਬਲਟੋਆਂ ਵਰਗੇ ਭਾਂਡੇ ਵੀ ਵਿਕ ਗਏ ਸਨ ਉਹ ਭਾਂਡੇ ਜਿਨ੍ਹਾਂ ਉੱਤੇ ਉਹਨਾਂ ਦੇ ਵੱਡੇ ਵਡੇਰਿਆਂ ਦੇ ਨਾਂ ਖੋਦੇ ਹੋਏ ਸਨ ਜਿਉਂਦੀ ਜਾਗਦੀਸ ਨਮੂਸ਼ੀ ਤੋਂ ਬਚ ਕੇ ਪੂਰੋ ਦਾ ਪਿਓ ਤੇ ਚਾਚਾ ਆਪਣਾ ਪਿੰਡ ਛੱਡ ਕੇ ਸਿਆਮ ਤੁਰ ਗਏ ਸਨ ਉੱਥੇ ਉਹਨਾਂ ਦੇ ਦਿਨ ਝੱਬਦੇ ਹੀ ਪਰਤ ਪਏ ਪੂਰੋ ਉਹਦੋਂ ਭੱਜੀ ਫਿਰਦੀ ਸੀ ਤੇ ਉਹਦੀ ਮਾਂ ਦੇ ਕੁਛੜ ਇੱਕ ਮੁੰਡਾ ਸੀ ਉਜੜੇ ਹੋਏ ਸ਼ਾਹਾਂ ਦਾ ਟੱਬਰ ਫਿਰ ਆਪਣੇ ਪਿੰਡ ਛਤੋਂ ਆਣੀ ਆਇਆ। ਪੁਰੋਦੇ ਪਿਓ ਨੇ ਆਪਣਾ ਗਹਿਣੇ ਪਿਆ ਹੋਇਆ ਕੋਠਾ ਛਡਵਾਇਆ ਤੇ ਆਪਣੇ ਵਡੱਕਿਆਂ ਦੇ ਨਾਂ ਦੀ लाज ਰੱਖੀ। ਭਾਵੇਂ ਉਹਦੇ ਪਿਓ ਨੂੰ ਇੱਕ ਨਵਾਂ ਕੋਠਾ ਉਸਾਰਨ ਲਈ ਇਸ ਤੋਂ ਘੱਟ ਪੈਸੇ ਖਰਚਣੇ ਪੈਂਦੇ ਪਰ ਉਸ ਨੇ ਅੰਨੇ ਵਾ ਲੱਗੀ ਹੋਈ ਵਿਆਜ ਦਾ ਵੀ ਕਿਆਸ ਨਾ ਕੀਤਾ ਤੇ ਇੱਕ ਵਾਰੀ ਦੰਦਾ 헤ਠ ਜੀਪ ਧਰ ਕੇ ਵਡਿਆਂ ਦੀ लाज ਰੱਖ ਵਿਖਾਈ। ਦਾਣੀ ਪੱਠੇ ਤੇ ਹੋਰ ਨਿਕ ਸੁਖ ਸਾੰਭ ਸੇ ਕਰਕੇ ਉਹ ਫਿਰ ਸਿਆਮ ਤੁਰ ਗਈ ਪਰ ਹੁਣ ਉਹਨਾਂ ਦਾ ਕੋਠਾ ਉਹਨਾਂ ਦਾ ਨਾਂ ਪਿੱਛੇ ਪਿੰਡ ਵਿੱਚ ਵਸਦਾ ਰਿਹਾ ਉਸ ਤੋਂ ਅਗਲੀ ਵਾਰ ਜਦੋਂ ਆਪਣੇ ਪਿੰਡ ਪਰਤੇ ਉਦੋਂ ਪੂਰੋ ਪੂਰੀਆਂ 14 ਵਰਿਆਂ ਦੀ ਸੀ ਉਸ ਤੋਂ ਛੋਟਾ ਉਹਦਾ ਇੱਕ ਭਰਾ ਸੀ ਉਸ ਤੋਂ ਛੋਟੀਆਂ ਉਸ ਦੀਆਂ ਉਤੋੜਤੀਆਂ ਤਰੇ ਭੈਣਾਂ ਸਨ ਤੇ ਐਤ ਕੀ ਉਹਦੀ ਮਾਂ ਨੂੰ ਛਵੀਂ ਵਾਰ ਕਿਸੇ ਬੱਚੇ ਦੀ ਉਮੀਦ ਸੀ ਸ਼ਾਹਾਂ ਦੇ ਉਸ ਟੱਬਰ ਨੇ ਪਿੰਡ ਆ ਕੇ ਪਹਿਲਾ ਕੰਮ ਇਹ ਕੀਤਾ ਕਿ ਨਾਲ ਦੇ ਪਿੰਡ ਰਤੋ ਵਾਲੇ ਦੇ ਚੰਗੇ ਸਰ ਦੇ ਪੁੱਜ ਦੇ ਘਰ ਚ ਪੂਰੋ ਵਾਸਤੇ ਮੁੰਡਾ ਧੱਕਿਆ ਉਹਦੀ ਮਾਂ ਸੋਚਦੀ ਸੀ ਕਿ ਜਦੋਂ ਉਹ ਨਹਾ ਤੋ ਉਠੇਗੀ ਬੜੀਆਂ ਰੀਜਾਂ ਨਾਲ ਉੱਤੀ ਦਾ ਕਾਜਰੰਬੇਗੀ ਐਦਕਿਉਂ ਪੱਕਾ ਸੋਚ ਕੇ ਆਏ ਸਨ ਕਿ ਇਹ ਭਾਰੂ ਜ਼ਰੂਰ ਲਾ ਕੇ ਆਉਣਗੇ ਪੂਰੋ ਦੇ ਹੋਣ ਵਾਲੇ ਸਾਰਿਆਂ ਦੇ ਘਰ ਉਹਨਾਂ ਦਿਨਾਂ 'ਚ ਤਰੇ ਲਵੇਰੇ ਸਨ ਤੇ ਪਿੰਡ ਵਿੱਚ ਉਹਨਾਂ ਦਾ ਪਹਿਲਾ ਮਕਾਨ ਸੀ ਜਿਹਦੇ ਉੱਤੇ ਪੱਕੀਆਂ ਇੱਟਾਂ ਦੀ ਮੰਮਟੀ ਪਈ ਹੋਈ ਸੀ ਘਰ ਦੇ ਮੱਥੇ ਉੱਤੇ ਉਹਨਾਂ ਨੇ ਓਮ ਲਿਖਵਾਇਆ ਹੋਇਆ ਸੀ ਮੁੰਡਾ ਸ਼ਖਲੋਂ ਸੁਨੱਖਾ ਤੇ ਅਕਲੋਂ ਹਣ ਹਰ ਜਿਸਦਾ ਸੀ ਪੂਰੋ ਦੇ ਪਿਓ ਨੇ 5 ਰੁਪਏ ਤੇ ਗੁੜ ਦੀ ਰੋੜੀ ਦੇ ਕੇ ਮੁੰਡਾ ਰੋਕ ਲਿਆ ਉਹਨਾਂ ਦਿਨਾਂ ਵਿੱਚ ਗੁਜਰਾਤ ਦੇ ਜ਼ਿਲ੍ਹੇ ਵਿੱਚ ਦਵੱਟੀ ਰਿਸ਼ਤੇ ਹੁੰਦੇ ਸਨ ਜਿਸ ਮੁੰਡੇ ਨਾਲ ਪੂਰੋ ਦੀ ਮੰਗਣੀ ਹੋਈ ਉਹਦੇ ਬਦਲੇ ਵਿੱਚ ਉਸ ਮੁੰਡੇ ਦੀ ਭੈਣ ਪੂਰੋ ਦੇ ਭਰਾ ਨਾਲ ਮੰਗੀ ਗਈ ਭਾਵੇਂ ਪੂਰੋ ਦਾ ਭਰਾ ਉਹਦੋਂ ਮਸਾਂ 12 ਵਰਿਆ ਦਾ ਸੀ ਤੇ ਉਹਦੀ ਮੰਗੇਤਰ ਵੀ ਅਸਲੋਂ ਨਿੱਕੀ ਦੋ ਦੋ ਵਰਿਆਂ ਪਿੱਛੋਂ ਉੱਤੋਂ ਥਲੀ ਤਿੰਨ ਧੀਆਂ ਜੰਮ ਕੇ ਪੂਰੋ ਦੀ ਮਾਂ ਥੱਕ ਲੱਥੀ ਸੀ ਤੇ ਹੁਣ ਜਦੋਂ ਕਿ ਉਹਨਾਂ ਦੇ ਦਿਨ ਪਰਤ ਪਈ ਸਨ ਘਰ ਵਿੱਚ ਰੱਜਵਾ ਖਾਣ ਨੂੰ ਲੁੜੀਂਦਾ ਘੰਡਾਉਣ ਨੂੰ ਸੀ ਪਤਾ ਜੀ ਕਰਦਾ ਸੀ ਉਹਦੇ ਘਰ ਫੇਰ ਇੱਕ ਪੁੱਤਰ ਜੰਮੇ ਐਤਕੀ ਮਾਂ ਨੇ ਪਿੰਡ ਆ ਕੇ ਦੂਜਾ ਕੰਮ ਇਹ ਕੀਤਾ ਕਿ ਵਿੱਧ ਮਾਤਾ ਦੀ ਪੂਜਾ ਕਰਵਾਈ ਪਿੰਡ ਦੀਆਂ ਕੁਝ ਜਨਾਨੀਆਂ ਨੇ ਪੂਰੋਂ ਰਾਂਦੇ ਵਿੜੇ ਵਿੱਚ ਗੋਬਰ ਦੀ ਇੱਕ ਗੁੱਡੀ ਬਣਾਈ ਸੁਹੀ ਚੁੰਨੀ ਨੂੰ ਕਿਨਾਰੀ ਲਾ ਕੇ ਉਸ ਗੁੱਡੀ ਦੇ ਸਿਰ ਉੱਤੇ ਦਿੱਤਾ ਤੇ ਦੋ ਮਾਸੇ ਸੋਨੇ ਦੇ ਨਿੱਕੀ ਜੀ ਨਥ ਬਣਵਾ ਕੇ ਗੁੱਡੀ ਦੇ ਨੱਕ ਵਿੱਚ ਪਾਈ ਤੇ ਸਾਰਿਆਂ ਨੇ ਗਾਉਂਿਆ ਵਿੱਧ ਮਾਤਾ ਰੁੱਸੀ ਆਵੀਂ ਤੇ ਮੰਨੀ ਜਾਵੀਂ ਬਿੱਦਮਾਤਾ ਰੁੱਸੀ ਆਵੀ ਤੇ ਮੰਨੀ ਜਾਵੀ ਉਹਨਾਂ ਦੇ ਤੇ ਉਹਨਾਂ ਦੇ ਲਾਗੇ ਚਾਗੇ ਦੇ ਪਿੰਡਾਂ ਵਿੱਚ ਜਨਾਨੀਆਂ ਨੂੰ ਯਕੀਨ ਸੀ ਕਿ ਹਰ ਬੱਚੇ ਦੀ ਆਮਦ ਵੇਲੇ ਬਿੱਦਮਾਤਾ ਆਪ ਆਉਂਦੀ ਹੈ ਜੇ ਤਾਂ ਬਿੱਦਮਾਤਾ ਆਪਣੀ ਆਪਣੇ ਪਤੀ ਨਾਲ ਹਸਦੀ ਖੇਡਦੀ ਆਉਂਦੀ ਹੈ ਤਾਂ ਕਿ ਝਟਪਟ ਕੁੜੀ ਬਣਾ ਕੇ ਤੁਰ ਜਾਂਦੀ ਹੈ ਕਿਉਂਕਿ ਉਹਨੂੰ ਪਤੀ ਕੋਲ ਜਾਣ ਦੀ ਕਾਹਲ ਹੁੰਦੀ ਹੈ ਪਰ ਜਦੋਂ ਬਿੱਦਮਾਤਾ ਆਪਣੇ ਪਤੀ ਨਾਲ ਗੁੱਸੇ ਰਾਜੀ ਹੋ ਕੇ ਆਉਂਦੀ ਹੈ ਤਾਂ ਨੂੰ ਵਾਪਸ ਜਾਣ ਦੀ ਬਹੁਤੀ ਕਾਹਲਤਾ ਹੁੰਦੀ ਨਹੀਂ ਆ ਕੇ ਝੋਖਾ ਚਿਰ ਬੰਦੀ ਹੈ ਤੇਰਾਉਣ ਨਾਲ ਮੁੰਡਾ ਬਣਾਉਂਦੀ ਹੈ ਸੋ ਜਨਾਨੀਆਂ ਨੇ ਫੇਰ ਗਾਣਾ ਸ਼ੁਰੂ ਕੀਤਾ ਵਿਧ ਮਾਤਾ ਰੁੱਸੀ ਆਵੀ ਤੇ ਮੰਨੀ ਜਾਵੀਂ ਵਿਧ ਮਾਤਾ ਖੋਰੇ ਕਿਤੇ ਨੇੜੀ ਸੁਣਦੀ ਪਈ ਸੀ ਉਹਨੇ ਉਹਨਾਂ ਦਾ ਆਖਾ ਮੰਨ ਲਿਆ 15 16 ਦਿਨੀ ਪੂਰੋਦੀ ਮਾਨ ਨੂੰ ਜੱਤਕ ਹੋ ਪਿਆ ਸ਼ਾਹਾਂ ਦੇ ਦੂਰ ਨੇੜੋਂ ਦੂਰੋਂ ਨੇੜਿਓ ਤੇ ਪਾਰ ਪਰਾਰੋਂ ਲਗਦੇ ਆ ਰਿਸ਼ਤੇਦਾਰਾਂ ਨੂੰ ਵਧਾਈਆਂ ਮਿਲਣ ਲੱਗੀਆਂ ਫਿਕਰ ਵਾਲੀ ਸਿਰਫ ਇੱਕ ਹੀ ਗੱਲ ਸੀ ਕਿ ਮੁੰਡਾ ਤ੍ਰਿਕਖਲ ਸੀ ਤਿੰਨ ਭੈਣਾ ਉਤੋਂ ਹੀ ਜੰਮਿਆ ਸੀ ਪੂਰੋ ਦੀ ਮਾਂ ਨੂੰ ਡਾਡਾ ਫਿਕਰ ਸੀ ਕਿ ਮੁੰਡਾ ਕਿਵੇਂ ਬਚ ਪਏ ਸੇ ਜੇ ਬੱਚੇ ਵੀ ਤਪਿਓ ਮਾਂ ਫੇ ਉੱਤੇ ਭਾਰਾ ਨਾ ਹੋਵੇ ਵਿਦਮਾਤਾ ਨੂੰ ਮਨਾਉਣ ਵਾਲੀਆਂ ਜਨਾਨੀਆਂ ਫੇਰ ਇੱਕ ਇੱਕ ਵਾਰ ਜੁੜੀਆਂ ਤੇ ਕਹਿੰਦੇ ਵੱਡੇ ਸਾਰੇ ਥਾਲ ਨੂੰ ਵਿੱਚੋਂ ਦੀ ਪਾੜ ਕੇ ਮੁੰਡੇ ਨੂੰ ਉਰਾਰ ਪਾਰ ਲੰਗਾਇਆ ਨਾਲ ਗੌਂਦੀਆਂ ਰਹੀਆਂ ਤ੍ਰਿਕਲਾਂ ਦੀ ਧਾੜ ਆਈ ਤ੍ਰਿਕਲਾਂ ਦੀ ਧਾੜ ਆਈ ਤਿੰਨ ਕੁੜੀਆਂ ਦੇ ਪਿੱਛੋਂ ਸੁੱਖਾਂ ਨਾਲ ਜੰਮੇ ਮੁੰਡੇ ਦੇ ਸਾਰੇ ਸ਼ਗਨ ਮਨਾ ਕੇ ਹੁਣ ਯਕੀਨ ਹੋ ਪਿਆ ਕਿ ਮੁੰਡਾ ਬੱਚ ਨਿਕਲੇਗਾ 15ਵੇਂ ਉਤਦੇਵਰੇ ਦੇ ਨਾਲ ਪੂਰੋ ਦੇ ਅੰਗ-ਅੰਗ ਨੂੰ ਇੱਕ ਹੁਲਾਰ ਆ ਗਿਆ ਸੀ ਪਿਛਲੇ ਬਰੇ ਦੀਆਂ ਸਾਰੀਆਂ ਕਮੀਜ਼ਾਂ ਨੂੰ ਸੋੜੀਆਂ ਹੋ ਪਈਆਂ ਸਨ ਨਾਲ ਦੀ ਮੰਡਿਓ ਉਹਨੇ ਫੁੱਲਾਂ ਵਾਲੀ ਛੀਟ ਤੇ ਨਵੇਂ ਝੱਗੇ ਸਵਾਏ ਚੁੰਨੀਆਂ ਨੂੰ ਕਿੰਨਾ ਕਿੰਨਾ ਅਬਰਕ ਲਾ ਕੇ ਬਣਾਇਆ। ਪੂਰੋਂ ਦੀਆਂ ਸਹੇਲੀਆਂ ਨੇ ਉਹਨੂੰ ਦੂਰੋਂ ਹੀ ਉਹਦਾ ਮੰਗੇਤਰ ਰਾਮਚੰਦਰ ਬਖਾਰ ਰਾਮਚੰਦ ਬਖਾਰ ਛੱਡਿਆ ਸੀ। ਉਹਦੀਆਂ ਅੱਖਾਂ ਵਿੱਚ ਉਹਦੀ ਨਿਹਾਰ ਸਗਵੀ ਦੀ ਸਗਵੀ ਲਹਿ ਗਈ ਸੀ ਤੇ ਉਹਨੂੰ ਸੋਚ ਕੇ ਉਹਦਾ ਮੂੰਹ ਲਾਲ ਹੋ ਜਾਂਦਾ ਸੀ। ਉਹਨੇ ਸੰਘ ਹੋ ਕੇ ਘਾਟੀ ਬਾਹਰ ਨਿਕਲਦੀ। ਨਾਲ ਦੇ ਪਿੰਡ ਵਾਲਿਆਂ ਦਾ ਇਸ ਪਿੰਡ 'ਚ ਬਥੇਰਾ ਆਉਣ ਜਾਣ ਸੀ। ਉਹਦੇ ਸਾਰੇ ਪਿੰਡ ਵਾਲੇ ਉਹਨੂੰ ਤੱਕ ਲੈਣਗੇ। ਇਸ ਗੱਲੋਂ ਬੜੀ ਤਰਹਂਦੀ ਸੀ। ਨਾਲੇ ਹੁਣ ਇਹ ਪਿੰਡ ਵੀ ਬਹੁਤ ਮਸਲਕਾ ਹੋ ਗਿਆ ਸੀ ਹੁਣ ਜੇ ਜ਼ਰਾ ਦਿਨ ਢਲੇ ਉਹ ਤੇ ਉਹਦੀਆਂ ਸਹੇਲੀਆਂ ਪੈਲੀਆਂ ਵੱਲ ਪਹੁੰਚ ਆਉਂਦੀਆਂ ਸਨ ਕਈ ਵਾਰ ਆਪਣੀਆਂ ਪੈਲੀਆਂ ਕੋਲੋਂ ਦੀ ਹੁੰਦੀ ਕੱਚੀ ਸੜਕ ਦੇ ਕੋਲ ਵਾਰ ਉਹ ਅਟਕ ਰਹਿੰਦੀ ਕਦੇ ਕੋਈ ਸਾਗ ਚੁਣਨ ਬਹਿ ਜਾਂਦੀ ਕਦੇ ਕੋਈ 베ਰੀ ਕੋਲ ਅੜਖਲ ਹੁੰਦੀ 베ਰ ਟਾਂਦੀ ਤੇ ਚੁਣਦੀ ਤੇ ਸਹੇਲੀਆਂ ਨੂੰ ਗੱਲੀ ਲਾਈ ਰੱਖਦੀ ਉਹ ਸੜਕ ਉਹਦੇ ਹੋਣ ਵਾਲੇ ਸਹਰਿਆਂ ਨੂੰ ਜਾਂਦੀ ਸੀ ਮਨੀ ਮਨ ਵਿੱਚ ਉਹ ਸੋਚਦੀ ਕਦੇ ਜੇ ਭਲਾਉ ਦਾ ਮੰਗੇਤਰ ਅੱਜ ਇੱਥੋਂ ਹੀ ਲੰਘ ਪਵੇ ਉਹ ਲੰਘਦੇ ਜਾਂਦੇ ਨੂੰ ਇੱਕ ਵਾਰ ਤੱਕ ਲਵੇ ਉਹਦਾ ਦਿਲ ਉਸ ਸੜਕ ਦੇ ਕੰਡੇ ਖਲੋ ਕੇ ਧੜਕ-ਧੜਕ ਪੈਂਦਾ ਫਿਰ ساری ساری ਰਾਤ ਉਹ ਆਪਣੀ ਜਵਾਨ ਮੰਗੇਤਰ ਦੇ ਸੁਪਨਿਆਂ ਨਾਲ ਲੱਗੀ ਰਹਿੰਦੀ ਇੱਕ ਦਿਹਾੜੇ ਪੂਰੋਂ ਨੂੰ ਉਹਦੀ ਨਵੀਂ ਜੁੱਤੀ ਅੱਡੀ ਕੋਲੋਂ ਡਾਢੀ ਲੱਗਦੀ ਸੀ ਸਹੇਲੀਆਂ ਦੇ ਨਾਲ-ਨਾਲ ਤੁਰਦੀ ਵੀ ਪਿੱਛੇ ਰਹਿ ਜਾਂਦੀ ਸੀ ਉਦੋਂ ਤੇ ਉਹਦੀਆਂ ਸਹੇਲੀਆਂ ਪਹਿਲੀਆਂ ਤੋਂ ਹੋ ਕੇ ਘਰਾਂ ਨੂੰ ਪਿੰਗਾਂ ਮੁੜਦੀਆਂ ਸਨ ਸਾਂਝਾ ਹਨੇਰਾ ਪੰਗਰੇ ਹੋਏ ਸਿੱਕੇ ਵਾਕਰ ਖੇਲਰ ਪਿਆ ਸੀ ਖੇਤਾਂ ਦੀ ਵੱਟੋ ਵੱਟ ਤੁਰਦੀਆਂ ਕੁੜੀਆਂ ਪਿੰਡ ਦੀ ਡੰਡੀ ਉੱਤੇ ਪੈ ਗਈਆਂ ਸਨ ਕਦੇ ਉਹ ਡੰਡੀ ਚੌੜੀ ਤੇ ਖਲਮ ਖਾਲੀ ਜ਼ਮੀਨ ਉੱਥੋਂ ਨਿਸੰਘ ਹੋ ਕੇ ਲੰਘਦੀ ਸੀ ਕਦੀ ਰੁੱਖਾਂ ਪਿੱਪਲਾਂ ਤੇ ਝਾੜੀਆਂ ਦੇ ਨਾਲ-ਨਾਲ ਉਹਨਾਂ ਦੀ ਬਾਹ ਫੜ ਕੇ ਅੱਗੇ ਵਧਦੀ ਸੀ ਸੱਬੇ ਕੁੜੀਆਂ ਅੱਗੜ ਪਿਛੜ ਆਪਣੀ ਡੰਡੀ ਉੱਤੇ ਪਈਆਂ ਹੋਈਆਂ ਸਨ ਪੂਰੋਂ ਜ਼ਰਾ ਪਛੇਤੇ ਰਹਿ ਗਈ ਸੀ ਸੱਜੇ ਪੈਰ ਦੀ ਅੱਡੀ ਕੋਲ ਇੱਕ ਵੱਡਾ ਸਾਰਾ ਛਾਲਾ ਉਹਨੂੰ ਉੱਪਰ ਪਿਆ ਸੀ ਉਹ ਤੰਗ ਹੋ ਕੇ ਜੁੱਤੀ ਦੇ ਦੋਵੇਂ ਪੈਰ ਲਾ ਕੇ ਹੱਥਾਂ ਵਿੱਚ ਫੜ ਲਏ ਤੇ ਪੈਰ ਚੱਗਦੇ ਫੁੱਟਣ ਲੱਗੇ ਕੁੜੀਆਂ ਪੂਰੋਂ ਨੂੰ ਆਖਦੀਆਂ ਹੁੰਦੀਆਂ ਸਨ ਕਿ ਉਹਦਾ ਸੱਜਾ ਪੈਰ ਖੱਬੇ ਨਾਲੋਂ ਭਾਰਾ ਸੀ ਉਹਨੂੰ ਸੱਜੇ ਪੈਰ ਜੁੱਤੀ ਲੱਗਦੀ ਸੀ ਇਸ ਤਰ੍ਹਾਂ ਉਹਦਾ ਸੱਜਾ ਹੱਥ ਵੀ ਖੱਬੇ ਹੱਥ ਨਾਲੋਂ ਭਾਰਾ ਸੀ ਮੱਲਾ ਜੀ ਚੂੜਾ ਚੜ ਗਿੰ ਲੱਗਿਆ ਪਤਾ ਲੱਗੇਗਾ ਉਹਨੂੰ ਕੁੜੀਆਂ ਛੇੜਦੀਆਂ ਸਨ ਉਹਨੋਂ ਦੀ ਅੱਖਾਂ ਅੱਗੇ ਆ ਗਿਆ ਭਈ ਜਿਵੇਂ ਸੁੱਚੇ ਦੰਦ ਦੀਆਂ ਲਾਲ ਚੂੜੀਆਂ ਉਹਦੀਆਂ ਬਾਹਾਂ ਵਿੱਚ ਪਈ ਚੜਦੇ ਨੇ ਪਿਛਲੀਆਂ ਮੋਕਲੀਆਂ ਚੂੜੀਆਂ ਪਾਣ ਤੋਂ ਮਗਰੋਂ ਅਗਲੀਆਂ ਛੋਟੀਆਂ ਚੂੜੀਆਂ ਪੂਰੋਂ ਦੇ ਸੁਜੇ ਹੱਥ ਵਿੱਚ ਫਸ ਗਈਆਂ ਨੇ ਨਾਈ ਨੇ ਪੋਲ ਨਾਲੂ ਦੇ ਅੰਗੂਠੇ ਦੀ ਹੱਡੀ ਨੂੰ ਮਲਿਆ ਫੇਰ ਜੋਰੀ ਕੀਤੀ ਦੰਦਖੰਡ ਦੀ ਲਾਲ ਚੂੜੀ ਨੂੰ ਉਹਦੀ ਬਾਹਵਲ ਧੱਕਣ ਲੱਗਾ ਪੂਰ ਨੂੰ ਖਿਆਲ ਆਇਆ ਜੇ ਭਲਾ ਉਹਦੀ ਦੰਦ ਦੀ ਲਾਲ ਚੂੜੀ ਉਹਦੇ ਸੱਜੇ ਹੱਥ 'ਚ ਟੁੱਟ ਪਵੇ ਉਹਦੇ ਕਲੇਜੇ 'ਚ ਇੱਕ ਧੱਕਾ ਵਜਾ ਹਾਏ ਇਹ ਸ਼ਗਨ ਕਿੱਡਾ ਭੈਣਾ ਸੀ ਉਹਦੀ ਸ਼ਗਨਾ ਦੀ ਚੂੜੀ ਉਹਦੇ ਸੁਹਾਗ ਦੀ ਚੂੜੀ ਕਿਉਂ ਉਹਦੇ ਹੱਥ 'ਚ ਟੁੱਟੇ ਪੂਰੂ ਨੇ ਆਪਣੇ ਸੱਜੇ ਹੱਥ ਨੂੰ ਇੱਕ ਫਟਕਾਰਾਂ ਨਾਲ ਤੱਕਿਆ ਸਾਈਆਂ ਉਹਦਾ ਮੰਗੇਤਰ ਜੁਗ-ਜੁਗ ਜੀਵੇ ਲਖਸੋ ਵਰਿਆਂ ਜੀ ਵੀ ਉਹ ਚਿਤਵਣ ਲੱਗੀ ਫਿਰ ਉਹਨੂੰ ਯਾਦ ਆਇਆ ਉਹਨਾਂ ਦੇ ਪਿੰਡ ਇੱਕ ਚੂੜਾ ਚੜਾਉਂਦੀ ਕੁੜੀ ਦੀ ਚੂੜੀ ਸੱਚਮੁੱਚ ਟੁੱਟ ਗਈ ਸੀ ਕੋਲਕਲੋਥਿਆਂ ਚ ਨਾਨੀਆ ਰਾਮ ਰਾਮ ਕਹਿ ਕੇ ਰੱਬ ਕੋਲੋਂ ਉਹਦੇ ਪਤੀ ਦੀ ਖੈਰ ਮੰਗਣ ਲੱਗ ਪਈਆਂ ਸਨ ਫਿਰ ਸੁਨਿਆਰੇ ਕੋਲੋਂ ਪਤਲੀ ਜੀ ਸੋਨੇ ਦੀ ਤਾਰ ਇਸ ਟੁੱਟੀ ਹੋਈ ਚੂੜੀ ਵਿੱਚੋਂ ਪਰਵਾ ਕੇ ਇਸ ਕੁੜੀ ਨੂੰ ਫੇਰ ਉਹ ਚੂੜੀ ਚੜਾਈ ਸੀ ਜਿਵੇਂ ਕਿ ਉਹਦੇ ਪਤੀ ਦੀ ਉਹਨਾਂ ਨੇ ਟੁੱਟੀ ਗੰਢ ਲਈ ਸੀ ਪੂਰੋ ਇਹਨਾਂ ਸ਼ਗਨਾ ਕੁ ਸ਼ਗਨਾ ਦੇ ਵਿਚਾਰ ਚ ਫਸੀ ਹੋਈ ਸੀ ਕਿ ਖੱਬੇ ਪਾਸੇ ਪਿੱਪਲ ਉਹ ਲਿਆ ਇੱਕ ਬੰਦਾ ਨਿਕਲ ਕੇ ਉਹਦੇ ਸਾਹਮਣੇ ਖਲੋ ਗਿਆ ਪੂਰੋ ਦਾ ਕਲੇਜਾ ਠਹਿ ਕਰਕੇ ਵੱਜਾ ਉਹਨੇ ਝੱਟ ਦੇਣੀ ਤੱਕਿਆ ਉਹਨਾਂ ਦੇ ਪਿੰਡ ਦਾ ਜਵਾਨ ਮੁੰਡਾ ਰਸ਼ੀਦਾ ਉਹਦੇ ਮੂਹਰੇ ਖਲੋਤਾ ਸੀ ਰਸ਼ੀਦ ਦੇ ਨੂੰ ਖੌਰੇ ਬਾਈ ਮਾਂਚਾ ਬਾਈ ਮਾਂ ਦਾ ਬਰਾ ਹੋਣਾ ਉਹਦੀ ਭਰੀ ਹੋਈ ਜਵਾਨੀ ਉਹਦੇ ਮੂੰਹ ਉੱਤੇ ਖੌਰੂਪ ਹੀ ਪਾੰਦੀ ਸੀ ਪੂਰੂ ਨੇ ਤੱਕਿਆ ਰਸ਼ੀਦੇ ਦੀਆਂ ਦੋਵੇਂ ਅੱਖਾਂ ਉਹਦੇ ਮੂੰਹ ਉੱਤੇ ਪਾਟ-ਪਾਟ ਪਈਆਂ ਪੈੰਦੀਆਂ ਸਨ ਉਹ ਕੰਬੀ ਉਹਦੇ ਮੂੰਹੋਂ ਹਲਕੀ ਜੀ ਚੀਕ ਨਿਕਲੀ ਤੇ ਰਸ਼ੀਦੇ ਦਾ ਪਾਸਾ ਬਚਾ ਕੇ ਭੱਜ ਖਲੋਤੀ ਉਹ ਭੱਜਦੀ ਭੱਜਦੀ ਕੁੜੀਆਂ ਦੇ ਸੰਗ ਜਾ ਰਲੀ ਉਹਨੂੰ ਆਪਣੇ ਘਰ ਦੀਆਂ ਮੁਹਾਟਾਂ ਕੋਲ ਉੱਪੜ ਪਈਆਂ ਸਨ ਉਹਦਾ ਸਾਥ ਚ ਸਾ ਨਹੀਂ ਸੀ ਰਲਦਾ ਇੰਨਾ ਹੀ ਸ਼ੁਕਰ ਸੀ ਰਸ਼ੀਦੇ ਨੇ ਉਹਨੂੰ ਹੱਥ ਨਾ ਲਾਇਆ ਰਸ਼ੀਦੇ ਨੇ ਉਹਨੂੰ ਮੂੰਹ ਕੁਝ ਨਾ ਕਿਹਾ ਨੀ ਮੁੰਡਾ ਸੀ ਕਿ ਸ਼ੀ ਸੀ ਸੇਲਿਆ ਨੇ ਉਹ ਮੁਖਾਲ ਕੀਤਾ ਪਰ ਪੂਰੋ ਦੀ ਅਜੇ ਵੀ ਜਾਣ ਚ ਜਾਣਨੀ ਸੀ ਆਉਂਦੀ ਪਈ। ਨਿਪੜੀਏ ਸ਼ੀ ਤੈਨੇ ਰੱਪਾੜੀ ਕਹੰਦਾ ਏ ਆਂਦੇ ਨੇ ਜੇ ਰਿਚ ਕਿਸੇ ਇਕੱਲੀ ਕਾਰੀ ਜਨਾਨੀ ਨੂੰ ਮਿਲ ਪਵੇ ਤਾਂ ਉਹ ਉਹਨੂੰ ਮਾਰਦਾ ਨਹੀਂ ਚੁੱਕ ਖੜਦਾ ਏ ਆਪਣੀ ਗੁਫਾ ਚ ਲੈ ਜਾ ਕੇ ਉਹਨੂੰ ਆਪਣੀ ਤ੍ਰੀਮਤ ਬਣਾ ਲੈਂਦਾ ਏ ਸੇਲਿਆਂ ਵਿੱਚੋਂ ਇੱਕ ਨੇ ਗੱਲ ਸੁਣਾਈ ਪੂਰੋ ਦੀ ਜਾਨ ਫੇਰ ਮੁਠੀ ਚ ਦਬ ਗੱਤੀ ਹਾਏ ਉਸ ਕਰਮਾ ਸਰੀ ਦਾ ਹਾਲ ਕੀ ਹੋਵੇ ਜਿਹਨੂੰ ਰਿਛ ਆਪਣੀ ਜਨਾਨੀ ਬਣਾ ਲਵੇ ਸੋਚ-ਸੋਚ ਕੇ ਉਹਦਾ ਰੰਗ ਉੱਡਣ ਲੱਗ ਪਿਆ ਉਹਨੂੰ ਫੇਰ ਰਸੀਦੇ ਦੀਆਂ ਫੈਲੀਆਂ-ਫੈਲੀਆਂ ਅੱਖਾਂ ਯਾਦ ਆ ਗਈਆਂ ਹੁਣ ਪੂਰਾ ਆਪਣੇ ਘਰ ਪੜ ਗਈ ਸੀ ਸੇਲੀਆਂ ਹੱਸਦੀਆਂ ਖੇਡਦੀਆਂ ਅੱਗੇ ਲੰਘ ਗਈਆਂ ਉਸ ਤੋਂ ਦੂਜੇ ਦਿਨ ਜਦੋਂ ਉਹ ਤੇ ਉਹਦੀਆਂ ਸਾਥਣਾਂ ਪਹਿਲੀਆਂ ਵਿੱਚੋਂ ਮੋਂਗਰੇ ਪਈਆਂ ਤੋੜਦੀਆਂ ਸੰ ਛੋਲੀ ਜੀ ਉਹਨੇ ਦੋ ਮੁਠਾ ਮੋਂਗਰੇ ਕੋਲ ਵਗਦੇ ਖੂਤੋਂ ਤੋਂ ਆਂਦੇ ਨਿੱਕੇ ਮੋਂਗਰੇਆਂ ਦੀਆਂ ਡੰਡੀਆਂ ਤੋੜ ਕੇ ਉਹਨੇ ਤ੍ਰੈ ਚਾਰ ਮੂੰਗਰੀ ਆਪਣੇ ਮੂੰਹ ਚ ਪਾ ਲਈ ਜਿਉਂ ਹੀ ਉਹਨੇ ਤੱਕਿਆ ਲਾਗਲੇ ਰੁੱਖ ਕੋਲ ऋषि ਦਾ ਖਲੋਤਾ ਸੀ ਪੂਰੋ ਦੀਆਂ ਲੱਤਾਂ ਜਿਵੇਂ ਕਿਸੇ ਨੇ ਜਾਣ ਹੀ ਧਰੂ ਲਈ ਹੋਵੇ ਡਰੋ ਦੇ ਮੂੰਹ ਤੋਂ ਲਮਕ ਲਮਕ ਪੈਂਦਾ ਸੀ ਸੋਹਣੇ ਓਂ ਡਰਦੇ ਕਿਉਂ ਅਸੀਂ ਤੇ ਤੁਹਾਡੇ ਚਾਕਰ ਅੱਜ ऋषि ਦਾ ਬੋਲ ਗਿਆ ਸੀ ऋषि ਦੇ ਦੇ ਮੂੰਹ ਤੋਂ ਇੱਲਤ ਪੀਚਾਕਦੀ ਸੀ ਪੁਰੂ ਨੂੰ ਇੰਜੇ ਲੱਗ ਜਿਵੇਂ ਹੁਣੇ ਰਛੇ ਦਾ ਰਿਛ ਦੇ ਚੌੜੇ ਪੰਜੇ ਵਾਂਗ ਉਹਦੇ ਮੂੰਹ ਤੇ ਉੱਲਰ ਪਏਗਾ ਉਹਦੀਆਂ ਲੰਮੀਆਂ ਉਂਗਲਾਂ ਰਿਛ ਦੇ ਨੋਹਾਂ ਵਾਂਗ ਉਹਦੇ ਗਲ ਦਵਾਲੇ ਫੈਲ ਜਾਣਗੇ ਫਿਰ ਉਹਨੂੰ ਧਰੂੰਦਾ ਜਾਏਗਾ ਤੇ ਫੇਰ ਫੇਰ ਕਰਮਨੂ ਉਹਨੇ ਤੱਕਿਆ ਸਾਹਮਣੋਂ ਦੋ ਕੰਮੀ ਪਏ ਲਗੇ ਆਉਂਦੇ ਸਨ ਰਛੇ ਦਾ ਉਂਜ ਦਾ ਉਂਜੇ ਖਲੋਤਾ ਸੀ ਉਹ ਲਾਲ ਟਮਾਟਰਾਂ ਨਾਲ ਭਰੀ ਹੋਈ ਕਿਆਰੀ ਦੇ ਉੱਤੇ ਛਾਲਾਂ ਮਾਰ ਕੇ ਤਿੱਖੇ ਤਿੱਖੇ ਪੈਰ ਸੁੱਟ ਦੀ ਏਸ਼ੇਲੀਆਂ ਵਿੱਚ ਜਾ ਮਿਲੀ ਉਸ ਦਿਨ ਉਹ ਡਾਡੀ ਨਡਾਲ ਜੀ ਹੋ ਗਈ ਸਾਰਾ ਰਾਹ ਕੁੜੀਆਂ ਦਾ ਹੱਥ ਫੜ ਫੜ ਕੇ ਤੁਰਦੀ ਰਹੀ ਪਰ ਛਾਵਿਆਂ ਤੋਂ ਵੀ ਕੰਮ ਕੰਮ ਪੈਂਦੀ ਰਹੀ ਨਿੱਕੇ ਨਿੱਕੇ ਖੜਾਕਾਂ ਤੋਂ ਵੀ ਤਰਹੰਦੀ ਉੱਠਦੀ ਰਹੀ ਉਹਨੇ ਨਾ ਕੁਝ ਮਾਨ ਗਸਿਆ ਤੇ ਨਾ ਕੁਝ ਪਿਉ ਨੂੰ ਉਹਦੀਆਂ ਏਸ਼ੇਲੀਆਂ ਕਹਿਣੀਆਂ ਸੰਪਲਾਈ ਵੀ ਕੋਈ ਗੱਲ ਇਹ ਮਾਵਾ ਪਿਓਾਂ ਨਾਲ ਕਰਨ ਵਾਲੀ ਜਵਾਨ ਜਹਾਨ ਕੁੜੀਆਂ ਨੂੰ ਰਾਹ ਜਾਂਦੇ ਸ਼ੋਹ ਦੇ ਤੱਕ ਦੇ ਝਾਕਦੇ ਆਏ ਨੇ ਮਉ ਜ਼ਬਾਨੀ ਕਦੇ ਉਹਨਾਂ ਦੇ ਗੁਲਾਮ ਬਣਦੇ ਕਦੇ ਉਹਨਾਂ ਦੇ ਚੱਕਰ ਸਦੀਂਦੇ ਅਲੜ-ਪਲੜ ਬੋਲਦੇ ਆਏ ਨੇ ਬੋਲੀ ਜਾਨ ਭੌਂਕੇ ਜਾਨ ਭਲਮ ਕੋਈ ਕੁੱਤਿਆਂ ਦੇ ਭੌਂਕਣ ਤੋਂ ਡਰ ਕੇ ਸੜਕਾਂ ਉੱਤੇ ਤੁਰਨਾ ਛੱਡ ਦਿੰਦਾ ਏ ਉਸ ਦਿਹਾੜੇ ਉਹਨਾਂ ਦੇ ਪਿੰਡ ਵਿੱਚ ਇੱਕ ਛੀਆਂ ਸੱਤਾਂ ਬੁਰਿਆਂ ਦੇ ਜਾਤਕ ਨੂੰ ਇੱਕ ਹਲਕੇ ਕੁੱਤੇ ਨੇ ਘੱਟ ਖਾਦਾ ਗਲੀ ਮੱਲੇ ਦੀਆਂ ਤਰੀਮਤਾਂ ਨੇ ਰਲ ਕੇ ਮੁੰਡੇ ਦੇ ਜ਼ਖਮ ਉੱਤੇ ਲਾਲ ਮਿਰਚਾਂ ਬੰਧੀਆਂ ਮਿਰਚਾਂ ਦੀ ਕੜਤਣ ਨਾਲ ਕੁੱਤੇ ਦੇ ਦੰਦਾਂ ਦਾ ਜ਼ਹਿਰ ਸੜ ਜਾਣਾ ਸੀ ਪੂਰੋਂ ਨੇ ਖਬਰ ਸੁਣੀ ਕਹਿੰਦੀ ਸਟਿਓ ਦੇ ਦਿਲ 'ਚ ਖਿਆਲ ਆਇਆ ਕਿ ਉਸ ਨੂੰ ਇਹ ਮਿਰਚਾਂ ਕੋਟਕੇ ਰਸ਼ੀਦ ਦੀਆਂ ਅੱਖਾਂ 'ਚ ਭਰ ਦੇਵੇ ਤ੍ਰਿਸ਼ੀਦ ਦੀਆਂ ਅੱਖਾਂ ਨੂੰ ਸੋਚ-ਸੋਚ ਕੇ ਉਹਨੂੰ ਜ਼ਹਿਰ ਚੜਦਾ ਸੇਲੀਆਂ ਉਹਦੀਆਂ ਬਾਹਾਂ ਧਰਉਂਦੀਆਂ ਪਰ ਉਹਦਾ ਹੀਆ ਨਹੀਂ ਸੀ ਪੈਂਦਾ ਕਿ ਉਹ ਪਹਿਲੀਆਂ ਵੱਲ ਜਾਏ ਨਾਲੇ ਹੁਣ ਉਹਦਾ ਕਾਜ ਨੇੜੇ ਆਉਂਦਾ ਪਿਆ ਸੀ ਉਹਦੇ ਪਿਓ ਨੇ ਘੋਤ ਤੇ ਮੈਦਾ ਇਕੱਠਾ ਕਰਕੇ ਅੰਦਰ ਧਰ ਲਿਆ ਸੀ। ਉਹਦੀ ਮਾਂ ਨੇ ਪੀਲੇ ਪੱਟ ਨਾਲ ਪਰੋਤੇ ਹੋਏ ਬਾਗਾਂ ਨਾਲ ਲੱਕੜੀ ਦਾ ਸੰਦੂਕ ਭਰ ਘੱਟਿਆ ਸੀ। ਸਿਆਮੂ ਆਂਦੇ ਹੋਏ ਸੁੱਚੇ ਤੇਵਰਾਂ ਦੀਆਂ ਤਿਆਂ ਜੋੜ ਕੇ ਤਾਂ ਦਾਜ ਵਾਲਾ ਚਿੱਟਾ ਟਰੰਕ ਤੂੜ ਦਿੱਤਾ ਸੀ। ਚੁੰਨੀਆਂ ਵਾਸਤੇ ਨਿੱਕੀ ਬਾਂਕੜੀ ਭੰਨ-ਭੰਨ ਕੇ ਉਹਦੇ ਪੋਟੇ ਵੀ ਰਹਿ ਗਏ ਸਨ। ਪਿਛਲੇ ਅੰਦਰ ਦਾ ਮੂੰਹ ਚਮ-ਚਮ ਪਿਆ ਕਰਦਾ ਸੀ। ਜਿਹਦੇ ਵਿੱਚ ਉਹਨੇ ਪੂਰੇ ਦੇ ਦਾਜ ਲਈ ਪਿੱਤਰ ਪਿੱਤਲ ਦੇ ਪੂਰੇ 51 ਭਾਂਡੇ ਜੋੜੇ ਸਨ ਉਹਨਾਂ ਦਿਨਾਂ 'ਚ ਕਰੋਸ਼ੀਏ ਦਾ ਕੰਮ ਬੜਾ ਮਸ਼ਹੂਰ ਸੀ ਪੂਰੋਂ ਨੇ ਕਰੋਸ਼ੀਏ ਦੀਆਂ ਟਿੱਕੀਆਂ ਜੋੜ-ਜੋੜ ਕੇ ਫਲੰਗ ਦੀ ਪੂਰੀ ਚਾਦਰ ਬਣਾਈ ਸੀ ਦਸੂਤੀ ਦੀਆਂ ਤੰਦਾਂ ਗਿਣ-ਗਿਣ ਕੇ ਚੰਨੁਕਰੇ ਫੁੱਲ ਬਣਾਏ ਸਿੱਖੇ ਸਨ ਤੇ ਆਪਣੇ ਹੱਥੀਂ ਆਪਣੇ ਦਾਜ ਲਈ ਲੱਡੂ ਤੇ ਪੇੜੇ ਬਣਾਏ ਸਨ ਇੱਕ ਦਿਨ ਪਾਲਕ ਦੇ ਕੁਲੇ-ਕੁਲੇ ਪੱਤਰ ਤੋੜ ਕੇ ਸੂਰ ਪੂਰੋਂ ਨੇ ਸਾਗ ਨੂੰ ਚੀਰਿਆ। ਉਹਦੀ ਮਾਂ ਸੁੱਤੜੀ ਦੀ ਣੀ ਹੋਈ ਢੀੜੀ ਉੱਤੇ ਬਹਿ ਕੇ ਆਪਣੇ ਮੁੰਡੇ ਨੂੰ ਦੁੱਧ ਦੇਂਦੀ ਪਈ ਸੀ। ਪੂਰੋਂ ਨੇ ਕਾੜਨੀ ਨੂੰ ਬਾਣ ਦੇ ਛੋਟੇ ਜਿਹੇ ਗੁੱਛੇ ਨਾਲ ਚੰਗੀ ਤਰ੍ਹਾਂ ਕੂਚਿਆ ਫਿਰ ਸਾਗ ਨੂੰ ਦੋ ਪਾਣੀਆਂ ਨਾਲ ਧੋਕੇ ਤੇ ਵਿੱਚ ਛੋਲਿਆਂ ਦੀ ਦਾਲ ਰਲਾ ਕੇ ਕਾੜਨੀ ਨੂੰ ਮੂੰਹ-ਮੂੰਹ ਭਰ ਦਿੱਤਾ। ਪੜੋਲੇ ਦੀ ਮੱਠੀ ਅੱਗ ਤੇ ਦੁੱਧ ਕੜਨਾ ਪਿਆ ਹੋਇਆ ਸੀ ਉਹਨੇ ਚੁੱਲ੍ਹੇ 'ਚ ਦੋ ਚਾਰ ਛੱਡੇ ਲਾ ਕੇ ਸਾਗ ਝਾਤ ਰਿਹਾ ਉਹਦਾ ਕਾਜ ਹੁਣ ੁੱਖਾ ਨੇੜੇ ਆ ਗਿਆ ਸੀ ਉਹਦੀ ਮਾਂ ਨੂੰ ਡੀਕ ਸੀ ਭਾਵੇਂ ਅੱਜਕੱਲ੍ਹ ਥਲਕੇ ਉਹਦੇ ਸਹੁਰਿਆਂ ਤੋਂ ਕੋਈ ਮੇਚਾ ਲੈਣੇ ਆ ਜਾਈ ਉਹਦੀ ਮਾਂ ਕਹਿੰਦੀ ਹੁੰਦੀ ਸੀ ਉਹ ਕਿੱਟੀ ਸੁਨੱਖੀ ਧੀ ਸੀ ਰੋਟੀ ਟੁੱਕਰ ਤਾਂ ਉਹ ਵੇੜੇ ਵਿੱਚ ਭੌਂਦੀ ਚੌਂਦੀ ਕਰ ਛੱਡਦੀ ਸੀ ਉਹਦੀਆਂ ਸਹੇਲੀਆਂ ਆਖਦੀਆਂ ਸਨ ਉਹਨੂੰ ਜਵਾਨੀ ਵੀ ਤਾਂ ਖਾੜ ਕੇ ਚੜੀ ਸੀ ਉਹਦੇ ਗੋਰੇ ਨਛੋ ਮੋਹ ਤੇ ਅੱਖੀਆਂ ਤਿਲਕ ਪੈਂਦੀਆਂ ਸਨ ਉਹਦੀ ਮਾਂ ਨੇ ਇੱਕ ਹਿਰਸ ਨਾਲ ਉਹਦੇ ਵੱਲ ਤੱਕਿਆ ਸ਼ਾਇਦ ਉਹ ਸੋਚਦੀ ਸੀ ਕਿ ਉਹ ਹੁਣ ਸੋਹਰੇ ਤੁਰ ਜਾਏਗੀ ਤਾਂ ਉਹਦਾ ਪੇਕਾ ਘਰ ਭਾਂ ਭਾਂ ਕਰੇਗਾ ਉਹ ਆਪਣੀ ਮਾਂ ਦੀ ਸੱਜੀ ਬਾਂ ਸੀ ਮਾਂ ਦੀ ਅੱਖਾਂ ਚ ਗਲੇ ਡੁੱਬਾਰੇ ਹਰ ਇੱਕ ਧੀ ਦੀ ਮਾਂ ਨੂੰ ਰੋਣਾ ਪੈਂਦਾ ਬੈਠੀ ਬੈਠੀ ਉਹਦੀ ਮਾਂ ਗਾਉਣ ਲੱਗ ਪਈ ਲਾਮੀ ਤੇ ਲਾਮੀ ਨਹੀਂ ਕਲੇਜੇ ਦੇ ਨਾਲ ਮਾਏ ਦਸੇ ਤੇ ਦਸੇ ਇੱਕ ਬਾਤ ਨਹੀਂ ਬਾਤਾਂ ਤੇ ਲੰਮੀਆਂ ਨੀਤੀਆਂ ਕਿਉਂ ਜੰਮੀਆਂ ਨਹੀਂ ਅੱਜ ਵੀ ਛੋੜੇ ਵਾਲੀ ਰਾਤ ਨਹੀਂ ਉਹਦੀ ਮਾਂ ਦਾ ਗੱਜ ਡੁੱਲ ਪਿਆ ਉਹ ਚੌਂਕੇ ਦੇ ਨਿੱਕੇ ਨਿੱਕੇ ਕਮਸਾਮ ਦੀ ਸਿਰਕ ਦੀ ਮਾਂ ਦੀ ਆਵਾਜ਼ ਸੁਣਦੀ ਪਈ ਸੀ ਉਹਨੂੰ ਵੀ ਛੋੜੇ ਦਾ ਇੱਕ ਹੌਲ ਪਿਆ ਉਹਦੀ ਮਾਂ ਅਗੋਂ ਫੇਰ ਗਾਉਣ ਲੱਗੀ ਸਰਖਾ ਜੁੱਟਾ ਨੀ ਆਵੇਂ ਚੋਪੇ ਜੁ ਪਾਨੀ ਆਵੇਂ ਪੀੜੀਆਂ ਤੇ ਵਾਲੇ ਮੇਰੇ ਖੇਸ ਨਹੀਂ ਪੁੱਤਰਾਂ ਨੂੰ ਦਿੱਤੇ ਮਹਿਲਾਂ ਤੇ ਮਾੜੀਆਂ ਧੀਆਂ ਨੂੰ ਦਿੱਤਾ ਪਰਦੇਸ ਨਹੀਂ ਉਹ ਭੱਜੀ ਭੱਜੀ ਆ ਕੇ ਮਾਂ ਦੇ ਗੋਡੇ ਨਾਲ ਲੱਗ ਗਈ ਮਾਵਾ ਤੇ ਧੀਆਂ ਤੋਂ ਵੀ ਰੋ ਪਈਆਂ ਹਰ ਧੀ ਦੀ ਜਵਾਨੀ ਉਹਨੂੰ ਮਾਂ ਦੇ ਕੋਲੋਂ ਨਖੇੜ ਦਿੰਦੀ ਐ ਮਾਂ ਨੇ ਜੀ ਧਰਿਆ ਧੀ ਦੀ ਕੰਡੂ ਤੇ ਪਿਆਰ ਦਿੱਤਾ ਲੋਡ ਦੇ ਵਿੜਦਾ ਹਨੇਰਾ ਉਹਨਾਂ ਦੇ ਵਿੜੇ ਵਿੱਚ ਵੀ ਉਤਰ ਆਇਆ। ਮਾਂ ਨੂੰ ਯਾਦ ਆਇਆ ਅੱਜ ਦੂਸਰੇ ਥਾਂ ਚੜਨ ਨੂੰ ਘਰ ਵਿੱਚ ਕੁਝ ਨਹੀਂ ਸੀ ਤੇ ਖੋਰੇ ਪੂਰੋ ਸਹਰਿਆਂ ਕੋਈ ਬੰਦਾ ਹੁੰਦਾ ਹੋਵੇ। ਪੂਰੋ ਨੂੰ ਦੀ ਮਾਂ ਨੇ ਆਖਿਆ ਕਿ ਨਿੱਕੀ ਭੈਣ ਨੂੰ ਉਂਗਲੀ ਲਾ ਕੇ ਉਹ ਨਾਲ ਦੇ ਖੇਤਾਂ ਵਿੱਚੋਂ ਚਾਰ ਭਿੰਡੀਆਂ ਹੀ ਤੋੜ ਲਿਆ ਵੀ ਤੇ ਮਾਂ ਨੇ ਕਿਹਾ ਕਿ ਚੌਲਾਂ ਦੀ ਮੁੱਠ ਤੇ ਗੁੜ ਗੁੜ ਦੀ ਭੇਲੀ ਪਾ ਕੇ ਉਹ ਮਿੱਠੇ ਚੌਲ ਵੀ ਲੈਣੇ ਛੱਡੇ। ਪੂਰੋ ਦਾ ਦਿਲ ਵੀ ਅੱਜ ਹੁਸੜ ਹੁਸੜ ਪੈਂਦਾ ਸੀ। ਉਹਨੇ ਆਪਣੇ ਨਿੱਕੀ ਭੈਣ ਨੂੰ ਨਾਲ ਲਿਆ ਤੇ ਬਾਹਰ ਤੁਰ ਪਈ। ਉਹਨੇ ਭਿੰਡੀਆਂ ਤੋੜੀਆਂ, ਦੋ ਚਾਰ ਮੁੰਗਰੇ ਤੋੜੇ ਤੇ ਪਿੱਛੇ ਹੀ ਪੈਰੀ। ਨਿੱਕੀ ਭੈਣ ਨੂੰ ਨਾਲ ਲੈ ਕੇ ਘਰ ਵੱਲ ਪਰਤ ਪਈ। ਜਾਂਦੀ ਵਾਰ ਇਹਨੂੰ ਸਿਰਫ ਇਹ ਖਿਆਲੀ ਆਉਂਦਾ ਰਿਹਾ ਸੀ ਕਿ ਹੁਣ ਉਹ ਆਪਣੀ ਮਾਂ ਨਾਲੋਂ ਨਿਕੜ ਜਾਏਗੀ, ਆਪਣੀਆਂ ਭੈਣਾਂ ਨਾਲੋਂ ਵਿਛੜ ਜਾਏਗੀ, ਆਪਣੇ ਨਵੇਂ ਜੰਮੇ ਵੀਰ ਕੋਲੋਂ ਦੂਰ ਤੁਰ ਜਾਏਗੀ। ਆਉਂਦੀ ਵਾਰ ਉਹਨੂੰ ਜਿਵੇਂ ਕੋਈ ਤੱਕਾ ਵੱਜਦਾ ਏ, ਇੱਕ ਖਿਆਲ ਆਇਆ ਜਾਂ ਜਾਂਦੀਏ, ਭਾਵੇਂ ਤੇ ਰਸੀਦਾ ਹੀ ਮਿਲ ਪਵੇ। ਉਦੇ ਪੈਰ ਤ੍ਰਿਖੇ ਤ੍ਰਿਖੇ ਕਰ ਦਿੱਤੇ ਪੂਰੋ ਨਸਨੀ ਕੇ ਪਈ ਨੇ ਕੋਦੇ ਨਿੱਕੀ ਪੈਨ ਨੂੰ ਸਾਹ ਚੜਿਆ ਸੀ ਪੂਰੋ ਦੀ ਪਿੱਠ ਵੱਲੋਂ ਭਜਦੀ ਭਜਦੀ ਇੱਕ ਘੋੜੀ ਆਈ ਉਹ ਅਜ ਡੰਡੇ ਤੋਂ ਇੱਕ ਪਾਸੇ ਵੀ ਨਹੀਂ ਸੀ ਲੱਥੀ ਕੇ ਖਬਰ ਨਹੀਂ ਘੋੜੀ ਕਿ ਘੋੜੀ ਦਾ ਸਵਾਰ ਪੂਰੋ ਦੇ ਸੱਜੇ ਮੋਢੇ ਨਾਲ ਵੱਜਾ ਪੂਰੋ ਜਿਵੇਂ ਉੱਖਾ ਪੁੱਖਾ ਡਿੱਗਣ ਹੀ ਲੱਗੀ ਸੀ ਕਿ ਉਹਨੂੰ ਕਿਸੇ ਮੋਢੇ ਤੋਂ ਧਰੂ ਕੇ ਘੋੜੀ ਉੱਤੇ ਸੁੱਟ ਲਿਆ ਉਹਦੀਆਂ ਚਿੱਕਾਂ ਉੱਡਦੀ ਹੋਈ ਘੋੜੀ ਨਾਲ ਪਲੋ ਪਲੀ ਦੂਰ ਚਲੀਆਂ ਗਈਆਂ ਉਹਦੀ ਭੈਣ ਕੰਬਦੀ ਦੀ ਕੰਬਦੀ ਰਹਿ ਗਈ ਪਤਾ ਨਹੀਂ ਉਹ ਘੋੜੀ ਕਿੱਥੋਂ ਆਈ ਸੀ ਪਤਾ ਨਹੀਂ ਉਹਦਾ ਸਵਾਰ ਕੌਣ ਸੀ ਪਤਾ ਨਹੀਂ ਘੋੜੀ ਕਿੰਨਾ ਕੁ ਝਿਰ ਭੱਜਦੀ ਰਹੀ ਪੂਰੋ ਬੇਸੁਰਤ ਹੋ ਗਈ ਉਹਨੂੰ ਜਦੋਂ ਹੋਸ਼ ਆਈ ਉੱਚੋਂ ਕੰਧਾਂ ਦੇ ਬੰਦ ਬੂਹੇ ਵਾਲੇ ਇੱਕ ਕੋਨ ਇੱਕ ਕੋਠੇ ਵਿੱਚ ਮੰਜੀ ਉੱਤੇ ਪਈ ਸੀ ਉਹਨੂੰ ਸਭ ਕੁਝ ਯਾਦ ਆਇਆ ਉਹਨੇ ਕੰਧਾਂ ਨਾਲ ਮੱਥਾ ਪੰਨਿਆ ਉਹਨੇ ਬੂਹੇ ਨਾਲ ਮੱਥਾ ਪੰਨਿਆ ਹਾਰੀ ਹੁੱਟਿਓ ਮੰਜੀ ਤੇ ਟੈਪਈ ਫਿਰ ਬੇਸੁੱਧ ਹੋ ਗਈ। ਉਹਨੂੰ ਜਦੋਂ ਸੁਰਤ ਆਈ ਕੋਈ ਉਹਦੇ ਸਿਰ 'ਚ ਤੱਤਾ ਘਿਉ ਪਿਆ ਉਹ ਛੱਸਦਾ ਸੀ। ਉਹਨੂੰ ਇੱਕ ਵਾਰ ਤਾਂ ਖਿਆਲ ਆਇਆ ਖੌਰੇ ਦੀ ਮਾਂ ਉਹਦੀ ਸਰਾਂਦੀ ਬੈਠੀ ਹੋਈ ਸੀ ਤੇ ਉਹਨੂੰ ਪੰਜ ਪੱਟ ਬੁਖਾਰ ਚੜਿਆ ਸੀ। ਮਾਂ ਨੇ ਉਹਦੇ ਮੂੰਹ ਨਿਕਲਿਆ। ਮੇਰੀ ਕੀਤੀ ਮਾਫ ਕਰ ਦੇ ਇੱਕ ਵਾਰੀ ਸੁਰਤ ਕਰ ਪੂਰੋ। ਕਿਸੇ ਸਰਾਂਦੀ ਵੱਲੋਂ ਆਖਿਆ। ਤਾਪਨਲ ਹੋਮ ਦੀ ਪੂਰੋਂ ਨੇ ਸਿਰ ਚੁੱਕ ਕੇ ਵੇਖਿਆ ਰਸ਼ੀਦਾ ਉਹਦੀ ਸਰਾਂਦੀ ਬੈਠਾ ਸੀ ਪੂਰੋਂ ਦੀ ਕੱਚੀ ਕnik ਨਿਕਲੀ ਤੇ ਉਹ ਗਸ਼ ਖਾ ਗਈ ਉਹਨੇ ਵੇਖਿਆ ਕਾਲੀ ਜੱਤ ਵਾਲਾ ਇੱਕ ਰਿੱਚੋ ਦੇ ਵਾਲਾਂ ਵਿੱਚ ਆਪਣੇ ਪੁੰਚੇ ਫੇਰਦਾ ਸੀ ਉਹ ਇੱਕ ਗੁਫਾ ਚ ਡੱਕੀ ਹੋਈ ਸੀ ਕੋ ਸੁੰਗੜਦੀ ਜਾਂਦੀ ਸੀ ਰਿੱਚ ਫੈਲਦਾ ਜਾਂਦਾ ਸੀ ਰਿੱਚ ਨੇ ਆਪਣੀਆਂ ਜੱਤਵਾਲੀਆਂ ਬਾਹਾਂ ਵਿੱਚੋਂ ਨੂਬ ਲੇਟ ਲਿਆ ਉਹਨੇ ਅੱਖਾਂ ਪਾੜ ਪਾੜ ਕੇ ਵੇਖਿਆ ਕੋਈ ਉਹਦੇ ਪੈਰਾਂ ਦੀਆਂ ਤਲੀਆਂ ਤੇ ਅਛਸਦਾ ਸੀ ਫਿਰ ਕਿਸੇ ਨੇ ਉਹਦੇ ਮੋਢੇ ਨੱਪੇ ਫਿਰ ਕਿਸੇ ਨੇ ਪਾਣੀ ਦੀਆਂ ਚੂਲੀਆਂ ਉਹਦੇ ਮੂੰਹ 'ਚ ਪਾਈਆਂ ਰਿਛ ਦੀ ਗੁਫਾ ਗਿਰਿਸ਼ੀ ਦੇ ਤੱਕਰ ਪੂਰੇ ਦਸਰ ਨੂੰ ਚੱਕਰ ਪਿਆਉਂਦੇ ਸਨ ਫਿਰ ਖੌਰੀਓ ਸੌਂਗੀ ਉਹਨੂੰ ਆਪਣੀ ਮਾਂ ਆਪਣਾ ਪਿੰਡ ਸਭ ਕੁਝ ਯਾਦ ਸੀ ਹੁਣ ਜਦ ਉਹ ਨੂੰ ਯਾਦਦਾ ਸੀ ਕਿ ਇਸ ਗੁਫਾ 'ਚ ਪਿਆ ਉਹਨੂੰ ਵਰੇ ਹੋ ਗਏ ਨੇ ਰਸ਼ੀਦੇ ਦੀ ਸ਼ਕਲ ਵੇਖਣ ਦੀ ਉਹਨੂੰ ਆਦਤ ਹੋ ਗਈ ਸੀ ਨਾ ਰਸ਼ੀਦੇ ਨੇ ਉਹਨੂੰ ਕਦੇ ਕੁਝ ਕਿਹਾ ਸੀ ਉਹਨੇ ਕਦੇ ਰਸ਼ੀਦ ਦੇ ਨੂੰ ਬੁਲਾਇਆ ਸੀ ਸੁੱਤੀ ਪਈ ਦੇ ਮੂੰਹ 'ਚ ਰਸ਼ੀਦ ਦਾ ਤੱਤੇ ਕੀਤੇ ਹੋਏ ਗੁੜ ਤੇ ਖਿਓ ਦੇ ਚਮਚੇ ਪਾਉਂਦਾ ਸੀ ਕਦੇ ਖੁਜੋ ਦੇ ਅੰਦਰ ਲੰਘ ਜਾਂਦਾ ਕਦੇ ਉਹ ਥੁੱਕ ਛੱਡਦੀ ਸੀ ਫਿਰ ਉਹਨੇ ਹੌਸਲਾ ਕਰਕੇ ਕੰਧ ਨਾਲ ਪਿੱਠ ਜੋੜੀ ਤੇ ਮੰਜੀ ਉੱਤੇ ਬਹਿ ਗਈ ਮੈਂ ਕਿੱਥੇ ਆ ਉਹਨੇ ਪੁੱਛਿਆ ਮੇਰੇ ਕੋਲ ਰਸ਼ੀਦ ਦਾ ਮੰਜੀ ਦੇ ਸਾਹਮਣੇ ਲੱਕੜੀ ਦੇ ਇੱਕ ਸਟੂਲ ਤੇ ਬੈਠਾ ਆਇਆ ਸੀ ਰਸ਼ੀਦ ਦੇ ਦਾ ਮੂੰਹ ਨੀਵਾ ਸੀ ਅਜ ਰਸ਼ੀਦੇ ਦੀਆਂ ਅੱਖਾਂ ਪਾਟ-ਪਾਟ ਕੇ ਪੂਰੋ ਦੇ ਮੂੰਹ ਉੱਤੇ ਨਹੀਂ ਸੰ ਪੈਂਦੀਆਂ ਪਈਆਂ ਤੂੰ ਮੈਨੂੰ ਇੱਥੇ ਕਿਉਂ ਆਂਦਾ ਏ ਪੂਰੋ ਨੂੰ ਪੁੱਛਣ ਦਾ ਜੇਰਾ ਪਿਆ ਫਿਰ ਕਦੀ ਦੱਸਾਂਗਾ ਰਸ਼ੀਦੇ ਨੇ ਇੰਨਾ ਕਿਹਾ ਤੇ ਉੱਠ ਕੇ ਬਾਹਰ ਤੁਰ ਗਿਆ ਗਮ ਸੰਪੂਰਨ ਮਨਜੀ ਉੱਤੇ ਪਈ ਰਹੀ ਹਮ ਕਮਰੇ ਦਾ ਬੂਹਾ ਖੁੱਲਾ ਸੀ ਪੂਰੋ ਨੇ ਤੱਕਿਆ ਬਾਹਰ ਇੱਕ ਛੋਟਾ ਜਿਹਾ ਦਲਾਨ ਸੀ ਦਲਾਨ ਦੇ ਨਾਲ ਇੱਕ ਨਿੱਕੀ ਜਿਹੀ ਡਿਊਟੀ ਸੀ ਤੇ ਫਿਰ ਬਾਹਰਲਾ ਬੂਹਾ ਉਹ ਕੰਬ ਦੀ ਕੰਬ ਦੀ ਉੱਠੀ ਉਨੇ ਚਾਤ ਫਿਰ ਇੱਕੰਦਾ ਵੱਲ ਵੇਖਿਆ ਉਹਨੂੰ ਡਰ ਸੀ ਕਿ ਹੁਣ ਕੋਈ ਕੰਦਾ ਅੰਦਰੋਂ ਵੀ ਬੰਦਾ ਨਿਕਲ ਆਏਗਾ ਉਹਨੂੰ ਬਾਹੋਂ ਫੜ ਕੇ ਮੰਜੀ ਤੇ ਸੁੱਟ ਦੇਗਾ ਪਰ ਕੰਦਾ ਵਿੱਚੋਂ ਕੋਈ ਨਾ ਨਿਕਲਿਆ ਪੂਰੋਂ ਬਾਹਰਲੇ ਦਲਾਂਚ ਆ ਗਈ ਦਲਾਂਚ ਇੱਕ ਗੁੱਠੇ ਚੁੱਲ੍ਹੇ 'ਚ ਬੁਜੀ ਹੋਈ ਅੱਗ ਸੀ ਕੋਲੀ ਕਹਾਂਡੀ ਤੇ ਤਵਾ ਭਰਾਤ ਖਿਲ ਰਿਆ ਹੋਇਆ ਸੀ ਪਾਣੀ ਦੀ ਇੱਕ ਘੜੀ ਭਰੀ ਹੋਈ ਸੀ ਗੁੱਠ ਵਿੱਚ ਪਈ ਹੋਈ ਪਰ ਕੋਈ ਬੰਦਾ ਕਿਤੇ ਨਜ਼ਰ ਨਹੀਂ ਸੀ ਆਉਂਦਾ ਉਕੰਬ ਦੇ ਕੰਬ ਦੇ ਪੈਰਾਂ ਨਾਲ ਜੁੜੀ ਚਾਈ ਬਾਹਰਲੇ ਬੂਏ ਕੋਲ ਆਈ ਫਿਰ ਪਿਛਾਂ ਪਰਤ ਕੇ ਕੋਠੜੀ ਵੱਲ ਤੱਕਿਆ ਫਿਰ ਬੂਏ ਦੇ ਕੋਲ ਵਾਰ ਹੋ ਗਈ ਪਰ ਮਕਾਨ ਦਾ ਦਰਵਾਜ਼ਾ ਪੂਰੋ ਦੀ ਕਿਸਮਤ ਵਾਂਗ ਬੰਦ ਪਿਆ ਹੋਇਆ ਸੀ ਪੂਰੋ ਨੇ ਬੰਦ ਬੂਏ ਨਾਲ ਸਿਰ ਜੋੜਿਆ ਪਰ ਬੂਏ ਨੂੰ ਨਾ ਪੂਰੋ ਦੇ ਟੱਠੇ ਹੋਏ ਸਿਰ ਤੇ ਤਰਸ ਆਇਆ ਨਾ ਮੁਧੜੇ ਪੈ ਮੂੰਹ ਤੇ ਨਾ ਪਿੜੀਆਂ ਰੁਹਣਾਂ ਖੰਤੇ ਪੱਲੇ ਨਾਲ ਮੂੰਹ ਪਹੁੰਚ ਕੇ ਬੂਏ ਨਾਲ ਉਪਰਤ ਪਈ ਘੜੀ ਵਿੱਚੋਂ ਪਾਣੀ ਦੀ ਇੱਕ ਬੁੱਕ ਭਰ ਕੇ ਪੁਰੂ ਨੇ ਅੱਖਾਂ ਉੱਤੇ ਪਾਈ। ਫਿਰ ਉਹਨੂੰ ਖਿਆਲ ਆਇਆ ਕਿ ਉਹ ਬੂਏ ਨੂੰ ਭੰਨ ਦੇਖੇ। ਖੌਰੀ ਕੋਈ ਆਂਢੀ ਗਵੰਢੀ ਜਰਾ ਗਜਰ ਉਹਦੀ ਆਵਾਜ਼ ਸੁਣੀ। ਉਹਨੇ ਦਲਾਂ ਦੀਆਂ ਕੱਚੀਆਂ ਤੇ ਉੱਚੀਆਂ ਕੰਧਾਂਵਲ ਵੇਖਿਆ। ਫਿਰ ਇੱਕ ਵਾਰੀ ਸਾਰੇ ਜੀ ਨੂੰ ਇਕੱਠਾ ਕਰਕੇ ਬੂਏ ਨੂੰ ਭੰਨਿਆ। ਉਹਨੇ ਬੂਏ ਦੀਆਂ ਛੀਥਾਂ 'ਚੋਂ ਤੱਕਿਆ ਬਾਹਰ ਖੁੱਲਾ ਮੈਦਾਨ ਹੀ ਮੈਦਾਨ ਸੀ। ਕੋਈ ਕੋਠਾ ਕੁਲਾ ਨਜ਼ਰ ਨਹੀਂ ਸੀ ਆਉਂਦਾ। ਉਹਦਾ ਮੱਥਾ ਸੋਚ ਸੋਚ ਰਹਿ ਗਿਆ ਉਹ ਖੌਰੀ ਕਿਹੜੇ ਜੰਗਲ ਚ ਸੀ ਪੂਰਾ ਬੂਹੇ ਕੋਲੀ ਖਲੋਤੀ ਸੀ ਬਾਹਰੋਂ ਹੀ ਬੂਹਾ ਖੋਲਿਆ ਰਸ਼ੀਦੇ ਨੇ ਅੰਦਰ ਲੰਕੇ ਅੰਦਰੋਂ ਦੀ ਬੂਹਾ ਬੰਦ ਕਰ ਲਿਆ ਕੇ ਜੰਦਰਾ ਮਾਰ ਦਿੱਤਾ ਉੱਥੇ ਬਹਿ ਗਈ ਪੂਰਾ ਐਵੇਂ ਕਾ ਨੂੰ ਬਾ ਨੂੰ ਟੱਕਰਾ ਮਾਰਨੀ ਚਲ ਅੰਦਰ ਕੋਈ ਬੁਰਕੀ ਮੂੰਹ ਚ ਪਾ ਲੈ ਤੂੰ ਦੋ ਦਿਨਾਂ ਤੋਂ ਖਾਦਾ ਖੁਜਣੀ ਰਸ਼ੀਦੇ ਨੇ ਖਲਿਆ ਖਲਿਆ ਆਖਿਆ ਉੰਜ ਨਾ ਪੂਰੋ ਦਾ ਹੱਥ ਫੜ ਕੇ ਉਠਾਇਆ ਨਾ ਉਹ ਦੇਵਲ ਪਾਟ-ਪਾਟ ਪੈਦੀਆਂ ਅੱਖਾਂ ਨਾਲ ਤੱਕਿਆ ਮੇਰੇ ਉੱਤੇ ਤਰਸ ਕਰ ਰਚੀ ਦੇਆ ਮੈਨੂੰ ਘਰ ਛੱਡਾ ਪੂਰੋ ਦੇ ਪੈਰਾਂ ਤੇ ਟੈਪਈ ਐਤਕੀ ਰਿਸ਼ੀ ਦੇ ਨੇ ਪੂਰੋ ਨੂੰ ਆਪਣੀਆਂ ਲੱਠ ਹੋਰਗੀਆਂ ਜਵਾਨ ਬਾਹਾਂ ਚ ਘੁੱਟ ਲਿਆ ਮੇਰੇ ਦਿਲ ਦੀ ਅੱਗ ਨੂੰ ਕੌਣ ਬੁਝਾਏਗਾ ਰਿਸ਼ੀ ਦੇ ਨੇ ਹੱਥ ਪੈਰ ਮਾਰਦੀ ਪੂਰੋ ਨੂੰ ਆਪਣੀਆਂ ਬਾਹਾਂ ਚ ਲੱਪੀ ਰੱਖਿਆ ਉਹ ਵੀ ਦਿਉ ਲੰਘ ਗਿਆ ਉਹ ਰਾਤ ਵੀ ਲੰਘ ਗਈ ਫਿਰ ਰਸ਼ੀਦ ਨੇ ਉਹਨੂੰ ਕੁਝ ਨਾ ਆਖਿਆ ਬੂਆ ਉਂਝ ਦਾ ਉਂਝ ਬੰਦ ਹੋ ਗਿਆ ਸੀ ਰਸ਼ੀਦ ਦਾ ਉਂਝ ਦਾ ਉਂਝ ਉਹਦੇ ਪਹਿਰੇ ਤੇ ਸੀ ਰਸ਼ੀਦ ਦਾ ਉਸ ਘਰ ਵਿੱਚੋਂ ਬਾਹਰ ਵੀ ਜਾਂਦਾ ਘੰਟਾ ਦੋ ਘੰਟੇ ਬਾਹਰ ਵੀ ਲਾ ਆਉਂਦਾ ਪੂਰੋ ਕੈਦ ਰਹਿੰਦੀ ਫਿਰ ਰਾਤ ਪਰਬਾਤ ਦੇ ਡੂੰਗੇ ਹਨੇਰਿਆਂ ਚ ਰਸ਼ੀਦ ਦਾ ਪੂਰੋ ਦਾ ਹੱਥ ਫੜ ਕੇ ਉਹਨੂੰ ਘਰੋਂ ਬਾਹਰ ਲਿਜਾਣ ਲੱਗ ਪਿਆ ਪੂਰੋ ਨੇ ਤੱਕਿਆ ਉਸ ਤੋਂ ਬਗੈਰ ਲਾਂਬ ਚਾਂਬ ਦੇ ਇਸ ਮੈਦਾਨ ਚ ਕੋਈ ਘਰ ਨਹੀਂ ਸੀ ਰਸ਼ੀਦ ਦੇ ਦੇ ਇਸ ਮਕਾਨਦਵਾਲੇ ਬੜਾ ਵੱਡਾ ਫੈਲਿਆ ਹੋਇਆ ਇੱਕ ਬਾਗ ਸੀ। ਇੱਕ ਘਰ ਖੋਰੇ ਬਾਗ ਦੇ ਮਾਲੀਆਂ ਦਾ ਘਰ ਸੀ। ਬਾਗ 'ਚ ਮਾਲੀ ਹੋਣਗੇ ਪਰ ਪੂਰੋ ਨੇ ਕਦੇ ਸੁਣੇ ਜਾਂ ਧੱਕੇ ਨਹੀਂ ਸਨ। ਨਾ ਪੂਰੋ ਦੀਆਂ ਦਿਹਾੜਾਂ ਲੰਗਦੀਆਂ, ਨਾ ਪੂਰੋ ਦੀਆਂ ਰਾਤਾਂ ਮੁੱਕਦੀਆਂ। ਪੂਰੋ ਨੂੰ ਸਿਰਫ ਇੱਕੋ ਹੀ ਸ਼ੁਕਰ ਸੀ ਫਿਰ ਸੀਦੇ ਨੇ ਉਹਨੂੰ ਕੋਈ ਮਾੜੀ ਚੰਗੀ ਨਹੀਂ ਸੀ ਆਖੀ। ਉਹਦੀ ਇੱਜ਼ਤ ਅੱਜ ਤੱਕ ਅਮਨਮਾਨੀ ਸੀ। ਭਾਵੇਂ ਉਹਦੇ ਉੱਤੇ ਨਾ ਉਹਦੀਆਂ ਮਿੰਤਾਂ ਦਾ ਅਸਰ ਹੁੰਦਾ ਸੀ ਨਾ ਉਹਦੀਆਂ ਗੰਨ ਹੁੰਦਾ। ਪੂਰੋ ਨੂੰ ਆਪਣੀ ਸੋਚ ਮੁਤਾਬਕ ਨੂੰ ਕੈਦ ਹੋਇਆ ਪੂਰੇ 15 15 ਦਿਨ ਹੋ ਗਏ ਸਨ। ਇੱਕ ਦਿਹਾੜੇ ਰਸ਼ੀਦ ਦੇ ਨੇ ਰੇਸ਼ਮ ਦਾ ਇੱਕ ਲਾਲ ਸੂਟ ਪੂਰੋ ਦੇ ਅੱਗੇ ਲਿਆ ਧਰਿਆ। ਇਸ ਤੋਂ ਪਹਿਲਾਂ ਵੀ ਰਸ਼ੀਦ ਨੇ ਉਹਦੇ ਵਟਾਣ ਲਈ ਦੋ ਜੋੜੇ ਸੂਤੀ ਕੱਪੜਿਆਂ ਦੇ ਆਂਦੇ ਸਨ। ਪਰ ਐਤ ਕੀ ਰਸ਼ੀਦ ਨੇ ਲਾਲ ਰੇਸ਼ਮ ਦਾ ਸੂਟ ਉਹਦੇ ਅੱਗੇ ਧਰ ਦੇ ਅੰਕਿਆ। ਫਜ਼ਰੀਨਾ ਤੋ ਕੇ ਤਿਆਰ ਹੋ ਜਾਈ 몰ਵੀ ਆ ਕੇ ਸਾਡਾ ਨਿਕਾਹ ਪੜਾ ਦੇਗਾ ਪੂਰੋ ਦਾ ਦਿਲ ਧੱਕ ਕਰਕੇ ਰਹਿ ਗਿਆ ਜਾ ਜਾਂਦੀ ਏ ਜੋ ਹੁਣ ਤੱਕ ਨਹੀਂ ਹੋਈ ਉਹ ਹੋ ਕੇ ਰਹੇਗੀ ਉਸ ਦਿਹਾੜਿ ਉਹ ਫਿਰ ਰਸ਼ੀਦੇ ਦੇ ਪੈਰਾਂ ਤੇ ਟਹਿ ਪਈ ਪੂਰੋ ਹੁਣਾ ਹੁਆਣਾ ਕੱਖ ਨਹੀਂ ਐਵੇਂ ਨਾ ਮੇਰੇ ਸਿਰ ਤੇ ਗੁਨਾਹਾਂ ਦਾ ਭਾਰ ਚੜਾ ਕਸਮੇ ਅੱਲਾ ਪਾਕ ਦੀ ਮੇਰੇ ਕੋਲੋਂ ਤੇਰਾ ਰੋਣਾ ਨਹੀਂ ਵੇਖਿਆ ਜਾਂਦਾ ਰਸ਼ੀਦੇ ਨੇ ਮੂੰਹ ਪਰਾਂ ਕਰਕੇ ਆਖਿਆ ਪੂਰੋਂ ਨੂੰ ਸਮਝ ਨਾ ਪਈ ਕਿ ਜੇ ਰਸ਼ੀਦਾ ਇੱਡੀ ਮਿਹਰਬਾਨ ਸੀ ਤਾਂ ਉਹਨੇ ਉਹਦੇ ਸਿਰ ਉੱਤੇ ਏਡਾ ਕਹਿਰ ਕਿਉਂ ਟਾਇਆ ਤੈਨੂੰ ਆਪਣੇ ਅੱਲਾਹ ਦੀ ਕਸਮ ਹੀ ਰਸ਼ੀਦਾ ਮੈਨੂੰ ਸੱਚੋ ਸੱਚ ਦੱਸ ਤੂੰ ਮੇਰੇ ਨਾਲ ਐਡੀ ਕਿਉਂ ਕੀਤੀ ਪੂਰੋਂ ਤੇਰਾ ਮੇਰਾ ਸਬੰਧ ਕੋਈ ਪਿਛਲੇ ਹੀ ਲੈਣੇ ਦੇਣੇ ਨੇ ਹੁਣ ਤੂੰ ਇਹਨਾਂ ਗੱਲਾਂ ਚੁੱਪ ਕੇ ਹੀ ਲੈਣਾ ਜੋ ਹੋ ਗਈ ਸੋ ਹੋ ਗਈ ਮੈਂ ਤੈਨੂੰ ساری ਉਮਰ ਅਜ਼ਾ ਨਾ ਲੱਗਣ ਦਿਆਂਗਾ ਪੂਰੋਂ ਹੈਰਾਨ ਸੀ ਪਰੇਸ਼ਾਨ ਸੀ ਇੱਕ ਇਹ ਬੰਦਾ ਪੂਰਾ ਸਾਡੇ ਸ਼ੇਖਾਂ ਦੇ ਘਰਾਣੇ ਵਿੱਚ ਤੇ ਤੁਹਾਡੇ ਸ਼ਾਹਾਂ ਦੇ ਘਰਾਣੇ ਵਿੱਚ ਸਾਡੇ ਦਾਦਿਆਂ ਵੇਲੇ ਤੋਂ ਇੱਕ ਵੈਰ ਚੱਲਿਆ ਹੁੰਦਾ ਹੈ ਤੇਰੇ ਦਾਦੇ ਨੇ ਪੰਜ ਸਿਆਣ ਤੋਂ ਗਿਰਵੀ ਰੱਖੇ ਹੋਏ ਸਾਡੇ ਕੋਠੇ ਉੱਤੇ ਵਿਆਜ ਦਰ ਵਿਆਜ ਲਾਈ ਸੰ ਤੇ ਫਿਰ ਕੁਰਕੀ ਕਰਾ ਕੇ ਸ਼ੇਖਾਂ ਦੇ ਘਰਾਣੇ ਨੂੰ ਘਰੋਂ ਬੇਕਾਰ ਕੀਤਾ ਸੀ ਨਿਰੈ ਨਈ ਨਹੀਂ ਉਹਦੇ ਮੁਨਸ਼ੀਆ ਕਰਿੰਦਿਆਂ ਨੇ ਸਾਡੇ ਘਰਾਂ ਦੀਆਂ ਤੀਵੀਆਂ ਨੂੰ ਕਈ ਬੋਲ ਕਬੂਲ ਬੋਲੇ ਤੇ ਮੇਰੇ ਦਾਦੇ ਦੀ ਵੱਡੀ ਧੀ ਨੂੰ ਜ਼ੋਰੀ ਤੇਰੇ ਦਾਦੇ ਦੇ ਵੱਡੇ ਪੁੱਤਰ ਨੇ ਤਰੇ ਰਾਤਾਂ ਆਪਣੇ ਘਰ ਰੱਖਿਆ ਤੇਰੇ ਦਾਦੇ ਦੇ ਵਿੰਦਿਆਂ ਐਡਾ ਜ਼ੁਲਮ ਹੋਇਆ ਪਰ ਸ਼ੇਖਾਂ ਦਾ ਕਰਾਣਾ ਉਦੋਂ ਕਮਾਦ ਵਾਂਗ ਨਿੱਪੜਿਆ ਹੋਇਆ ਸੀ ਸਾਰੇ ਲਹੂ ਤੇ ਅਥਰੂ ਪੀ ਕੇ ਰਹਿ ਗਏ ਪਰ ਮੇਰੇ ਦਾਦੇ ਨੇ ਮੇਰੇ ਚਾਚਿਆਂ ਤਾਇਿਆਂ ਤੇ ਮੇਰੇ ਪਿਓ ਨੂੰ ਕੁਰਾਨ ਚੁਕਾ ਕੇ ਕਸਮਾਂ ਪੁਆਈਆਂ ਸਨ ਕਿ ਇਹਦਾ ਬਦਲਾ ਲੈ ਕੇ ਉਹ ਰਹਿਣਗੇ ਉਸ ਤੋਂ ਅਗਲੀ ਪੀੜ੍ਹੀ ਵੇਲੇ ਗੱਲ ਸੁੱਤੀ ਸੋਗੇ ਹੁਣ ਜਦੋਂ ਤੇਰਾ ਕਾਜ ਇਸੇ ਪਿੰਡ 'ਚ ਰਚੀਨ ਲੱਗਾ ਮੇਰੇ ਚਾਚੇਆਂ ਤਾਇਆں ਦੇ ਲਹੂ 'ਚ ਪੁਰਾਣਾ ਬਦਲਾ ਖੋਲ ਪਿਆ ਉਹਨਾਂ ਨੇ ਮੈਨੂੰ ਕਸਮਾਂ ਪੁਆਈਆਂ ਮੇਰੇ ਲਹੂ ਨੂੰ ਵੰਗਾ ਰਿਆ ਤੇ ਮੈਂ ਥੋਂ ਕਾਲ ਕਰਵਾਇਓ ਨਹੀਂ ਕਿ ਸਹਾਂ ਸ਼ਾਹਾਂ ਦੀ ਧੀ ਨੂੰ ਵਿਆਹ ਤੋਂ ਪੂਰੇ ਉਰੇ ਕਿਸੇ ਵੀ ਦਿਨ ਚੁੱਕ ਖੜੇਗਾ ਰਸ਼ੀਦਾ ਚੁੱਪ ਕਰ ਰਹੀ ਪੂਰੋ ਸਬਰ ਨਾਲ ਆਪਣੀ ਗੁਮੇ ਦੀ ਕਹਾਣੀ ਸੁਣਦੀ ਰਹੀ ਪੂਰੋ ਪਹਿਲੇ ਹੀ ਦਿਨ ਮੈਂ ਜਦੋਂ ਤੈਨੂੰ ਤੱਕਿਆ ਰੱਬ ਗਵਾਹੀ ਮੈਨੂੰ ਤੇਰੇ ਨਾਲੇ ਸ਼ਕ ਹੋ ਗਿਆ ਇੱਕ ਮੇਰੀ ਮੁਹੱਬਤ ਦਾ ਜ਼ੋਰ ਦੂਸਰਾ ਮੇਰੀ ਪਿੱਠ ਹਤੇ ਸਾਰਾ ਸ਼ੇਖ ਘਰਾਣਾ ਮੈਂ ਤੈਨੂੰ ਲੈ ਆਇਆ ਪਰ ਮੇਰੇ ਕੋਲੋਂ ਕਸਮ ਕਰਾ ਲੈ ਮੇਰੇ ਕੋਲੋਂ ਤੇਰਾ ਦੁੱਖ ਨਹੀਂ ਵੇਖਿਆ ਜਾਂਦਾ ਰਸ਼ੀ ਦੇ ਨੇ ਫੇਰ ਆਖਿਆ ਪੂਰੋ ਨੇ ਦੋਹਾਂ ਹੱਥਾਂ ਚ ਆਪਣੇ ਮੱਥੇ ਨੂੰ ਘੁੱਟਿਆ ਤੇਰੀ ਪੂਆ ਨੂੰ ਮੇਰੇ ਤਾਏ ਨੇ ਚੁੱਕ ਖੜਿਆ ਪਰ ਰਛੀਦਿਆ ਇਹਦੇ ਚ ਮੇਰਾ ਕੀ ਦੋਸ਼ ਹਾਏ ਮੈਂ ਕਿਤੇ ਜੋਗੀ ਨਾ ਰਹੀ ਪੂਰਾ ਦਾ ਸਾਰਾ ਮੂਥਰਵਾਂ ਨਾਲ ਪੇਜ ਗਿਆ ਇਹੋ ਹੀ ਤੇ ਮੈਂ ਆਂਦਾ ਸ ਪਰ ਮੇਰੇ ਚਾਚੇ ਮੈਨੂੰ ਫਟਕਾਰਾਂ ਪਾਉਂਦੇ ਸ ਤੇ ਰਛੀਦਿਆ ਤੂੰ ਉਹਨਾਂ ਦੇ ਚੁੱਕੇ ਚੁੱਕਾ ਹੀ ਮੈਨੂੰ ਮਾਰ ਛੱਡਿਆ ਪੂਰਾ ਰੋਂਦੀ ਰੋਂਦੀ ਕਹਿ ਗਈ ਪੂਰਾ ਮੈਂ ਸਾਰੀ ਉਮਰ ਤੇਰੇ ਅੱਗੇ ਜੱਗ ਦੀਆਂ ਨਿੰਮਤਾ ਲਿਆ ਲਿਆ ਕੇ ਰੱਖਾਂਗਾ ਰਛੀਦੇ ਨੇ ਗਲਾ 'ਤੇ ਰੱਖਿਆ ਮੈਂ ਤੇਰੇ ਤਾਈ ਹਰ ਨਹੀਂ ਕਰਨ ਲੱਗਾ ਕਿ ਤਿੰਨ ਰਾਤਾਂ ਤੋਂ ਬਾਅਦ ਆਪਣੀ ਬਣਾਈ ਹੋਈ ਤ੍ਰੀਮਤ ਨੂੰ ੱੱਕਾ ਦੇ ਦੇ ਦਿਆਂ ਰਛੀ ਦੇਆ ਮੈਨੂੰ ਇੱਕ ਵਾਰ ਮੇਰੀ ਮਾਂ ਨੂੰ ਮਿਲਾ ਦੇ ਪੂਰੋ ਨੂੰ ਇਹ ਔੜਿਆ ਕਹਿਣ ਲੱਗੀ ਨੇਕ ਬਖਤੀਏ ਉਹਨੋਂ ਉਸ ਘਰ 'ਚ ਤੇਰੀ ਥਾਂ ਨਹੀਂ ਉਹਨਾਂ ਦੀ ਬਰਾਦਰੀ ਦਾ ਕਿਹੜਾ ਹਿੰਦੂ ਫਿਰ ਸ਼ਾਹਾਂ ਦੇ ਘਰ ਦਾ ਪਾਣੀ ਪੀਏਗਾ ਤੂੰ ਮੇਰੇ ਘਰ ਪੂਰੇ 15 ਦਿਨ ਰਹਿ ਚੁੱਕੀਂ ਪਰ ਮੈਂ ਤੇਰੇ ਘਰ ਦਾ ਸਿਰਫ ਹੱਨ ਪਾਣੀ ਮੂੰਹ ਲਾਇਆ ਮੈਂ ਪੂਰੋ ਅਗੂ ਨਾ ਕਹਿ ਸਕੇ ਪਰ ਰਿਸ਼ੀ ਦਾ ਸਮਝ ਗਿਆ ਸੀ ਜੋ ਪੂਰੋ ਨੇ ਕਹਿਣਾ ਸੀ ਇਸ ਗੱਲ ਨੂੰ ਕੌਣ ਮੰਨੇਗਾ ਪੂਰੋ ਇਹ ਤਾਂ ਮੇਰੀ ਸ਼ਰਾਫਤ ਹੈ ਕਿ ਪਹਿਲਾਂ ਮੈਂ ਤੇਰੇ ਨਾਲ ਨਿਕਾਣਾ ਪੜਾਵਾਂਗਾ ਰਿਸ਼ੀ ਦੇ ਨੇ ਨਰਮ ਜਿਹੀਆਂ ਅੱਖਾਂ ਨਾਲ ਪੂਰੋ ਵੱਲ ਤੱਕਿਆ ਪੂਰੋ ਦੇ ਜੀਤ 'ਚ ਉਹਦਾ ਮੰਗੇਤਰ ਫਿਰ ਗਿਆ ਉਹਨੂੰ ਤੇਲ ਚੜਨਾ ਸੀ ਉਹਨੇ ਮਾਈਆਂ ਪਹਿਣਾ ਸੀ ਉਹਨੇ ਹਲਦੀ ਵਾਲਾ ਵਟਣਾ ਮਲਣਾ ਸੀ ਉਹਨੇ ਸੁੱਚੇ ਦੰਤ ਦਾ ਲਾਲ ਚੂੜਾ ਚੜਾਉਣਾ ਸੀ ਉਹਨੇ ਕੋਡੀਆਂ ਵਾਲੇ ਕਲੀਰੇ ਛਣਕਾਣੇ ਸਨ ਉਹਨੇ ਸੁਚੇਤ ਤੇਵਰ ਪਾਣੇ ਸਨ ਉਹਨੂੰ ਰੂਪ ਚੜਨਾ ਸੀ ਉਹਨੇ ਡੋਲੀ ਪਹਿਣਾ ਸੀ ਉਹ 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 ਬੇਗੁਨਾ ਸੀ ਉਹ ਮੰਨ ਨਹੀਂ ਸੀ ਸਕਦੀ ਕਿ ਕਿਵੇਂ ਉਹਦੀ ਮਾਂ ਪੱਥਰ ਹੋ ਜਾਏਗੀ ਕਿਵੇਂ ਉਹਦਾ ਪਿਆ ਪਿਓ ਲੋਹਾ ਬਣ ਜਾਏਗਾ ਕਿਵੇਂ ਉਹ ਆਪਣੀ ਧੀ ਨੂੰ ਆਪਣੇ ਘਰੋਂ ਤੇ ਘਰ ਦੇਣਗੇ ਕਿਵੇਂ ਉਹਦੇ ਘਰ ਦੀਆਂ ਮੁਹੱਠਾਂ ਉਹਨੂੰ ਅੰਦਰ ਵੜਨ ਤੋਂ ਇਨਕਾਰ ਕਰ ਦੇਣਗੇ ਉਹਨਾਂ ਮੇਰੇ ਮਾਪਿਆਂ ਦਾ ਕੀ ਹਾਲ ਹੋਇਆ ਹੋਵੇਗਾ ਜਦੋਂ ਮੈਂ ਘਰ ਨਾ ਪਹੁੰਚੀ ਹੋਵਾਂਗੀ ਮੇਰੀ ਭੈਣ ਪੂਰਨ ਉਹ ਵੇਲਾ ਯਾਦ ਆ ਗਿਆ ਜਿਸ ਵੇਲੇ ਹੁਣੀ ਉਹਦੇ ਸਿਰ ਤੇ ਟਹਿ ਪਈ ਸੀ ਉਹ ਰੋਂਦੇ ਪਿੱਟਦੇ ਰਹੇ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਮੇਰੇ ਮੇਰਾ ਦਾਦਾ ਤੇ ਮੇਰੇ ਪਿਓ ਚਾਚੇ ਮੇਰੀ ਫੁੱਫੀ ਦੇ ਚਲੇ ਜਾਣ ਵੇਲੇ ਪੁਲਿਸ ਵੀ ਬੱਥੇਰਾ ਪਹੁੰਚੋਂ ਲਥੀ ਪਰ ਉਹਨਾਂ ਨੂੰ ਕੋਈ ਸੂ ਨਹੀਂ ਲੱਗੇ ਲੱਗ ਸਕੀ ਲੱਗ ਵੀ ਕਿਵੇਂ ਸਕਦੀ ਹੈ ਪੁਲਸ ਨੇ ਪੂਰਾ 500 ਰੁਪਏ ਖਾਦਾ ਏ ਰਸੀਦੇ ਦੀ ਮੁਸਕੜੀ ਨਿਕਲ ਗਈ ਤੂੰ ਜਾਣੀ ਐ ਇਸ ਵੇਲੇ ਸਾਡਾ ਪਾਸਾ ਪਰ ਆਇਆ ਪਿੰਡ ਸਾਰਾ ਮੁਸਲਕਾ ਏ ਤੇ ਕੋਈ Hindu ਦਾ ਜਣਾ ਅੱਖ ਚੁੱਕ ਕੇ ਸਾਡੇ ਵੱਲ ਨਹੀਂ ਦੇਖ ਸਕਦਾ ਇੰਨਾ ਹੀ ਖੈਰ ਏ ਕਿ ਉਹਨਾਂ ਦੀ ਜਾਨ ਸਲਾਮਤ ਏ ਉਹਨਾਂ ਨੂੰ ਆਪਣੇ ਸਿਰ ਲੋੜੀਂਦੇ ਨੇ ਉਹ ਬਿਰਕ ਨਹੀਂ ਸਕਦੇ ਜੇ ਉਹ ਸਾਡੇ ਘਰ ਵੱਲ ਉਂਗਲ ਕਰਦੇ ਤਾਂ ਸਾਡੇ ਬੰਦੇ ਉਹਨਾਂ ਨੂੰ ਖਾ ਲਓ ਫਾਰ ਨਾਲ ਟੱਪਣ ਦਿੰਦੇ ਰਿਸ਼ੀਦੇ ਨੇ ਕੁਝ ਹੱਸ ਕੇ ਆਖਿਆ ਸ਼ਾਇਦ ਉਹਦੇ ਵਿੱਚ ਪੁਰਾਣੇ ਬਦਲੇ ਦੀ ਅੱਗ ਜਗਦੀ ਪਈ ਸੀ ਪੂਰੋ ਨੂੰ ਰਿਸ਼ੀਦੇ ਦੇ ਮੂੰਹ ਨਾਲ ਇੱਕ ਤਿੱਖੀ ਜੀ ਨਫ਼ਰਤ ਆਈ ਉਹਦਾ ਜਨਮ ਗਿਆ ਜਹਾਨ ਗਿਆ ਸ਼ਾਇਦ ਉਹਦੇ ਮਾਪਿਓ ਛਤ ਤੋਂ ਆਣੀ ਨੂੰ ਆਪਣੀ ਧੀ ਦੀ ਬਲੀ ਦੇ ਕੇ ਮੁਰਦ ਸਿਆਮ ਪਰਤ ਗਏ ਹੋਣ ਮੇਰੇ ਮਾਪਿਓ ਸਿਆਮ ਟੁਰ ਗਏ ਨੇ ਪੂਰੋ ਨੇ ਲलकੜੀ ਲੈ ਕੇ ਪੁੱਛਿਆ ਨਹੀਂ ਅਜੇ ਨਹੀਂ ਰਿਸ਼ੀਦੇ ਨੇ ਦਸ ਛੱਡਿਆ ਮੈਂ ਕਿੱਥੇ ਰਹਿਣੀ ਆ ਆਪਣੇ ਪਿੰਡੋਂ ਕਿੱਡੀ ਕੁ ਦੂਰ ਪੂਰੋ ਨੇ ਉਸੇ ਲਿਲਕੜੀ ਚ ਪੁੱਛਿਆ ਤੂੰ ਆਪਣੇ ਪਿੰਡ ਦੇ ਪਿਛਲੇ ਬੰਨੇ ਮਾਗੂਖੀਆਂ ਦੇਖੂ ਤੋਂ ਪਾਰ ਮੇਰੇ ਆਪਣੇ ਬਾਗ ਵਿੱਚ ਪਰ ਤੂੰ ਸ਼ਾਇਦ ਆਪਣੇ ਪਿੰਡ ਜਾਣ ਦਾ ਸੁਪਨਾ ਲੈਂਦੀ ਹੋਵੇਂਗੀ ਅਜੇ ਨਹੀਂ ਸਰਾ ਠਹਿਰ ਠਰ ਮਾ ਹੋ ਲੈ 6 ਮਹੀਨੇ ਠਹਿਰ ਕੇ ਉੱਥੇ ਵੀ ਲੈ ਚਲਾਂਗਾ ਰਿਸ਼ੀ ਦੀ ਦੀ ਮੁਸਕੜੀ ਨਿਕਲ ਗਈ ਪੂਰੋ ਗੁੰਮ ਸਮ ਹੋ ਗਈ ऋषि ਦੇ ਨੇ ਚੌਲਾਂ ਦੇ ਮਿੱਠੇ ਭੁਲਾ ਦੀ ਤਸ਼ਤਰੀ ਭਰ ਕੇ ਉਸ ਅੱਗੇ ਲਿਆ ਧਰੀ। ਰਸ਼ੀਦਾ ਜਦੋਂ ਬਾਹਰ ਜਾਂਦਾ ਸੀ ਖੌਰੀ ਕਿਸੇ ਦੇ ਹੱਥੋਂ ਆਪਣੇ ਪਿੰਡ ਆਪਣੇ ਪਿੰਡੋਂ ਪਕਵਾਨ ਮੰਗਵਾ ਭੇਜਦਾ ਸੀ। ਪੂਰੋ ਨੂੰ ਕੁਝ ਪਤਾ ਨਹੀਂ ਸੀ। ਉਸ ਦਿਨ ਪੂਰੋ ਦੇ ਮਨ 'ਚ ਕੁਝ ਪੱਕਦਾ ਪਿਆਸ। ਉਹਦੀ ਹਿੰਮਤ ਉਹਨੂੰ ਜਵਾਬ ਨਾ ਦੇ। ਨਾ ਦੇ ਜਾਏ। ਪੂਰੋ ਨੇ ਚੌਲਾਂ ਦੀਆਂ ਦੋ ਚਾਰ ਬੁਰਕੀਆਂ ਆਪਣੇ ਅੰਦਰ ਨਿਕਲ ਲਈਆਂ। ਪਾਣੀ ਵੀ ਘੁੱਟ-ਘੁੱਟ ਕਰਕੇ ਪੂਰਾ ਕਟੋਰਾ ਪੀ ਲਿਆ। ਸਰਾ ਪੂਰੋ ਨੇ ਸਾਰਾ ਤਰਾਣ ਲਾ ਕੇ ਮਨ ਇਕੱਠਿਆਂ ਕੀਤਾ ਰਸ਼ੀਦੇ ਦੇ ਸਹਰਾਣੇ ਬੂਹੇ ਦੀ ਕੁੰਜੀ ਪਈ ਸੀ ਪੂਰੋ ਨੇ ਛੋਪਲੇ ਚੁੱਕੀ ਬੂਹਾ ਖੋਲਿਆ ਉਹਦਾ ਕਲੇਜਾ ਧੜਕ ਧੜਕ ਜਾਂਦਾ ਰਸ਼ੀਦਾ ਹੁਣੇ ਜਾਗਿਆ ਕਿ ਜਾਗਿਆ ਪਰ ਉਹਦੀ ਖੋਟੀ ਜਾਂ ਖਰੀ ਕਿਸਮਤ ਨੂੰ ਰਸ਼ੀਦੇ ਰਸ਼ੀਦਾ ਜਾਗਿਆ ਹੀ ਕੋਈ ਨਾ ਬਾਹਰਲੀ ਰਾਤ ਦੇ ਸਨਾਟੇ ਨੂੰ ਵੇਖ ਕੇ ਪੂਰੋ ਕੰਬ ਕੰਬ ਪਈ ਇੱਕ ਵਾਰ ਉਹਦਾ ਜੀ ਕੀਤਾ ਪਿਛਾਂ ਰਸ਼ੀਦੇ ਕੋਲ ਹੀ ਮੁੜ ਪੋਏ ਖਾਰੇ ਰਾਤ ਦੇ ਹਨੇਰੇ ਚ ਛਤੂਆਨੀ ਦਾ ਆਵੀ ਲੱਭ ਸਕੇਗੀ ਕਿ ਨਾ ਖਾਰੇ ਰਾਤ ਦੇ ਹਨੇਰੇ ਚ ਰਸੀਦੇ ਤੋਂ ਵੀ ਗਏ ਗੁਜ਼ਰੇ ਕਿਸੇ ਕੰਮੀ ਕਮੇਣ ਦੇ ਹੱਥ ਪੈ ਜਾਏਗੀ ਖਾਰੇ ਉਹਦੀ ਕੀ ਬਾਤ ਹੋਏਗੀ ਪਰ ਪੂਰੋ ਨੂੰ ਮਾਂ ਦਾ ਮੂੰਹ ਯਾਦ ਆਇਆ ਭੈਣ ਭਰਾ ਯਾਦ ਆਏ ਉਸਨੇ ਐਵੇਂ ਹੀ ਮਾਗੋ ਕੀ ਆਂਦੇ ਖੂ ਦੀ ਸੇਧ ਜਾਣੀ ਉਹਨੂੰ ਤਰੰਦੀ ਤੇ ਕੰਬਦੀ ਉੱਤਰੀ ਗਈ ਰਾਤ ਦਾ ਡੁੰਗਾ ਹਨੇਰਾ ਫਟ ਗਿਆ ਹੋਇਆ ਸੀ ਮਾਗੋ ਕੀ ਆਂਦੇ ਖੂਦ ਹੀ ਸੇਧ ਠੀਕ ਸੀ ਉਸਨੇ ਹਨੇਰੇ ਹਨੇਰੇ ਚ ਛਤ ਤੋਂ ਆਣੀ ਪਿੰਡ ਦੀ ਪਿੱਠ ਪਛਾਤੀ ਹੁਣ ਉਹ ਨਾ ਇਧਰ ਦੀ ਸੀ ਨਾ ਉਧਰ ਦੀ ਉਹਨੇ ਰੰਦੇ ਖੂਂਦੇ ਜ਼ੋਰ ਨੂੰ ਪੈਰਾਂ ਵਿੱਚ ਪਾਇਆ ਉਹ ਨੱਸੀ ਗਈ ਉਹਨੇ ਛਤ ਤੋਂ ਆਣੀ ਪਿੰਡ ਨੂੰ ਪਛਾਤਾ ਉਹਨੇ ਆਪਣੇ ਘਰ ਵੱਲ ਮੁੜਦੀ ਗਲੀ ਪਛਾਤੀ ਉਹਨੇ ਪਤਲੇ ਹੁੰਦੇ ਜਾਂਦੇ ਹਨੇਰੇ ਚ ਆਪਣੇ ਘਰ ਦੀਆਂ ਮੁਹਾਟਾਂ ਪਛਾਤੀਆਂ ਉਹਨੇ ਬੂਆ ਠਕੋ ਰਿਆ ਜਿਉਂ ਹੀ ਕਿਸੇ ਨੇ ਅੰਦਰੋਂ ਦੀ ਪਿੱਤ ਖੋਲੀ ਉਹ ਆਪਣੀ ਜੋੜੀ ਵਿੱਚ ਫਰਸ਼ ਉਤੇ ਟਹਿ ਪਈ ਉਹਨੇ ਆਪਣੇ ਬਲ ਦਾ ਅਖੀਰੀ ਕਿਣਕਾ ਵੀ ਖਰਚ ਕਰ ਛੱਡਿਆ ਸੀ ਹੁਣ ਉਹਨੇ ਦੌੜ ਦੌੜ ਕੇ ਹਫ-ਹਫ ਕੇ ਦਾਈਆਂ ਹੱਥ ਲਾ ਲਿਆ ਸੀ ਤੇ ਹੁਣ ਉਹਦਾ ਤਰਨ ਜਿਵੇਂ ਮੁੱਕ ਗਿਆ ਸੀ ਪੂਰੇ ਨੇ ਹਨੇਰਾ ਖਾਂਦੀਆਂ ਅੱਖਾਂ ਨਾਲ ਤੱਕਿਆ ਉਹਦੀ ਮਾਂ ਉਹਦਾ ਪਿਓ ਦੀਵਾ ਹੱਥ 'ਚ ਲੈ ਕੇ ਉਹਦੇ ਦੁਆਲੇ ਖਲੋਤੇ ਸਨ ਪੂਰੇ ਇੱਕ ਜ਼ਖਮਪੂਰੋ ਇੱਕ ਜ਼ਖਮੀ ਜਾਨਵਰ ਵਾਂਗ ਡਿਉੜੀ ਦੇ ਕੱਚੇ ਫਰਸ਼ ਉੱਤੇ ਸਿਸਕਣ ਲੱਗ ਪਿਆ। ਉਹਨੇ ਵੇਖਿਆ ਉਹਦੀ ਮਾਂ ਦੀਆਂ ਅੱਖਾਂ ਚੋਂ ਪਾਣੀ ਦੀਆਂ ਘਰਾਲਾਂ ਪਈਆਂ ਵਗਦੀਆਂ ਸਨ। ਮਾਂ ਨੇ ਟੱਠੀ ਪਈ ਪੂਰੋ ਨੂੰ ਆਪਣੀਆਂ ਲੱਤਾਂ ਉੱਤੇ ਪਾ ਲਿਆ। ਉਹਨੇ ਮਾਂ ਦੀ ਛਾਤੀ ਨਾਲ ਇਸ ਤਰ੍ਹਾਂ ਆਪਣੇ ਮੱਥੇ ਨੂੰ ਜੋੜਿਆ ਜਿਵੇਂ ਟੁੱਟੀਆਂ ਹੋਈਆਂ ਆਂਦਰਾ ਹੁਣੇ ਜੁੜ ਜਾਣਗੀਆਂ। ਫਿਰ ਪੂਰੋ ਦੀਆਂ ਡਾਡਾਂ ਨਿਕਲ ਗਈਆਂ। ਲੋਕੀ ਹੁਣ ਇਕੱਠੇ ਹੋ ਜਾਣਗੇ। ਉਹਦੇ ਪਿਓ ਨੇ ਆਪਣੀ ਤ੍ਰੀਮਤ ਦਾ ਮੁੱਢ ਹਲਾਇਆ। ਉਹਦੀ ਮਾਂ ਨੇ ਪੱਲੇ ਦੀ ਚੂ ਇਕੱਠੀ ਕਰਕੇ ਆਪਣੇ ਮੂੰਹ 'ਚ ਧੁੰਨ ਲਈ। ਧੀ ਤੇਰੀ ਕਿਸਮਤ ਹੁਣ ਸਾਡੇ ਵਾਸਤੇ ਕੁਝ ਨਹੀਂ। ਉਹਨੂੰ ਆਪਣੇ ਪਿਓ ਦੀ ਆਵਾਜ਼ ਆਈ। ਉਹ ਮਾਂ ਨਾਲ ਚੰਬੜੀ ਰਹੀ। ਹੁਣ ਇਹ ਸ਼ੇਖਾਂ ਕੇ ਆ ਜਾਣਗੇ ਤੇ ਸਾਡਾ ਘਰ ਬੱਚਾ ਭੀੜ ਦੇਣਗੇ। ਮੈਨੂੰ ਲੈ ਕੇ ਸਿਆਮ ਟੁਰ ਚਲੋ। ਮੈਨੂੰ ਲੈ ਕੇ ਸਿਆਮ ਟੁਰ ਚਲੋ। ਪੂਰੋ ਨੇ ਸੇਰ ਮਾਂ ਦੀ ਛਾਤੀ ਨਾਲ ਲਾਇਆ ਤੇ ਪੂਰੇ ਦਾਈਏ ਨਾਲ ਗਿਆ ਅਸੀਂ ਤੈਨੂੰ ਕਿੱਥੇ ਰੱਖਾਂਗੇ ਕੌਣ ਤੈਨੂੰ ਵਿਆਹ ਕੇ ਖੜੇਗਾ ਤੇਰਾ ਧਰਮ ਗਿਆ ਤੇਰਾ ਜਨਮ ਗਿਆ ਅਸੀਂ ਜੇ ਬਿਰਕੀਏ ਤਾਂ ਸਾਡਾ ਇੱਥੇ ਲਹੂ ਦੀ ਛਿੱਟ ਵੀ ਨਹੀਂ ਲੱਭਣੀ ਹਾਏ ਮੈਨੂੰ ਆਪਣੇ ਹੱਥ ਹੀ ਮਾਰ ਛੱਡੋ ਪੂਰੋ ਨੇ ਤੜਪ ਕੇ ਕਿਹਾ ਧੀਏ ਜੰਮਦੀ ਮਰ ਜਾਂਦੀ ਹੁਣ ਇੱਥੋਂ ਟੁਰ ਜਾ ਹੁਣੇ ਛੇਕ ਆਉਂਦੇ ਹੋਣਗੇ ਤੇਰੇ ਪਿਓ ਭਰਾ ਦਾ ਕਿਤੇ ਵੀ ਬੀ ਨਹੀਂ ਲੱਭਣਾ ਉਹ ਸਾਰਿਆਂ ਨੂੰ ਮਾਰ ਛੱਡਣਗੇ ਮਾਂ ਨੇ ਖੋਰੇ ਕਿਹੜਾ ਪੱਥਰ ਦਿਲ ਉਤੇ ਰੱਖ ਕੇ ਇਹ ਗੱਲ ਅੱਖੀ ਪੁਰੋ ਨੂੰ ਚੇਤੇ ਆਇਆ ਰਛੀਦਾ ਹੁੰਦਾ ਸੀ ਨੇਕ ਬਖਤੀ ਇਹ ਹੁਣ ਉਸ ਘਰ 'ਚ ਤੇਰੀ ਥਾਂ ਨਹੀਂ ਕੀ ਰਛੀਦਾ ਸੱਚੀ ਆਂਦਾ ਸੀ ਪੁਰੋ ਨੂੰ ਇੱਕ ਵਾਰ ਆਪਣਾ ਮੰਗੇਤਰ ਰਾਮਚੰਦ ਚੇਤੇ ਆਇਆ ਮੰਗਣੀ ਕੀ ਤੇ ਵਿਆਹ ਕੀ ਕਿਉਂ ਉਹਦੀ ਕੁਝ ਨਹੀਂ ਸੀ ਲੱਗਦੀ ਉਹਨੇ ਉਹਦੀ ਬਾਤ ਵੀ ਨਾ ਪੁੱਛੀ ਫਿਰ ਉਹਦਾ ਜਿਉਣ ਨੂੰ ਜੀ ਨਾ ਕੀਤਾ ਉਹਨੇ ਸੋਚਿਆ ਹੋਰ ਤੇ ਸਾਰੇ ਬੰਧ ਨੇ ਸ਼ਾਇਦ ਮੌਤ ਦਾ ਰਾਹ ਖੁੱਲ੍ਹਾ ਹੋਵੇ ਉੱਠ ਕੇ ਬਾਹਰ ਵੱਲ ਤੁਰ ਪਈ ਨਾ ਮਾਂ ਨੇ ਫੜਿਆ ਨਾ ਪਿਓ ਨੇ ਫੜਿਆ ਪੂਰੋ ਧੁਰ ਹੀ ਗਈ ਆਉਂਦੀ ਵਾਰ ਉਹ ਜ਼ਿੰਦਗੀ ਨੂੰ ਮਿਲਣ ਆਉਂਦੀ ਪਈ ਸੀ ਉਹਦੇ ਵਿੱਚ ਲਾਲਸਾ ਸੀ ਜਿਉਣ ਦੀ ਮਾਪਿਓ ਨੂੰ ਮਿਲਣ ਦੀ ਉੱਡਾੜੀ ਤਰਹੰਦੀ ਆਈ ਸੀ ਵਾਪਸ ਜਾਂਦੀ ਵਾਰੀ ਉਹ ਮੌਤ ਨੂੰ ਮਿਲਣ ਚੱਲੀ ਸੀ ਹੁਣ ਉਹਦੇ ਵਿੱਚ ਕੋਈ ਡਰ ਪਾ ਨਹੀਂ ਸੀ ਮਤੋਂ ਵੱਧ ਕਿਸੇ ਨੇ ਕੀ ਕਰ ਲੈਣਾ ਉਹ નિਸ਼ੰਗ ਮਗੋਕੀਆਂ ਦੇ ਖੂਵਲ ਜਾਂਦੀ ਪਈ ਸੀ ਸਵੇਰ ਦਾ ਨਵਾਂ ਚਾਨਣ ਸਾਰਿਆਂ ਰੰਗਾਂ ਉੱਤੇ ਡੁੱਲਿਆ ਸੀ ਸਾਹਮਣੇ ਰਸ਼ੀਦਾ ਬਾਹੂ ਦਾਈ ਲਗਾਉਂਦਾ ਸੀ ਪੂਰੋ ਦੇ ਪੈਰ ਜੰਮ ਗਏ ਮੌਤ ਨੇ ਵੀ ਪੂਰੋ ਕੋਲੋਂ ਆਪਣਾ ਦਰਵਾਜ਼ਾ ਭੇੜ ਲਿਆ ਸੀ ਪੂਰੋ ਨੂੰ ਜਾਪਿਆ ਉਹਦੇ ਪਿੰਡੇ ਉੱਤੇ ਨਾ 15 ਦਿਨਾਂ ਦੇ 15 ਦਿਨਾਂ ਨੇ ਸਾਰਾ ਮਾਸ ਲਾ ਲਿਆ ਸੀ ਉਹਨੂੰ ਇੱਕ ਪਿੰਜਰ ਦਾ ਪਿੰਜਰ ਸੀ ਜਿਸਦੀ ਨਾ ਕੋਈ ਸ਼ਕਲ ਸੀ ਨਾ ਸੂਰਤ ਨਾ ਕੋਈ ਮਨ ਨਾ ਕੋਈ ਮਰਜ਼ੀ ਰਸ਼ੀਦੇ ਨੇ ਆ ਕੇ ਉਹਦੀ ਬਾਹ ਫੜ ਲਈ ਉਹਦੇ ਨਾਲ 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 ਹੁਤੂਰੀ ਉਸ ਤੋਂ ਤ੍ਰੇ ਦਿਹਾੜੇ ਇੱਕ ਮੌਲਵੀ ਆਇਆ ਦੋ ਤਰੇ ਬੰਦੇ ਹੋਰ ਆਏ ਉਹਨਾਂ ਪੂਰੇ ਪੂਰੋਂ ਦਾ ਰਸ਼ੀਦੇ ਨਾਲ ਨਿਕਾਹ ਪੜ ਦਿੱਤਾ ਫਿਰ ਆਪੇ ਰਸ਼ੀਦੇ ਨੇ ਪੂਰੋਂ ਨੂੰ ਦੱਸਿਆ ਕਿ ਉਹਦੇ ਮਾਪਿਓ ਖੈਰੀ ਮੇਰੀ ਸਿਆਮ ਤੁਰ ਗਏ ਸਨ ਛਤਵਾਨੀ ਦਾ ਨਾਂ ਲੈਂਦੀ ਐ ਪੂਰੋਂ ਨੂੰ ਘੇਰਨੀ ਪੈਂਦੀ ਸੀ। ਰਸ਼ੀਦਾ ਵੀ ਇਸ ਗੱਲ ਨੂੰ ਸਮਝਦਾ ਸੀ। ਨਾਲੇ ਛਤਵਾਨੀ ਵਿੱਚ ਉਹਨੂੰ ਲਿਜਾਣਾ ਵੀ ਖਤਰੇ ਵਾਲਾ ਸੀ। ਸ਼ਾਇਦ ਰਸ਼ੀਦਾ ਸੋਚਦਾ ਸੀ ਉੱਥੋਂ ਦੇ ਜਾਂ ਨਾਲ ਦੇ ਪਿੰਡਾਂ ਦੇ ਹਿੰਦੂ ਨਾ ਭੜਕ ਪੈਣ। ਭਾਵੇਂ ਉਦੋਂ ਤੱਕ ਮੇਲਾ ਪੱਕਾ ਹੋਣ ਵਾਲਾ ਸੀ। ਕਿਸੇ ਦੀ ਜੁਰਤ ਨਹੀਂ ਸੀ ਵੀ ਬਿਰਕ ਸਕੇ। ਨਾਲੇ ਪرائی ਅੱਗ 'ਚ ਕੌਣ ਪੈਂਦਾ ਹੈ? ਅਗਲਿਆਂ ਦੀ ਪੀੜ੍ਹੀਆਂ ਦੇ ਵੈਰ ਸਨ ਕਿਸੇ ਪਾ ਲੈ, ਕਿਸੇ ਕੱਢ ਲੈ। ਰਸ਼ੀਦੇ ਦੀ ਕੋਈ ਭੈਣ ਜਮਾ ਜਿਉਂਦੀ ਨਹੀਂ ਸੀ ਸਿਰਫ ਭਰਾ ਹੈ ਸਨ ਚਾਚੇ ਹੈ ਸਨ ਰਸ਼ੀਦੇ ਨੇ ਪੂਰੋ ਨੂੰ ਕਿਹਾ ਕਿ ਉਹ ਨੂੰ ਉਥੋਂ ਕੋਹਾਂ ਦੂਰ ਇੱਕ ਪਿੰਡ ਸੱਕੜ ਵਾਲੇ ਆਪਣੇ ਦਾਦੀ ਪੁੱਤਰਿਓਂ ਭਰਾ ਲੱਗਦੇ ਰਹੀਮੀ ਦੀਆਂ ਜ਼ਮੀਨਾਂ ਤੇ ਲੈ ਜਾਏਗਾ ਸ਼ਾਇਦ ਉਹਦੀ ਕੁਝ ਜ਼ਮੀਨ ਨੂੰ ਵੀ ਆਪਣੀ ਜ਼ਮੀਨ ਨਾਲ ਵਟਾ ਲਏ ਹੁਣ ਪੂਰੋ ਹੋਣੀ ਦੇ ਹਰ ਤੱਕੇ ਵਾਸਤੇ ਤਿਆਰ ਸੀ ਸਕੇ ਮਾਪਿਓ ਕੋਲੋਂ ਤੱਕੀ ਗਈ ਤਾਂ ਪਿੰਡਾਂ 'ਚ ਕੀ ਪਿਆ ਸੀ ਇਥੇ ਨਾ ਸਹੀ ਉੱਥੇ ਸਹੀ ਰਸ਼ੀਦੇ ਨੇ ਆਪੇ ਘਰ ਦੇ ਮੂਰੀ ਵਾਂਗਣ ਦੋ ਤਰੇਟ ਰੰਕੀਆਂ ਆਉਂਦੀਆਂ ਹੋਰ ਕੁਝ ਨਿੱਕੜ ਸੁੱਕੜ ਆਂਦਾ ਤੇ ਪੂਰੋਂ ਨੂੰ ਸੱਕੜ ਵਾਲੇ ਲੈ ਤੁਰਿਆ ਰਾਵਾਂ ਉੱਤੇ ਜਿਵੇਂ ਕੋਈ ਅੱਖਾਂ ਮੀਟ ਕੇ ਤੁਰਦਾ ਹੈ ਉਹ ਰਸ਼ੀਦੇ ਦੇ ਸੰਗ ਸੰਗ ਨਵੇਂ ਪਿੰਡ ਵਿੱਚ ਆ ਗਈ ਨਵੇਂ ਪਿੰਡ 'ਚ ਪਹੁੰਚਦੇ ਆਏ ਪੂਰੋਂ ਤੇ ਰਸ਼ੀਦੇ ਨੂੰ ਵੱਖਰਾ ਕੋਠਾ ਮਿਲ ਗਿਆ ਸ਼ਾਇਦ ਰਸ਼ੀਦੇ ਨੇ ਪਹਿਲਾਂ ਹੀ ਰੀਮੇ ਨੂੰ ਕਹਿ ਰੱਖਿਆ ਸੀ ریحਮੀ ਉਰੰਦ ਘਰੋਂ ਨੰ ਤੋਂ ਛੋਖੀ ਦੂਰ ਸੀ ਪਰ ਜਦੋਂ ਰਹੀਮੀ ਉਰੰਦੇ ਘਰ ਦੀਆਂ ਤ੍ਰੀਮਤਾ ਨੂੰ ਮਿਲਣ ਆਈਆਂ ਤਾਂ ਪਹਿਲੀ ਵਾਰ ਸੀ ਜਦੋਂ ਪੂਰੋ ਨੂੰ ਰਸ਼ੀਦੇ ਦੇ ਰਿਸ਼ਤੇਦਾਰਾਂ ਵਿੱਚੋਂ ਤ੍ਰੀਮਤਾ ਨਾਲ ਵਾਪਿਆ ਪੂਰੋ ਇੱਕ ਗਵਾਚੀ ਫੀਵੱਛੀ ਵਾਂਗ ਉਹਨਾਂ ਕੋਲ ਬੈਠੀ ਰਹੀ ਪਰ ਉਹਨਾ ਭਲੀਆਂ ਲੋਕਾਂ ਨੇ ਪੂਰੋ ਨੂੰ ਬਹੁਤੀ ਪੁੱਛਗਿੱਛ ਨਾ ਕੀਤੀ ਨਿੱਕੀਆਂ ਮੋਟੀਆਂ ਘਰਦੀਆਂ ਲੋੜਾਂ ਥੋੜਾਂ ਪੁੱਛਦੀਆਂ ਰਹੀਆਂ ਰਸ਼ੀਦਾ ਉਦੋਂ ਤੱਕ ਪੂਰੋ ਨੂੰ ਪੂਰੋ ਸਾਦਾ ਸੀ ਨਿੱਕਾ ਵੇਲੇ ਦਾ ਰੱਖਿਆ ਉਹਦਾ ਨਾਮ ਅੰਬੀਦਾ ਅਜੀਬ ਉਹਦੀ ਜ਼ਬਾਨੇ ਨਹੀਂ ਸੀ ਚੜਿਆ ਇੱਕ ਦਿਨ ਚੰਦ ਚੱਕ ਰਸ਼ੀਦਾ ਇੱਕ ਬੰਦੇ ਨੂੰ ਘਰ ਲੈ ਆਇਆ ਉਹ ਬਾਹਮਾ ਉੱਤੇ ਔਰਤਾ ਮਰਦਾਂ ਦੇ ਨਾਂ ਖੁੰੰਦਾ ਸੀ ਉਸਨੂੰ ਪੂਰੋ ਦੇਖ ਲਏ ਜਿੱਚ ਫਿਰ ਬਲੇਟ ਪਿਆ ਜਿਵੇਂ ਰਸ਼ੀਦੇ ਨੇ ਆਖਿਆ ਉਹਨੇ ਬਾਹ ਅੱਗੇ ਕਰ ਦਿੱਤੀ ਤੇ ਉਹਦੀ ਖੱਬੀ ਬਾਹ ਉੱਤੇ ਹਮੀਦਾ ਡੂੰਗੇ ਸਾਵੇ ਅੱਖਰਾਂ ਚ ਖੋਣਿਆ ਗਿਆ ਰਸ਼ੀਦਾ ਵੀ ਉਹਨੂੰ ਉਸ ਦਿਨ ਤੋਂ ਹਮੀਦਾ ਸੱਦਣ ਲੱਗ ਪਿਆ ਖੋਰੀ ਸਲਾਹ ਰਹੀਮ ਕੇ ਉਹਨਾਂ ਦੀ ਸੀ ਪੂਰੋ ਹੁਣ ਹਮੀਦਾ ਬਣ ਗਈ ਸੀ ਪਰ ਅਜੇ ਤੱਕ ਜਦੋਂ ਰਾਤ ਨੂੰ ਪੂਰੋ ਸੌਂ ਜਾਂਦੀ ਉਹਦੇ ਸੁਪਨਿਆਂ ਚ ਉਹਨੂੰ ਸੇਧੀਆਂ ਮਿਲਦੀਆਂ ਉਹਦੇ ਸੁਪਨਿਆਂ ਚ ਮਾਪਿਓ ਦੇ ਘਰ ਖੇਡਦੀ ਮਿਲਦੀ ਹੁੰਦੀ ਸਾਰੇ ਉਹਨੂੰ ਪੂਰੋ ਸੱਦਦੇ ਪੂਰੋ ਦਿਨ ਦੇ ਚਾਨਣ ਚ ਹਮੀਦਾ ਬਣਦੀ ਪੂਰੋ ਰਾਤ ਦੇ ਹਨੇਰਿਆਂ ਚ ਪੂਰੋ ਹੁੰਦੀ ਪਰ ਪੂਰੋ ਸੋਚਦੀ ਉਹ ਨਾ ਅਸਲ ਚ ਹਮੀਦਾ ਸੀ ਨਾ ਅਸਲ ਵਿੱਚ ਪੂਰੋ ਉਹ ਸਿਰਫ ਇੱਕ ਪਿੰਜਰ ਦਾ ਪਿੰਜਰ ਸੀ ਜਿਹਦਾ ਨਾ ਕੋਈ ਰੂਪ ਸੀ ਨਾ ਕੋਈ ਨਾਂ ਸੀ ਪੰਜੇ ਛੇ ਮਹੀਨੇ ਲੰਗੇ ਸਨ ਕੇ ਪੂਰੋ ਦੇ ਪਿੰਜਰ ਚ ਇੱਕ ਨਿੱਕੀ ਜੀ ਜਿੰਦ ਸੁਰਤਣ ਲੱਗ ਪਈ ਉਹ ਬਸ ਆਖੀ ਦਾ ਮੇਲਾ ਸਲੇਟੀ ਰੰਗਾ ਦਿਨ ਸੀ ਗਿੱਥੇ ਹੋਏ ਦਿਨੇ ਕਿੱਕ ਕਰਕੇ ਪੂਰੋ ਦੀ ਅੱਖਾਂ ਗੋਲ ਲੰਗ ਗਈ ਬੂਰੀ ਦੇ ਇੱਕ ਟੋਟੇ ਨੂੰ ਪੈਰਾ ਹੇਠ ਲੈ ਕੇ ਪੱਥਰ ਦੀ ਪੱਥਰ ਨੂੰ ਵੇਂਦੀ ਰਹੀ। ਬਾਹਰਲੇ ਬੂਏ ਨੂੰ ਤੱਕ ਰਸ਼ੀਦਾ ਅੰਦਰਲੇ ਦਲਾਨ ਚਾਕਲੋਤਾ। ਉਹਨੂੰ ਜਿਵੇਂ ਖੜਾਕ ਵੀ ਨਾ ਸੁਣੀ ਵਿਆ। ਉਹਨੂੰ ਜਿਵੇਂ ਕੋਈ ਅੰਦਰ ਆਉਂਦਾ ਵੀ ਨਾ ਦਿਖੀ ਵਿਆ। ਉਹ ਬੈਠੀ ਦੀ ਬੈਠੀ ਰਹੀ। ਰਸ਼ੀਦੇ ਨੂੰ ਖਾਰੇ ਸੱਚੀ ਮੁੱਚੀ ਪੂਰੋ ਨਾਲ ਪਿਆਰ ਸੀ। ਰਸ਼ੀਦਾ ਚੁਪਾਤੇ ਜੇ ਆਕੇ ਉਸ ਕੋਲ ਬਹਿ ਗਿਆ। ਰੱਬ ਦੀ ਬੰਦੀਏ ਰਸ਼ੀਦੇ ਨੇ ਆਪਣੀ ਇੱਕ ਬਾਂ ਪੂਰੋ ਦੇ ਦੁਆਲੇ ਬਲਾ ਲੇ। ਉਹ ਉੜ ਕਾਂ ਦੀ ਉਦਾਸੀ ਉਹ ਨਾ ਹਿੱਲ ਸਕੇ ਨਾ ਕੂ ਸਕੇ ਰਸ਼ੀਦਾ ਨੂੰ ਦੁਲਾਰਦਾ ਰਿਹਾ ਫਿਰ ਕਿੰਨੇ ਚਿਰ ਪਿਛੋਂ ਪੂਰੋ ਨੇ ਆਖਿਆ ਅੱਜ ਮੈਨੂੰ ਐਉਂ ਲੱਗਦਾ ਜਿਵੇਂ ਮੇਰੇ ਅੰਦਰ ਕੋਈ ਮੇਰੀਆਂ ਅੰਦਰਾਂ ਨੂੰ ਖੁੱਤਰਦਾ ਪਿਆ ਹੋਵੇ ਰਸ਼ੀਦਾ ਹੱਸਦਾ ਰਿਹਾ ਪੂਰੋ ਦਾ ਜੀ ਥਾਵੇਂ ਪੰਦਾ ਰਿਹਾ ਫਿਰ ਰਸ਼ੀਦੇ ਨੇ ਚੁੱਲ੍ਹੇ ਵਿੱਚ ਬੁਜੀ ਹੋਈ ਅੱਗ ਨੂੰ ਸੁਲਗਾਇਆ ਤੇ ਪੂਰੋ ਨੂੰ ਕੋਲ ਬਿਠਾ ਕੇ ਆਪ ਇੱਕ ਛੋਟੇ ਪਤੀਲੇ 'ਚ ਬਟੇਰੇ ਭੁੰਨਣ ਲੱਗ ਪਿਆ ਨਾ ਤੂੰ ਕਿਤੇ ਬਾਹਰ ਅੰਦਰ ਜਾਨੀਏ ਨਾ ਤੂੰ ਕਿਸੇ ਨੂੰ ਮਿਲਦੀ ਜੁਲਦੀ ਇੰਜ ਤਾਂ ਬੰਦੇ ਦਾ ਖਾਮ ਖਾਜੀ ਹੋ ਸੜ ਜਾਂਦਾ ਰਸ਼ੀਦੇ ਨੇ ਕੁਛ ਠਹਿਰ ਕੇ ਕਿਆ ਕਿੱਥੇ ਜਾਵਾਂ ਮੇਰਾ ਹੋਰ ਥਾਂ ਹੀ ਕਿਹੜਾ ਪੂਰੋਂ ਨੇ ਡਾਡਾ ਹੀ ਰਾਸ ਕੀਆ ਹੁਣ ਤੂੰ ਘਰ ਦੀ ਸੁਆਣੀਏ ਹੋਰ ਚੌ ਦਿਨਾਂ ਨੂੰ ਤੇਰੇ بیٹے ਇਕ ਜੀ ਖੇਡੇਗਾ ਮੇਰੀ ਖਾਤਰ ਨਾ ਸੀ ਉਹਦੀ ਖਾਤਰ ਹੀ ਸੀ ਤੈਨੂੰ ਦਿਲ ਨਹੀਂ ਦੁਲਾਣਾ ਚਾਹੀਦਾ ਉਹ ਸ਼ੋਦੇ ਨੇ ਤੇਰਾ ਕੀ ਵਿਗਾੜਿਆ ਏ ਰਸ਼ੀਦ ਦੇ ਨੂੰ ਆਪਣੇ ਹੋਣ ਵਾਲੇ ਬੱਚੇ ਦਾ ਖਿਆਲ ਆਇਆ ਉਹਨੇ ਪੂਰੋ ਨੂੰ ਉਸੇ ਦਾ ਵਾਸਤਾ ਪਾਇਆ ਪੂਰੋ ਨੂੰ ਫੇਰ ਉਹ ਮਟਰਾਂ ਵਿੱਚੋਂ ਨਿਕਲੀ ਹੋਈ ਸੁੰਡੀ ਚੀਤੇ ਆ ਗਈ ਜਿਸ ਸੁੰਡੀ ਨੂੰ ਵੇਖ ਕੇ ਕਿਸੇ ਦਾ ਜੀ ਮਤਲਾ ਜਾਏ ਜਿਸ ਸੁੰਡੀ ਨਾਲ ਲੱਗੀ ਹੋਈ ਮਟਰਾਂ ਨੂੰ ਵੀ ਕੋਈ ਘਰੀ ਸੁੱਟ ਛੱਡੇ ਲਿਆ ਬਟੇਰੀਆਂ ਦੇ ਮਸਾਲੇ 'ਚ ਥੋੜੇ ਜਿ ਮਟਰ ਸੁੱਟਨੇ ਨੇ ਰਸ਼ੀਦ ਦੇ ਨੇ ਪੂਰੋ ਦੇ ਮੁਰੇ ਖਿਲਰੇ ਹੋਏ ਮਟਰਾਂ ਵੱਲ ਤੱਕ ਕੇ ਆਖਿਆ ਮਟਰ ਤੇ ਸਾਰੇ ਪੱਕੇ ਹੋਏ ਨੇ ਮਟਰਾਂ ਦੀ ਕਿਹੜੀ ਬਹਾਰੇ ਤੋਂ ਵਿਸਾਖੀ ਟਟਣ ਲੱਗਾ ਏ ਪੂਰੋ ਨੂੰ ਪਤਾ ਸੀ ਅੱਜ ਉਸ ਕੋਲ ਮਟਰ ਨਹੀਂ ਖਾਦੇ ਜਾਣੇ ਹਾਂ ਸੱਚ ਕੱਲ ਤੇ ਵਿਸਾਖੀ ਦਾ ਭਾਰਾ ਮੇਲਾ ਲੱਗਣਾ ਏ ਰਸ਼ੀ ਦੇ ਨੇ ਸੱਤ ਸਵੇਰ ਆਖਿਆ ਵਿਸਾਖੀ ਵਿਸਾਖੀ ਪੂਰੋ ਦੇ ਕੰਨਾਂ 'ਚ ਗੂੰਜਣ ਲੱਗ ਪਿਆ ਤੇ ਉਪਰਾਤ ਵਿੱਚ ਦੋ ਤਰੇ ਮੁੱਠਾ ਆਟਾ ਪਾ ਕੇ ਗੁੰਨਣ ਲੱਗ ਪਈ ਕਿ ਉਹਦਾ ਧਿਆਨ ਹੋਰਥੇ ਜਾ ਪਈ ਅੱਜ ਤੇ ਮੇਰਾ ਜੀ ਕਰਦਾ ਏ ਗੁੜ ਪਾ ਕੇ ਸੇਵੀਆਂ ਬਣਾਈਏ ਰਸ਼ੀਦ ਨੇ ਆਖਿਆ ਪੂਰੋ ਨੇ ਚੁਪਾਤੇ ਜੇ ਅੰਦਰੋਂ ਸੇਵੀਆਂ ਤੇ ਗੁੜ ਕੱਢ ਲਿਆਂਦਾ ਉਸ ਵੇਲੇ ਪੂਰੋ ਨੂੰ ਯਾਦ ਆਇਆ ਕਿੰਨੇ ਚਿਰਾਂ ਦੀ ਗੱਲ ਸੀ ਕਿ ਦਿਹਾੜੇ ਉਹਦੀ ਮਾਂ ਬੈ ਕੇ ਸੂਜੀ ਦੀਆਂ ਸੇਵੀਆਂ ਵੱਟਦੀ ਪਈ ਸੀ ਤੇ ਉਹਨੇ ਕਿਹਾ ਸੀ ਮਾਂ ਨਹੀਂ ਮਾਂ ਮੇਰਾ ਤੇ ਮਸ਼ੀਨ ਨਾਲ ਵੱਟੀਆਂ ਹੋਈਆਂ ਸੇਵੀਆਂ ਖਾਣ ਤੇ ਜੀ ਕਰਦਾ ਤੇ ਅੱਗੋਂ ਮਾਂ ਨੇ ਪੈਂਦੀ ਸਟਿੱਕਿਆ ਸੀ ਜਾਂ ਨਹੀਂ ਪੈੜੀਏ ਉਹ ਤੇ ਮੁਸਲਮਾਨ ਖਾਂਦੇ ਨੇ ਇਹ ਗੱਲ ਯਾਦ ਕਰਕੇ ਪਹਿਲਾਂ ਤੇ ਪੂਰੋ ਦੇ ਅਥਰੂ ਪਾਰ ਆਏ ਫਿਰ ਉਹਦਾ ਹਾਸਾ ਨਿਕਲ ਆਇਆ ਰਸ਼ੀਦਾ ਉਹਦੇ ਹਾਸੇ ਨੂੰ ਪੁੱਛਦਾ ਰਿਹਾ ਪੂਰੋ ਨੇ ਉਹ ਗੱਲ ਸੁਣਾ ਦਿੱਤੀ ਸੁਣਾਉਂਦੀ ਸੁਣਾਉਂਦੀ ਦਾ ਫਿਰ ਰੋਣ ਨਿਕਲ ਗਿਆ ਰਸ਼ੀਦਾ ਇੱਕ ਸ਼ਰਮਿੰਦਾ ਜਿਹਾ ਹੱਸਾ ਹੱਸਦਾ ਰਿਹਾ ਅਗਲੀ ਪਲਕ ਜਦੋਂ ਪੂਰੋ ਸੁੱਤੀ ਉੱઠી ਪਿੰਡ 'ਚ ਵਿਸਾਖੀ ਦੇ ਢੋਲ ਵੱਜਦੇ ਪਏ ਸਨ ਪਹਿਲਾਂ ਤੇ ਕੰਮੇ ਕਾਰੇ ਲੱਗੀ ਰਹੀ ਫਿਰ ਉਹ ਆਪਣੇ ਕੋਠੇ ਉੱਤੇ ਚੜ ਕੇ ਦੂਰ ਪੜ ਪੜ ਵਿੱਚ ਜੁੜੇ ਹੋਏ ਵਸਾਖੀ ਦੇ ਮੇਲੇ ਨੂੰ ਵੇਖਣ ਲੱਗ ਪਈ। ਦੂਰ ਖਲੋਤੀ ہوئی ਪੂਰੋਂ ਨੂੰ ਲੋਕਾਂ ਦਾ ਨੇਰਾ ਇਕੱਠੇ-ਇਕੱਠ ਦਿਸਦਾ ਸੀ। ਲੰਬੇ, ਤਗੜੇ ਜੱਟ, ਕਲਕ ਕੂਰੀਆਂ ਤੈਮ ਤੱਬ ਦੀਆਂ ਹੋਈਆਂ। ਹੱਥਾਂ ਵਿੱਚ ਤੇਲ ਨਾਲ ਲਿਸ਼ਕਾਈਆਂ ਹੋਈਆਂ ਡੰਗਾ। ਬੜੇ ਚੜੇ ਹੋਏ, ਬੜੇ ਮੱੱਚੀ ਹੋਏ, ਇਧਰੋਂ ਉੱਤਰ ਜਾਂਦੇ, ਉਧਰੋਂ ਇਹ ਤਰ ਜਾਂਦੇ। ਕਈ ਘੋੜੀਆਂ ਤੇ ਚੜੇ-ਪੀੜੇ ਹੋਏ। ਪਿੱਠਾਂ ਵਿੱਚ ਪਿੱਛੇ ਜਨਾਨੀਆਂ ਵੀ ਬਹਾਈਆਂ ਹੋਈਆਂ, ਮੋਰੀ ਇੱਕ ਦੋ ਬਾਲ ਬੱਚੇ ਵੀ। ਤੇ ਕੇ ਬਾਲਾਂ ਨੂੰ ਉਂਗਲ ਲਾਈ ਤਰੀਮਤ ਨੂੰ ਪਿੱਛੇ ਲਾਈ ਵਗੇ ਜਾਂਦੇ ਕਈ ਜਵਾਨ ਜਹਾਨ ਆਪਣੀ ਜਵਾਨੀ ਦੀ ਤੈਸ ਚਾਹੀ ਹੋਏ ਛਾਤੀ ਨੂੰ ਅੱਗੇ ਕਰ ਕਰਕੇ ਦੁਰਦੇ ਕੁਝ ਗਾਉਂਦੇ ਜਾਂਦੇ ਕੁਝ ਬੋਲਦੇ ਜਾਂਦੇ ਦੂਰ ਪਰੇ ਪੇੜ ਵਿੱਚ ਕੁਸਤੀਆਂ ਜੁੜੀਆਂ ਹੋਈਆਂ ਹੋਣਗੀਆਂ ਜਲੇਬੀਆਂ ਦੇ ਥਾਲ ਲੱਗੇ ਹੋਏ ਹੋਣਗੇ ਗਰਮ ਪਕੌੜਿਆਂ ਦੀ ਖੁਸ਼ਬੂ ਦੂਰ ਤੱਕ ਖਵਾਜ ਫੈਲੀ ਹੋਈ ਹੋਏਗੀ ਗੁੜ ਦੇ ਸ਼ਕਰਪਾਰੇ ਮੈਦੇ ਦੀਆਂ ਮਠੀਆਂ ਦੀਆਂ ਮਠਿਆਈਆਂ ਦੀ ਵਨ ਵਨ ਲੋਹੇ ਦੇ ਚੌੜੇ ਥਾਲਾਂ 'ਚ ਸਜੇ ਪਏ ਹੋਣਗੇ ਪੂਰੋ ਦੇ ਸਰ ਵਿੱਚ ਲੋਹੇ ਦੀ ਛੱਟ ਵਕਣ ਇੱਕ ਖਿਆਲ ਵੱਜਾ ਉਹਦੀ ਮਾਂ ਨੇ ਤਿੰਨਾਂ ਧੀਆਂ ਤੋਂ ਐਤ ਕੀ ਪੁੱਤਰ ਜੰਮਿਆ ਸੀ ਐਤ ਕੀ ਐਤ ਕੀ ਉਹਦੀ ਪਹਿਲੀ ਵਿਸਾਖੀ ਸੀ ਖਲੋਤੀ ਖਲੋਤੀ ਪੂਰੋ ਕੋਠੇ ਉੱਤੇ ਬਹਿ ਗਈ ਖ਼ਬਰ ਇਹਸ ਵੇਲੇ ਉਹਦੀ ਮਾਂ ਨੇ ਉਹਦੇ ਨਿੱਕੇ ਜਿਹੇ ਵੀਰ ਨੂੰ ਪਾਣੀ ਚਖਾਇਆ ਹੋਵੇਗਾ ਨੇੜੇ ਦੀ ਕਿਸੇ ਨਦੀ ਵਿੱਚੋਂ ਵਗਦਾ ਪਾਣੀ ਲੈ ਕੇ ਗੁਲਾਬ ਦੇ ਫੁੱਲ ਨੂੰ ਉਸ ਪਾਣੀ 'ਚ ਭੋਂਗੀ ਉਹਦੇ ਵੀਰ ਦੇ ਨਿੱਕੀ ਗੁਲਾਬੀ ਹੋਠਾਂ ਨਾਲ ਲਾਇਆ ਹੋਵੇਗਾ ਫਿਰ ਉਹਦੀ ਮਾਂ ਨੂੰ ਵਧਾਈਆਂ ਮਿਲੀਆਂ ਹੋਣਗੀਆਂ ਤੇ ਖਾਰੇ ਖਾਰੇ ਇਸ ਵੇਲੇ ਉਹਦੀ ਮਾਂ ਨੇ ਆਪਣੀ ਢਿੱਡ ਦੀ ਜਾਈ ਹੋਈ ਪੂਰੋ ਵੀ ਚੇਤੇ ਆਈ ਹੋਵੇਗੀ ਪੂਰੋ ਦੀਆਂ ਅੱਖਾਂ ਚੱਥਰੂ ਵੀ ਆ ਕੇ ਥੱਕ ਗਏ ਸਨ ਉਹ ਸਿਰ ਨੂੰ ਫੜ ਕੇ ਬੈਠੀ ਰਹੀ ਜਵਾਨ ਜੱਟ ਮੁੰਡਿਆਂ ਦੀ ਇੱਕ ਟੋਲੀ ਕੰਨਾਂ ਵਿੱਚ ਫੁੱਲ ਲੜਾ ਕੇ ਹੱਸਦੀ ਗਾਉਂਦੀ ਪਰੇ ਪਰੀ ਉਹਦੀ ਲੰਘਦੀ ਪਈ ਸੀ ਉਹਨਾਂ ਚੋਂ ਕੋਈ ਜਣਾ ਬੁਲੀ ਪਿਆ ਪੰਦਾ ਸੀ ਖੂਬ ਤੇ ਬੈਠੀ ਤਾਤਣ ਕਰਦੀ ਚਿੱਟਿਆ ਦੰਦਾਂ ਦੀ ਮਾਰੀ ਨਹੀਂ ਆਪੇ ਤੈਨੂੰ ਲੈ ਜਾਣਗੀ ਜਿਨ੍ਹਾਂ ਨੂੰ ਲੱਗੇ ਪਿਆਰੀ ਨਹੀਂ ਆਪੇ ਤੈਨੂੰ ਲੈ ਜਾਣਗੀ ਹਾਈ ਕੋਈ ਪਿਆਰੀਆਂ ਲੱਗਣ ਵਾਲੀਆਂ ਦੀ ਹਾਲਤਾ ਤੱਕੀ ਪੂਰੋ ਦੇ ਮੂੰਹ ਹੌਲੀ ਜੀ ਨਿਕਲਿਆ ਫਿਰ ਪੂਰੋ ਨੂੰ ਇੱਕ ਖਿਆਲ ਆਇਆ ਉਹ ਰਸ਼ੀਦੇ ਨੂੰ ਹੀ ਪਿਆਰੀ ਲੱਗੀ ਰਸ਼ੀਦਾ ਉਹਨੂੰ ਲੈ ਆਇਆ ਉਹ ਆਪਣੀ ਮੰਗੇਤਰ ਰਾਮਚੰਦ ਨੂੰ ਕਿਉਂ ਨੋ ਪਿਆਰੀ ਲੱਗੀ ਉਹਨੇ ਤਾਂ ਉਹਦੀ ਬਾਤ ਵੀ ਨਾ ਪੁੱਛੀ ਉਹ ਤਾਂ ਰਾਮਚੰਦ ਨੂੰ ਪਿਆਰੀ ਲੱਗਣਾ ਚਾਹੁੰਦੀ ਸੀ ਰਸ਼ੀਦਾ ਤਾਂ ਨਾ ਉਹਦਾ ਆਪਣਾ ਲੱਭਿਆ ਹੋਇਆ ਸੀ ਤੇ ਨਾ ਉਹਦੇ ਮਾਪਿਆਂ ਦੀ ਸਿਹੇੜ ਸੀ ਜੱਟ ਨੱਚਦੇ ਪਏ ਜਾਂਦੇ ਸਨ ਕੁੱਦਦੇ ਪਏ ਜਾਂਦੇ ਸਨ ਭੰਗੜੇ ਪਏ ਪਾਉਂਦੇ ਸਨ ਬੋਲੀਆਂ ਪੇਗਾਂਦੇ ਸਨ ਤੇਰੇ ਲੋង ਦਾ ਵੱਜਾ ਲਿਸ਼ਕਾਰ ਹਾਲੀਆਂ ਨੂੰ ਹਲ ਭੁੱਲ ਗਏ ਤੇਰਾ ਭਿੱਜਿਆ ਪਰੀ ਦਾ ਲਹਿੰਗਾ ਕੱਚੂਂਦੀਆਂ ਪੈਣ ਕਣੀਆਂ ਸਾਨੂੰ ਕੰਡ ਦਾ ਦੇਈ ਮੁਟਿਆਰੀ ਨਿਰਾਹੀ ਰਹੇ ਜਾਣ ਵਾਲੀ ਹੈ ਪੂਰੋ ਸੋਚਦੀ ਰਹੀ ਸਾਰੇ ਗੀਤ ਸੋਹਣੀਆਂ ਕੁੜੀਆਂ ਦੇ ਸੋਲੇ ਗਾਦੇ ਨੇ ਸਾਰੇ ਭਜਨ ਸੱਚੀ ਪਿਆਰਾਂ ਦਾ ਵਰਣਨ ਕਰਦੇ ਨੇ ਕਦੇ ਉਹ ਵੀ ਗੀਤ ਬਣਨਗੇ ਜਿਨ੍ਹਾਂ ਵਿੱਚ ਮੇਰੀ ਜਿਹੀਆਂ ਕੁੜੀਆਂ ਦੀ ਰੂਣ ਲਿਖੇ ਹੋਏ ਹੋਣਗੇ ਕਦੇ ਉਹ ਵੀ ਭਜਨ ਹੋਣਗੇ ਜਿਨ੍ਹਾਂ ਦਾ ਭਗਵਾਨ ਹੀ ਕੋਈ ਨਾ ਹੋਵੇ ਸਰਦੀ ਜਵਾਨੀ ਵਾਲੀਆਂ ਕੁਝ ਮੁਟਿਆਰਾਂ ਆਪਣੀ ਜਵਾਨੀ ਦੇ ਛੋਲੇਪਨ ਵਿੱਚ ਇੱਕ ਕੱਠ ਦਾ ਕੱਠ ਬਣਾ ਕੇ ਪਿੜਗਲ ਤੁਰੀਆਂ ਜਾਂਦੀਆਂ ਸਨ ਦੂਰੋਂ ਲੱਗੇ ਜਾਂਦੇ ਜੱਟ ਮੁੰਡਿਆਂ ਦੇ ਟੋਲੇ ਪਾਸੇ ਮੋੜ-ਮੋੜ ਕੇ ਪਏ ਉਹਨਾਂ ਨੂੰ ਟਾਕਦੇ ਨਾਲ-ਨਾਲ ਹੱਸਦੇ ਸਨ ਖਾਰੇ ਮਸ਼ਕਰੀਆਂ ਮਸ਼ਕਰੀਆਂ ਕਰਦੇ ਸਨ ਇਹਨਾਂ ਨੂੰ ਤੱਕ ਤੱਕ ਪੂਰਵ ਸੋਚਣ ਲੱਗੀ ਭਲਾਂ ਜੀ ਹੁਣੇ ਸਾਰੀਆਂ ਜਵਾਨ ਜਹਾਨ ਕੁੜੀਆਂ ਨੂੰ ਇਹ ਸਾਰੇ ਮੁੰਡੇ ਆਪਣੀਆਂ ਘੂੜੀਆਂ ਤੇ ਬਿਟਾ ਕੇ ਨਸ ਜਾਂਦੇ ਗੀਰ ਕੀ ਹੋਵੇ ਭਲਾਂ ਜਿਉ ਸਾਰੀਆਂ ਕੁੜੀਆਂ ਨੂੰ ਚੁੱਕ ਕੇ ਲੈ ਜਾਂ ਪੂਰੋ ਦਾ ਬੱਚਾ ਗੜਾ ਹੁਨਾਲਾ ਆ ਗਿਆ ਸੀ ਜ਼ਮੀਨ ਮੰਛਿਟੀ ਪਾ ਕੇ ਬਾਲੇ ਹੋਏ ਤੰਦੂਰ ਦੀ ਪਿੱਠ ਵੱੰ ਪੱਥ ਦੀ ਰਹਿੰਦੀ ਸੀ ਪੂਰੋ ਕਦੇ ਬੈੰਦੀ ਕਦੇ ਉੱਠਦੀ ਕਦੇ ਲੰਮੀ ਪੈ ਰਹਿੰਦੀ ਅੱਜ ਉਹਦਾ ਜੀਰਾ ਜੀ ਨਹੀਂ ਸੀ ਪਲੇ ਪਲੇ ਪਾਣੀ ਦਾ ਘਟਵੀ ਮੋਨੂ ਲਾਉਂਦੀ ਉਦੀ ਗਵੰਡ ਨੇ ਉਹਨੂੰ ਦੱਸਿਆ ਸੀ ਕਿ ਔਖੀ ਸੌਖੀ ਹੋ ਕੇ ਜਿਵੇਂ ਕਿਵੇਂ ਨਹਾ ਲਵੇ ਤੇ ਆਪਣਾ ਸਿਰ ਵੀ ਧੋ ਲਵੇ ਫਿਰ ਕੀ ਪਤਾ ਉਸੇ ਰਾਤ ਨੂੰ ਹੀ ਜਾਂ ਚੜ੍ਹਦੇ ਦਿਨ ਨੂੰ ਪੂਰੋ ਦੇ ਘਰ ਕੁਝ ਹੋ ਪਵੇ ਤੇ ਫਿਰ ਉਹ ਕਿੰਨੇ ਦਿਨ ਉੱਠਣ ਜੋਗੀ ਨਹੀਂ ਰਹੇਗੀ ਰਸ਼ੀਦੇ ਨੇ ਤੱਕਿਆ ਪੂਰੋ ਦਾ ਰੰਗ ਜਿਸਮ ਵਿੱਚੋਂ ਉੱਠਦੀਆਂ ਪੀੜਾਂ ਨੂੰ ਲੈ ਲੈ ਕੇ ਬੱਗਾ ਪੂਣੀ ਹੁੰਦਾ ਜਾਂਦਾ ਸੀ ਰਸ਼ੀਦੇ ਨੂੰ ਉਹ ਵੇਲਾ ਚੇਤੇ ਆ ਗਿਆ ਜਦੋਂ ਉਹ ਛੱਤੋਂ ਵਾਲੀ ਦੀ ਕੱਚੀ ਸੜਕ ਤੋਂ ਪੂਰੋ ਪੂਰੋ ਨੂੰ ਘੋੜੀ ਤੇ ਆਪਣੇ ਮੂਰੇ ਬਿਠਾ ਕੇ ਭੱਜ ਖਲੋਤਾ ਸੀ ਪੂਰੋ ਦਾ ਰੰਗ ਉਦੋਂ ਵੀ ਚਿੱਟਾ ਫਟਕੜੀ ਵਰਗਾ ਹੁੰਦਾ ਜਾਂਦਾ ਸੀ ਉਦੋਂ ਪੂਰੋ ਦੀ ਰੂਹ ਵਿੱਚ ਚਿਖਣ ਉੱਠਦੀਆਂ ਸਨ ਅੱਜ ਪੂਰੋ ਦੇ ਲਹੂ ਮਾਸ ਵਿੱਚ ਰਸ਼ੀਦੇ ਨੇ ਰਹੀਮੀ ਹੋਰਾਂ ਦੇ ਘਰ ਆਪਣੇ ਖੇਤਾਂ ਦਾ ਇੱਕ ਕਾਮਾ ਭੇਜਿਆ ਹੋਇਆ ਸੀ ਆਪ ਉਹਦਾ ਪੂਰੋ ਨੂੰ ਇਕੱਲੀ ਘਰੀ ਛੱਡ ਕੇ ਜਾਣ ਨੂੰ ਹੌਸਲਾ ਨਹੀਂ ਸੀ ਪੈਂਦਾ ਰੀਮ ਇਹਦੀ ਮਾਂ ਜਦੋਂ ਆਪਣੀ ਪੂਰੋ ਦੇ ਮੂੰਹ ਤੇ ਤ੍ਰਿਕੀਆਂ ਤਿੱਖੀਆਂ ਪੀੜਾ ਉਸਲ ਵਟੇ ਪਈ ਪਈਆਂ ਲੈਣੀਆਂ ਸਨ ਆਉਂਦੀ ਵਾਰੀ ਰਹੀਮ ਦੀ ਮਾਂ ਆਪਣੇ ਗਲੀ ਵਾਲੀ ਉਸ ਰੇਸ਼ਮਾਂ ਦਾਈ ਨੂੰ ਵੀ ਲੈੰਦੀ ਆਈ ਸੀ ਜਿਨੇ ਰਹੀਮ ਦੀਆਂ ਦੋਹਾਂ ਘਰ ਵਾਲੀਆਂ ਨੂੰ ਦੋ-ਦੋ ਤਰੇ-ਤਰੇ ਮੁੰਡੇ ਕੁੜੀਆਂ ਜਮਾਏ ਸਨ ਦਾਈ ਨੇ ਆਉਂਦੀਆਂ ਇੱਕ ਪੁਰਾਣੀ ਦਰੀ ਨੂੰ ਫਰਸ਼ ਉੱਤੇ ਪਾ ਕੇ ਪੂਰੋਂ ਨੂੰ ਲਟਾ ਦਿੱਤਾ ਪੂਰੋਂ ਮੰਜੀ ਦੀ ਨਰਮਾਈ ਨੂੰ ਛੱਡ ਕੇ ਕਰੜੀ ਜ਼ਮੀਨ ਉੱਤੇ ਕੁਸਣ ਲੱਗ ਪਈ ਰਸ਼ੀਦਾ ਬਾਹਰ ਲਿਆ ਮੁਹਾਟਾ ਕੋਲ ਖਲੋਤਾ ਰਿਹਾ ਉਹਨੂੰ ਅੰਦਰੋਂ ਭੀੜੇ ਹੋਏ ਪੂਹੇ ਵਿੱਚੋਂ ਪੂਰੋ ਦੀਆਂ ਦੰਦਾਂ ਵਿੱਚ ਪੀਚੀਆਂ ਹੋਈਆਂ ਲੰਮੀਆਂ-ਲੰਮੀਆਂ ਹੁੰਗਾਂ ਸੁਣਾਉਂਦੀਆਂ ਸੁਣੀਂਦੀਆਂ ਰਹੀਆਂ ਉਹਦਾ ਜੀ ਕਰਦਾ ਸੀ ਪੂਰੋ ਦੇ ਪਿੰਡੇ ਵਿੱਚੋਂ ਬਹੁਤੀਆਂ ਨਹੀਂ ਤਾਂ ਅੱਧ ਪਿਛੜਦੀਆਂ ਪੀੜਾਂ ਕੱਢ ਕੇ ਆਪਣੇ ਪਿੰਡੇ 'ਚ ਪਾ ਲਵੇ ਪੂਰੋ ਕੱਲੀ ਪੀ ਕੁਸ ਦੀ ਸੀ ਦਾਈ ਨਵੀਂ-ਨਵੀਂ ਕੋਰ ਦੀ ਪੱਖੀ ਨਾਲ ਪੂਰੋ ਦੇ ਮੂੰਹ ਤੇ ਹਵਾ ਦੇ ਨਿੱਕੇ-ਨਿੱਕੇ ਝੋਲੇ ਦਿੰਦੀ ਰਹੀ ਰਹੀਮੇ ਦੀ ਮਾਂ ਨੇ ਕਿੰਨੀ ਵਾਰੀ ਚਮਚੇ ਨਾਲ ਪਾਣੀ ਦਾ ਘੁੱਟ ਪੂਰੋ ਦੇ ਮੂੰਹ ਚ ਪਾਇਆ ਤਿੰਨ ਉੱਚੀਆਂ ਚੀਕਾਂ ਪਿੱਛੋਂ ਬਾਹਰ ਖਲੋਤੇ ਰਸ਼ੀਦੇ ਨੇ ਬਾਲ ਦੇ ਟਟਿਆਣ ਦੀ ਆਵਾਜ਼ ਸੁਣੀ ਉਸ ਤੋਂ ਪਿੱਛੋਂ ਪੂਰੋ ਦੀ ਕੋਈ ਆਵਾਜ਼ ਨਾ ਨਿਕਲੀ ਰਸ਼ੀਦੇ ਨੂੰ ਸਹਾਇਆ ਕਿ ਉਹਦੀ ਬੰਦក្លਾਸੀ ਹੋ ਗਈ ਸੀ ਰਸ਼ੀਦੇ ਦਾ ਜੀ ਕਿ ਤਾ ਅੰਦਰ ਲੰਘ ਜਾਵੇ ਦਾਈ ਤੇ ਖਰੇ ਬਾਲ ਦੇ ਦਿਵਾਲੀ ਹੋਣੀ ਹੈ ਉਹ ਆਪ ਜਾ ਕੇ ਪੂਰੋ ਨੂੰ ਘੁੱਟੇ ਨੱਪੇ ਪੁਰੂ ਅਜੇ ਤੱਕ ਉਹਦੀ ਹੱਥੋਂ ਰੋਂਦੀ ਰਹੀ ਸੀ ਅਜੇ ਤੱਕ ਉਹਦੀ ਕਰਕੇ ਖੁਸ਼ੀਂਦੀ ਨਹੀਂ ਸੀ ਪਰ ਅੰਦਰ ਉਹਦੀ ਚਾਚੀ ਬੈਠੀ ਸੀ ਅੰਦਰ ਦਾਈ ਬੈਠੀ ਸੀ ਜਿੰਨਾ ਚਿਰ ਉਹ ਆਪਣਾ ਰਸ਼ੀਦੇ ਨੂੰ ਅੰਦਰ ਬੁਲਾਉਣ ਰਸ਼ੀਦੇ ਦਾ ਅੰਦਰ ਜਾਣਾ ਬੜਾ ਅਸ਼ੋਧਾਪਨ ਲੱਗਦਾ ਸੀ ਮਿੰਟਾਂ ਉੱਤੇ ਮਿੰਟ ਗੁਜ਼ਰਦੇ ਗਏ ਪੁਰੂ ਦੀ ਫੇਰ ਆਵਾਜ਼ ਨਾ ਆਈ ਰਸ਼ੀਦੇ ਦੇ ਜੀ ਨੂੰ ਪਾਲ ਪਿਆ ਪੁਰੂ ਜਿਉਂਦੀ ਤਾਂ ਸੀ ਰਤਾ ਮਾਸਾ ਵੀ ਆਵਾਜ਼ ਕਿਉਂ ਨਹੀਂ ਆਉਂਦੀ ਸਵਾਰਾ ਅੱਧਾ ਘੰਟਾ ਲੰਘ ਗਿਆ ਜਦੋਂ ਦਾਈ ਨੇ ਬਾਹਰ ਆ ਕੇ ਰਸ਼ੀਦ ਦੇ ਨੂੰ ਕਿਹਾ ਮੂਮਾਰਖਾ ਨਹੀਂ ਪੁੱਤਰ ਆ ਘਰ ਜਾ ਤੱਕ ਹੋਇਆ ਹੀ ਉਹਦਾ ਕੀ ਹਾਲ ਹੈ ਰਸ਼ੀਦ ਦੇ ਮੂੰਹ ਨਿਕਲਿਆ ਖੈਰੀ ਮੇਰੀ ਏ ਪੁੱਤਰ ਇੰਜੀ ਮਿਲਖਾ ਵਧੀਆਂ ਨੇ ਹੋਰ ਕੋਈ ਪੁੱਤਰ ਛਤੋਂ ਤੇ ਨਹੀਂ ਟੈਪ ਪੈਂਦੇ ਦਾਈ ਨੇ ਇੱਕ ਅਜੇ ਹੌਸਲੇ ਨਾਲ ਮੁਸਕਰਾ ਕੇ ਆਖਿਆ ਜਿਸ ਨਾਲ ਉਹਨੇ ਸਿਆੰਤ ਰਿਮਤਾ ਦੀਆਂ ਪੀੜਾਂ ਆਪਣੇ ਹੱਕਾਂ ਤੇ ਹੱਥਾਂ ਤੇ ਝੱਲੀਆਂ ਸਨ ਜਦੋਂ ਰਸ਼ੀਦੇ ਅੰਦਰ ਲੰਘਿਆ ਲੰਮੀ ਪਈ ਹੋਈ ਪੂਰੋ ਦੀਆਂ ਅੱਖਾਂ ਨੂਟੀਆਂ ਹੋਈਆਂ ਸਨ ਉਹਦੇ ਪਾਸੇ ਨਾਲ ਇੱਕ ਚਿੱਟੇ ਪੱਲੇ ਵਿੱਚ ਲਪੇਟਿਆ ਹੋਇਆ ਉਹਦਾ ਤੇ ਰਸ਼ੀਦੇ ਦਾ ਪੁੱਤਰ ਅੰਗੂਠਾ ਪਿਆ ਚੁੰਗਦਾ ਸੀ ਰਸ਼ੀਦੀ ਦੇ ਅੰਦਰੋਂ ਇੱਕ ਖੁਲਾਸ ਉੱਠਿਆ ਉਹਨੇ ਪੂਰੋ ਨੂੰ ਜਿੱਤ ਲਿਆ ਸੀ ਜੂਏ ਦੀ ਇਸ ਖੇਡ ਵਿੱਚ ਉਹਨੇ ਸਾਰੀ ਦੀ ਸਾਰੀ ਪੂਰੋ ਨੂੰ ਜਿੱਤ ਲਿਆ ਸੀ ਹੁਣ ਪੂਰੋ ਨਿਰਯੋਦੀ ਨਸਾ ਕੇ ਆਂਦੀ ਫੀਰ ਖੇਲਣੀ ਸੀ ਹੁਣ ਪੁਰੋ ਨਿਰਯੋਦੀ ਘਰ ਪਾਈ ਹੋਈ ਤ੍ਰਿਮਤ ਨਹੀਂ ਸੀ ਹੁਣ ਪੁਰੋ ਦੇ ਪੁੱਤਰ ਦੀ ਮਾਂ ਸੀ ਰਹੀ ਮੇ ਦੀ ਮਾਂ ਨੇ ਜਿਵੇਂ ਆਖਿਆ ਰਸ਼ੀ ਦੇ ਨੇ 1 ਰੁਪਿਆ ਤੇ ਗੁੜ ਦੀ ਰੋੜੀ ਪੁੱਤਰ ਦੇ ਸਿਰ ਤੋਂ ਵਾਰੀ ਹਰ ਪੁਰੇ ਦੀ ਹੁਣ ਪੁਰੋ ਦੀਆਂ ਉਂਗਲਾਂ ਦੀਆਂ ਅੱਖਾਂ ਖੁੱਲੀਆਂ ਉਹਨੇ ਰਸ਼ੀ ਦੇ ਨੂੰ ਤੱਕਿਆ ਹੁਣ ਤੂੰ ਮੈਨੂੰ ਕੀ ਆਨਾ ਹੈ ਮੈਂ ਤੈਨੂੰ ਆਪਣਾ ਆਪ ਦਿੱਤਾ ਮੈਂ ਫੁੱਤਰ ਦਿੱਤਾ ਹੁਣ ਮੇਰੇ ਕੋਲ ਬਾਕੀ ਕੀ ਰਹਿ ਗਿਆ ਪੂਰੋ ਆਪਣੀ ਗਮ ਸਮਜੀਬ ਨਾਲ ਜਿਵੇਂ ਰਸ਼ੀਦੇ ਨੂੰ ਕਹਿ ਰਹੀ ਸੀ ਉਹਨੇ ਫੇਰ ਅੱਖਾਂ ਉੱਟ ਲਈਆਂ ਤੱਤੇ ਗੁਰ ਤੇ ਪੀਸੀ ਹੋਏ ਬਦਾਮਾਂ ਦੇ ਕੁਝ ਚਮਚੇ ਲੈ ਕੇ ਜਦੋਂ ਪੂਰੋ ਦੇ ਅੰਗਾਂ ਵਿੱਚ ਅੰਗਸਾਈ ਪੂਰੋ ਨੇ ਤੱਕਿਆ ਉਹਦੀ ਖੱਬੀ ਬਾਹ ਨਾਲ ਉਹਦੇ ਬਾਲ ਦਾ ਕੁਲਾ ਕੁਲਾ ਮੂੰਹ ਪਿਆ ਕੇ ਸਰਦਾ ਸੀ ਪੂਰੋ ਦੇ ਅੰਗਤ ਰਹਿ ਗਏ ਉਹਨੂੰ ਲੱਗਾ ਇੱਕ ਕੋਲੀ ਚਿੱਟੀ ਸੁੰਡੀ ਉਹਦੇ ਪਿੰਡੇ ਉੱਤੇ ਚੜਦੀ ਸੀ ਉਨੂੰ ਇੱਕ ਕਰੇਤਾ ਹੀ ਉਹਦਾ ਜੀਕੇਤਾ ਆਪਣੇ ਬਾਹਰ ਨਾਲ ਲੱਗੀ ਹੋਈ ਸੁੰਡੀ ਨੂੰ ਛੰਡ ਸੁਟੇ ਆਪਣੇ ਪਾਸੇ ਨਾਲ ਉ ਝਾੜ ਦੇਵੇ ਇਸ ਤਰ੍ਹਾਂ ਜਿਵੇਂ ਕੋਈ ਨੋਹਾਂ ਝੜਾ ਕੇ ਚੂਬੇ ਹੋਈ ਖੰਡੇ ਨੂੰ ਕੱਢ ਦਿੰਦਾ ਜਿਸ ਤਰ੍ਹਾਂ ਕੋਈ ਚੰਬੜੇ ਹੋਈ ਪਖੜੇ ਨੂੰ ਲਾ ਸੁਟੇ ਜਿਸ ਤਰ੍ਹਾਂ ਕੋਈ ਚਮੁੱਟੇ ਹੋਈ ਚਿੱਚੜ ਨੂੰ ਤੋੜ ਦੇਵੇ ਜਿਸ ਤਰ੍ਹਾਂ ਕੋਈ ਲੱਗੀ ਹੋਈ ਜੋਕ ਨੂੰ ਧਰੂ ਸੁਟੇ ਰਹੀਮੇ ਦੀ ਮਾਂ ਪੂਰੇ 13 ਦਿਹਾੜੇ ਉਹਨਾਂ ਦੇ ਘਰ ਰਹਿਣਾ ਸੀ ਅਜੇ ਤਬ ਪੂਰ ਨੂੰ ਮੁੰਡਾ ਜੰਮਿਆ 4 ਦਿਨ ਹੋਈ ਸਨ ਪੰਜਵੇਂ ਦਿਨ ਪੂਰੋ ਨੂੰ ਦੁੱਧ ਉਤਰਿਆ ਰੋਂਦੀਆਂ ਬੱਤੀਆਂ ਬਣਾ ਬਣਾ ਕੇ ਦਾਈ ਉਹਦੇ ਮੁੰਡੇ ਨੂੰ ਦੁੱਧ ਦੀਆਂ ਬੂੰਦਾ ਮੂੰਹ ਲਾਉਂਦੀ ਪਈ ਅੱਜ ਉਹਨੇ ਮੁੰਡੇ ਨੂੰ ਪੂਰੋ ਦੇ ਦੁੱਧ ਅੱਗੇ ਪਾਇਆ ਮੁੰਡਾ ਪੂਰੋ ਦੇ ਛੋਲੀ ਚ ਪਿਆ ਰਿਹਾ ਮੁੰਡਾ ਪੂਰੋ ਦੇ ਮਾਸ ਨਾਲ ਚਮਟਿਆ ਰਿਹਾ ਪੂਰੋ ਦੀਆਂ ਆਂਦਰਾਂ ਵਿੱਚ ਖਿੱਚ ਪਈ ਪੂਰੋ ਦਾ ਜੀ ਕਿਤਾ ਮੁੰਡੇ ਨੂੰ ਗਲ ਨਾਲ ਲਾ ਲਵੇ ਤੇ ਰੋਵੇ ਮੁੰਡਾ ਉਹਦੇ ਨਾਲ ਉਹਦਾ ਆਪਣਾ ਲਹੂ ਤੱਕ ਡਾਉਣਾ ਸੀ ਮੁੰਡਾ ਉਹਦੇ ਮਾਸ ਦਾ ਪੁੱਤ ਸੀ ਭਰੇ ਭਰਾਤੀ ਦੁਨੀਆ ਚ ਇਹੋ ਮੁੰਡਾ ਆਪਣਾ ਸੀ ਉਹਨੇ ਕਦੇ ਮਾਂ ਦਾ ਮੂੰਹ ਨਹੀਂ ਵੇਖ ਤੱਕਣਾ ਉਹਨੇ ਕਦੇ ਪਿਓ ਦਾ ਮੂੰਹ ਨਹੀਂ ਤੱਕਣਾ ਉਹਨੇ ਕਦੇ ਭੈਣ ਭਰਾਵਾਂ ਦੇ ਮੂੰਹ ਨਹੀਂ ਤੱਕ ਸਕਣੇ ਉਹ ਉਹ ਸਿਰਫ ਆਪਣੇ ਮੁੰਡੇ ਦਾ ਮੂੰਹ ਤੱਕਿਆ ਕਰੇਗੀ ਜਿਹਦੇ ਲਹੂ ਚ ਉਹਦੇ ਆਪਣੇ ਮਾਪਿਓ ਦਾ ਲਹੂ ਵੀ ਰਲਿਆ ਸੀ ਉਹਦੇ ਮਾਪਿਓ ਨੂੰ ਤੋੜ ਕੇ ਸੁੱਟ ਗਏ ਕਰ ਆਪਣੇ ਲਹੂ ਨੂੰ ਕਿਵੇਂ ਵੱਖ ਕਰ ਲੈਣਗੇ ਜਿਹੜਾ ਲਹੂ ਪੂਰੋ ਦੇ ਹੱਡਾਂ 'ਚ ਰਚਿਆ ਹੋਇਆ ਸੀ ਜਿਹੜਾ ਲਹੂ ਪੂਰੋ ਦੇ ਘਰ ਜੰਮੇ ਪੁੱਤਰ ਦੇ ਲਹੂ 'ਚ ਮਿਲਿਆ ਹੋਇਆ ਸੀ ਮੁੰਡਾ ਦੂ ਪੂਰੋ ਦਾ ਦੁੱਧ ਚੁੰਮਦਾ ਰਿਹਾ ਫਿਰ ਪੂਰੋ ਨੂੰ ਲੱਗਾ ਇਹ ਮੁੰਡਾ ਜ਼ਬਰਦਸਤੀ ਉਹਦੀਆਂ ਨਾੜਾਂ ਵਿੱਚੋਂ ਉਹਦੇ ਦੁੱਧ ਨੂੰ ਧਰੂਕਦਾ ਪਿਆ ਸੀ ਜ਼ਬਰਦਸਤੀ ਜ਼ਬਰਦਸਤੀ ਮੁੰਡੇ ਦੇ ਪਿਓ ਨੇ ਵੀ ਤਾਂ ਉਹਦੇ ਨਾਲ ਜ਼ਬਰਦਸਤੀ ਕੀਤੀ ਸੀ ਮੁੰਡਾ ਵੀ ਆਪਣੇ ਪਿਓ ਦਾ ਪੁੱਤਰ ਸੀ ਆਪਣੇ ਪਿਓ ਦਾ ਲਹੂ ਸੀ ਆਪਣੇ ਪਿਓ ਦਾ ਮਾਸ ਸੀ ਉਹਦੇ ਪਿਓ ਦਾ ਰੂਪ ਸੀ ਜੋਰੀ ਇਹ ਮੁੰਡਾ ਉਸ ਦੇ ਜਿਸਮ ਚ ਧਰਿਆ ਗਿਆ ਸੀ ਜੋਰੀ ਇਹ ਮੁੰਡਾ ਉਹਦੇ ਪੇਟ ਵਿੱਚ ਪਲ ਖਲੋਤਾ ਸੀ ਤੇ ਹੁਣ ਜੋਰੀ ਇਹ ਮੁੰਡਾ ਉਹਦੀਆਂ ਨਾੜਾਂ ਵਿੱਚ ਦੁੱਧ ਧਰੂਕਦਾ ਪਿਆ ਸੀ ਪੂਰੋ ਨੇ ਆਪਣੇ ਮੱਥੇ ਨੂੰ ਹੱਥ ਲਾਇਆ ਅੱਗ ਵਿੱਚ ਪਈ ਹੋਈ ਇੱਟ ਵਾਂਗਣੋਂ ਦਾ ਮੱਥਾ ਗਰਮ ਸੀ ਸ਼ਾਇਦ ਉਹਨੂੰ ਬੁਖਾਰ ਚੜਿਆ ਹੋਇਆ ਸੀ ਉਹਦੇ ਸਿਰ ਵਿੱਚ ਇੱਕੋ ਖਿਆਲ ਭੌਣ ਲੱਗਾ ਇਹ ਮੁੰਡਾ ਇਸ ਮੁੰਡੇ ਦਾ ਪਿਓ ਸਭ ਮਰਦ ਜਾਤ ਮਰਦ ਮਰਦ ਜੋ ਔਰਤ ਦੇ ਜਿਸਮ ਨੂੰ ਕੁੱਤੇ ਦੀ ਹੱਡੀ ਵਾਂਗ ਚੂਸਦੇ ਨੇ ਕੁੱਤੇ ਦੀ ਹੱਡੀ ਮੰਗਣ ਚੱਬਦੇ ਨੇ ਮੁੰਡਾ ਪੂਰੋ ਦਾ ਦੁੱਧ ਚੁੰਗਦਾ ਰਿਹਾ ਪੂਰੋ ਦਾ ਮਨ ਖੂਦ ਹੀ ਟਿੰਡਾ ਮੰਗਣ ਭਰਦਾ ਰਿਹਾ ਤੇ ਖਾਲੀ ਹੁੰਦਾ ਰਿਹਾ ਅਮਰਤਾ ਪ੍ਰੀਤਮ ਦੇ ਨੋਵਲ ਚੰਚਰਤਾ ਅਗਲਾ ਪਾ ਕੇ ਮਾ ਮੈਟਰ ਪੂਰੋ ਦੇ ਗੋਬਲੇ ਮੁੰਡੇ ਨੂੰ ਸਾਰੇ ਜਵੇਦ ਸੱਦਦੇ ਸਨ ਸੂਤਰੀ ਦੀ ਪਲੰਗੀਰੀ ਉੱਤੇ ਪਾ ਕੇ ਪੂਰੋ ਨੂੰ ਤਕਦੀ ਰੰਦੀ ਤਕਦੀ ਰੰਦੀ ਛੜੀਆਂ ਮਾਰ-ਮਾਰ ਕੇ ਆਪਣੇ ਉੱਤਲੀ ਚਾਦਰ ਨੂੰ ਪੈਰਾਂ 'ਚ ਮਿੱਧ ਸੁੱਟਦਾ ਚਾਂਦੀ ਦੀ ਇੱਕ ਪਤਲੀ ਜੀ ਪੰਜੇ ਪੂਰੋ ਨੇ ਉਹਦੇ ਪੈਰ ਵਿੱਚ ਪਾਈ ਹੋਈ ਸੀ ਜਦੋਂ ਛੜੀਆਂ ਕੱਟਦਾ ਪੰਜੇਬ ਦੀ ਨਿੱਕੀ ਜੀ ਛਣਕ ਪਲੰਗੀਰੀ ਉੱਤੇ ਛਣ-ਛਣ ਕਰਦੀ ਛੜੀਆਂ ਕੱਢਦੇ ਦਾ ਮੂੰਹ ਜ਼ੋਰ ਲਾ ਲਾ ਕੇ ਸੁਹਾ ਹੋ ਜਾਂਦਾ ਤੇ ਮੁੰਡੇ ਨੂੰ ਅੰਦਰ ਵਧਾਈ ਆਉਣ ਲੱਗ ਪੈਂਦੀ ਇਹ ਪੂਰੋਂ ਦੇ ਹੱਥਾਂ ਵੱਲ ਤੱਕ ਦੀ ਤਲੀਆਂ ਵੱਲੋਂ ਉਹਦੇ ਹੱਥ ਅਸਲੋਂ ਗੋਰੇ ਨਿਛੋ ਸਨ ਤੇ ਹੱਥਾਂ ਦੀ ਪਿੱਠ ਉਤੇ ਮਾਸ ਇਸ ਤਰ੍ਹਾਂ ਉਬਰਿਆ ਹੋਇਆ ਸੀ ਕਿ ਪੂਰੋਂ ਨੂੰ ਨਿਹਰੇ ਪੂਰੇ ਉਹਦੇ ਹੱਥ ਮੋਮ ਦੇ ਤੇ ਉਸ ਬਾਵੇ ਵਰਗੇ ਲੱਗਦੇ ਜਿਹੜਾ ਬਾਵਾ ਨਿੱਕੀ ਹੁੰਦੀ ਉਹਨੇ ਸਿਆਮੂ ਆਉਂਦਿਆਂ ਕਲਕੱਤੇ ਦੇ ਇੱਕ ਬਾਜ਼ਾਰ ਚੋਂ ਖਰੀਦਿਆ ਸੀ ਉਨੇ ਬਾਵੇ ਨੂੰ ਕ੍ਰੋਸ਼ੀਏ ਨਾਲ ਉਹਨਕੇ ਝੱਗਾ ਪਾਇਆ ਸੀ ਨਿੱਕੇ ਮੋਤੀਏ ਮੋਤੀਆਂ ਦੀ ਇੱਕ ਗਾਨੀ ਪਰੋ ਕੇ ਉਹਨੇ ਬਾਵੇ ਨੂੰ ਮਾਲਾ ਪਾਈ ਸੀ ਜਵੇਦ ਦੇ ਹੱਥੋਂ ਕਾ ਪੁੱਕਾ ਮੋਮ ਦੇ ਉਸ ਬਾਵੇ ਦੀ ਹੱਥਾਂ ਵਾਕਰ ਥੁਲਬ ਥੁਲਬ ਕਰਦੇ ਸਨ ਮੋਮ ਦਾ ਬਾਵਾ ਸ਼ਾਇਦ ਅਜੇ ਵੀ ਨਹੀਂ ਟੁਕਿਆ ਹੋਣਾ ਪੂਰੋ ਸੋਚਣ ਲੱਗ ਪੈਂਦੀ ਕਈ ਵਾਰ ਕੱਚ ਤੇ ਮਿੱਟੀ ਦੀਆਂ ਛਿਆਂ ਦੀ ਮਿਆਦ ਵਿੱਚ ਕਿੱਡੀ ਹੁੰਦੀ ਏ ਸ਼ਾਇਦ ਅਜੇ ਵੀ ਉਹਦੀ ਕੋਈ ਭੈਣ ਉਸ ਨਾਲ ਖੇਡਦੀ ਹੋਈਗੀ ਸਵਖਤੇ ਸਵਖਤੇ ਪੂਰੋ ਪੈਲੀਆਂ ਨੂੰ ਜਾਂਦੀ ਰਸ਼ੀਦ ਦਾ ਆਪਣੇ ਪੁੱਤਰ ਕੋਲ ਬੰਦਾ ਇੱਕ ਦਿਨ ਅਜੇ ਮੂਹ ਨਿਹਰਾ ਸੀ ਉਹ ਬਾਹਰ ਹੋ ਕੇ ਮੁੜ ਪਈ ਸੀ ਬਾਹਰਲੇ ਮੁਸਲਕੇ ਖੂਤੋਂ ਉਹਨੇ ਹੱਥ ਪੈਰ ਮਾਂਜੀ ਤੇ ਜਦੋਂ ਆਪਣੇ ਘਰ ਵੱਲ ਪਰਤਦੀ ਪਈ ਸੀ ਉਹਦੀ ਗਲੀ ਦੀ ਕੁੜੀ ਕਮੋ ਦੀ ਨਜ਼ਰੀਂ ਪਈ ਸਿਆਲੇ ਦਿਨ ਕੀ ਜੀਠਾਂ ਨੂੰ ਉਤਰ ਪਈ ਸੀ ਕਮੋ ਪਾਣੀ ਦੀ ਬਲਟੋਹੀ ਨੂੰ ਢੇਮਾਂ ਦੇ ਇੱਕ ਥੜੇ ਜੇ ਉੱਤੇ ਰੱਖ ਕੇ ਸਾਹ ਕੱਢਦੀ ਪਈ ਸੀ ਪੂਰੋ ਜਦੋਂ ਉਹਦੇ ਲਾਗੋਂ ਦੀ ਲੰਘੀ ਕਮੋ ਨੇ ਜਿਵੇਂ ਤਰ੍ਹਾਂ ਕੇ ਪਾਣੀ ਦੀ ਬਲਟੋਈ ਚੁੱਕ ਲਈ ਬਲਟੋਈ ਦਾ ਭਾਰ ਸ਼ਾਇਦ ਕਮੋ ਦੇ ਮੋਢੇ ਕੋਲੋਂ ਸਿਆ ਨਹੀਂ ਸੀ ਜਾਂਦਾ ਬਲਟੋਈ ਕਮੋ ਦੇ ਮੋਢੇ ਤੋਂ ਤਿਲਕਣ ਨੂੰ ਪਈ ਬਲਟੋਈ ਦੇ ਥਲੇ ਟਿਕੀ ਹੋਈ ਕਮੋ ਦੇ ਖੱਬੇ ਹੱਥ ਦੀ ਤਲੀ ਗੁੱਟ ਕੋਲੋਂ ਦੂਰੀ ਹੋਣ ਤੇ ਆ ਪਈ ਸੱਜੇ ਹੱਥ ਨਾਲ ਬਲਟੋਈ ਦੇ ਮੂੰਹ ਨੂੰ ਆਸਰਾ ਦਿੱਤੀ ਕਮੋ ਦੇ ਮੂੰਹੋਂ ਨਿਕਲਿਆ ਮਾਂ ਨਹੀਂ ਪੂਰੋ ਦੇ ਪੈਰ ਖੜ ਗਏ ਉਹ ਕਮੋ ਦੇ ਮੋਢੇ ਕੋਲ ਹੋ ਗਈ ਉਦਾਜੀ ਕੀਤਾ ਦਸਾਂ ਬਾਰਾਂ ਵਰਿਆਂ ਦੀ ਢਿੰਗਰ ਜੀ ਕਮੂ ਦੇ ਮੋਢਿਆਂ ਤੋਂ ਉਲਟੋ ਹੀ ਚੁੱਕ ਲਵੇ ਕਮੂ ਉਹਦੇ ਲਾਗ ਲਾਗ ਤੁਰ ਹੀ ਜਾਵੇ ਕਮੂ ਜਿਹੜੀ ਪੈਰੋਂ ਬਾਣੀ ਸੀ ਤੇ ਕਮੂ ਜਿਹੜੀ ਸਦਾ ਖੱਦਰ ਦੀ ਸਾਵੀ ਸੁੱਤਣ ਦੇ ਪਹੁੰਚੇ ਛੂੰਗੀ ਰੱਖਦੀ ਸੀ ਤੇ ਕਮੂ ਜੀ ਦੇ ਲੀਕਾਂ ਵਾਲ ਛੱਗੇ ਦੀ ਮੋਢੇ ਕੋਲ ਲੱਗੀ ਹੋਈ ਟੱਕੀ ਕਦੇ ਉੱਧੜ ਜਾਂਦੀ ਸੀ ਕਦੇ ਫੇਰ ਲੱਗ ਜਾਂਦੀ ਸੀ ਕਮੂ ਜੀ ਦੀ ਮੈਲੀ ਚੁੰਨੀ ਤੇ ਹਮੇਸ਼ਾ ਲੰਗਾਰ ਲੱਥੇ ਰਹਿੰਦੇ ਸਨ ਤੇ ਕਮੂ ਜੀ ਦੀਆਂ ਲਿੰਬਾ ਅਮੇਸ਼ਾ ਵਾਣ ਵਰਗੀਆਂ ਖੋਰੀਆਂ ਤੇ ਖਿੰਡੀਆਂ ਰਹਿੰਦੀਆਂ ਸਨ ਤੇ ਕਮੋ ਜੀ ਨੂੰ ਪੂਰੇ ਨੇ ਪੂਰੋ ਨੇ ਦੂਰੋਂ ਹੀ ਤੱਕਿਆ ਸੀ ਅੱਜਕਲ ਹੋ ਕੇ ਉਹਦੇ ਉਹਨਾ ਮੋਢਿਆਂ ਤੋਂ ਬਲਟੋਹੀ ਚੁਕਲਵੇ ਜਿਨ੍ਹਾਂ ਮੋਢਿਆਂ ਦੀਆਂ ਹੱਡੀਆਂ ਪਿੱਤਲ ਦੀ ਬਲਟੋਹੀ ਨਲ ਪਈਆਂ ਵੱਜਦੀਆਂ ਸਨ ਬੜੀ ਦੇਰ ਹੋ ਗਈ ਹੈ ਭਾਂਡੇ ਦੇ ਭਾਰ ਹੇਠਾਂ ਦੱਬੀ ਹੋਈ ਕਮੋ ਨੇ ਜਿਵੇਂ ਪੂਰੋ ਕੋਲੋਂ ਅਜੇ ਦੇਰ ਨਾ ਹੋਣ ਦਾ ਇੱਕ ਹੌਸਲਾ ਮੰਗਿਆ ਅਜੇ ਤੇ ਦਿਨ ਵੀ ਨਹੀਂ ਫੁੱਟਿਆ ਪੂਰੋ ਨੇ ਠਰ ਮੇਨਲ ਗਿਆ ਕੁੜੀ ਨੂੰ ਖਰੇ ਹੌਸਲਾ ਆ ਗਿਆ ਉਹਨੇ ਮੋਢਿਆਂ ਦਾ ਭਾਰ ਫਿਰ ਜ਼ਮੀਨ ਉੱਤੇ ਧਰ ਦਿੱਤਾ ਬਲਟੋਹੀ ਦੇ ਮੂੰਹ ਵਿੱਚੋਂ ਬੋਕ ਕੋ ਪਾਣੀ ਛਲਕ ਕੇ ਕਮੋਂ ਦੇ ਮੋਢਿਆਂ ਉੱਤੇ ਆ ਪਿਆ ਕਸੀਆਂ ਹੋਈਆਂ ਲੀਕਾਂ ਵਾਲੇ ਛੱਗੇ ਨੂੰ ਤਰੰਗ ਕੇ ਪਾਣੀ ਨੇ ਕਮੋਂ ਦੇ ਪਿੰਡੇ ਨੂੰ ਠਾ ਰਿਆ ਸਿਆਲੇ ਦੀ ਇੱਕ ਕੰਬਣੀ ਕਮੋਂ ਦੇ ਆਸ ਮਾਸ ਵਿੱਚ ਫਿਰ ਗਈ ਪੂਰੋ ਥੰਮ ਗਈ ਕਮੋਂ ਆਪਣੇ ਪੀਲੇ ਮੂੰਹ ਨਾਲ ਪੂਰੋ ਵੱਲ ਤੱਕ ਕੇ ਹੱਸ ਜਿਆ ਪਈ ਕੜੀ ਨੂੰ ਪਹਿਲਾਂ ਕਮੋਂ ਦੇਰ ਦੇ ਡਰ ਨਾਲ ਤੇ ਭਾਂਡੇ ਦੇ ਭਾਰ ਨਾਲ ਸੈਮੀ ਹੋਈ ਸੀ ਕਮੋਂ ਦੇ ਮੂਤੇ ਉਹ ਜੰਮਿਆ ਹੋਇਆ ਸਹਿਮ ਵੀ ਹਮੇਸ਼ਾ ਪੂਰੋ ਨੇ ਵੇਖਿਆ ਸੀ ਉਸ ਕੜੀ ਉਹਦੇ ਚੌੜੇ ਹੋਠਾਂ ਉੱਤੇ ਖਿਲ ਰਿਹਾ ਹੋਇਆ ਹਾਸਾ ਪੂਰੋ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹ ਕੁੜੀ ਨੂੰ ਹਾਸਾ ਹੱਸਣਾ ਹੀ ਨਾ ਆਉਂਦਾ ਹੋਵੇ ਤੋ ਐਵੇਂ ਆਪਣੇ ਬੁੱਲਾਂ ਨੂੰ ਮਰੋੜਦੀ ਪਈ ਹੋਵੇ ਜਿਵੇਂ ਕਿਸੇ ਨੂੰ ਮੂੰਹ ਚਗਾਈਦਾ ਹੈ ਕਮੋ ਤੁਰੂਸੇ ਇਸੇ ਵੇਲੇ ਆਉਣੀ ਹੈ ਪੂਰੋ ਨੇ ਕਮੂ ਨੂੰ ਪੈਂਦੀਆਂ ਆਵਾਜ਼ਾਂ ਤੋਂ ਕਮੂ ਦਾ ਨਾਂ ਸੁਣਿਆ ਹੋਇਆ ਸੀ ਅੱਜ ਕੁਝ ਦੇਰ ਹੋ ਗਈ ਲੱਗਦੀ ਹੈ ਮੈਨੂੰ ਮਾਰ ਪਈਗੀ ਕਮੂ ਨੇ ਫੇਰ ਬਲਟੋਈ ਨੂੰ ਹੱਥ ਪਾ ਲਿਆ ਜਿਵੇਂ ਵੇਲੇ ਤੇ ਵਕਤ ਦਾ ਨਾਂ ਉਹਦੇ ਵਾਸਤੇ ਬੜਾ ਡਰਾਉਣਾ ਸੀ ਉਹਦਾ ਹਾਸਾ ਕੱਚੇ ਰੰਗ ਵਾਂਗਣ ਉਹਦੇ ਮੂੰਹ ਤੋਂ ਲਹਿ ਗਿਆ ਤੇ ਪਹਿਲਾਂ ਪਹਿਲਾ ਜੰਮਿਆ ਹੋਇਆ ਸਹਿਮ ਉਹਦੇ ਮੂੰਹ ਤੇ ਨਿਕਲ ਗਿਆ ਕਮੂ ਤੇਰੀ ਕੀ ਲੱਗਦੀ ਹੈ ਚਾਚੀ ਕਮੂ ਨੇ ਕਿਹਾ ਤੇ ਕਮੂ ਦੀ ਬਾਹਾਂ ਬਲਟੋਈ ਦੇ ਪਾਰ ਹੀ ਠਾ ਮੁੜਕ ਗਈ ਖੋਰੇ ਉਹਦੇ ਪਾਰ ਨਾਲ ਕੇ ਖੋਰੇ ਚਾਚੀ ਦੇ ਹਰਫ ਨਾਲ ਜੇ ਤੂੰ ਕਹੀਂ ਮੈਂ ਤੇਰੀ ਬਲਟੋਈ ਚਾਲਾਂ ਪੂਰੋਂ ਨੇ ਕਿਹਾ ਪਰ ਆਪਣੀ ਬਾਹ ਅੱਗੇ ਕੋਈ ਨਾ ਕੀਤੀ ਉਹਨੂੰ ਚੰਗੇ ਤਰ੍ਹਾਂ ਚੇਤੇ ਸੀ ਕਿ ਸਾਰੇ ਲੋਕ ਹੀ ਜਾਣਦੇ ਸੀ ਕਿ ਉਹਦਾ ਨਾਂ ਹਮੀਦਾ ਸੀ ਹਮੀਦਾ ਰਸ਼ੀਦ ਦੇ ਦੀ ਔਰਤ ਤੇ ਕਮੋ ਇੱਕ ਹਿੰਦੂ ਕੁੜੀ ਹੈ ਬਲਟੋਈ ਪਿੱਟ ਜਾਏਗੀ ਕਮੋ ਦੇ ਨੇ ਚੱਕ ਆਖਿਆ ਪਾਣੀ ਤੇ ਨਹੀਂ ਨਾ ਪਿੱਟਣ ਲੱਗਾ ਮੈਂ ਪਾਣੀ ਨੂੰ ਹੱਥ ਨਹੀਂ ਲਾਂਦੇ ਜਾ ਕੇ ਬਾਹਰੋਂ ਬਲਟੋਈ ਮਾਂਜ ਲਾਂਗੇ ਪੂਰੋ ਕਹਿੰਦੀ ਕਹਿੰਦੀ ਹੱਸ ਪਈ ਕਮੋ ਵੀ ਹੱਸ ਪਈ ਪਰ ਕਮੋ ਨੇ ਬਲਟੋਈ ਚੁੱਕੀ ਰੱਖੀ ਦੋਵੇਂ ਮਸਾਂ 99 ਕਦਮ ਹੀ ਗਈਆਂ ਸਨ ਕਮੋ ਦਾ ਪੈਰ ਦੂਰ ਆ ਜਾ ਪਿਆ ਪੂਰੋ ਨੇ ਡਿੱਗਦੀ ਬਲਟੋਈ ਫੜ ਲਈ ਪਰ ਕਮੋ ਰੋੜਾਂ ਉੱਤੇ ਟੈ ਪਈ ਉਹਦਾ ਪੈਰ ਮਚਕੋੜਿਆ ਗਿਆ ਪੂਰੋ ਨੇ ਬਲਟੋਈ ਧਰ ਕੇ ਕਮੋ ਦਾ ਪੈਰ ਨੱਪਿਆ ਹੱਥ ਦੀ ਤਲੀ ਨਾਲ ਉਹਦੇ ਗਿੱਟੇ ਕੋਲੋਂ ਪੈਰਾ ਨੂੰ ਮਲਿਆ ਲੰਗੇ ਵਾ ਕਮੋ ਉਠਣ ਜੋਗੀ ਹੋ ਪਈ ਪੂਰੋ ਵਲਟੋਈ ਚੁੱਕੇ ਉਹਦੇ ਨਾਲ-ਨਾਲ ਦੁਰਦੀ ਗਈ ਮਾਂ ਨੇ ਕੰਮੋ ਦਾ ਰੋਣ ਨਿਕਲ ਗਿਆ ਪੂਰੋ ਨੂੰ ਐਵੇਂ ਲੱਗਾ ਜਿਵੇਂ ਕੰਮੋ ਆਪਣੇ ਸਾਰੇ ਦੁੱਖਾਂ ਦੇ ਉਲੰਭੇ ਆਪਣੀ ਮੋਈ ਹੋਈ ਮਾਂ ਨੂੰ ਵੀ ਦੇਂਦੀ ਹੋਵੇ ਜੰਮ ਸੜ ਕੇ ਸਾਡੇ ਜੋਗੀ ਧਰ ਗਏ ਨੇ ਪੂਰੋ ਨੇ ਕਈ ਵਾਰੀ ਕੰਮੋ ਦੀ ਚਾਚੀ ਨੂੰ ਕਹਿੰਦੇ ਆ ਸੁਣਿਆ ਸੀ ਕੰਮੋ ਦੀ ਨਾਂ ਮਾਂ ਸੇ ਨਾ ਪਿਓ ਪਿਓ ਤੇ ਖਰੇ ਕੰਮ ਕੰਮੋ ਦਾ ਜਿਉਂਦਾ ਸੀ ਪਰ ਕਹਿੰਦੇ ਸਨ ਕਿ ਉਹਨੇ ਸ਼ਹਿਰ ਵਿੱਚ ਕੋਈ ਜਨਾਨੀ ਰੱਖੀ ਹੋਈ ਸੀ ਜਿਹੜੀ ਕੰਮੋ ਨੂੰ ਮੱਥੇ ਨਹੀਂ ਸੀ ਲਾਉਂਦੀ ਤੇ ਇਸੇ ਲਈ ਕੰਮੋਂ ਦਾ ਪਿਓ ਵੀ ਕੰਮੋਂ ਨੂੰ ਮੱਥੇ ਨਹੀਂ ਸੀ ਲਾਉਂਦਾ ਪੂਰੋ ਸੋਚੀ ਗਈ ਮਾਵਾ ਮਰ ਜਾਣ ਤਾਂ ਪਿਓ ਵੀ ਮਤਰੀ ਹੋ ਜਾਂਦੇ ਨੇ ਸੋਚਦੀ ਸੋਚਦੀ ਆਪਣੀਆਂ ਸੋਚਾਂ ਵਿੱਚ ਲਹਿ ਗਈ ਮਾਵਾ ਜਿਉਂਦੀਆਂ ਹੋਣ ਤੇ ਤਾਂ ਵੀ ਪਿਓ ਮਤਰੀ ਹੋ ਜਾਂਦੇ ਨੇ ਮਾਵਾ ਵੀ ਬੰਤਰੀਆਂ ਹੋ ਜਾਂਦੀਆਂ ਨੇ ਪਿੰਡ ਦਾ ਮੂੰਹ ਸਾਫ਼ ਦਿਸਣ ਲੱਗ ਪਿਆ ਸੀ ਚਾਨਣਾ ਵੀ ਉੱਚਾ ਹੋ ਗਿਆ ਸੀ ਤੇ ਉਹਨਾਂ ਦੀ ਗਲੀ ਵਾਲਾ ਮੋੜ ਵੀ ਨੇੜੇ ਆ ਗਿਆ ਸੀ ਨਾਲੇ ਦੋਵਾਂ ਨੂੰ ਡਰ ਸੀ ਕਿ ਕੋਈ ਪੂਰੋ ਨੂੰ ਬਲਟੋਹੀ ਚੁੱਕ ਚੁੱਕਿਆਂ ਤੱਕ ਲੈ ਜਾਏਗਾ ਕਮੋ ਨੇ ਥਿੜਕਦੇ ਪੈਰਾਂ ਨਾਲ ਬਲਟੋਹੀ ਸੰਭਾਲੀ ਪੂਰੋ ਨੇ ਕਾਲੇ-ਕਾਲੇ ਕਦਮ ਪੁੱਟੇ ਤੇ ਕਮੋ ਨਾਲੋਂ ਨਿਕੜ ਕੇ ਗਲੀ ਵੱਲ ਹੋ ਗਈ ਉਸੇ ਦੁਪਹਿਰ ਨੂੰ ਮੁੰਡਾ ਖੜੇ ਪਿਆ ਹੋਇਆ ਸੀ ਤੇ ਪੂਰੋ ਆਪਣੇ ਮੁੰਡੇ ਨੂੰ ਵਰਾਉਂਦੀ ਪਈ ਸੀ ਜਦੋਂ ਕਮੋ ਉਹਦਾ ਬੂਹਾ ਤੱਕ ਕੇ ਉਹਦੇ ਘਰ ਆਈ ਪੂਰੋ ਨੇ ਗਾਹ ਹੋ ਕੇ ਕਮੋ ਨੂੰ ਆਪਣੇ ਪਾਸੇ ਨਾਲ ਘੁੱਟ ਲਿਆ ਉਹਨੂੰ ਜੱਪਿਆ ਉਹਦੇ ਮੁੰਡੇ ਨਾਲੋਂ ਵੀ ਬਹੁਤੀ ਕਮੋ ਉਹਦੀ ਉਵਰਾਨ ਜੋਗੀ ਸੀ ਕੰਮੋ ਜਿਹਦੇ ਸੁੱਕੇ ਅਥਰੂਆਂ ਨੂੰ ਕੋਈ ਨਹੀਂ ਸੀ ਚੱਲਦਾ ਪੂਰੋ ਦੀ ਬਾਹ ਵਿੱਚ ਕੰਮ ਦੇ ਅਥਰੂ ਟੈਪ ਕੰਮੋ ਦੇ ਅਥਰੂ ਟੈਪ ਆਏ ਪੂਰੋ ਦਾ ਇਹੋ ਜੀ ਕਰੇ ਜਿਵੇਂ ਉਹ ਜਵੇਦ ਦੀ ਮਾਂ ਤੇ ਵੀ ਕੰਮੋ ਦੀ ਮਾਂ ਬਣ ਜਾਏ ਕੰਮੋ ਆੜੀਆਂ ਪਰੇ ਕੰਮੋ ਖੇੜੇ ਪਵੇ ਤੇ ਉਹ ਕੰਮੋ ਨੂੰ ਚੁੱਕ-ਚੁੱਕ ਬਰਾਵੇ ਕੰਮੋ ਨੂੰ ਲੈ 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 ਫਿਰ ਕੰਮੋ ਨੂੰ ਚਮ-ਚਮ ਥੱਕੇ ਉਹ ਜਵੇਦ ਦੀ ਮਾਂ ਬਣ ਜਾਏ ਉਹ ਕਿ ਚੰਗੀ ਧੀ ਨਹੀਂ ਸੀ ਬਣ ਸਕੀ ਉਹ ਚੰਗੀ ਮਾਂ ਬਣ ਜਾਏ ਕਮੋ ਹਿੰਦੂ ਸੀ ਤੇ ਪੂਰੋ ਪੂਰੋ ਮੁਸਲਮਾਨੀ ਸੀ ਭਾਵੇਂ ਅਜੇ ਤੱਕ ਉਹ ਆਪਣੇ ਆਪ ਨੂੰ ਪੂਰੀ ਸੋਚਦੀ ਸੀ ਕਮੋ ਨੇ ਪੂਰੋ ਦੇ ਘਰੋਂ ਕੁਝ ਖਾਣਾ ਨਹੀਂ ਸੀ ਪੂਰੋ ਦਾ ਜੀ ਕਰਦਾ ਸੀ ਉਹ ਕਮੇ ਕਮੋ ਨੂੰ ਗਰ੍ਹਿਆਂ ਦੇਵੇ ਉਹ ਕਮੋ ਨੂੰ ਦੁੱਧ ਦਾ ਕਟੋਰਾ ਪਿਆਵੇ ਪੂਰੋ ਨੇ ਫਿਰ ਕਮੋਂ ਦਾ ਪਿਆਰ ਮਲਿਆ ਹੱਥਾਂ ਦੀਆਂ ਤਲੀਆਂ ਨਾਲ ਤਤਾਂ ਘਿਓ ਚਸਿਆ ਰੋਂਦੇ ਲੋਗੜ ਨਾਲ ਸੇਕ ਕੀਤਾ ਹੁਣ ਕਮੋ ਕਾਲੀ ਪੈ ਗਈ। ਉਹਦੀ ਚਾਚੀ ਦਾ ਲੰਬਾ ਝਾੜੂ ਉਹਦੀ ਅੱਖਾਂ ਵਿੱਚ ਸਲਾਈਆਂ ਵਾਂਗਨ ਫਿਰਦਾ ਸੀ। ਕਮੋ ਤਲਾਈ ਨਗੰਧਨ ਵਾਲੀ ਸੂਈ ਲੈਣ ਦੇ ਬਹਾਨੇ ਆਈ ਸੀ। ਪੂਰੋ ਨੇ ਕਮੋ ਨੂੰ ਬਦਾਮਾਂ ਵਾਲਾ ਗੁੜ ਖਵਾਇਆ ਤੇ ਤਲਾਈ ਨਗੰਧਨ ਵਾਲੀ ਸੂਈ ਕੱਢ ਕੇ ਦੇ ਦਿੱਤੀ। ਸਿਆਲਾ ਪੈਰੋਂ ਪੈਰ ਉਤਰਦਾ ਆਉਂਦਾ ਸੀ। ਲੋਕਾਂ ਦੇ ਪਿੰਡਿਆਂ ਦੇ ਵਾਲੇ ਪਾਏ ਕੱਪੜੇ ਮੋਟੇ ਹੋ ਗਏ ਸਨ। ਲੋਕਾਂ ਨੇ ਰੂਹ ਪਰਵਾ ਪਰਵਾ ਕੇ ਕਾਲੀ ਛੀਟ ਦੀਆਂ ਫਤੂਈਆਂ ਬਣਵਾਈਆਂ ਸਨ। ਲੋਕਾਂ ਨੇ ਮੋٹے ਖੇਸਾਂ ਦੀਆਂ ਬੁਕਲਾਂ ਵਿੱਚ ਆਪਣੇ ਮੋਢਿਆਂ ਨੂੰ ਲਪੇਟ ਲਿਆ ਸੀ। ਕੰਮੂ ਆਪਣੀ ਉਮਰ ਦੇ ਬਰਿਆਂ ਨੂੰ ਖਾਂਦੀ ਜਾਂਦੀ ਸੀ। ਨਾ ਕੰਮੂ ਦੇ ਪਿੰਡੇ ਉੱਤੇ ਜਵਾਨੀ ਚੜਦੀ ਸੀ, ਨਾ ਕੰਮੂ ਦੇ ਪਿੰਡੇ ਉੱਤੇ ਕੱਪੜੇ ਵੱਟਦੇ ਸਨ। ਕੰਮੂ ਦੇ ਵਾਹਣੇ ਪੈਣ ਹੁਣ ਠੁਰਕਣ ਲੱਗ ਪਏ ਸਨ। ਪੂਰੋਂ ਨੇ ਕੰਮੂ ਲਈ ਇੱਕ ਨਵੀਂ ਜੁੱਤੀ ਬਣਵਾਈ ਪਰ ਕੰਮੂ ਦੇ ਪੈਰਾਂ ਵਿੱਚ ਉਸ ਜੁੱਤੀ ਦਾ ਪੈ ਜਾਣਾ ਸੌਖਾ ਨਹੀਂ ਸੀ। ਸੋਚ-ਸੋਚ ਕੇ ਇਹੋ ਗੱਲ ਬਣੀ ਕਿ ਕੰਮੂ ਨੇ ਉਹ ਜੁੱਤੀ ਪਾ ਲਈ। ਤੇ ਚਾਚੀ ਨੂੰ ਆਖਿਆ ਸਾਹਮਣੇ ਕਮਾਦ ਵਾਲੇ ਖੇਤ ਚ ਪਈ ਹੋਈ ਲੱਭੀ ਚਾਚੀ ਮੰਨੇ ਤੇ ਨਾ ਪਈ ਕਿਹੜੀ ਏ ਜਿਹੜੀ ਪਿੰਡ ਵਿੱਚ ਜਿਹੜੀ ਆਪਣੀ ਨਵੀਂ ਜੁੱਤੀ ਏ ਉਹ ਖੜਾ ਹੋਵੇ ਪਰ ਚੁੱਪ ਕਰ ਰਹੀ ਕੰਮੋਂ ਦੇ ਪੈਰੀ ਜੁੱਤੀ ਪਈ ਰਹੀ ਪਰ ਨਵੀਆਂ ਚੀਜ਼ਾਂ ਰੋਜ਼ ਰੋਜ਼ ਤੇ ਨਹੀਂ ਕਿਸੇ ਨੂੰ ਲੱਭ ਸਕਦੀਆਂ ਪੂਰੋ ਕਮੋਂ ਦੀਆਂ ਠੁਰਕਦੀਆਂ ਹੱਡੀਆਂ ਨੂੰ ਤੱਕਦੀ ਰਹਿੰਦੀ ਸਿਰਫ ਸਵੇਰ ਦੇ ਹਨੇਰਿਆਂ ਨੂੰ ਪਤਾ ਸੀ ਕਿ ਪੂਰੋ ਰੋਜ਼ ਕਮੋਂ ਦੀ ਇੱਕ ਅੱਧ ਬਲਟੋਈ ਚੁੱਕ ਕੇ ਕਮੋਂ ਨੂੰ ਸਾਖ ਡਾਉਂਦੀ ਸੀ ਕਮੋਈ ਕਦਾ ਫੇਰਾ ਪੂਰੋ ਦੇ ਘਰ ਵੀ ਲਾਂਦੀ ਕਦੇ ਵੇਲਣੇ ਚ ਕਪਾਹ ਵੇਲ ਕੱਢਦੀ ਕਦੇ ਚੱਕੀ ਵਿੱਚ ਛੋਲੇ ਡਾਲ ਦਿੰਦੀ ਕਦੇ ਚੱਟੂ ਵਿੱਚ ਮਸਾਲਾ ਪੀ ਲੈਂਦੀ ਪੂਰੋ ਦਾ ਹੱਥ ਵਟਾਉਂਦੀ ਚਾਚੀ ਦਾ ਸਬਰ ਕੱਤਾ ਕੰਮ ਹੋ ਜਾਂਦਾ ਨਿੱਕਾ ਜਿਹਾ ਜਵੇਦ ਕਮੋ ਨਾਲ ਹਿਲ ਗਿਆ ਸੀ ਕਦੇ ਕਮੋ ਨਾ ਆਉਂਦੀ ਤਾਂ ਪੂਰੋ ਉਹਨੂੰ ਨਿੱਕੇ ਮੁੰਡੇ ਦਾ ਉਲੰਭਾ ਦਿੰਦੀ ਕਮੋ ਲੱਗੇ ਦਾ ਕਦੇ ਖਸਾਉਂਦੀ ਨਹੀਂ ਸੀ ਹੁਣ ਪੂਰੋ ਤੇ ਕਮੋ ਮਾਵਾ ਧੀਆਂ ਵਾਂਗ ਅਣ ਇੱਕ ਦੂਜੀ ਨਾਲ ਭੇਡ ਲੈਂਦੀਆਂ ਤੇ ਦੋ ਸੇਲੀਆਂ ਵਾਕਰ ਇੱਕ ਦੂਜੇ ਨਾਲ ਚੰਬਰ ਚੰਬਰ ਬੈੰਦੀਆਂ ਕਈ ਵਾਰ ਪੂਰੋਦਾ ਜੀ ਕਰਦਾ ਕੰਮੋਂ ਲਈ ਕੁਝ ਬਣਾਈ ਕੰਮੋਂ ਦੇ ਸੁੱਕੇ ਢਿੰਗਰ ਅੰਗਾਂ ਵਿੱਚ ਹੁਣ ਇੱਕ ਨਿੱਕਾ ਜਿਹਾ ਉਭਾਰ ਆਉਣ ਲੱਗ ਪਿਆ ਸੀ ਕੰਮੋਂ ਦੀਆਂ ਪਿਚਕੀਆਂ ਹੋਈਆਂ ਗੱਲਾਂ ਉੱਤੇ ਇੱਕ ਫੇਰਾ ਆ ਗਿਆ ਸੀ ਪੂਰੋ ਦੇ ਘਰ ਆ ਕੇ ਕੰਮੋਂ ਆਪਣਾ ਸਿਰ ਵਾਉਂਦੀ ਪੂਰੋ ਥਿੰਦੇ ਹੱਥ ਲਾ ਕੇ ਕੰਮੋਂ ਦੀਆਂ ਮੇਡੀਆਂ ਕਰਦੀ ਇੱਕ ਦਿਹਾੜੇ ਸਵੇਰ ਦੇ ਮੂੰਹ ਨੇਰੀਆਂ ਚ ਕੰਮੂ ਪੂਰੋ ਨੂੰ ਫੜ-ਫੜ ਕੇ ਰੋਵੇ ਹੀ ਰੋਵੇ ਪੂਰੋ ਨੇ ਨੀਂਜ ਲਾ ਕੇ ਤੱਕਿਆ ਕੰਮੂ ਗੰਨੇ ਦੀ ਛਿੱਲੜ ਵਾਂਗਣ ਪੀਤੀ ਹੋਈ ਸੀ ਪੂਰੋ ਨੇ ਬੜੇ ਬੜਾ ਕਲੇਜੇ ਨਾਲ ਲਾਇਆ ਚੁੰਮਿਆ ਪਰ ਕੰਮੂ ਸੀ ਕਿ ਉਹਨੂੰ ਰੋਂਦਿਆਂ ਸਾਹ ਨਹੀਂ ਸੀ ਆਉਂਦਾ ਉਹਦੀ ਰੋ ਰੋ ਕੇ ਚੁੰਨੀ ਭਿੱਜੀ ਹੋਈ ਸੀ ਉਹਨੇ ਰੋ ਰੋ ਕੇ ਉਹਦੇ ਰੋ ਰੋ ਕੇ ਹੱਥ ਭਿੱਜੇ ਸਨ ਮੇਰੀ ਚਾਚੀ ਕਹਿੰਦੀ ਐ ਜੇ ਤੂੰ ਹੁਣ ਉਹ ਉਹਦੇ ਘਰ ਗਈ ਤਾਂ ਮੈਂ ਤੇਰਾ ਸੀਰਮਾ ਪੀ ਛੱਡਾਂਗੀ ਅਖੀਰ ਕੰਬੂ ਨੇ ਕਿਹਾ ਤੇ ਪੂਰੋ ਦੀ ਛਾਤੀ ਨਾਲ ਸਿਰ ਰੱਖ ਕੇ ਰੱਜ ਕੇ ਰੋਈ ਜਿਵੇਂ ਪੂਰੋ ਇੱਕੋ ਇੱਕੋ ਦਾ ਆਸਰਾ ਸੀ ਤੇ ਕੰਬੂ ਨੂੰ ਕੋਈ ਲੱਤਾਂ ਤੋਂ ਧਰੂ ਕੇ ਪਿਆ ਖਿੱਚਦਾ ਸੀ ਪਰ ਕਿਉਂ ਮੈਂ ਕੀ ਕੀਤਾ ਏ ਪੂਰੋ ਨੇ ਰਹਿ ਕੇ ਪੁੱਛਿਆ ਚਾਚੀ ਕਹਿੰਦੀ ਏ ਸੁਣਿਆ ਉਹ ਤਾਂ ਉਧਲ ਕੇ ਆਈ ਹੋਈ ਏ ਤੂੰ ਵੀ ਉਸੇ ਤਰ੍ਹਾਂ ਉਧਲ ਜਾਵੇਂਗੀ ਕਮਨ ਨੇ ਰੋਣ ਠਲ ਕੇ ਆਖਿਆ ਸਵੇਰ ਦਾ ਚਾਨਣ ਚਿੱਟਾ ਹੁੰਦਾ ਜਾਂਦਾ ਸੀ ਪੂਰੋ ਟੁੱਟੀ ਹੋਈ ਪੂਣੀ ਵਾਂਗਣ ਹੋ ਗਏ ਅਗਲਾ ਭਾਗ ਹੈ ਝੂਠ ਵਰਗਾ ਸੱਚ ਪੂਰੋ ਦੇ ਮਨ ਨੂੰ ਢੋੜੇਤੀ ਦੀਆਂ ਸੱਟਾਂ ਲੱਗਦੀਆਂ ਰਹੀਆਂ ਸਨ ਤੇ ਉਹਦਾ ਦਿਲ ਦਿਮਾਗ ਘਟ ਤੋਂ ਘਟ ਦਾ ਸੋਰੇ ਵੱਡਾ ਹੋ ਗਿਆ ਸੀ ਪੂਰੋ ਦੀ ਉਮਰ ਵੀਆਂ ਨੂੰ ਹੀ ਨਹੀਂ ਸੀ ਟੱਪੀ ਪਰ ਉਹਨੂੰ ਜੋ ਕੁਝ ਉਮਰ ਨਹੀਂ ਸੀ ਸਿਖਾ ਸਕਦੀ ਉਹਨੂੰ ਉਹ ਤੇ ਜੀਵਨ ਦੀਆਂ ਸੱਟਾਂ ਨੇ ਉਹ ਕੁਝ ਸਿਖਾ ਦਿੱਤਾ ਇੱਕ ਸਿਆਣੇ ਵਿਚਾਰਵਾਨ ਵਾਂਗ ਪੂਰੋਂ ਗਹਿਰ ਗੰਭੀਰ ਹੋ ਗਈ। ਉਹਦਾ ਮਨ ਬੜਾ ਤਿੱਖਾ-ਤਿੱਖਾ ਸੋਚਦਾ ਸੀ, ਕਈ ਕੁਝ ਸੋਚਦਾ ਸੀ ਪਰ ਉਹਨੂੰ ਕਹਿਣਾ ਨਹੀਂ ਸੀ ਆਉਂਦਾ। ਉਹਦੇ ਸਾਰੇ ਬਲਬਲੇ ਪਾਣੀ ਦੀ ਟੱਕਰ ਵਿੱਚੋਂ ਬਣਦੀ ਛੱਗ ਵਾਂਗ ਉੱਠਦੇ ਤੇ ਫਿਰ ਪਾਣੀ ਦੇ ਵਿੱਚ ਸਮੋ ਜਾਂਦੇ। ਕਦੇ-ਕਦਾਈਂ ਪੂਰੋਂ ਰਹੀਮੇ ਹੋਰਾਂ ਦੇ ਘਰ ਉਹਦੀਆਂ ਤੀਵੀਆਂ ਕੁਲ ਜਾਂਦੀ ਹੁੰਦੀ ਸੀ। ਉਹਨਾਂ ਦੇ ਗਵਾਂਢ ਇੱਕ ਜਵਾਨ ਜੀ ਕੁੜੀ ਦਾ ਪੀਲਾ ਮੂੰਹ ਨੂੰ ਬੜਾ ਖਿੱਚਦਾ ਹੁੰਦਾ ਸੀ। ਪੂਰੋ ਕਈ ਵਾਰ ਔੜਦੀ ਸੀ ਉਹਨੂੰ ਬੁਲਾ ਲਵੇ ਖਰੇ ਕਿਸੇ ਦੁਖੀ ਨੂੰ ਦੁਖੀ ਦੀ ਸਾਰ ਹੁੰਦੀ ਹੈ ਕੁੜੀ ਦੇ ਪੀਲੇ ਮੂੰਹ ਉੱਤੇ ਬੜੀਆਂ ਲੱਥੀਆਂ ਹੋਈਆਂ ਅੱਖਾਂ ਸਨ ਤੇ ਉਹ ਵੀ ਪੂਰੋ ਬੰਨੀ ਕੁਝ ਇਸ ਤਰ੍ਹਾਂ ਉਲੜ ਪੈੰਦੀਆਂ ਸਨ ਜਿਵੇਂ ਉਹਨਾਂ ਨੂੰ ਵੀ ਪੂਰੋ ਦੀ ਕੋਈ ਲੋੜ ਸੀ ਹੁੰਦਿਆਂ ਹੁੰਦਿਆਂ ਪੂਰੋ ਨੂੰ ਪਤਾ ਲੱਗਿਆ ਪਿਛਲੇ ਤੋਂ ਪਿਛਲੇ ਸਾਲ ਇਸ ਕੁੜੀ ਦਾ ਵਿਆਹ ਹੋਇਆ ਸੀ ਕੋਈ ਕਹਿੰਦਾ ਸੀ ਇਹਨੂੰ ਜinn ਭੂਤ ਦੀ ਪਕੜ ਹੋ ਗਈ ਸੀ ਕੋਈ ਕਹਿੰਦਾ ਸੀ ਇਹਨੂੰ ਕੋਈ ਅੰਦਰੂਨੀ ਬਿਮਾਰੀ ਲੱਗ ਗਈ ਸੀ ਪਤਾ ਨਹੀਂ ਉਹਨੂੰ ਕੀ ਵਰਤਿਆ ਸੀ ਪਰ ਗੰਡੇ ਦੀ ਭੂਖ ਵਾਂਗਣ ਉਸ ਕੁੜੀ ਦਾ ਪਿੰਡਾ ਹੋ ਗਿਆ ਸੀ। ਬਸਾਰ ਦੀ ਗੰਢੀ ਵਾਂਗ ਉਹਦਾ ਮੂੰਹ ਹੋ ਗਿਆ ਸੀ। ਪੁਰੋ ਨੇ ਲੰਘਦਿਆਂ ਜਾਣਿਆਂ ਕੁੜੀ ਨਾਲ ਵਕਫੀ ਕਰ ਲਈ ਸੀ ਤੇ ਅੱਗੋਂ ਇਹ ਵਕਫੀ ਕੁੜੀ ਦੀ ਮਾਂ ਰਹੀਂ ਆਪਣੇ ਖੇ ਸੋਣਵਾ ਕੇ ਵਿਦਾ ਲਈ ਸੀ। ਕੁੜੀ ਨੂੰ ਸਾਰੇ ਤਾਰੂ ਸਰਦੇ ਸਨ। ਥੋੜੇ ਜਿਹੇ ਦਿਹਾੜਿਆਂ ਵਿੱਚ ਪੁਰੋ ਨੇ ਸੁਣਿਆ ਤਾਰੂ ਨੂੰ ਕਈ ਵਾਰ ਗਸ਼ਾਂ ਵੀ ਪੈ ਜਾਂਦੀਆਂ ਸਨ। ਉਹਨਾਂ ਦਿਨਾਂ 'ਚ ਤਾਰੂ ਪੇਕੇ ਆਈ ਸੀ ਤੇ ਹੁਣ ਉਹਨੇ ਆਪਣੇ ਸਹੁਰੇ ਤੁਰ ਜਾਣਾ ਸੀ। ਪੁਰੂ ਨੇ ਸੁਣਿਆ ਹਰ ਵਾਰ ਤਾਰੂ ਨੂੰ ਸਹੁਰੇ ਜਾਣ ਲੱਗਿਆ ਇਸ ਤਰ੍ਹਾਂ ਹੋ ਜਾਂਦਾ ਸੀ ਤੇ ਜਿੰਨੀ ਵਾਰ ਉਹ ਸਹੁਰਿਆਂ ਤੋਂ ਪਰਤ ਕੇ ਪੇਕੇ ਆਉਂਦੀ ਸੀ ਹਰ ਵਾਰ ਉਹਦਾ ਮਾਸ ਅੱਗੇ ਨਾਲੋਂ ਵੱਧ ਸੁੱਕਾ ਹੋਇਆ ਹੁੰਦਾ ਸੀ। ਹਰ ਵਾਰ ਉਹਦੀਆਂ ਹੱਡੀਆਂ ਅੱਗੇ ਨਾਲੋਂ ਵੱਧ ਨਿਕਲੀਆਂ ਹੋਈਆਂ ਹੁੰਦੀਆਂ ਸਨ। ਦਿਲੀ ਦਿਲ 'ਚ ਸਾਰੇ ਵੇਖਣ ਚੱਖਣ ਵਾਲੇ ਸਮੇਂ ਦੇ ਸੰਬੰਧ ਜਿਵੇਂ ਦੋ ਤਰ੍ਹਾਂ ਫੇਰਿਆਂ ਦੀ ਹੋਰ ਗੱਲ ਹੈ। ਫਿਰ ਹੋਰ ਸੁੱਕ ਜਾਣ ਵਾਸਤੇ ਉਹਦੇ ਪਿੰਡੇ ਉੱਤੇ ਮਾਸ ਰਹਿਣ ਹੀ ਨਹੀਂ ਲੱਗਾ। ਹੋਰ ਟੁੱਟਣ ਵਾਸਤੇ ਉਹਦੀਆਂ ਹੱਡੀਆਂ ਵਿੱਚ ਜਿੰਦੇ ਨਹੀਂ ਬਚਣ ਲੱਗੇ। ਪਰ ਮੂਹ ਕੋਈ ਕੁਝ ਕਹਿੰਦਾ ਨਹੀਂ ਸੀ। ਨਾਂ ਲੈ ਕੇ ਜਾਣ ਵਾਲੇ ਸਹਰੇ ਗੁੰਜ ਆਂਦੇ ਸਨ ਨਾ ਭੱਜ ਦੇਣ ਵਾਲੇ ਪਿੱਕੇ ਕੁਝ ਬੋਲਦੇ ਸਨ। ਇੱਕ ਦਿਹਾੜੇ ਤਾਰੂ ਕੱਲੀ ਕਾਰੀ ਸੀ। ਪੂਰਵ ਉਹਦੇ ਕੋਲ ਬਹਿ ਗਈ। ਅੱਗੇ ਵੀ ਕਈ ਵਾਰ ਨਿੱਕੀ ਨਿੱਕੀ ਪੁੱਛਤਾਛ ਕਰਦੀ ਹੁੰਦੀ ਸੀ। ਅੱਜ ਉਹਦੇ ਨਾਲ ਗੱਲ ਹੀ ਪੈ ਗਈ। ਤਾਰੂ ਕੁਈ ਸਿਆਣਾ ਤਾਂ ਦੱਸਦਾ ਹੋਏਗਾ ਤੈਨੂੰ ਕੀ ਹੋਰ ਏ ਕੁਝ ਵੀ ਨਹੀਂ ਕਿਸੇ ਤੇ ਬਾਹ ਵੇਖੀ ਹੋਏਗੀ ਵਰਕਾਂ ਵਾਲੇ ਮੁਰੱਬੇ ਤੇ ਅਰਕਾਂ ਦੀਆਂ ਬੋਤਲਾਂ ਪੀ-ਪੀ ਕੀ ਥੱਕ ਗਈਆਂ ਤਾਰੋ ਕੁਝ ਤੇ ਦੱਸ ਕਿਉਂ ਆਪਣੀ ਜਾਨ ਨੂੰ ਰੋਗ ਲਾ ਲਿਆ ਸਭੋ ਧਰਤੀ ਦਾ ਭਾਰ ਹੌਲਾ ਹੋ ਜਾਏਗਾ ਭੈਣ ਕਿਉਂ ਚਿੰਤਾ ਕਰਨੀ ਧਰਤੀ ਉੱਤੇ ਭਾਰ ਤੇ ਖੋਰੇ ਕਿੰਨਾ ਕੁ ਪਿਆ ਹੋਇਆ ਤੇਰੇ ਨਾਲ ਕੀ ਹੌਲਾ ਹੋਣਾ ਮਾਂ ਨੂੰ ਤੇ ਪੁੱਛ ਕਿ ਵੇਖ ਜਿਨੇ ਵਕਤਾਂ ਨਾਲ ਪਾਲਿਆਈ ਪਾਲਿਆ ਹੋਏਗਾ ਤਾਰੂ ਨੇ ਇੱਕ ਬੇਪਰਵਾਹੀ ਨਾਲ ਆਖਿਆ ਆਪੇ 4 ਦਿਨ ਰੋ ਧੋ ਕੇ ਚੁੱਪ ਕਰ ਰਹੇਗੀ ਹੁਣ ਕਿਹੜਾ ਉਹਦੀ ਜਾਨ ਸੁਖੀ ਹੈ ਤਾਰੂ ਨੇ ਫੇਰ ਆਖਿਆ ਪਰ ਏਡੀ ਗੱਲ ਕੀ ਹੋ ਗਈ ਏ ਮਾਂ ਨੂੰ ਅੱਖ ਅਜੇ 4 ਦਿਨ ਹੋਰ ਨਾ ਤੋਰੇ ਫੇਰ ਕੀ ਫਰਕ ਪੈ ਜਾਏਗਾ ਜਿਹੀ 얘ਥੇ ਆਤੇ ਹੀ ਹੁੰਦੇ ਆ ਹਾਂ ਧੀਆਂ ਨੂੰ ਕੋਈ ਕਿੰਨਾ ਕੁ ਚੇ ਰੱਖ ਸਕਦਾ ਧੀਆਂ ਹੂੰ ਤੇ ਤਾਰੂ ਇੱਕ ਵਾਰ ਬੜਬੜਾ ਕੇ ਚੁੱਪ ਕਰ ਲਈ ਤਾਰੂ ਦੇ ਅੰਦਰ ਪਤਾ ਨਹੀਂ ਕੀ ਬਲੇਟ ਪਿਆ ਸੀ ਤਾਰੂ ਦਾ ਪਤਾ ਨਹੀਂ ਕੀ ਕਹਿਣ ਨੂੰ ਜੀ ਕੀਤਾ ਸੀ ਫਿਰ ਖਰੇ ਤਾਰੂ ਤੋਂ ਕਹਿ ਨਾ ਹੋਇਆ ਧੀਆ ਦਾ ਕੀ ਇਹ ਮਾਪੇ ਜੀ ਦੇ ਹੱਥ ਮਰਜੀ ਏ ਉਹਦੇ ਗਲ ਦੀ ਰੱਸੀ ਫੜਾ ਦੇਣ ਤਾਰੂ ਨੇ ਆਪੇ ਹੀ ਫਿਰ ਠਹਿਰ ਕੇ ਆਖਿਆ ਉਥੋਂ ਦਾ ਪਾਣੀ ਚੰਗਾ ਹੈ ਪੂਰੋਂ ਨੇ ਫਿਰ ਪੁੱਛਿਆ ਨਾਂ ਵੀ ਚੰਗਾ ਹੋਵੇ ਤਾਂ ਵੀ ਚੰਗਾ ਹੈ ਤਾਰੂ ਨੇ ਜਵਾਬ ਦਿੱਤਾ ਖਰੇ ਪਾਣੀ ਨਾਂ ਮਾਫਕ ਆਇਆ ਹੋਵੇ ਪੂਰੋਂ ਨੇ ਗੱਲ ਚਲਾਈ ਰੱਖ ਰੱਖਣ ਵਾਸਤੇ ਕਹਿ ਦਿੱਤਾ ਧੀਆ ਨੂੰ ਹਮੇਸ਼ਾ ਪਾਣੀ ਮਾਫਕ ਆਉਂਦੇ ਨੇ ਤਾਰੂ ਨੇ ਕੁਝ ਇਸ ਤਰ੍ਹਾਂ ਆਖਿਆ ਪੂਰੋ ਦੇ ਮੂੰਹ ਹਲ ਤੱਕਣ ਲੱਗ ਪਈ ਤਾਰੂ ਮੈਂ ਤੇਰੀ ਆਪਣੀਆਂ ਕੁਝ ਦੱਸਦੀ ਕਿਉਂ ਨਹੀਂ ਪੂਰੋ ਨੇ ਜਪਨਾਤ ਨਾਲ ਕਿਹਾ ਤਾਰੂ ਦਾ ਜੀ ਖੁੱਲ ਗਿਆ ਭੈਣ ਮੇਰੀਏ ਕੀ ਮੈਂ ਦੱਸਣਾ ਧੀਆਂ ਨੂੰ ਕੁਝ ਦੱਸਣ ਜੋਗੀ ਜ਼ੁਬਾਨ ਹੀ ਰੱਬ ਨੇ ਕਦੋਂ ਦਿੱਤੀ ਏ ਠੀਕ ਏ ਤਾਰੂ ਮਾਪਿਆਂ ਕੋਲ ਮੇਰੇ ਜੋਗੀ ਥਾਂ ਨਹੀਂ ਸੀ ਕਿਸੇ ਧੀ ਵਾਸਤੇ ਵੀ ਮਾਪਿਆਂ ਕੋਲ ਥਾਂ ਨਹੀਂ ਹੁੰਦੀ ਮੇਰੇ ਮਰਦ ਕੋਲ ਮੇਰੇ ਜੋਗੀ ਥਾਂ ਕੋਈ ਨਹੀਂ ਕਿਉਂਕਿ ਉਹਦਾ ਦਿਲ ਤੇ ਉਹਦਾ ਕਰ ਕਿਸੇ ਹੋਰ ਤੀਵੀ ਨਾਲ ਮੱਲਿਆ ਹੋਇਆ ਹੈ ਹੈ ਤਾਰੂ ਤੇਰੀ ਮਰਦ ਦਾ ਅੱਗੇ ਵੀ ਵਿਆਹ ਹੋਇਆ ਹੋਇਆ ਹੈ ਤੇ ਫਿਰ ਤੇਰੇ ਮਾਪਿਆਂ ਨੇ ਤੈਨੂੰ ਕਿਉਂ ਉੱਥੇ ਦਿੱਤਾ ਉਹਨਾਂ ਨੂੰ ਪਹਿਲਾਂ ਖਬਰ ਨਹੀਂ ਸੀ ਨਾਲੇ ਉਹਦਾ ਪਹਿਲਾਂ ਵਿਆਹ ਨਹੀਂ ਹੋਇਆ ਸੀ ਉਹਨੇ ਸਿਰਫ ਇੱਕ ਤੀਵੀ ਨੂੰ ਘਰ ਰੱਖਿਆ ਹੋਇਆ ਹੈ ਪਰ ਉਹਦੇ ਮਾਪਿਆਂ ਨੂੰ ਕਿ ਖਬਰ ਹੋਏਗੀ ਸਾਰੇ ਜਾਣਦੇ ਬੁੱਝਦੇ ਸਨ ਸਿਰਫ ਉਹ ਤੀਵੀ ਉਹਨਾਂ ਦੀ ਜਾਤ ਦੀ ਨਹੀਂ ਕਮੀਨ ਜਾਤੀ ਹੈ ਉਹਦੇ ਮਾਪੇ ਆਂਦੇ ਸਨ ਆਪਣੀ ਜਾਤ ਦੀ ਨੂੰ ਘਰ ਵਿੱਚ ਆਉਣੀ ਚਾਹੀਦੀ ਪਰ ਉਹਨਾਂ ਨੇ ਸੋਚਿਆ ਕਿ ਪ੍ਰੈਤੀ ਦਾ ਕੀ ਹਾਲ ਹੋਏਗਾ ਦੂਜੇ ਦੇ ਦੁੱਖ ਨੂੰ ਕੌਣ ਜਾਣਦਾ ਭੈਣਾ ਨਾਲ ਹੀ ਆਉਂਦੇ ਨੇ ਅਸੀਂ ਰੋਟੀ ਦੇਣੇ ਆ ਕੱਪੜਾ ਦੇਣੇ ਆ ਸੌਖਾ ਹੱਦ ਤੇ ਫਿਰ ਦੁੱਖ ਕਾ ਦਾ ਜਿਵੇਂ ਤੀਵੀ ਨੂੰ ਸਿਰਫ ਰੋਟੀ ਤੇ ਕੱਪੜਾ ਹੀ ਚਾਹੀਦਾ ਹੈ ਪੂਰੇ ਨੇ ਕਿਹਾ ਮੇਰੇ ਅੰਦਰੋਂ ਲਾਂਭੇ ਬੜ ਬੜ ਉੱਠਦੇ ਨੇ ਤੂੰ ਵੇਖਦੀ ਨਹੀਂ ਸਾਰੇ ਵੇਖਦੇ ਨੇ ਪੂਰੇ 2 ਵਰੇ ਹੋ ਗਏ ਨੇ ਮੈਂ ਰੋਟੀ ਤੇ ਕੱਪੜੇ ਵਾਸਤੇ ਉਹਦੇ ਵਾਰ ਉਹਦੇ ਕੋਲ ਆਪਣਾ ਜਿਸਮ ਵੇਚਣੀ ਆ ਦੇਖ ਮੈਂ ਵੇਸਵਾ ਵੇਖ ਮੈਂ ਵੇਸਵਾ ਕੰਦੀ ਕੰਦੀ ਤਾਰੂ ਟੈ ਪਈ ਤਾਰੂ ਦੀਆਂ ਮੁੱਠਾ ਮੀਠੀਆਂ ਗਈਆਂ ਤਾਰੂ ਦੇ ਆਨੇ ਉੱਤਾਂ ਨੂੰ ਚੜ ਗਏ ਤਾਰੂ ਦਾ ਪਿੰਡਾ ਕਾਠ ਦੇ ਫੱਟੇ ਵਾਂਗ ਹੋ ਗਿਆ ਪੂਰੋ ਡਰ ਗਈ ਤਾਰੂ ਦੇ ਘਰ ਚ ਹੋਰ ਕੋਈ ਨਹੀਂ ਸੀ ਪੂਰੋ ਨੂੰ ਪਤਾ ਨਹੀਂ ਸੀ ਕੀ ਕਰਨਾ ਪੂਰੋ ਡਰਦੀ ਤੇ ਘਬਰਾਉਂਦੀ ਪਈ ਸੀ ਤਾਰੂ ਦੀਆਂ ਲੱਤਾਂ ਘੁੱਟਣ ਲੱਗ ਪਈ ਤਾਰੂ ਦੇ ਮੋਢੇ ਨੱਪਣ ਲੱਗ ਪਈ ਤਾਰੂ ਦੀਆਂ ਤਲੀਆਂ ਝੱਸਣ ਲੱਗ ਪਈ ਤਾਰੂ ਦੇ ਹੋਸ਼ ਪਰਤਾਏ ਤੂੰ ਮੈਨੂੰ ਨਾ ਹੱਥ ਲਾ ਮੈਂ ਵੇਸਵਾ ਤੂੰ ਦੇਖਦੀ ਨਹੀਂ ਤੂੰ ਦੇਖਦੇ ਨਹੀਂ ਤਾਰੂ ਜਈਆਂ ਗੱਲਾਂ ਵੀ ਕਰਦੀ ਸੀ ਪੂਰੋ ਸੋਚ ਰਹੀ ਸੀ ਅਜੇ ਇਹਨੂੰ ਹੋਸ਼ ਨਹੀਂ ਆਇਆ ਇਧਰ ਤਾਰੂ ਦੀ ਮਾਂ ਆ ਗਈ ਹਾਈ ਨੀ ਕੀ ਕਰਾਂ ਮੈਂ ਇੱਕ ਤੇ ਕਰਮਾਂ ਨੇ ਮਾਰਿਆ ਸੀ ਦੂਜਾ ਇਹਦੀਆਂ ਗੱਲਾਂ ਨੇ ਮਾਰ ਛੱਡਿਆ ਤਾਰੂ ਦੀ ਮਾਂ ਨੇ ਢਾਲ ਜੀ ਹੋ ਕੇ ਬਹਿ ਗਈ ਪੂਰੋ ਚੁੱਪ ਦੀ ਚੁੱਪ ਰਹਿ ਗਈ ਇਹਨੇ ਤੇ ਇਹਦੇ ਭਰਾ ਨੇ ਸਾਡੀ ਜਾਨ ਤੁੰਬ ਛੱਡੀਏ ਲਾਹੌਰ ਕਾ ਦਾ ਕਾਲਜ ਚ ਪੜਨ ਗਿਆ ਭੈਣ ਨੂੰ ਵੀ ਪੜਾ ਪੜਾ ਕੇ ਵਿਗਾੜ ਛੱਡਿਆ ਸੋ ਵੇ ਕਿਉ ਜੀ ਐ ਅੰਤਰੀਆਂ ਗੱਲਾਂ ਕਰਦੀਏ ਤਾਰੋ ਦੀ ਮਾਂ ਨੇ ਫੇਰ ਦੁੱਖ ਕੇ ਆਖਿਆ ਅਮਾ ਕਹਿਰ ਵੀ ਤੇ ਵਿਚਾਰੀ ਨਾਲ ਡਾਟਾ ਹੋਇਆ ਪੂਰੋ ਕਹਿਣ ਲੱਗੀ ਧੀਏ ਅਸੀਂ ਧੀ ਜੋ ਦਿੱਤੀ ਸਾਡਾ ਮੂੰਹ ਨੂੜਿਆ ਗਿਆ ਅਸੀਂ ਹੁਣ ਕੀ ਬੋਲ ਸਕਨੇ ਆ ਉਹ ਚੰਗੀ ਕਰੇ ਮਾੜੀ ਕਰੇ ਮਰਦੀ ਜਾ ਤੇ ਤਾਰੋ ਦੀ ਮਾਂ ਨੇ ਫੇਰ ਆਖਿਆ ਮੇਰਾ ਤਾਂ ਮੂੰਹ ਵੀ ਨੂੜਿਆ ਗਿਆ ਪੈਰ ਵੀ ਨੂੜੇਗੇ ਉਹਦਾ ਕੀ ਗਿਆ ਉਹਨੂੰ ਤੇ ਕਿਸੇ ਰੱਬ ਨੇ ਨਾ ਨੂੜਿਆ ਉਹਦੇ ਜੋਗਾ ਤੇ ਕੋਈ ਰੱਬ ਨਾ ਜੰਮਿਆ ਰੱਬ ਨੇ ਸਾਰੀਆਂ ਰਸੀਆਂ ਮੇਰੇ ਪੈਰਾਂ 'ਚ ਹੀ ਪਾ ਦਿੱਤੀਆਂ ਤਾਰੂ ਦੀਆਂ ਮੁੱਠਾ ਫੇਰ ਮਿਟੀਆਂ ਗਈਆਂ ਤੇ ਉਹਦੇ ਫੇਰ ਪੈਰ ਆਕੜ ਗਏ ਮਾਂ ਨੇ ਪਾਣੀ ਦੇ ਕਈ ਛਿੱਟੇ ਉਹਦੇ ਮੂੰਹ ਤੇ ਮਾਰੇ ਕਈ ਚੂਲੀਆਂ ਉਹਦੇ ਮੂੰਹ 'ਚ ਪਾਈਆਂ ਪੂਰੋ ਅਜਠ ਠੰਭਰੀ ਹੋਈ ਸੀ ਹੁਣੇ ਪਹਿਲੀ ਵਾਰ ਸੁਣਿਆ ਸੀ ਕੁੜੀਆਂ ਇਸ ਤਰ੍ਹਾਂ ਵੀ ਸੂਟ ਸਕਦੀਆਂ ਨੇ ਕੁੜੀਆਂ ਇਸ ਤਰ੍ਹਾਂ ਵੀ ਬੋਲ ਸਕਦੀਆਂ ਨੇ ਨਹੀਂ ਤਾਂ ਉਹਨੂੰ ਕਈ ਗੁਬਾਰ ਉੱਠਦੇ ਹੁੰਦੇ ਸਨ ਪਰ ਉਹਨੂੰ ਕੋਣਾ ਨਹੀਂ ਸੀ ਆਉਂਦਾ ਇਤੋਖਾ ਨਿਰਾਤੋਖਾ ਮੇਰਾ ਕੋਈ ਨਹੀਂ ਵਿਆਹ ਹੋਇਆ ਤੁਸੀਂ ਸਾਰੇ ਝੂਠ ਬੋਲਦੇ ਹੋ ਤੁਸੀਂ ਮੈਨੂੰ ਫੜਦੇ ਕਿਉਂ ਪਰ ਹਟੋ ਤੇ ਬੇਸੁਰਤ ਤਾਰੂ ਨੇ ਆਪਣੇ ਪੈਰਾਂ ਨੂੰ ਪਟਕ ਕੇ ਧਰਤੀ ਤੇ ਮਾਰਿਆ ਤਾਰੂ ਹੋਸ਼ ਕਰ ਕਿਹਿਆ ਗੱਲਾਂ ਮੂੰਹ ਕਢਣੀ ਹੈ ਕੋਈ ਸੁਨੇਗਾ ਤੇ ਕੀ ਆਖੇਗਾ ਉਹ ਖੌਂਦੇ ਤੇਰਾ ਬੰਦ ਕਰ ਜ਼ਰਾ ਮੂੰਹ ਐਵੇਂ ਨਾ ਬੋਲੀ ਜਾ ਤਾਰੂ ਦੇ ਮਾਹਿਸਤਰਾ ਕਹਿੰਦੀ ਪਈ ਸੀ ਜਿਵੇਂ ਆਪਣੇ ਅਨਜਾਨੀ ਜੀ ਤਾਰੂ ਨੂੰ ਝਿੜਕਾਂ ਪੀ ਦਿੰਦੀ ਸੀ ਉੰਜੋ ਦੀਆਂ ਆਪਣੀਆਂ ਦੋਵੇਂ ਅੱਖਾਂ ਭਰੀਆਂ ਹੋਈਆਂ ਸਨ ਤਾਰੋ ਦੀ ਸੁਰਤ ਕਦੇ ਫਿਰ ਪੈਂਦੀ ਸੀ ਕਦੇ ਫਿਰ ਤਾਰੋ ਬੋਰੀ ਜੀ ਹੋ ਜਾਂਦੀ ਸੀ ਉੱਥੇ ਜਾ ਕੇ ਨਾ ਇਹੋ ਜੀ ਝਲਖਲੇ ਨੇ ਜੀ ਨੂੰ ਥਾਵੇਂ ਪਾ ਉਹ ਜਾਣੇ ਭਾਵੇਂ ਨਾ ਜਾਣੇ ਰੱਬ ਤੇ ਗਵਾਏ ਨਾ ਤੈਨੂੰ ਉਹਨੇ ਵਿਆਹ ਕੀ ਖੜਿਆਏ ਤਾਰੋ ਦੀ ਮਾਂ ਪੀ ਆਂਦੀ ਸੀ ਮਾਂ ਨੇ ਜੇ ਰੱਬ ਨੇ ਮੇਰੇ ਵਿਆਹ ਦੀ ਗਵਾਹੀ ਦਿੱਤੀ ਏ ਤਾਂ ਛੁੱਟੀ ਗਵਾਹੀ ਦਿੱਤੀ ਹੋਣੀ ਏ ਮਾਂ ਨਹੀਂ ਮੇਰਾ ਵਿਆਹ ਕੋਈ ਨਾ ਤਾਰੂ ਬੋਰੀਆਂ ਵਰਕਰ ਛੱਤ ਦੀਆਂ ਲੰਮੀਆਂ ਕੜੀਆਂ ਨੂੰ ਵੇਖਣ ਲੱਗੀ। ਪੂਰੋ ਤਾਰੂ ਦੇ ਮੂੰਹ ਨੂੰ ਤੱਕਦੇ ਪਈ ਸੀ ਜਿਹੜੀ ਤਾਰੂ ਸਭੋ ਕੁਝ ਸੋਚਦੀ ਹੋਈ ਤੇ ਸਭੋ ਕੁਝ ਬੋਲਦੀ ਹੋਈ ਵਿਆਹ ਦੇ ਇਸ ਏਡੇ ਵੱਡੇ ਝੂਠ ਨਾਲੋਂ ਛੁੱਟ ਨਹੀਂ ਸਕਦੀ ਪਰ ਉਹਦੀ ਉਮਰ ਦੇ ਦਿਨ ਬੜੀ ਕਾਲੀ ਕਾਲੀ ਜੀਵਨ ਦੇ ਸਾਰੇ ਸੱਚ ਝੂਠਾਂ ਨਾਲੋਂ ਟਣਕੇ पे ਤੋੜ ਦੇ ਸਨ। ਉਤੋਂ ਤਰਕਾਲਾਂ ਪੈ ਗਈਆਂ ਸਨ। ਪੂਰੋ ਭਰੇ ਹੋਏ ਦਿਲ ਨਾਲ ਉੱਠ ਬੈਠੀ ਉਹਦਾ ਮਨ ਜਿਵੇਂ ਭਰੀ ਭرائی ਦੁਨੀਆ ਤੋਂ ਇੱਕੋ ਵਾਰਗੇ ਉਚਾਟ ਹੋ ਗਿਆ। ਪਿਛਲੇ ਕਿੰਨੇ ਦਿਨਾਂ ਤੋਂ ਆਪਣੇ ਘਰ ਕੋਠੇ ਦੀਆਂ ਕੰਧਾਂ ਨਾਲ ਪਰਚ ਗਈ ਸੀ। ਉਹਦੇ ਉੱਡਦੇ ਉੱਡਦੇ ਮਨ ਨੂੰ ਰਿਸ਼ੀ ਦੇ ਦੇ ਨਿੱਕੇ ਨਿੱਕੇ ਚੋਲਾ ਨੇ ਘਰ ਦੇ ਨਿੱਕੇ ਮੋਟੇ ਆਹਰ ਪਾਹਰ ਨੇ ਤੇ ਸਭ ਨਾਲੋਂ ਤੋਂ ਵੱਧ ਜਬ ਵੇਦ ਦੇ ਤੋਤਲੇ ਪੰਨੇ ਜਿਵੇਂ ਪਤਲੇ ਧਾਗੇ ਬਲੇਟ ਲੈ ਸਨ ਤੇ ਉਹਦਾ ਮਨ ਕੁਝ ਟਿਕਿਆ ਟਿਕਿਆ ਹੋ ਗਿਆ ਸੀ। ਅੱਜ ਤਾਰੋ ਦੀਆਂ ਬੋਰੀਆਂ ਗੱਲਾਂ ਨੇ ਜਿਵੇਂ ਪੂਰੋ ਦੇ ਮਨ ਦੁਆਲਿਓਂ ਕਈ ਤੰਦਾਂ ਤਾਰਾ ਕੁੜਕਾ ਛੱਡੀਆਂ ਹੋਣ ਉਹਦਾ ਮਨ ਚੈਨਚ ਨਹੀਂ ਸੀ ਰਾਤ ਨੂੰ ਰੋਟੀ ਟੁੱਕਰ ਕਰਨ ਲੱਗਿਆ ਉਹਨੂੰ ਜਿਵੇਂ ਲੋਣ ਵਿਸਾਰਦਾ ਹੀ ਵੀ ਥੋ ਭੁੱਲ ਗਿਆ ਸੀ ਉਹਦੀ ਦਾਲ ਇੱਕ ਠਿੱਕਜੇ ਬਣ ਕੇ ਰਹਿ ਗਈ ਉਹਦੀਆਂ ਰੋਟੀਆਂ ਚਿੱਬੀਆਂ ਹੋ ਕੇ ਕੰਡਿਆਂ ਤੋਂ ਸੜ ਗਈਆਂ ਅਗਲੇ ਦਿਨਾਂ ਦੀ ਅੰਗੈ ਲਈ ਕਿਸੇ ਤਰ੍ਹਾਂ ਦੀ ਵੀ ਪਹਿਲੇ ਨਾਲ ਦਿਨ ਨਾਲ ਉਹਨਾ ਘਟੇ ਫਿਰ ਪਤਾ ਨਹੀਂ ਪੂਰੋਂ ਨੂੰ ਕੀ ਸੁਜਿਆ ਉਹਨੇ ਆਪਣੀ ਰੋਟੀ ਅੱਠ ਪੈਰੀ ਕਰ ਦਿੱਤੀ ਰਾਤਾਂ ਜੇ ਪੌਣੀਆਂ ਵੀ ਨਾ ਹੁੰਦੀਆਂ ਉਹ ਜਾਗ ਪੈਂਦੀ ਧਿਆਨ ਲਾਉਂਦੀ ਤੇ ਘੰਟਿਆਂ ਪਰ ਅੱਖਾਂ ਤੇ ਕੰਨਾਂ ਨੂੰ ਨੂੜ ਕੇ ਜਿਵੇਂ ਦੁਨੀਆ ਤੋਂ ਚਿੱਤ ਝੁੱਕ ਲੈਂਦੀ। ਉਹਦਾ ਸੋਨਾ ਘਟ ਗਿਆ, ਉਹਦਾ ਖਾਣਾ ਘਟ ਗਿਆ। ਹੌਲੀ-ਹੌਲੀ ਉਹਨੇ ਸੁੱਕੇ ਛਾਣ ਵਿੱਚ ਲੂਣ ਪਾ ਕੇ ਆਪਣੀ ਇੱਕ ਰੋਟੀ ਪਕਾਣੀ ਸ਼ੁਰੂ ਕਰ ਦਿੱਤੀ। ਜਿਹਨੂੰ ਥਿੰਦੇ ਦਾ ਹੱਥ ਨਾ ਲੱਗਦਾ, ਜਿਹਦੇ ਨਾਲ ਦੁੱਧ ਦਹੀਂ ਵੀ ਨਾ ਹੋ, ਛੁਆਇਆ ਜਾਂਦਾ। ਉਸੇ ਰੋਟੀ ਦੇ ਆਸਰੇ ਦਿਹਾੜੀ ਕੱਟ ਲੈਂਦੀ। ਗਿਣਤੀ ਦੇ ਦਿਨਾਂ ਵਿੱਚ ਉਹਦੀਆਂ ਅੱਖਾਂ ਦਵਲੇ ਨੀਲੇ-ਨੀਲੇ ਜੇ ਚੱਕਰ ਉਗੜਾਏ ਤੇ ਉਹਦਾ ਸਾਰਾ ਪਿੰਡਾ ਡਾਢੀ ਤਰ੍ਹਾਂ ਚੌਂਗਿਆ। ਪਿਛਲੇ ਕੁਝ ਦਿਨ ਰਸ਼ੀਦ ਦਾ ਗੱਲੇ ਕਥੇ ਪੂਰੋ ਦਾ ਜੀਵ ਲਾਂਦਾ ਰਿਹਾ ਸੀ ਰੋਜ਼ਿਆਂ ਤੇ ਵਰਤਾਂ ਨਿਮਾ ਉਤੇ ਕਈ ਹਾਸੇ ਠੱਠੇ ਕਰਦਾ ਪੂਰੋ ਦਾ ਮਨ ਉਲਟਾਨ ਦੀ ਕੋਸ਼ਿਸ਼ ਕਰਦਾ ਰਿਹਾ ਸੀ ਪਿਆਰ ਵੀ ਅੱਗੇ ਨਾਲ ਉਹ ਚਿਹਰਾ ਕਰਨ ਲੱਗ ਪਿਆ ਸੀ ਪਰ ਰਸ਼ੀਦ ਦੇ ਸਾਰੇ ਯਤਨ ਜਵੇਂ ਪੂਰੋ ਦੇ ਥਿੰਦੇ ਦਿਲ ਦਿਮਾਗ ਤੋਂ ਤਿਲਕ ਗਏ ਪੂਰੋ ਦੀਆਂ ਰੁਚੀਆਂ ਵਿੱਚ ਕੋਈ ਅੰਤਰ ਨਾ ਪਿਆ ਰਸ਼ੀਦ ਦੇ ਦਾ ਮਨ ਜਿਵੇਂ ਰੋਜ਼ ਉੱਚੇਚਾ ਬਲ ਬਲ ਕੇ ਹੁਣ ਬੁਝਣ ਤੇ ਆ ਗਿਆ ਸੀ ਪੂਰਾ ਦਾ ਦਿਨੋ ਦਿਨ ਲੈਂਦਾ ਮੂ ਰਸ਼ੀ ਦੇ ਕੋ ਨ ਤੱਕਿਆ ਨਹੀਂ ਸੀ ਜਾਂਦਾ ਰਸ਼ੀ ਦੇ ਦੇ ਵਿੜੇ ਵਿੱਚ ਜਿਵੇਂ ਵੀਰਾਨੀ ਨੇ ਆ ਕੇ ਆਪਣੇ ਪੈਰ ਰੱਖ ਦਿੱਤੇ ਸਨ ਰਸ਼ੀ ਦੇ ਦੇ ਮੂਹ ਤੇ ਵੀ ਇੱਕ ਚੁੱਪ ਜੇ ਜੰਮ ਗਈ ਦੋਵੇਂ ਜੀ ਕਰਦੀਆਂ ਸਮਾਜ ਦੀਆਂ ਜਿਸਮ ਦੀਆਂ ਕੰਧਾਂ ਵਿੱਚ ਬੁਲੇਟੇ ਹੋਏ ਸਨ ਪਰ ਦੋਹਾਂ ਦੇ ਦਰਮਿਆਨ ਜਿਹਾ ਇੱਕ ਪਾੜ ਪੈ ਗਿਆ ਸੀ ਪੂਰਾ ਹੋਰਾਂ ਦੇ ਘਰ ਲਵੇਰਾ ਸੀ ਉਹਨੇ ਮਨ ਨਾਲ ਦੁੱਧ ਜਮਾਉਂਦੀ ਇੰਨ ਰਿੜਕਦੀ ਰਸ਼ੀ ਦੇ ਦੇ ਖੇਤਾਂ ਦੇ ਕੰਮੇ ਜਦੋਂ दाना ਪੱਠਾ ਲੈ ਕੇ ਆਉਂਦੇ ਉਹਨਾਂ ਨੂੰ ਉਹਨਾਂ ਦੇ ਬਾਲਾਂ ਨੂੰ ਲੱਸੀਆਂ ਦੇ ਛੰਨੇ ਭਰ ਦਿੰਦੀ ਮੱਖਣਾ ਦੇ ਪੇੜੇ ਪਾ ਦਿੰਦੀ ਪੂਰੋ ਦੀ ਦੰਦੀ ਕੁਝ ਨਾ ਲੱਗਦਾ ਰਸ਼ੀਦ ਦੇ ਦਾ ਮਨ ਵੀ ਜਿਵੇਂ ਖਾਣ ਪਾਣ ਤੋਂ ਲਹਿ ਗਿਆ ਸੀ ਘਰ ਦੇ ਚੁੱਲ੍ਹੇ 'ਚ ਨਿੱਗੀ ਅੱਗ ਪੱਕਦੀ ਪਰ ਘਰ ਦੀ ਬੋਲ ਚਾਲ ਉੱਤੇ ਤੇ ਜੀਵਨ ਦੀ ਸਾਰੀ ਹਰਿਆਲੀ ਉੱਤੇ ਇੱਕ ਕੋਰਾ ਜੰਮ ਗਿਆ ਜਵੇਦ ਦੇ ਅਣਜਾਣੇ ముੰਹ ਤੇ ਜਿਵੇਂ ਮਾਂ ਪਿਓ ਦੇ ਉਦਾਸ ਮੂੰਹਾਂ ਦੇ ਪਰਛਾਵੇਂ ਲਟਕ ਗਏ ਸਨ ਜਵੇਦ ਵਾਸਤੇ ਕੋਈ ਉਚੇਚ ਜਮਲਿਆ ਹੋਇਆ ਨਹੀਂ ਸੀ ਭਾਵੇਂ ਪੂਰੋ ਸਾਰੇ ਨੇਮ ਨਿਭਾਉਂਦੀ ਸੀ ਤੇ ਭਾਵੇਂ ਰਸ਼ੀਦ ਦਾ ਜਵੇਦ ਨੂੰ ਦਿਲੋਂ ਬੜਾ ਪਿਆਰ ਕਰਦਾ ਸੀ ਇੱਕ ਰਾਤ ਸੁੱਤਿਆਂ ਰਸ਼ੀਦੇ ਦਾ ਪਿੰਡਾ ਭਾਗ ਗਿਆ ਸਵੇਰ ਨੂੰ ਜਦੋਂ ਪੂਰੋ ਨੇ ਰਸ਼ੀਦੇ ਦੇ ਮੱਥੇ ਉੱਤੇ ਹੱਥ ਲਾ ਕੇ ਧੱਕਿਆ ਤਾਂ ਰਸ਼ੀਦੇ ਨੂੰ ਡਾਡਾ ਬੁਖਾਰ ਚੜਿਆ ਸੀ ਪਿੰਡ ਦੇ ਹਕੀਮ ਨੇ ਆਪਣਾ ਦੁਆ ਪਾਣੀ ਦਿੱਤਾ ਰਸ਼ੀਦੇ ਦੇ ਤਾਪ ਨੂੰ ਤਰੀਆ ਦਿਹਾੜਾ ਹੋ ਗਿਆ ਸੀ ਜਦੋਂ ਹਕੀਮ ਨੇ ਸਵੇਰ ਪਾਇਆ ਕਿ ਰਸ਼ੀਦੇ ਨੂੰ ਸ਼ਾਇਦ ਮਿਆਦੀ ਤਾਪ ਚੜਿਆ ਹੋਇਆ ਸੀ ਪੂਰੋ ਦੇ ਸਾਰੇ ਧਿਆਨ ਤੇ ਬੈਰਾਗ ਨੂੰ ਰਸ਼ੀਦੇ ਦੀ ਬਿਮਾਰੀ ਨੇ ਖਿੱਚ ਲਿਆ ਉਹ ਦਵਾ दारू ਦਿੰਦੀ ਕੁੱਟਦੀ ਨੱਪਦੀ ਚੁੱਲ੍ਹੇ ਚੌਕੇ ਨੂੰ ਵਿੰਦੀ ਜਵੇਦ ਦੇ ਮੂੰਹ ਹਰਾਸਿਆ ਹੋਇਆ ਸੀ ਦੁਪਹਿਰਾਂ ਚੜ ਜਾਂਦੀਆਂ ਜਵੇਦ ਦੇ ਮੂੰਹ ਤੇ ਉਂਗਰਾਲਾਂ ਅੰਜਮ ਅੰਜਮ ਜਾਂਦੀਆਂ ਪੂਰੋ ਨੂੰ ਉਹਦੀ ਸੂਰਤ ਲੈਣ ਦੀ ਵੇਲ ਨਾ ਮਿਲਦੀ ਹੋਰ ਰਾਤਾਂ ਲੰਘ ਗਈਆਂ ਹੋਰ ਦਿਹਾੜੇ ਪੈ ਗਏ ਰਸ਼ੀਦੇ ਦਾ ਤਾਪ ਨਾ ਟੁੱਟਾ ਪੂਰੋ ਮੇਰਾ ਗੁਨਾਹ ਬਖਸ਼ ਦੇ ਪੂਰੋ ਮੇਰੀ ਤਕਸੀਰ ਮਾਫ ਕਰ ਪੂਰੋ ਪੂਰੋ ॠषि ਦਾ ਤਾਪ ਦੀ ਖੁੱਕੀ ਚਾਂਦਾ ਪਿਆ ਸੀ ਰਾਤ ਦਾ ਤੀਸਰਾ ਪੈਰ ਸੀ ਪੂਰੋ ਕਬਰਾ ਗਈ ਦਿਨਾਂ ਦੀ ਖੇਚਲ ਨੇ ਤੇ ਰਾਤਾਂ ਦੀ ਉਨੀਂਦਰੇ ਨੇ ਪੂਰੋ ਨੂੰ ਅੱਗੇ ਹੀ ਥੋੜਿਆ ਆਇਆ ਸੀ ਕਬਰੀ ਕਬਰੀ ਪੂਰੋ ਉੱਠ ਕੇ ॠषि ਦੇ ਦੀ ਮੰਜੀ ਕੋਲ ਬਹਿ ਗਈ ॠषि ਦੇ ਦੇ ਮੱਥੇ ਉੱਤੇ ਹੱਥ ਫੇਰਦੀ ਰਹੀ ॠषि ਦੇ ਦੇ ਪੈਰ ਘੁੱਟਦੇ ਰਹੇ ਪਰ ॠषि ਦੇ ਨੂੰ ਸੁਰਤ ਨਹੀਂ ਸੀ ਅੱਛਾ ਪੂਰੋ ਮੈਂ ਚੱਲਣਾ ਵਾ ਪੂਰੋ ਮੇਰੀ ਰੂਹ ॠषि ਦਾ ਕਈ ਟੁੱਟੇ ਹੋਏ ਬੋਲ ਬੋਲਦਾ ਰਿਹਾ ਪੂਰੋ ਦਾ ਜੀ ਉੱਕਾਈ ਡੋਲਣ ਲੱਗ ਪਿਆ। ਬਸ ਕਰ ਰਸ਼ੀਦਿਆ ਮੇਰੇ ਜ਼ਖਮਾਂ ਤੇ ਲੋਨ ਨਾ ਲਾ। ਪੂਰੋ ਨੇ ਬਿਲਕ ਕੇ ਆਖਿਆ ਪਰ ਰਸ਼ੀਦੇ ਨੂੰ ਕੋਈ ਸੁਰਤ ਨਹੀਂ ਸੀ। ਰਸ਼ੀਦਾ ਉਸੇ ਤਰ੍ਹਾਂ ਕਈ ਬੋਲ ਪਿਆ ਬੋਲਦਾ ਸੀ। ਕਿਸੇ ਗੱਲ ਦੀ ਪੂਰੋ ਨੂੰ ਸਮਝ ਲੱਗਦੀ ਤੇ ਕਈ ਗੱਲਾਂ ਰਸ਼ੀਦੇ ਦੇ ਗਲੇ ਵਿੱਚ ਉੱਠ ਕੇ ਰਸ਼ੀਦੇ ਦੇ ਬੁੱਲਾਂ ਵਿੱਚ ਹੀ ਮੁੱਕ ਜਾਂਦੀਆਂ। ਰਾਤ ਦਾ ਹਨੇਰਾ ਕਹਿਰਾਂ ਦਾ ਕਾਲਾ ਸੀ। ਪੂਰੋ ਘਰ ਚ ਇਕੱਲੀ ਕਾਰੀ ਸੀ ਪਰ ਪੂਰੋ ਨੂੰ ਇੰਜ ਪਿਆ ਲੱਗਦਾ ਸੀ ਕਿ ਉਹ ਸਾਰੀ ਦੁਨੀਆ ਚ ਕੱਲੀ ਕਾਰੀਏ ਰਸ਼ੀਦੇ ਦੇ ਬਿਗੈਰ ਕਿਸੇ ਨੇ ਪੂਰੋ ਦੇ ਜ਼ਖਮਾਂ ਉੱਤੇ ਕਫਿਆ ਵੀ ਨਹੀਂ ਸੀ ਰੱਖਣਾ ਘੜੇ ਦੇ ਠੰਡੇ ਪਾਣੀ ਚ ਟਾਕੀਆਂ ਭਿਉਂ ਭਿਉਂ ਕੇ ਪੂਰੋ ਨੇ ਰਸ਼ੀਦੇ ਦੇ ਮੱਥੇ ਤੇ ਧਰੀਆਂ ਮੱਥਾ ਚੁੱਲ੍ਹੇ ਦੀ ਇੱਟ ਵਰਗਾ ਤੱਤਾ ਸੀ ਟਾਕੀਆਂ ਪਾਣੀ ਚ ਭਿੱਜਦੀਆਂ ਰਹੀਆਂ ਕਟੋਰੀ ਚ ਪਾਇਆ ਹੋਇਆ ਪਾਣੀ ਮਿੰਟਾਂ ਚ ਇੱਕ ਕੜਾਜੇ ਬਣ ਕੇ ਰਹਿ ਗਿਆ ਪੂਰੋ ਨੇ ਹੋਰ ਪਾਣੀ ਬਦਲਿਆ ਤੇ ਉਹਦੀਆਂ ਅੱਖਾਂ ਵਿੱਚੋਂ ਕਈ ਬੂੰਦਾਂ ਟਹਿ ਕੇ ਰਸ਼ੀਦੇ ਦੇ ਮੱਥੇ ਤੇ ਪੈਂਦੀਆਂ ਰਹੀਆਂ ਸਵੇਰ ਦੀ ਪੌ ਜਦੋਂ ਫੁੱਟੀ ਉਸ ਵੇਲੇ ਤੱਕ ਪਤਾ ਨਹੀਂ ਪਾਣੀ ਦੇ ਠਾਰ ਨਾਲ ਕਿ ਅਥਰੂਆਂ ਦੇ ਨਿਕ ਨਾਲ ਰਸ਼ੀਦੇ ਦਾ ਤਾਂਪ ਢਲ ਗਿਆ ਰਸ਼ੀਦੇ ਦਾ ਪਿੰਡਾ ਖੁੱਲਿਆ ਹੋਇਆ ਸੀ ਰਸ਼ੀਦੇ ਦੀ ਬੇਸੁਰਤੀ ਨਿੰਦਰ ਤੇ ਆਰਾਮ ਵਿੱਚ ਬਦਲ ਗਈ ਰਸ਼ੀਦੇ ਦੀ ਅੱਖ ਜਦੋਂ ਖੁੱਲੀ ਉਹ ਨੂੰ ਆਪਣਾ ਪਿੰਡਾ ਹੌਲਾ ਹੌਲਾ ਜਾਪਦਾ ਪਿਆ ਸੀ ਉਹਦੇ ਮੱਥੇ 'ਚ ਅਜ ਪੀੜ ਦੀਆਂ ਕੋਈ ਚੀਜ਼ਾਂ ਨਹੀਂ ਸਨ ਰਸ਼ੀਦੇ ਨੇ ਇੱਕ ਸੌਖਾ ਜਿਹਾ ਸਾਹ ਲੈ ਕੇ ਖੱਬੇ ਵੱਲ ਪਾਸਾ ਪਰਤਿਆ ਪੂਰੋ ਰਿਸ਼ੀ ਦੇ ਦੀ ਸਰਾਂਦੀ ਵੱਲ ਭੋਏ ਉੱਤੇ ਬੈਠੀ ਮੰਜੇ ਦੀ ਟੇਕ ਲੈ ਕੇ ਸੌਂ ਗਈ ਹੋਈ ਸੀ। ਉਹਦੇ ਇੱਕ ਹੱਥ ਵਿੱਚ ਅਜੇ ਤੱਕ ਗਿਲੀ ਟਾਕੀ ਫੜੀ ਸੀ ਤੇ ਪੈਰਾਂ ਕੋਲ ਪਾਣੀ ਦਾ ਕਟੋਰਾ ਪਿਆ ਸੀ। ਰਿਸ਼ੀ ਦੇ ਨੇ ਭਰੇ ਹੋਏ ਜੀਨ ਨਾਲ ਪੂਰੋ ਦੇ ਮੂੰਹ ਵੱਲ ਤੱਕਿਆ। ਪੂਰੋ ਦਾ ਲੱਥਾ ਹੋਇਆ ਮੂੰਹ ਸੁਵੇਲੇ ਨੀਂਦਰ ਚ ਗਵਾਚਾ ਸੀ। ਆਪਣੀ ਸਾਰੀ ਬਿਮਾਰੀ ਪੂਰੋ ਦੀ ਸਾਰੀ ਟਹਿਲ ਰਿਸ਼ੀ ਦੇ ਮਨ ਵਿੱਚ ਘੋਲ ਕਰਦੀ ਪਈ ਸੀ। ਬੀਤੀ ਹੋਈ ਰਾਤ ਦਾ ਔਖਾ ਵੇਲਾ ਰਿਸ਼ੀ ਦੋਨ ਰਿਸ਼ੀ ਦੇ ਨੇ ਪੂਰੋ ਦੇ ਮੂੰਹ ਤੋਂ ਇੱਕ ਕਟੋਰੀ ਦੇ ਟਾਕੀਆਂ ਉੱਤੋਂ ਚੰਗੀ ਤਰ੍ਹਾਂ ਵੇਖਿਆ ਰਸ਼ੀਦੇ ਨੇ ਆਪਣਾ ਕਮਜ਼ੋਰ ਜਿਹਾ ਸੱਜਾ ਹੱਥ ਚੁੱਕ ਕੇ ਪੂਰੋ ਦੇ ਸਿਰ ਤੇ ਧਰ ਦਿੱਤਾ ਪੂਰੋ ਦੇ ਖਿਲਰੇ ਹੋਏ ਵਾਲਾਂ 'ਚ ਰਸ਼ੀਦੇ ਦੀਆਂ ਉਂਗਲਾਂ ਹਿੱਲਦੀਆਂ ਰਹੀਆਂ ਰਸ਼ੀਦੇ ਦੇ ਪੋਤੇ ਪੂਰੋ ਦੇ ਕੰਨਾਂ ਨੂੰ ਤੇ ਮੱਥੇ ਨੂੰ ਫੋਲੇ-ਫੋਲੇ ਛੋਂਦੇ ਰਹੇ ਪੂਰੋ ਦਾ ਸਾਰਾ ਬੁੱਤ ਨੀਂਦਰ ਦੀ ਝੋਲੀ 'ਚ ਡਿੱਗਾ ਹੋਇਆ ਸੀ ਅੱਖੀਆਂ ਦੇ ਕੋਨਿਆਂ ਵਿੱਚੋਂ ਅਥਰੂ ਵਗ ਵਗ ਕੇ ਰਸ਼ੀਦੇ ਦੇ ਖੇਸ ਉੱਤੇ ਪੈਂਦੇ ਰਹੇ ਰਸ਼ੀਦਾਈ ਇੱਕ ਅਜੀਬ ਜੇ ਸਵਾਦ 'ਚ ਜਾਗਦਾਰਿਆ ऋषिदे ने पूरो ਦੇ ਜਿਸਮ ਉਤੇ ਕਬਜ਼ਾ ਲੈ ਲਿਆ ਸੀ। ਰਿਸ਼ੀਦੇ ਨੂੰ ਇੱਕ ਹਿਰਸ ਸੀ ਕਿ ਪੂਰੋ ਦੀ ਰੂਹ ਵਿੱਚੋਂ ਹੀ ਵੀ ਉਹ ਸਾਰੇ ਹੱਕ ਲੈ ਲਵੇ। ਪੂਰੋ ਦੀਆਂ ਉਦਾਸੀਆਂ ਰਿਸ਼ੀਦੇ ਨੂੰ ਖੋ-ਖੋ ਕੇ ਖਾਂਦੀਆਂ ਸਨ। ਐਸ ਵੇਲੇ ਪੂਰੋ ਟੁੱਟੀ ਹੋਈ ਕੰਦਲ ਵਾਂਗ ਰਿਸ਼ੀਦੇ ਦੀ ਮੰਜੀ ਨਾਲ ਲੱਗੀ ਹੋਈ ਸੀ। ਰਿਸ਼ੀਦੇ ਵਿੱਚ ਪ੍ਰਾਣ ਨਹੀਂ ਸੀ ਪਰ ਰਿਸ਼ੀਦੇ ਨੂੰ ਇੱਕ ਬੁਲੇਲ ਪਿਆ ਹੁੰਦਾ ਸੀ ਕਿ ਉਹ ਪੂਰੋ ਨੂੰ ਕਲੇਜੇ ਨਾਲ ਘੁੱਟ ਲਵੇ। ਪਿਛਲੀਆਂ ਪਿਛਲੀਆਂ ਦਿਨਾਂ ਦੀ ਪੂਰੋ ਦਾਸੀ ਨਾਲ ਰਸ਼ੀਦੇ ਦਾ ਮਨ ਠੋਕਰਿਆ ਹੋਇਆ ਸੀ ਐਸੀ ਘੜੀ ਰਸ਼ੀਦੇ ਨੂੰ ਪੂਰੋ ਦੇ ਮੂੰਹ ਤੋਂ ਪਿਆਰ ਲੱਭਦਾ ਸੀ ਕਿ ਪੂਰੋ ਦੇ ਤਨ ਮਨ ਵਿੱਚ ਰਸ਼ੀਦੇ ਤੋਂ ਬਿਨਾਂ ਕੁਝ ਨਹੀਂ ਸੀ ਰਸ਼ੀਦੇ ਨੇ ਬਾਹ ਹੋ ਰਗਾ ਕਰਕੇ ਪੂਰੋ ਦੇ ਗਲ ਨਾਲ ਬੁਲਾ ਦਿੱਤੀ ਬਾਹ ਸ਼ਾਇਦ ਜ਼ੋਰ ਦੀ ਘੁੱਟੀ ਗਈ ਬਾਹ ਦੇ ਵੱਲ ਨੇ ਪੂਰੋ ਨੂੰ ਜਗਾ ਦਿੱਤਾ ਪੂਰੋ ਤਰਾਂ ਗਈ ਪਰ ਰਸ਼ੀਦਾ ਬੜੀਆਂ ਪੰਗਰੀਆਂ ਅੱਖਾਂ ਨਾਲ ਪੂਰੋ ਨੂੰ ਵੇਂਦਾ ਰਿਹਾ ਪੂਰੇ 10 ਦਿਹਾੜੇ ਹੋ ਗਏ ਸਨ ਰਿਸ਼ੀਦੇਵ ਨੂੰ ਮੰਜੀ ਤੇ ਪਿਆ। ਰਿਸ਼ੀਦੇ ਦਾ ਤਾਪ ਪੈਰੋਂ ਪੈਰ ਲਹਿ ਗਿਆ। ਰਿਸ਼ੀ ਦਾ ਅੰਤਾਂ ਦਾ ਲਿੱਸਾ ਹੋ ਗਿਆ ਸੀ ਪਰ ਰਿਸ਼ੀਦੇ ਦਾ ਮਨ ਡਾਡਾ ਚਮਲਿਆ ਸੀ। ਪੂਰੋ ਨੇ ਆਪਣੇ ਆਪਣਾ ਧਿਆਨ ਰਿਸ਼ੀਦੇਵਲ ਪਰਤਾ ਲਿਆ ਸੀ। ਰਿਸ਼ੀਦੇ ਦੇ ਕੋਲ ਬਹਿ ਬਹਿ ਕੇ ਪੂਰੋ ਨੇ ਦਿਨ ਰਾਤ ਇੱਕ ਕਰ ਛੱਡੇ ਸਨ। ਜਵੇਦ ਨੂੰ ਸਵਾਰ ਬਣਾ ਕੇ ਪੂਰੋ ਰਿਸ਼ੀਦੇ ਦੇ ਕੋਲ ਬਿਠਾ ਦਿੰਦੀ। ਜਵੇਦ ਨੂੰ ਨਿੱਕੇ ਨਿੱਕੇ ਬੋਲ ਸਿਖਾ ਦਿੰਦੀ। ਜਵੇਦ ਰਸ਼ੀਦੇ ਦੇ ਦੁਆਲੇ ਰੜ ਦਾ ਰੜ ਦਾ ਉਹਦੀ ਨਕਲਾ ਲੰਦਾ ਸੀ ਮਾਂ ਦੇ ਸਿਖਾਏ ਹੋਏ ਬੋਲਾਂ ਨੂੰ ਉਗੜ-ਦੁਗੜ ਕਰਕੇ ਬੋਲਦਾ ਸੀ ਰਸ਼ੀਦੇ ਦਾ ਮਨ ਉਗੜਿਆ ਹੋਇਆ ਸੀ ਰਸ਼ੀਦੇ ਦਾ ਤਨ ਫੋਲਾ ਫੁੱਲ ਸੀ ਰਸ਼ੀਦਾ ਮਨ ਹੀ ਮਨ ਚ ਆਪਣੀ ਬਿਮਾਰੀ ਨੂੰ ਦੁਆਵਾ ਮੰਦਦਾ ਸੀ ਖੁਸ਼ੀ ਅੱਗੇ ਨਾਲੋਂ ਦੋਣੀ ਤੇ ਤੀਣੀ ਹੋ ਕੇ ਰਸ਼ੀਦੇ ਦੇ ਵੇੜੇ ਵਿੱਚ ਪਰਤ ਆਈ ਸੀ ਪੂਰੋ ਦਾ ਦਿਲ ਕਰਨ ਲੱਗਾ ਕਿ ਕਿਸੇ ਦਿਨ ਸੱਚਮੁੱਚ ਇਹ ਭੁੱਲ ਜਾਵੇ ਕਿਰਿਸ਼ੀ ਦੇ ਨੇ ਉਹਦੇ ਨਾਲ ਕਹਿਰ ਕਮਾਇਆ ਸੀ ਉਹ ਰਸ਼ੀਦੇ ਨੂੰ ਬੜਾ ਪਿਆਰ ਕਰੇ ਰਸ਼ੀਦਾ ਉਹਦਾ ਖਾਵੰਦ ਸੀ ਰਸ਼ੀਦਾ ਉਹਦੇ ਬੱਚੇ ਦਾ ਪਾਪ ਸੀ ਬਸ ਇਹੋ ਇੱਕ ਸੱਚ ਸੀ ਬਾਕੀ ਸਭ ਕੁਝ ਝੂਠ ਸੀ ਇੱਕ ਹੋਰ ਪਿੰਜਰ ਅਗਲੇ ਕੁਝ ਦਿਨਾਂ ਵਿੱਚ ਰਸ਼ੀਦੇ ਨੇ ਇੱਕ ਦੋ ਫੇਰੇ ਆਪਣੇ ਪਿੰਡ ਛੱਤੋਂ ਆਣੀ ਪਾ ਲੈਸਾ ਉਦੀ ਭਰਾ ਨਾਲ ਜਿਹੜੀ ਉਹਦੀ ਸਾਂਝੀ ਜ਼ਮੀਨ ਸੀ ਉਹਨੇ ਉਹਦਾ ਦਾਣਾ ਪੱਠਾ ਲੈ ਕੇ ਵੇਚ ਵਟ ਲਿਆ ਸੀ ਪਰ ਪੂਰੋ ਜਿੱਦਣ ਦੀ ਸਖੜ ਆਲੇ ਆਈ ਸੀ ਉਹਨੇ ਪਿੰਡੋਂ ਬਾਹਰ ਪੈਰ ਨਹੀਂ ਸੀ ਕੱਢਿਆ ਕਦੇ ਰਸ਼ੀਦਾ ਕੁੰਜਾ ਕੋ ਜੰਦਾ ਤਾਂ ਪੂਰੋ ਹੱਸ ਕੇ ਕਹਿ ਛੱਡ ਦੇ ਉਹਨਾਂ ਆਪਣੀ ਮਰਜ਼ੀ ਨਾਲ ਇਸ ਪਿੰਡ ਆਈ ਸੀ ਨਾ ਆਪਣੀ ਮਰਜ਼ੀ ਨਾਲ ਇਸ ਪਿੰਡੋਂ ਜਾਏਗੀ ਜਵੇਦ ਹੁਣ ਭਜਦਾ ਫਿਰਦਾ ਸੀ ਰਸ਼ੀਦਾ ਉਹਨਾਂ ਚ ਮੁੱਢੋਂ ਹੀ ਸੁਭਾ ਦਾ ਨਰਮ ਸੀ ਪੂਰਨ ਉੰਜ ਵੀ ਉਹ ਪਿਆਰ ਕਰਦਾ ਸੀ ਪਰ ਜਵੇਦ ਨਾਲ ਉਹ ਨੋੜਕਾਂ ਦਾ ਪਿਆਰ ਸੀ ਜਵੇਦ ਨੂੰ ਚੁੰਮ ਚੁੰਮ ਕੇ ਛੱਟ ਛੱਟ ਕੇ ਥੱਕਦਾ ਨਾ ਜਵੇਦ ਹੁਣ ਆਲੀਆਂ ਭੋਲੀਆਂ ਗੱਲਾਂ ਵੀ ਕਰਦਾ ਸੀ ਅੱਬਾ ਅੱਬਾ ਕਹਿੰਦਾ ਉਹ ਰਸ਼ੀਦ ਦੀਆਂ ਲੱਤਾਂ ਨੂੰ ਚਮਟ ਜਾਂਦਾ ਸੀ ਪੂਰੋ ਚੁੱਲ੍ਹੇ ਨੂੰ ਚਿੱਕਣੀ ਮਿੱਟੀ ਨਾਲ ਪੋਚਦੀ ਜਵੇਦ ਪੱਜਾ ਪੱਜਾ ਕੇ ਗਿੱਲੀ ਮਿੱਟੀ ਨੂੰ ਥੁਪ ਪਕਦਾ ਪੂਰੋ ਦੇ ਬਣੇ ਹੋਏ ਚੁੱਲੇ ਨੂੰ ਵਿਗਾੜ ਜਾਂਦਾ ਪੂਰੋ ਲੱਸੀ ਚ ਲੂਣ ਖੋਰ ਕੇ ਪੀਣ ਲੱਗਦੀ ਜਵੇਦ ਹਲਦੀ ਤੇ ਮਿਰਚਾਂਵਾਂ ਦੀ ਲੱਸੀ ਦੇ ਛੰਨੇ ਚ ਘੱਟ ਦਿੰਦਾ ਜਵੇਦ ਤਾਕਾਂ ਉਲੇ ਛਿਪਦਾ ਰਹਿੰਦਾ ਰਸ਼ੀਦਾ ਨੂੰ ਲੱਦਦਾ ਰਹਿੰਦਾ ਜਵੇਦ ਦੇ ਨਿੱਕੇ ਨਿੱਕੇ ਹਾਸਿਆਂ ਨਾਲ ਰਸ਼ੀਦਾ ਮੱਕੀ ਦੇ ਦਾਣਿਆਂ ਵਾਂਗ ਖੇਡਦਾ ਰਹਿੰਦਾ ਇੱਕ ਦਿਹਾੜੇ ਕੁੱਗੂ ਘੋੜੇ ਲੈ ਕੇ ਇੱਕ ਤ੍ਰਿਮਤ ਗਲੀਆਂ ਚ ਵੇਚਦੀ ਪਈ ਸੀ ਜਵੇਦ ਨੇ ਮਿੱਟੀ ਦੇ ਨਿੱਕੇ ਘੜੌਣਿਆਂ ਤੇ ਕਾਨਿਆਂ ਦੇ ਛੰਛਣਿਆਂ ਨੂੰ ਤੱਕਿਆ ਪੂਰੋ ਦਾ ਪੱਲਾ ਖੇਚਣ ਲੱਗਾ ਪੂਰੋ ਨੇ ਦਾਣਿਆਂ ਦੀ ਮੁੱਠ ਤੇ ਪੁਰਾਣੇ ਲੀੜੇ ਤੋਂ ਘੁੱਗੂ ਘੋੜੇ ਲਿੱਤੇ ਤੇ ਵਜੇ ਗਲਗੀ ਚ ਬੈਠੀ ਸੀ ਕਿ ਦੂਰੋਂ ਭੱਜਦੀ ਭੱਜਦੀ ਇੱਕ ਛੱਲੀ ਤਰੀ ਮਤ ਲੰਗੀ ਜਨਾਨੀਆਂ ਨੇ ਨੇ ਦੌੜ ਦੌੜ ਕੇ ਆਪਣੇ ਬੱਚੇ ਛੁਪਾ ਲਏ ਬੂਏ ਭੀੜ ਲਏ ਅੰਜਾਨੇ ਚੀਕਣ ਲੱਗ ਪਏ ਛੱਲੀ ਤਰੀ ਮਤ ਦੇ ਤੇੜ ਪਿੰਨੀਆਂ ਤਿੱਕਰ ਉੱਚੀ ਇੱਕ ਸੁਥਣ ਸੀ ਗੱਲ ਗਾਲੋ ਦੇ ਅਸਲੋਂ ਕੁਝ ਨਹੀਂ ਸੀ ਰੰਗ ਉਹਦਾ ਖੋਰੇ ਤੋਂ ਪਨਾਲ ਚਲਸੀਆ ਹੋਇਆ ਸੀ ਇਹ ਉੰਜੇ ਹੀ ਕਾਲਾ ਸੀ ਉਹਦੇ ਸਿਰ ਉਤੇ ਵਾਲਾਂ ਦੀਆਂ ਜਲੂਟੀਆਂ ਵੱਜ ਗਈਆਂ ਸਨ ਜਿਵੇਂ ਉਹ ਜਦੋਂ ਦੀ ਜੰਮੀ ਸੀ ਕਦੇ ਨਾਤੀ ਨਹੀਂ ਸੀ ਕਦੇ ਥੋਤੀ ਨਹੀਂ ਸੀ ਲੱਤਾਂ ਨੂੰ ਅਜੀਬ ਤਰ੍ਹਾਂ ਮਰੋੜਦੀ ਸੀ ਬਾਹਾਂ ਨੂੰ ਅਜੀਬ ਤਰ੍ਹਾਂ ਖਿਲਾਰਦੀ ਸੀ ਤੁਰਦੀ ਵੀ ਦੌੜਦੀ ਲੱਗਦੀ ਸੀ ਉਹਦੇ ਮੂੰਹ ਵੱਲ ਤੱਕਿਆਂ ਉਹਦੇ ਡਰਾਉਣੇ ਹਾਸੇ ਖਿਲਰੇ ਹੋਏ ਦੰਦਾਂ ਉੱਤੇ ਨਜ਼ਰ ਜਾਂਦੀ ਸੀ ਉਹਦੇ ਸੁੱਕੇ ਸੜੇ ਪਿੰਡੇ ਤੋਂ ਉਹਦੀ ਉਮਰ ਦਾ ਕੋਈ ਅੰਦਾਜ਼ਾ ਨਹੀਂ ਸੀ ਲੱਗਦਾ ਇੱਕ ਪਿੰਜਰ ਦੌੜਦਾ ਫਿਰਦਾ ਸੀ ਪੂਰੋ ਤੱਕ ਦੀ ਤਕਦੀਖ ਲੋਤੀ ਰਹੀ ਛੱਲੀ ਦੌੜ ਦੀ ਦੌੜ ਦੀ ਆਈ ਤੇ ਘਡੌਣੇ ਵਿੱਚਣ ਵਾਲੀ ਗੁਲੇਲੀ ਦੇ ਛੱਜ ਵਿੱਚ ਘੁੱਗੂ ਕੋੜਿਆਂ ਦੀਆਂ ਦੋਵੇਂ ਮੁੱਠਾਂ ਭਰ ਕੇ ਨਸ ਗਈ ਉਹਦੇ ਡਰਾਉਣੇ ਤੇ ਚੀਕਦੇ ਹਾਸੇ ਦੀ ਆਵਾਜ਼ देर ਤੱਕ ਗਲੀ ਚ ਗੂੰਜਦੀ ਰਹੀ ਛੱਲੀ ਨਸ ਗਈ ਜਨਾਨੀਆਂ ਫਿਰ ਬੂਏ ਖੋਲ ਕੇ ਬਾਹਰ ਆ ਗਈਆਂ ਘਡੌਣੇ ਵਾਲੀ ਗੁਲੇਲੀ ਆਪਣੇ ਊਣੇ ਛੱਜ ਨੂੰ ਤੱਕਦੀ ਰਹੀ ਜਨਾਨੀਆਂ ਹੱਸਦੀਆਂ ਰਹੀਆਂ ਕਿ ਉਹ ਛੱਲੀ ਕੁਗੂ ਘੋੜਿਆਂ ਦੇ ਛਣਕਣਿਆਂ ਨਾਲ ਕਿਹਨੂੰ ਖੜਾਏਗੀ ਚੱਲੀ ਸਾਰਾ ਸਾਰਾ ਦਿਨ ਭੌਂਦੀ ਖੇਤਾਂ 'ਚ ਲੱਗੀ ਫਿਰਦੀ ਪੈਲੀਆਂ ਵਿੱਚੋਂ ਹੀ ਕੁਝ ਪੰਨ ਦੀ ਤੋੜਦੀ ਖਾਂਦੀ ਕਈ ਵਾਰ ਜਨਾਨੀਆਂ ਇੱਕ ਦੋ ਰੋਟੀਆਂ ਬੈਠੀ ਵੇ ਛੱਲੀ ਦੀ ਅੱਗੇ ਸੁੱਟ ਦਿੰਦੀਆਂ ਉਹ ਚੱਬੀ ਜਾਂਦੀ ਕਈ ਵਾਰ ਜਨਾਨੀਆਂ ਕੋਈ ਅਧੂਰਾਣਾ ਛੱਗਾ ਉਹਦੇ ਗਲ ਪਵਾ ਦਿੰਦੀਆਂ ਛੱਲੀ ਖਿੜਖਿੜ ਹੱਸਦੀ ਛੱਗਾ ਪਾਈ ਰੱਖਦੀ ਫਿਰ ਉਹਦੇ ਬਟਨ ਤੋੜ ਛੱੜਦੀ ਫਿਰ ਕਿਸੇ ਦਿਨ ਉਹ ਛੱਗੇ ਨੂੰ ਦੰਦਾ ਨਾਲ ਪਾੜ ਛੱੜਦੀ ਲੀਰਾ ਉਹਦੇ ਗਲ 'ਚ ਲਮਕਦੀਆਂ ਰਹਿੰਦੀਆਂ ਕਿੱਚਲੀ ਉਹਨਾਂ ਲੀਰਾਂ ਨੂੰ ਵੀ ਧਰੂ ਕੇ ਆਪਣੇ ਨਾਲੋਂ ਲਾਹ ਛੜਦੀ। ਕਦੇ ਆਪਣੇ ਪਿੰਡੇ ਉੱਤੋਂ ਸਭੋ ਕੁਝ ਲਾਹ ਸੁੜਦੀ। ਫਿਰ ਜਨਾਨੀਆਂ ਕੋਈ ਪਾਟੀ ਪੁਰਾਣੀ ਸੁਥਣ, ਕੋਈ ਪਾਟਾ ਪੁਰਾਣਾ ਛੱਗਾ ਉਹਦੇ ਦਿਵਾਲੇ ਪਵਾਉਂਦੀਆਂ। ਚੱਲੀ ਹੁਣ ਪਿੰਡ ਸੱਕੜ ਵਾਲੇ 'ਚ ਜਿਵੇਂ ਰਚ ਮਚ ਗਈ ਸੀ। ਉਹਨੂੰ ਰੋਜ਼-ਰੋਜ਼ ਵੇਖਣ ਦੀ ਸਾਰਿਆਂ ਨੂੰ ਆਦਤ ਪੈ ਗਈ ਸੀ। ਕਈ ਵਾਰ ਪਿੰਡੇ ਦੇ ਛੋਟੇ-ਛੋਟੇ ਮੁੰਡੇ ਉਹਦੇ ਮਗਰ ਲੱਗ ਜਾਂਦੇ। ਤਾੜੀਆਂ ਮਾਰਦੇ, ਉਹਨੂੰ ਭਜਾਉਂਦੇ। ਆਪ ਉਹਦੇ ਪਿੱਛੇ ਭੱਜਦੇ ਫਿਰ ਰਾਹ ਜਾਂਦਾ ਕੋਈ ਸਿਆਣਾ ਬਿਆਣਾ ਮੁੰਡਿਆਂ ਨੂੰ ਝਿੜਕਦਾ ਮੁੰਡੇ ਉਹਦੇ ਮਗਰੋਂ ਲੈ ਜਾਂਦੇ ਨਿੱਕੇ ਨਿੱਕੇ ਬਾਲਾਂ ਨੇ ਜ਼ਿੱਦਾਂ ਕਰਨੀਆਂ ਛੱਡ ਦਿੱਤੀਆਂ ਮਾਵਾ ਉਸ ਝੱਲੀ ਦਾ ਡਰਾਵਾ ਦੇ ਦਿੰਦੀਆਂ ਝੱਲੀ ਫੜਕੇ ਲੈ ਜਾਏਗੀ ਲੋਂਦੇ ਬਾਲ ਸਹਿਮ ਕੇ ਚੁੱਪ ਕਰ ਜਾਂਦੇ ਝੱਲੀ ਕਿਸੇ ਢਾਰੇ ਹੀਠਾਂ ਪੈ ਰਹਿੰਦੀ ਕਈ ਵਾਰ ਕੋਈ ਪਾਣੀ ਦਾ ਪਿਆਲਾ ਉਹਦੇ ਕੋਲ ਤਰ ਜਾਂਦਾ ਕਈ ਵਾਰ ਕੋਈ ਰੋਟੀ ਦੇ ਟੁੱਕਰ ਉਹਦੇ ਸਹਰਾਣੇ ਰੱਖ ਦਿੰਦਾ ਕਿਸੇ ਤਰਸ ਵਾਲੇ ਨੇ ਕਪਾਟਾ ਜੁੱਲਾ ਹੀ ਘਟਾਰੇ ਧਰ ਛੱਡਿਆ ਚੱਲੀ ਨੇਮ ਨਾਲ ਉੱਥੇ ਜਾ ਕੇ ਰਾਤੀ ਪੈ ਰੰਦੀ ਚੱਲੀ ਬਸ ਭੱਜਦੀ ਸੀ ਤੇ ਹੱਸਦੀ ਸੀ ਕਿਸੇ ਦੇ ਬਾਲ ਨੂੰ ਕੋਈ ਮਾੜੀ ਚੰਗੀ ਨਹੀਂ ਸੀ ਕਹਿੰਦੀ ਕਿਸੇ ਦੀ ਚੀਜ਼ ਵਸਤੂ ਨੂੰ ਕਦੇ ਹੱਥ ਨਹੀਂ ਸੀ ਲਾਉਂਦੀ ਡਿੱਗੇ ਟੱਠੇ ਭੂਰਿਆਂ ਨੂੰ ਝੁੱਕ ਲੈਂਦੀ ਪੁੰਜਾਂ ਨੂੰ ਚੱਟ ਲੈਂਦੀ ਕੁਝ ਦਿਨਾਂ ਚ ਸਾਰਿਆਂ ਨੇ ਤੱਕਿਆ ਤੇ ਪੂਰੇ ਪੂਰੋਂ ਨੇ ਹੈਰਾਨ ਪਰੇਸ਼ਾਨ ਹੋ ਕੇ ਤੱਕਿਆ ਚੱਲੀ ਦਾ ਨੰਗਾ ਪੇਟ ਇੱਕੋ ਬਾਹਰ ਵਿੱਚ ਪਾਉਂਦਾ ਪਿਆ ਸੀ ਸਾਰੇ ਪਿੰਡ ਦੀਆਂ ਜਨਾਨੀਆਂ ਜਿਵੇਂ ਸ਼ਰਮ ਆ ਗਈਆਂ ਹੁਣ ਛੱਲੀ ਨਾ ਕੁਝ ਬੋਲਦੀ ਸੀ ਇਹਨਾਂ ਦੱਸਦੀ ਸੀ ਛੱਲੀ ਦਾ ਪਿੰਡਾ ਦਿਨੋਂ-ਦਿਨ ਪਰਦਾ ਜਾਂਦਾ ਸੀ ਛੱਲੀ ਦੀਆਂ ਅੱਖੀਆਂ ਦਿਨੋਂ-ਦਿਨ ਕੱਸੀਆਂ ਪਈਆਂ ਜਾਂਦੀਆਂ ਸਨ ਜਨਾਨੀਆਂ ਦਾ ਜੀ ਕਰਦਾ ਉਹ ਛੱਲੀ ਨੂੰ ਟੱਕ-ਟੱਕ ਰੱਖਣ ਉਹ ਛੱਲੀ ਨੂੰ ਕਿਸੇ ਭੂਰੇ ਚ ਪਾ ਦੇਣ ਛੱਲੀ ਦੇ ਧਿਆਨ 'ਚ ਕੁਝ ਨਹੀਂ ਆਉਂਦਾ ਸੀ ਛੱਲੀ ਉਵੇਂ ਦੀ ਉਵੇਂ ਹੱਸਦੀ ਰਹਿੰਦੀ ਸੀ ਛੱਲੀ ਉਵੇਂ ਦੀ ਉਵੇਂ ਭੱਜਦੀ ਰਹਿੰਦੀ ਸੀ ਇੱਕ ਦਿਨ ਦੋ ਚੌ ਮਰਦਾਂ ਨੇ ਰਲ ਕੇ ਛੱਲੀ ਨੂੰ ਤਰਾਉਂਦਿਆਂ ਤਰਾਉਂਦਿਆਂ ਪਿੰਡੋਂ ਬਾਹਰ ਚਾਕੇ ਛੱਡ ਦਿੱਤਾ ਉੱਤੋਂ ਡੂੰਘੀਆਂ ਤਰਕਾਲਾਂ ਪੈ ਗਈਆਂ ਸਨ ਉਸ ਰਾਤ ਛੱਲੀ ਕਿਸੇ ਨੂੰ ਨਾ ਦੇਖੀ ਸਾਰਿਆਂ ਨੇ ਸੋਚਿਆ ਹੁਣ ਛੱਲੀ ਇਸ ਪਿੰਡੋਂ ਤੁਰ ਗਈ ਸੀ ਅੱਖੋਂ ਲਈ ਤੇ ਦਿਲੋਂ ਲਈ ਛੱਲੀ ਹੁਣ ਹੋਰ ਪਿੰਡ ਤੁਰ ਜਾਏਗੀ ਦੂਸਰੀ ਦਿਹਾੜੇ ਜੇ ਅੱਧੀ ਲੰਗੀ ਸੀ ਛੱਲੀ ਉੰਜੇ ਦੀ ਉੰਜੇ ਪਿੰਡ ਦੀਆਂ ਜੂਹਾਂ 'ਚ ਪਾਉਂਦੀ ਪਈ ਸੀ ਚੱਲੀ ਉੱਚੀ ਦੀ ਉੱਚੇ ਪਿੰਡ ਦੀਆਂ ਪਹਿਲੀਆਂ ਚ ਹੱਸਦੀ ਪਈ ਸੀ ਉਹ ਕਿਹੋ ਜਿਹਾ ਮਰਦ ਹੋਏਗਾ ਉਹ ਕਿਹੋ ਜਿਹਾ ਵੈਸ਼ੀ ਹੋਏਗਾ ਜਿਨੇ ਇਹੋ ਜੀ ਝੱਲੀ ਤ੍ਰਿਮਦਾਈ ਹਾਲ ਕਰ ਦਿੱਤਾ ਸਾਰੀਆਂ ਔਰਤਾਂ ਤਰਸ ਤਰਸ ਕਰਦੀਆਂ ਸਾਰਿਆਂ ਦਾ ਜੀ ਕਟਿਆ ਜਾਂਦਾ ਜਿਹਦੇ ਪੱਲੇ ਨਾ ਹੁਸਮ ਸੀ ਨਾ ਜਵਾਨੀ ਸੀ ਮਾਸ ਦਾ ਇੱਕ ਬੁੱਤ ਵੀ ਹੋਸ਼ ਵਿੱਚ ਨਹੀਂ ਸੀ ਸਿਰਫ ਜਿਉਂਦੀਆਂ ਹੱਡੀਆਂ ਦਾ ਇੱਕ ਪਿੰਜਰ ਇੱਕ ਝੱਲਾ ਪਿੰਜਰ ਚੀਲਾ ਨੇ ਉਹਨੂੰ ਵਿੱਚੋਂ ਚੁੰਡ ਕੇ ਖਾ ਲਿਆ ਪੂਰੋ ਸੋਚ ਸੋਚ ਕੇ ਥੱਕ ਜਾਂਦੀ ਚੱਲੇ ਦਾ ਪੇਟ ਦਿਨੋਂ ਦਿਨ ਵੱਧਦਾ ਜਾਂਦਾ ਸੀ ਪਿੰਜਰ ਵਿੱਚ ਪਿੰਜਰ ਸਵੇਰ ਦਾ ਉਸ਼ਾ ਹਨੇਰਾ ਸੀ ਜਿਸ ਹਨੇਰੇ ਚ ਪੂਰੋ ਨੇਮ ਨਾਲ ਪੈਲੀਆਂ ਨੂੰ ਜਾਂਦੀ ਸੀ ਉਹ ਜੇ ਬਾਹਰ ਵਾਲੀ ਡੰਡੀ ਪਈ ਸੀ ਇੱਕ ਦਰਖਤ ਦੇ ਪੈਰਾਂ ਵਿੱਚ ਇੱਕ ਬੰਦੇ ਦਾ ਬੁੱਤ ਉਹਨੂੰ ਡਿੱਗਾ ਪਿਆ ਦਿਸਿਆ ਉੱਤਰ ਗਈ ਪਰ ਪੂਰੋ ਦਾ ਜੇਰਾ ਐਡਾ ਛੋਟਾ ਨਹੀਂ ਸੀ ਉਹ ਮਲਕੜੇ ਪੈਰਾਂ ਨਾਲ ਡਿੱਗੇ ਹੋਏ ਬੁੱਤ ਵੱਲ ਵਧੀ ਉਸ ਲਈ ਪਛਾਣਨਾ ਔਖਾ ਨਹੀਂ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇੱਕ ਫਟੀ ਚਾਦਰ ਦਾ ਪੱਲਾ ਪੂਰੋ ਨੇ ਝੱਲੀ ਦੇ ਪਿੰਡੇ ਉੱਤੇ ਪਾ ਦਿੱਤਾ ਫਿਰ ਰਸ਼ੀਦੇ ਨੇ ਝੱਲੀ ਦੀ ਨਾੜ ਟੋਹੀ ਨਾੜ ਵੀ ਟੋਣ ਦੀ ਲੋੜ ਨਹੀਂ ਸੀ ਮੌਤ ਦੀ ਮੂਰ ਝੱਲੀ ਦੇ ਮੂੰਹ ਤੇ ਲੱਗੀ ਸੀ ਵਾਲਾਂ ਦੀ ਇੱਕ ਜਲੂਟੀ ਉਹਦੇ ਮੱਥੇ ਤੇ ਜੰਮ ਗਈ ਸੀ ਕੁਦਰਤ ਆਪਣੀ ਪੂਰੀ ਧੜਕਣ ਨਾਲ ਝੱਲੀ ਦੇ ਬਾਲ ਵਿੱਚ ਧੜਕਦੀ ਪਈ ਸੀ ਬਾਲ ਦੇ ਮੂੰਹ ਚੋਂ ਦਾ ਸੱਜਾ ਅੰਗੂਠਾ ਪਾਇਆ ਹੋਇਆ ਸੀ ਯਾ ਅੱਲਾ ਰਸ਼ੀਦੇ ਦੇ ਮੂੰਹੋਂ ਨਿਕਲਿਆ ਤੇ ਚਾਕੂ ਨਾਲ ਉਹਨੇ ਬਾਲ ਦਾ 나ੜੂ ਕਟਿਆ ਪੁਰੋ ਨੇ ਸਿਰ ਦੇ ਪੱਲੇ 'ਚ ਬਾਲ ਨੂੰ ਲਪੇਟ ਲਿਆ ਤੇ ਦੋਵੇਂ ਜੀ ਘਰ ਨੂੰ ਪਰਤ ਪਏ। ਸਵੇਰ ਦੀ ਧੁੰਦ ਵਾਂਗ ਸਾਰੇ ਪਿੰਡ 'ਚ ਖਬਰ ਫੈਲ ਗਈ। ਆਟਾ ਗੁੰਦੀਆਂ ਤੀਵੀਆਂ ਦੇ ਹੱਥੋਂ ਪ੍ਰਾਪਤ ਛੁਟਕ ਗਈ। ਬਲਦੇ ਤੰਦੂਰਾਂ ਨੂੰ ਛੱਡ ਛੱਟ ਕੇ ਤੀਵੀਆਂ ਪੁਰੋ ਦੇ ਘਰ ਆ ਕੇ ਬਾਲ ਨੂੰ ਵੇਖ ਜਾਂਦੀਆਂ। ਰੂਹ ਦੇ ਗੋੜੇ ਵਰਗਾ ਚਿੱਟਾ ਤੇ ਮਲੂਕ ਬਾਲ ਪੁਰੋ ਨੇ ਨਹਾ ਧੁਆ ਕੇ ਇੱਕ ਕੀੜੀ ਤੇ ਪਾਇਆ ਸੀ। ਕੋਸੇ ਦੁੱਧ ਵਿੱਚ ਨਿੱਕੀ ਜੀ ਟਾਕੀ ਪਿਉ ਪਿਉ ਕਿਉਂ ਕਿ ਉਹਨੇ ਉਹਦੀ ਹੂਠਾਂ ਤੇ ਲਾਈ ਬਾਲਪੂਰੀ ਚੇਤਨਤਾ ਨਾਲ ਦੁੱਧ ਦੀਆਂ ਬੂੰਦਾਂ ਚੂਸੀ ਜਾਂਦਾ ਸੀ ਜਵੇਦ ਆਪਣੇ ਨਿੱਕੇ ਪ੍ਰੌਣੇ ਨੂੰ ਉੜ ਉੜ ਕੇ ਤੱਕਦਾ ਸੀ ਰੱਬ ਤੇਰਾ ਭਲਾ ਕਰੇ ਰੱਬ ਤੈਨੂੰ ਬਹੁਤ ਦੇ ਤੇਰੇ ਬੱਚੇ ਜਿਉਣ ਡਾਡਾ ਕਰਮ ਕੀਤਾ ਈ ਜਨਾਨੀਆਂ ਆ ਕੇ ਕਹਿੰਦੀਆਂ ਤਰਸ ਕਰਨ ਲਈ ਹੱਲਾਸ਼ੇਰੀ ਦਿੰਦੀਆਂ ਤੇ ਪਰਤ ਜਾਂਦੀਆਂ ਦੋ ਚੌ ਬੰਦਿਆਂ ਨੇ ਰਲ ਕੇ ਛੱਲੀ ਦੀ লাশ ਨੂੰ ਠਿਕਾਣੇ ਲਾ ਛੱਡਿਆ ਤਰਕਾਲਾਂ ਪੈ ਚਲੀਆਂ ਸਨ ਪੂਰੋ ਬਾਲ ਦੇ ਆਰੇ ਪਾਰੇ ਲੱਗੀ ਸੀ ਰਸ਼ੀਦ ਨੇ ਲਾਲਟਨ ਦੀ ਬੱਤੀ ਸਾਫ਼ ਕਰਕੇ ਜਦੋਂ ਜਗਾਈ ਬਾਲ ਨੇ ਦੋਆਂ ਮੋਟੀਆਂ-ਮੋਟੀਆਂ ਚੇਤਨ ਅੱਖਾਂ ਨਾਲ ਲਾਲਟਨ ਵੱਲ ਤੱਕਿਆ ਅਜੀਬ ਦੀ ਕੱਚੀ ਨਜ਼ਰ ਟਿਕਦੀ ਨਹੀਂ ਸੀ ਫਿਰ ਉਹ ਆਪਣੇ ਧਿਆਨ ਹੋ ਗਿਆ ਪੂਰੋ ਨੂੰ ਦਲੀਲਾ ਹੋਣ ਲੱਗ ਪਈਆਂ ਛੱਲੀ ਦੇ ਇੱਕ ਲੂਟੇ ਪਿੰਜਰ ਨੂੰ ਕਿਹੜੇ ਮਰਦ ਨੇ ਹੱਥ ਪਾਇਆ ਹੋਵੇਗਾ ਖੌਰੀ ਛੱਲੀ ਦੀ ਮਰਜ਼ੀ ਨਾਲ ਖੌਰੀ ਜ਼ੋਰੀ ਤੇ ਉਸ ਮਰਦ ਨੂੰ ਕਦੇ ਭੁੱਲ ਕੇ ਵੀ ਚੇਤਾ ਨਾ ਆਇਆ ਕਿ ਉਹਨੇ ਝੱਲੀ ਨਾਲ ਕਿਹੜੀ ਹੁਣੀ ਵਰਤਾ ਦਿੱਤੀ ਕਦੇ ਉਸ ਭੁੱਖੇ ਮਰਦ ਨੂੰ ਆਪਣੇ ਬਾਲ ਦੀ ਵੀ ਯਾਦ ਨਾ ਆਈ ਜਿਹਦੀ ਅਮਾਨਤ ਉਹਨੇ ਝੱਲੀ ਕੋਲ ਰੱਖੀ ਸੀ ਝੱਲੀ ਨੂੰ ਖੌਰੀ ਪਤਾ ਵੀ ਨਹੀਂ ਹੋਣਾ ਕਿ ਉਹਦੇ ਘਰ ਇੱਕ ਪੁੱਤਰ ਜੰਮੇਗਾ ਜਨੇਪੇ ਦੀਆਂ ਪੀੜਾਂ ਉਹਨੇ ਕਿੱਕਣ ਲਈਆਂ ਹੋਣਗੀਆਂ ਉਹਦੇ ਵਾਸਤੇ ਕਿਸੇ ਦਾਈ ਦਾ ਰਹਿਮ ਨਾ ਉੱਠਿਆ ਰਾਤ ਦੇ ਹਨੇਰੇ ਚ ਚੀਕਦੀ ਰਹੀ ਹੋਵੇਗੀ ਖੁੱਲੇ ਹਵਾ ਦੇ ਫਰਾਟਿਆਂ ਨਾਲ ਕੁੜਦੀ ਰਹੀ ਹੋਵੇਗੀ ਖੰਡੀ ਜ਼ਮੀਨ ਦੀ ਮਿੱਟੀ ਉੱਤੇ ਉਹ ਵਿਲਕਦੀ ਰਹੀ ਹੋएगी ਪਰ ਕੁਦਰਤ ਦੇ ਕਰੜੇ ਕਾਨੂੰਨ ਦਾ ਬਦਦਾ ਸਾਰੀਆਂ ਪੀੜਾਂ ਲੈ ਲੈ ਕੇ ਉਹਦਾ ਬੱਚਾ ਆਪਣੇ ਆਪ ਬਾਹਰੀ ਦੁਨੀਆ 'ਚ ਆਇਆ ਹੋਵੇਗਾ ਮਿੱਟੀ ਉੱਤੇ ਟੈਪਿਆ ਹੋਵੇਗਾ ਤੇ ਪੀੜਾਂ ਨਾਲ ਨਿਛੜੀ ਹੋਈ ਛੱਲੀ ਦੀ ਜਾਨ ਟੁੱਟ ਗਈ ਹੋएगी ਫਿਰ ਪੁਰੋਂ ਨੂੰ ਦਲੀਲਾ ਆਉਂਦੀਆਂ ਛੱਲੀ ਨੇ ਜਿਉਂ ਕਿ ਵੀ ਕੀ ਲੈਣਾ ਸੀ ਉਹਨੇ ਆਪਣੇ ਬਾਲ ਦੀ ਕਿਹੜੀ ਰੱਖ ਰੱਖਣੀ ਸੀ ਚੰਗਾ ਹੋਇਆ ਉਹਦੀ ਜਿੰਦ ਛੁੱਟ ਗਈ ਉਹਦਾ ਬਾਲ ਕਿੱਡਾ ਸੋਹਣਾ ਸੀ ਵਿੰਗੀਆਂ ਟੇਡੀਆਂ ਹੱਡੀਆਂ ਦੇ ਝੁਲਸੀ ਹੋਈ ਪਿੰਜਰ 'ਚ ਕਿੰਝ ਏਡਾ ਸੋਹਣਾ ਬਾਲ ਪਲ ਰਿਹਾ ਸੀ ਕਿੱਡੀ ਮੋਟੀ-ਮੋਟੀ ਇਹਦੀ ਅੱਖ ਸੀ ਸਾਰੇ ਨਕਸ਼ ਸੁਨੱਖੇ ਸਨ ਪੂਰੇ ਮਰਦ ਦਾ ਇੱਕ ਨਿੱਕਾ ਜਿਹਾ ਢਾਂਚਾ ਸੀ ਖੌਰੇ ਦਾ ਪਿਓ ਪੱਪਾ ਕਿਹੜਾ ਸੀ ਦਲੀਲੇ ਪਈ ਪੂਰੋਂ ਉਂਗਲਾ ਜੀ ਉਹਨੇ ਤੱਕਿਆ ਇੱਕ ਤਿੱਖੀ ਘੋੜੀ ਉੱਤੇ ਉਹਨੂੰ ਸੁੱਟ ਕੇ ਰਿਸ਼ੀ ਦਾ ਨਸਿਆ ਜਾਂਦਾ ਸੀ ਕਿਸੇ ਬਾਗ ਦੀ ਇੱਕ ਨਿੱਕੀ ਕੋਠਰੀ ਵਿੱਚ ਉਹਨੂੰ ਪੂਰੇ ਤਰੇ ਦਿਹਾੜੇ ਰੱਖ ਕੇ ਰਸ਼ੀਦੇ ਨੇ ਉਹਨੂੰ ਘਰੋਂ ਕੱਢ ਛੱਡਿਆ ਪੂਰੋ ਛੱਲੀ ਹੋ ਗਈ ਗਲੀਆਂ ਚ ਭੌਣ ਲੱਗ ਪਈ ਉਹਦੇ ਢਿੱਡ ਵਿੱਚ ਇੱਕ ਬਾਲ ਸੁਰਕਣ ਲੱਗ ਪਿਆ ਤੇ ਫਿਰ ਫਿਰ ਦਰਖਤ ਦੇ ਸਾਈ ਹੇਠ ਪੂਰੋ ਪੂਰੋ ਇੱਕ ਬਾਲ ਜੰਮਿਆ ਜਿਹਦੀ ਸ਼ਕਲ ਨੀਰੀ ਪੂਰੀ ਜਵੈਦੁੱਤੇ ਸੀ ਉਹਦਾ ਬਾਲ ਉਹਦੀ ਛਾਤੀ ਨਾਲ ਲੱਗੇ ਦੁੱਧ ਲਈ ਰੋਂਦਾ ਪਿਆ ਸੀ ਤੇ ਪੂਰੋ ਨੂੰ ਦੁੱਧ ਨਹੀਂ ਸੀ ਆਉਂਦਾ ਪੂਰੋ ਦੇ ਤਰ੍ਹਾਂ ਕਿ ਜਦ ਖੁੱਲੀ ਸਾਹਮਣੀ ਪੀੜੀ ਉੱਤੇ ਉਹਦਾ ਨਵਾਂ ਬਾਲ ਡੜਿਆ ਕੇ ਰੁੰਦਾ ਪਿਆ ਸੀ ਪੂਰੋ ਨੇ ਝੁੱਕ ਕੇ ਛਾਤੀ ਨਾਲ ਲਪੇਟ ਲਿਆ ਫਿਰ ਡਰ ਕੇ ਆਪਣੇ ਜਵੇਦ ਦਾ ਮੂੰਹ ਤੱਕਿਆ ਜਿਹੜਾ ਨਾਲ ਦੀ ਮੰਜੀ ਉੱਤੇ ਝਟਕੂ ਹੋਇਆ ਸੌਂ ਗਿਆ ਸੀ ਫਿਰ ਪੂਰੋ ਨੇ ਡਰਦਿਆਂ ਡਰਦਿਆਂ ਬਾਹਰ ਚੁੱਲ੍ਹੇ ਕੋਲ ਬੈਠੀ ਹੋਈ ਰਿਸ਼ੀ ਦੇ ਵੱਲ ਵੇਖਿਆ ਰਿਸ਼ੀ ਦਾ ਅਜੇ ਤੱਕ ਉਹਨੂੰ ਛੱਡ ਕੇ ਨਹੀਂ ਸੀ ਗਿਆ ਤੇ ਨਾ ਉਹਨੇ ਉਹਨੂੰ ਘਰੋਂ ਕੱਢਿਆ ਸੀ ਉਹ ਆਪਣੇ ਘਰ ਵਿੱਚ ਸਹੀ ਸਲਾਮਤ ਸੀ ਰਸੀ ਦਾ ਉਹਦਾ ਬੜਾ ਮਿਹਰਬਾਨ ਖਾਬੰਸੀ ਤੇ ਜਵੇਦ ਉਹਦਾ ਕੁੰਗਰੇ ਵਾਲੇ ਵਾਲਾ ਬੜਾ ਸੋਹਣਾ ਪੁੱਤਰ ਸੀ ਉਹਦੀ ਗਲੀ ਵਾਲੀ ਕੰਮੋਂ ਵੀ ਉਹਨੂੰ ਚੋਰੀ ਛੇਪੇ ਕੁੱਟ-ਕੁੱਟ ਮਿਲਦੀ ਪੂਰੋ ਦੀਆਂ ਅੰਦਰਾਂ ਨੂੰ ਵੰਡਾਂਦੀ ਸੀ ਤੇ ਹੁਣ ਉਹਦਾ ਟੱਬਰ ਹੋਰ ਵੱਧ ਗਿਆ ਸੀ ਉਹਦੇ ਘਰ ਰੱਬ ਨੇ ਆਪੇ ਇੱਕ ਹੋਰ ਪੁੱਤਰ ਘਾਲ ਦਿੱਤਾ ਸੀ ਪੂਰੋ ਨੇ ਉੱਠ ਕੇ ਨਵੇਂ ਬਾਲ ਦਾ ਮੱਥਾ ਚੁੰਮ ਲਿਆ ਪੂਰੋ ਨੇ ਉੱਠ ਕੇ ਚਿੱਟੇ ਜ਼ੀਰੇ ਦੀ ਤਲੀ ਭਰ ਕੇ ਖਾਧੀ ਜਵੇਦ ਪੂਰੋ ਦੇ ਪੂਰ ਦਾ ਪੂਰ ਦੇ ਦੋ ਵਰੇ ਦੁੱਧ ਪੀਂਦਾ ਰਿਹਾ ਸੀ ਤੇ ਅਜੇ ਦੁੱਧ ਛਡਾਇਆ ਪੂਰ ਨੂੰ ਬਹੁਤਾ ਚਿਰ ਨਹੀਂ ਸੀ ਹੋਇਆ ਉਹਨੇ ਸੁਣਿਆ ਸੀ ਕਿ ਚਿੱਟਾ ਜ਼ੀਰਾ ਫੱਕਣ ਨਾਲ ਤ੍ਰੇਮਤ ਦੇ ਦੁੱਧ ਉਤਰਾਉਂਦਾ ਹੈ ਉਹਨੇ ਨਿੱਕੇ ਬਾਲ ਨੂੰ ਆਪਣੇ ਦੁੱਧ ਅੱਗੇ ਪਾ ਲਿਆ ਤਰੇ ਦਿਹਾੜੇ ਲੰਗੇ ਪੂਰ ਨੂੰ ਸੱਚੀ ਮੱਚੀ ਦੁੱਧ ਉਤਰਾਇਆ ਪਿੰਡ ਦੀਆਂ ਤ੍ਰੇਮਤਾ ਤੱਕ ਤੱਕ ਹੈਰਾਨ ਹੁੰਦੀਆਂ ਮੁੰਡਾ ਪੂਰੋ ਦਾ ਨਿੱਕਾ ਪੁੱਤਰ ਬਣ ਕੇ ਪਲਣ ਲੱਗ ਪਿਆ ਅਗਲਾ ਅੰਗ ਹੈ ਦਾਵੇਦਾਰ ਜੁੜੀਆਂ ਹੋਈਆਂ ਪਾਥੀਆਂ ਵਿੱਚ ਜਿਵੇਂ ਨਿੱਕੀ-ਨਿੱਕੀ ਅੱਗ ਧੁਖਦੀ ਐ ਪਿੰਡ 'ਚ ਕੁਸਰਮੋਸਰ ਚੱਲ ਪਈ ਸੀ ਚੱਲੀ ਇੱਕ Hindu ਔਰਤ ਸੀ ਉਹਦੇ ਬੱਚੇ ਨੂੰ ਮੁਸਲਮਾਨਾ ਲੈ ਲਿਆ ਸਾਰੇ ਪਿੰਡ ਦੇ ਵਹਿੰਦਿਆਂ ਵਹਿੰਦਿਆਂ ਉਹਨਾਂ ਨੇ Hindu ਬੱਚੇ ਨੂੰ ਮੁਸਲਮਾਨ ਬਣਾ ਲਿਆ ਦਿੱਲੀ ਜਿਵੇਂ ਆਪਣੇ ਬਲੂਂਗੜੇ ਨੂੰ ਥਾਂ-ਥਾਂ ਤੇ ਚੁੱਕੀ ਫਿਰਦੀ ਐ ਪੂਰੋ ਨਿੱਕੇ ਮੁੰਡੇ ਨੂੰ ਗੱਲ ਨਾਲ ਲਾ ਕੇ ਪਿਛਲੇ ਅੰਦਰ ਵੜ ਗਏ ਕੰਧਾਂ ਨੂੰ ચીਰ-ਚੀਰ ਕੇ ਵੀ ਗੱਲਾਂ ਉਹਦੇ ਕੰਨ 'ਚ ਪੈ ਜਾਂਦੀਆਂ ਪਹਿਲਾਂ ਤਾਂ ਇੱਕ ਦੋ ਹਿੰਦੂ ਘਰਾਂ 'ਚ ਬੈਠਕਾਂ ਹੁੰਦੀਆਂ ਰਹੀਆਂ ਪੱਕੀ ਗੱਲ ਏ ਛੱਲੀ ਹਿੰਦੂ ਸੀ ਕੋਈ ਕਹਿੰਦਾ ਅਸਾਂ ਆਪ ਸੁਣਿਆ ਹੋਇਆ ਉਹ ਲਾਲੇ ਮੂਸੇ ਦੇ ਇੱਕ ਤਗੜੇ ਘਰ ਦੀ ਧੀ ਸੀ ਚੰਗੀ ਭਲੀ ਨੂੰ ਉਹਦੀ ਸੌਂਕਣ ਨੇ ਮਸਾਨ ਖਵਾ ਦਿੱਤੇ ਸਨ ਉਦੋਂ ਦੀ ਉਹ ਛੱਲੀ ਹੋ ਗਈ ਸੀ ਕੋਈ ਕਹਿੰਦਾ ਸੁਣਿਆ ਇਹ ਘਰਦਿਆਂ ਨੇ ਬੜੇ ਸੰਗਲ ਮਾਰ-ਮਾਰ ਕੇ ਰੱਖੇ ਪਰ ਉਹਦੀ ਕਿਸਮਤ 'ਚ ਖੁਆਰੀ ਲਿਖੀ ਸੀ ਕੋਈ ਹੋਰ ਕਹਿੰਦਾ ਇਹ ਤੇ ਹੋਈਆਂ ਗੱਲਾਂ ਮੈਂ ਆਪ ਉਹਦੀ ਖੱਬੀ ਬਾਹ 'ਤੇ ਓਮ ਖੁਦਿਆ ਹੋਇਆ ਵੇਖਿਆ ਕੋਈ ਜਣਾ ਜਮੀ ਉੱਤੇ ਹੱਥ ਮਾਰ ਕੇ ਕਹਿੰਦਾ ਹਨੇਰੇ ਯਾਰੋ ਸਾਡੇ ਵੈਂਦਿਆ ਵੈਂਦਿਆ ਸਾਡੀਆਂ ਅੱਖਾਂ 'ਚ ਘੱਟਾ ਪਾ ਗਿਆ ਲਾਨਤੀ ਸਾਡੇ ਤੇ ਹਿੰਦੂ ਬਾਲ ਉਹਨਾਂ ਨੇ ਮਿੰਟਾਂ ਵਿੱਚ ਮੁਸਲਮਾਨ ਬਣਾ ਲਿਆ ਛੋੜੋ ਯਾਰੋ ਖਰੇ ਕੀ ਦੀ ਬਲਾਉ ਹੈ ਤੇ ਖਰੇ ਕੀ ਦੀ ਨਹੀਂ ਅਸਾਂ ਉਸ ਕਤੂਰੇ ਨੂੰ ਕਿੱਥੇ ਬੰਨਣਾ ਕੋਈ ਜਣਾ ਵਿੱਚੋਂ ਇਹ ਵੀ ਕਹਿ ਦਿੰਦਾ ਨਿਲਾਕਾ ਸਵਾਲ ਐ ਇਸ ਵੇਲੇ ਧਰਮ ਦਾ ਏ ਇਸ ਤਰ੍ਹਾਂ ਕੱਲ ਨੂੰ ਉਹ ਸਾਰਾ ਪਿੰਡ ਮੁਸਲਮਾਨ ਬਣਾ ਲੈਣਗੇ ਇਤੋਂ ਉਹਨਾਂ ਦਾ ਮੂੰਹ ਵੇਖਦਾ ਰਹੀ ਇੱਕ ਦੋ ਜਣੇ ਇਕੱਠੇ ਹੀ ਉੱਚੀ ਉੱਚੀ ਬੋਲ ਪੈਂਦੇ ਕਮਰੇ ਦੀ ਹਵਾ ਇਸ ਤਰ੍ਹਾਂ ਹੋ ਜਾਂਦੀ ਜਿਵੇਂ ਵਜੇ ਹੋਏ ਮੂੰਹਿਆਂ ਵਿੱਚ ਉਹ ਘੁੱਟੀ ਗਈ ਹੋਵੇ ਅਸੀਂ ਮੁੰਡੇ ਨੂੰ ਵਾਪਸ ਲਾਂਗੇ ਵੇਖਾਂਗੇ ਕਿਹੜਾ ਸਾਡਾ ਹੱਥ ਫੜ ਲੈਂਦਾ ਹੈ ਵਿੱਚੋਂ ਤੇ ਚਾਰ ਛਿਲੜਾਂ ਦੀ ਗੱਲ ਹੈ ਮੈਰੀ ਨੂੰ ਚੰਦਾ ਇਕੱਠਾ ਕਰ ਦੇਾਂਗੇ ਆਪਿਓ ਮੁੰਡੇ ਨੂੰ ਪਾਲ ਛੱਡੇਗੀ ਕੋਈ ਜਣਾ ਜੋਸ਼ ਨਾਲ ਭੋਏ ਤੋ ਅਗਾਸ ਰੱਕੇ ਆਖਦਾ ਐਡੇ ਗਏ ਗੁਜ਼ਰੇ ਹੋਏ ਤੇ ਨਹੀਂ ਸਾਰੇ ਪਿੰਡ ਕੋਲਰ ਹਲਕੇ ਇੱਕ ਮੁੰਡਾ ਨਾ ਪੜੂਗਾ ਖਰੇ ਮੁੰਡਾ ਵੀ ੱੱਲੀ ਵਾਂਗਣ ਗੂੰਗਾ ਬੋਲਾਈ ਨਿਕਲਦਾ ਏ ਕਿ ਵਿੱਚੋਂ ਫੇਰ ਕੋਈ ਕਹਿ ਦਿੰਦਾ ਤਾਂ ਕਿ ਇਹ ਧਰਮਸ਼ਾਲਾ ਚ ਵੱਡਾ ਹੋ ਕੇ ਝਾੜੂਲਾ ਚੜਿਆ ਕਰੇਗਾ ਦੋ ਟੁੱਕਰ ਹੀ ਗਾਣੇ ਸੁ ਫੇਰ ਉਹ ਇੱਕ ਦੂਜੇ ਦੀ ਦਲੇਰੀ ਉੱਤੇ ਥਾਪੀਆਂ ਦਿੰਦੇ ਖੁਸ਼ ਹੁੰਦੇ ਪਹਿਲਾਂ ਮੈਰੀ ਨੂੰ ਤਾਂ ਪੁੱਛ ਲਓ ਕੋਈ ਜਣਾ ਗੱਲ ਕਰਦਾ ਇਹ ਖਾਂ ਰੱਖੇਗੀ ਨਾ ਚਾਂਦੀ ਦੀ ਜੁੱਤੀਓ ਦੇ ਸਿਰ ਤੇ ਮਾਰਾਂਗੇ ਤਾਂ ਕਿ ਮੁੰਡੇ ਦੀ ਗੱਲ ਕਰਾਂਗੇ ਮੁੰਡੇ ਦਾ ਕੀ ਧਰਮਸ਼ਾਲਾ ਵਿੱਚ ਤਾਂ ਮਾਲ ਡੰਗਰ ਦਾ ਹੀ ਇੰਨਾ ਕੰਮ ਹੈ ਮੁਫਤ ਦਾ ਕੰਮ ਹੀ ਮਿਲ ਜਾਏਗਾ ਕੋਈ ਅਜੇ ਲੱਥੀ ਨਹੀਂ ਤੇ ਉਹ ਮੁੰਡਾ ਪਲ ਤੇ ਲਵੇ ਪਹਿਲੋਂ ਦਾ ਉਹ ਮਰਦੇ ਕਿਉਂ ਜਾਂਦੇ ਹੋ ਜੇ ਧਰਮ ਦੇ ਨਾਂ ਉੱਤੇ ਤੁਸੀਂ ਇੰਨਾ ਵੀ ਨਹੀਂ ਕਰ ਸਕਦੇ ਤਾਂ ਬਹੁਤ ਟਟੇ ਕੁਝ ਤੁਹਾਡੀ ਪੈਲੀ ਦਾ ਪਾਣੀ ਕੋਈ ਆਪਣੀ ਪੈਲੀ ਨੂੰ ਲਾ ਲਏ ਤੇ ਤੁਸੀਂ ਲੋਕ ਉਹਦਾ ਸਿਰ ਪਾਟ ਛੱਡਦੇ ਹੋ ਅੱਜ ਤੁਹਾਡੇ ਹਿੰਦੂਆਂ ਦਾ ਮੁੰਡਾ ਚੁੱਕ ਕੇ ਲੈ ਗਏ ਤਾਂ ਤੁਹਾਡੇ ਮੂੰਹ ਨੂੰ ਉਲ ਹੀ ਲੱਗੇ ਕਮਰੇ ਦੀ ਹਵਾ ਇਸ ਤਰ੍ਹਾਂ ਹੋ ਜਾਂਦੀ ਜਿਵੇਂ ਉਹਦੇ ਵਿੱਚ ਪੱਥਰ ਦੇ ਕੋਲੇਾਂ ਦਾ ਧੂਆਂ ਰਲ ਗਿਆ ਹੋਵੇ। ਹੁਣ ਰਸ਼ੀਦਾ ਜਦੋਂ ਬਾਹਰ ਆਪਣੇ ਖੇਤਾਂ ਨੂੰ ਜਾਂਦਾ ਕੋਲੋਂ ਲੰਘਦੇ ਜਾਂਦੇ ਹਿੰਦੂ ਉਹਦੇ ਵੱਲ ਕਹਿਰੀਆਂ ਅੱਖਾਂ ਨਾਲ ਤੱਕਦੇ। ਰਸ਼ੀਦਾ ਮੂੰਹ ਧਿਆਨ ਤੁਰੇ ਜਾਂਦਾ। ਇੱਕ ਦੋ ਵਾਰ ਰਸ਼ੀਦੇ ਨੇ ਭੋਲੇ-ਭੋਲੇ ਪੁਰੋ ਨੂੰ ਆਖਿਆ ਕਿ ਪਿੰਡ ਦੀ ਹਵਾ ਚੰਗੀ ਨਹੀਂ। ਉਹਨਾਂ ਨੇ ਇਸ ਝਗੜੇ ਚੁੱਕ ਹੀ ਲੈਣਾ ਸੀ। ਗੱਲ ਵੱਧੀ ਘਾਟੀ ਹੋ ਜਾਏਗੀ। ਉਹ ਜਾਣੇ ਉਹ ਮੁੰਡਾ ਲੈ ਜਾਣ ਜੇ ਉਹਨਾਂ ਦੀ ਇਹੋ ਹੀ ਮਰਜ਼ੀ ਹੈ। ਜੋ ਮੁੰਡੇ ਦੀ ਕਿਸਮਤ ਹੋਏ ਜੇ ਕਿਸਮਤ ਹੋ ਜਾਏ ਪੂਰੋ ਕਹਿੰਦੀ ਸੀ ਕੁਝ ਨਾ ਉਨਜ ਨੂੰ ਹੱਲ ਪੈਂ ਹੌਲ ਪੈਂਦਾ ਉਹਨੇ ਹੱਡੀਆਂ ਦੇ ਨਿੱਕੇ ਜੇ ਪਿੰਜਰ ਨੂੰ ਦਿਉ ਰਾਤੀ ਗਲ ਨਾਲ ਲਾ ਲਾ ਕੇ 6 ਮਹੀਨਿਆਂ ਦਾ ਕੀਤਾ ਸੀ ਹੁਣ ਉਹ ਵੀ ਜਵੇਦ ਵਰਗਾ ਗੋਬੜਾ ਗੋਬੜਾ ਨਿਕਲਦਾ ਆਉਂਦਾ ਸੀ ਉਹਦੀਆਂ ਅੱਖਾਂ 'ਚ ਪੂਰੋ ਦੀ ਪਛਾਣ ਪੈਂਦੀ ਜਾਂਦੀ ਸੀ ਜਿੱਧਰ ਜਿੱਧਰ ਪੂਰੋ ਹੁੰਦੀ ਉਧਰ ਉਧਰ ਉਹਦੀਆਂ ਅੱਖਾਂ ਮੁੜਦੀਆਂ ਔਰ ਸ਼ੀਦੇ ਨੂੰ ਤੱਕ ਤੱਕ ਕੇ ਉਲਰਦਾ ਸੀ ਫਿਰ ਪੂਰੋ ਸੋਚਦੀ ਪਹਿਲੇ ਹੀ ਦਿਨ ਹਿੰਦੂਆ ਨੂੰ ਕਿਉਂ ਨਾ ਚੇਤਾ ਆਇਆ ਉਹਨੂੰ ਲੈ ਜਾਂਦੇ ਪਾਲ ਲੈਂਦੇ ਉਹਨੂੰ ਮਾਂ ਦੀ ਗੋਦ ਦਿੰਦੇ ਉਹਨੂੰ ਪਿਓ ਦਾ ਨਿੱਗ ਦਿੰਦੇ ਪੂਰੇ ਪੂਰੋ ਨੇ 6 ਮਹੀਨੇ ਰਾਤਾਂ ਜਾਗ-ਜਾਗ ਕੇ ਕਟੀਆਂ ਸਨ ਉਹਨੇ ਜੀਰਾ ਫੱਕ-ਫੱਕ ਕੇ ਆਪਣੀਆਂ ਨਾੜਾਂ ਚੋਂ ਦੁੱਧ ਵਗਾਇਆ ਸੀ ਉਹਨੇ ਉਹਦਾ ਮੈਲਾ ਧੋਤੋ ਕੇ ਆਪਣੇ ਨਹਂ ਕਸਾ ਲਏ ਸਨ ਫਿਰ ਪੂਰੋ ਨੂੰ ਚੇਤੇ ਆਉਂਦਾ ਉਹਨੇ ਆਪ ਮੁੰਡੇ ਨੂੰ ਸ਼ਹਿਦ ਦੀ ਗੁਰਤੀ ਦਿੱਤੀ ਸੀ ਤੇ ਆਪਣੇ ਲਾਗੇ ਦੇ ਮੁੱਸਲਕੀ ਘਰਾਂ ਵਿੱਚ ਪੰਜੀਰੀ ਵੰਡੀ ਸੀ ਕਿ ਮੁੰਡੇ ਨੂੰ ਕਦੇ ਵੱਡਿਆ ਹੋ ਕੇ ਖਿਆਲ ਨਾ ਆਵੇ ਕਿ ਉਹਦਾ ਕਿਸੇ ਨੇ ਕੀਤਾ ਕੁਝ ਨਾ ਇੱਕ ਦਿਨ ਪਿੰਡ ਦੇ ਮੋਰੀ ਹਿੰਦੂਆ ਨੇ ਰਸ਼ੀਦੇ ਨੂੰ ਬੁਲਾ ਭੇਜਿਆ ਪੂਰੋ ਦੇ ਹੁੱਠਾਂ ਤੇ ਸਿਕੜੀ ਜੰਮ ਗਈ ਉਹ ਦਲੀਲੇ ਪੈ ਗਈ ਸਾਰਾ ਚਾਉਣਾ ਉਨੇ ਚੁੱਕਿਆ ਸੀ ਰਸ਼ੀਦੇ ਨੂੰ ਉਹ ਮਾੜਾ ਚੰਗਾ ਆਖਣਗੇ ਰਸ਼ੀਦੇ ਦੀ ਉਹ ਬੇਇੱਜ਼ਤੀ ਕਰਨਗੇ ਪੂਰੋ ਕਹਿ ਰਹੀ ਸੀ ਕਿ ਰਸ਼ੀਦੇ ਦੇ ਨਾਲ ਜਾਏਗੀ ਉਹਨਾਂ ਦੇ ਸਵਾਲਾਂ ਦੀ ਦੇਣਦਾਰ ਸੀ ਉਹ ਆਪ ਜਾ ਕੇ ਉਹਨਾਂ ਕੋਲ ਮੁੰਡੇ ਦੀ ਖੈਰ ਮੰਗ ਲਏਗੀ ਪਰ ਰਸ਼ੀਦਾ ਨਾਮ ਮੰਨਿਆ ਤੇ ਖਲਾਕ ਜਿੱਥੇ ਉਹਨਾਂ ਲੋਕਾਂ ਬੁਲਾਇਆ ਸੀ ਚਲਾ ਗਿਆ ਪਿੰਡ ਦੇ ਇੱਕ Hindu ਮੋਰੀ ਦੇ ਵੇੜੇ ਵਿੱਚ ਤਰੇ ਚਾਰ ਮੰਜੀਆਂ ਡੱਠੀਆਂ ਹੋਈਆਂ ਸਨ ਜਿਨ੍ਹਾਂ ਉੱਤੇ ਪਿੰਡ ਦੇ ਸਿਰ ਕੱਢਵੇਂ Hindu ਜੱਟ ਬੈਠੇ ਹੋਏ ਸਨ ਉਹਨਾਂ ਦਾ ਖਿਆਲ ਸੀ ਰਸ਼ੀਦਾ ਦੋ ਚੌ ਸਾਥੀਆਂ ਨੂੰ ਲੈ ਕੇ ਆਏਗਾ ਜਦ ਸ਼ਾਇਦ ਨਹੀਂ ਆਵੇ ਫਿਰ ਉਹ ਪੁੱਠੀ ਹੱਥੀ ਰਸ਼ੀਦੇ ਦੇ ਪੇਸ਼ ਆਉਣਗੇ ਪਰ ਰਸ਼ੀਦਾ ਕਲਮਕਲਾ ਉੱਤੇ ਲਗਾ ਆ। ਸलाम ਦੁਆ ਕਰਦਾ ਉਹਨਾਂ ਦੇ ਸਾਹਮਣੇ ਬਹਿ ਗਿਆ। ਕਿਉਂ ਬਈ ਕੀ ਸਲਾਹ ਤੇਰੀ? ਮੁੰਡਾ ਵਾਪਸ ਦੇਣਾ ਹੀ ਕਿ ਨਹੀਂ? ਹੋਕੇ ਦੀ ਨੜੀ ਮੂੰਹ ਨਾਲੋਂ ਲਾ ਕੇ ਇੱਕ ਨੇ ਆਪਣੀ ਭਾਰੀ ਗੋਰੀ ਆਵਾਜ਼ ਚ ਕਿਹਾ। ਮੇਰੀ ਕੀ ਮਜਾਲੇ ਲਦੀਦਾ ਤੇ ਮੈਂ ਕੌਣ ਦੇਣ ਵਾਲਾ ਤੇ ਲੈਣ ਵਾਲਾ। ਰਸ਼ੀਦੇ ਨੇ ਇੱਕ ਹੱਥ ਮੱਥੇ ਨਾਲ ਛੁਆ ਕੇ ਫਿਰ ਅਸਮਾਨ ਵੱਲ ਤੱਕਿਆ। ਇਹ ਤਾਂ ਹੋਈਆਂ ਮੋਮੋ ਠਗਣੀਆਂ ਗੱਲਾਂ ਸਿੱਧੀ ਤਰ੍ਹਾਂ ਗੱਲ ਕਰ ਇੱਕ ਨੇ ਤੈਸ਼ ਜਾਣ ਕੇ ਕਿਹਾ ਮੈਂ ਤੇਰਲਾ ਦੇ ਰੰਮ ਤੇ ਉਹਨੂੰ ਚੁੱਕ ਲੈਂਦਾ ਜੇ ਉੱਥੇ ਦੋ ਘੜੀਆਂ ਦੇਰੀ ਨਾਲ ਜਾਂਦਾ ਤਾਂ ਖੋਰੇ ਕੋਈ ਕੁੱਤਾ ਬਿੱਲੀ ਉਹਨੂੰ ਮੂੰਹ ਚ ਪਾ ਲੈਂਦਾ ਪਰ ਉਹਦੀ ਅੱਲਾ ਵੱਲੋਂ ਵਧੀ ਹੋਈ ਸੀ ਠੀਕ ਹੈ ਜੇ ਰੱਬ ਵੱਲੋਂ ਧਾਗਾ ਲੰਬਾ ਹੈ ਤਾਂ ਕੋਈ ਤੋੜ ਨਹੀਂ ਸਕਦਾ ਪਰ ਤੈਨੂੰ ਪਤਾ ਹੋਣਾ ਚਾਹੀਦਾ ਕਿ ਉਹਦੀ ਮਾਂ Hindu ਤ੍ਰਿਮਤੀ ਤੇ Hindu ਬੱਚੇ ਨੂੰ ਚੁੱਕ ਕੇ ਲੈ ਜਾਣਾ ਅਸੀਂ ਸਹਾਰ ਨਹੀਂ ਸਕਦੇ ਪਰੇ ਲੋਕ ਕੋ ਮੈਨੂੰ ਨਹੀਂ ਪਤਾ ਹਿੰਦੂ ਸੀ ਕਿ ਕੌਣ ਉਹ ਹਿੰਦੂ ਘਰਾਂ ਤੋਂ ਵੀ ਖਾਂਦੀ ਸੀ ਮੁਸਲਮਾਨ ਘਰਾਂ ਤੋਂ ਵੀ ਖਾਂਦੀ ਸੀ ਰਸ਼ੀਦਾ ਕਹਿ ਰਿਆ ਸੀ ਪਰ ਉਹ ਤਾਂ ਸ਼ੁਦੈਨ ਸੀ ਤੂੰ ਤਾਂ ਸ਼ਦੈਨੀ ਮਿੱਟੇਂ ਗੱਲ ਟੋਕੇ ਕੋਈ ਬੋਲ ਪਿਆ ਠੀਕ ਹੈ ਪਰ ਤੁਸੀਂ ਪਹਿਲੇ ਦਿਨ ਉਸ ਮੁੰਡੇ ਨੂੰ ਲੈ ਲੰਦੇ ਪਾਲ ਲੰਦੇ ਮੈਂ ਕਦੋਨਾ ਕੀਤੀ ਸੀ ਮੁੱਠੀ ਕੋ ਜਿੰਨਾ ਉਹ ਪਿੰਜਰ ਸੀ ਮੇਰੀ ਘਰ ਵਾਲੀ ਨੇ ਪੋਹਰਿਆ ਪੋਹਰਿਆ ਕਰਕੇ 6 ਮਹੀਨੇ ਕੱਢੇ ਨੇ ਹੁਣ ਮੁੰਡਾ ਬਚ ਪਿਆ ਤੇ ਤੁਹਾਨੂੰ ਵੀ ਯਾਦ ਆ ਗਈ ਹੈ ਅੱਲਾ ਦਾ ਖੌਫ ਖੋ ਰੱਬ ਤਰਸੀ ਤੁਸਾਂ ਪਾਲਣਾ ਰੱਬ ਤਰਸੀ ਮੈਂ ਤੇ ਪਾਲਣਾ ਹੋਰ ਮੈਂ ਵਿੱਚੋਂ ਕੀ ਲੈਣ ਦੇਣਾ ਰਸ਼ੀ ਦੇ ਨੇ ਕੁਝ ਇਸ ਤਰ੍ਹਾਂ ਕਹਿ ਕੇ ਦੂੰ ਤਾਂ ਜਣਿਆਂ ਦੇ ਮੂੰਹ ਤੇ ਇਹੋ ਹੀ ਖਿਆਲ ਉਗੜਿਆ ਵੀ ਛੱਡੋ ਜਾਣ ਦਿਓ ਵਿੱਚੋਂ ਪਾਲਦਾ ਹੈ ਤਾਂ ਪਿਆ ਪਾਲੇ ਮੁਫਤ ਦੀ ਬਲਾ ਗੱਲ ਪਾਈ ਰੱਖੋ ਦੇਖ ਅਸੀਂ ਗੱਲ ਵਧਾਣਾ ਨਹੀਂ ਚਾਹੁੰਦੇ ਨਾ ਉਹ ਸਾਡਾ ਕੁਝ ਲੱਗਦਾ ਨਾ ਤੇਰਾ ਕੁਝ ਲੱਗਦਾ ਇਹ ਤੇ ਧਰਮ ਦਾ ਸਵਾਲ ਹੈ ਸੋ ਧਰਮ ਦੇ ਰਾਹ ਚੜਨਾ ਨਹੀਂ ਚਾਹੀਦਾ ਮੈਂ ਤਾਂ ਆਪਣੀ ਜਾਨ ਦਾ ਖਤਰਾ ਸਹਿੇੜ ਬੈੰਗਾ ਕਿਸੇ ਨੇ ਕੋਈ ਤੇਰੇ ਨਾਲ ਮਾੜੀ ਚੰਗੀ ਕਰ ਦਿੱਤੀ ਤਾਂ ਅਸੀਂ ਜ਼ਿੰਮੇਵਾਰ ਨਹੀਂ ਸੋ ਆਪ ਹੀ ਪਲਾ ਪੋ ਆਪ ਹੀ ਪਲਾ ਪੋ ਤੇ ਮੁੰਡਾ ਵਾਪਸ ਚਾਹ ਦੋ ਉਹ ਜਾਣੇ ਇੰਨੇ ਦਿਨ ਖੁਆਣ ਪਿਆਣ ਦੇ ਚਾਰ ਛੱਲੇ ਲੈਣੇ ਨਹੀਂ ਤੱਲੇ ਲੈ ਇੱਕ ਮੋਰੀ ਨੇ ਆਖਿਆ ਬੇਸ਼ੱਕ ਬੇਸ਼ੱਕ ਆ ਕਿ ਸਾਰੇ ਬੋਲ ਪਏ ਅੱਲਾ ਅੱਲਾ ਰਸ਼ੀਦ ਨੇ ਦੋਵੇਂ ਹੱਥ ਆਪਣੇ ਕੰਨਾਂ ਨੂੰ ਲਾਏ ਮੈਰੀ ਖਲੋਤੀ ਹੋਈ ਨਾਲੇ ਸਾਡੇ ਦੋ ਤਰ੍ਹਾਂ ਬੰਦੇ ਜਾਂਦੇ ਨੇ ਤੇ ਮੁੰਡੇ ਨੂੰ ਤੇਰੇ ਘਰੋਂ ਲੈ ਆਉਂਦੇ ਨੇ ਆਪੇ ਅਸੀਂ ਆਪੇ ਸ਼ੁੱਧ ਕਰ ਲਵਾਂਗੇ ਮੈਂ ਇੱਕ ਵਾਰ ਤੁਸਾਂ ਸਾਰਿਆਂ ਦੀ ਮਿਹਨਤ ਕਰਨਾ ਵਾ ਉਸੇ ਸ਼ੁੱਧ ਦੇ ਉੱਤੇ ਰਹਿਮ ਕਰੋ ਤੇ ਜਿੱਥੇ ਹੈ ਟਿਕਿਆ ਰਹਿਣ ਦਿਓ ਉਸ ਮੇਰੀ ਘਰ ਵਾਲੀ ਉਹਨੂੰ ਆਪਣੇ ਢਿੱਡ ਦੇ ਜੰਮੇ ਵਾਂਗ ਪਈ ਪਾਲਦੀ ਏ ਰਸੀ ਦੇ ਨੇ ਦੋਵੇਂ ਹੱਥ ਬੰਨ ਲਏ ਅਸਾ ਤੈਨੂੰ ਸਿੱਧਾ ਰਾਤ ਦੱਸ ਦਿੱਤਾ ਹੈ ਜੇ ਸੁੱਖ ਚਾਹਨਾ ਹੈ ਤਾਂ ਭਲਾ ਬਣ ਕੇ ਤੁਰ ਪੈ ਨਹੀਂ ਤਾਂ ਅਸੀਂ ਜਾਣਨੇ ਅਸੀਂ ਦੀ ਉਂਗਲੀ ਨਾਲ ਘਿਓ ਨਹੀਂ ਨਿਕਲਦਾ ਦੋ ਤਿੰਨ ਜਿਹੜੇ ਮੰਝੀਆਂ ਤੋਂ ਉੱਠ ਕੇ ਖਲੋ ਗਏ ਚਾਦਰ ਦੀ ਬੁੱਕਲ ਮਾਰੀ ਪਿਛਲੇ ਅੰਦਰੋਂ ਮਹਿਰੀ ਆ ਗਈ ਰਸ਼ੀਦੇ ਨੂੰ ਖਲੋਣਾ ਪਿਆ ਤੇ ਸਾਰੇ ਰਸ਼ੀਦੇ ਦੇ ਘਰਵਾਲੇ ਤੁਰ ਪਏ ਪੂਰੋ ਆਪਣੇ ਘਰ ਦੇ ਬੂਏ ਕੋਲ ਖਲੋ ਕੇ ਗਲੀ ਦੀਆਂ ਬਿੜਕਾਂ ਪੀ ਲੈਂਦੀ ਸੀ ਜਿਉਂ ਹੀ ਉਹਨੇ ਰਸ਼ੀਦੇ ਦਾ ਨੀਵਾ ਸਿਰ ਧੱਕਿਆ ਨਾਲ ਤਿੰਨ ਚੌ ਬੰਦਿਆਂ ਦੇ ਆਉਂਦੇ ਪੈਰ ਵੇਖੇ ਪੂਰੋ ਦਾ ਕਲੇਜਾ ਬਹਿ ਗਿਆ ਅੱਜ ਪੂਰੋ ਨੂੰ ਆਪਣੇ ਉਹ ਦਿਨ ਅੱਖਾਂ ਅੱਗੇ ਆਏ ਜਿਸ ਦਿਨ ਉਹਦੀ ਮਾਂ ਉਹਦੇ ਨਾਲੋਂ ਟੁੱਟ ਗਈ ਸੀ ਜਿਸ ਦਿਨ ਉਹ ਪਿਓ ਦੇ ਨਾਲੋਂ ਨਿੱਖੜ ਗਿਆ ਸੀ ਜਿਸ ਦਿਨ ਉਹਦੇ ਭੈਣ ਭਰਾ ਉਹਦੇ ਕੋਲੋਂ ਵਿਛੜ ਗਏ ਸਨ ਇਹ ਮੁੰਡਾ ਵੀ ਉਹਦੀ ਬਣ ਚੁੱਕੀ ਆ ਅੰਦਰ ਸੀ ਇਹ ਸਾਂ ਅੰਦਰ ਦੇ ਟੁੱਟਣ ਵਿੱਚ ਵੀ ਉਨੀਂ ਪੀੜ ਸੀ ਪੂਰਵ ਨੇ દોੜ ਕੇ ਮੁੰਡੇ ਨੂੰ ਛਾਤੀ ਨਾਲ ਚਮੋੜ ਲਿਆ ਰਸ਼ੀਦਾ ਆਪਣੇ ਵੇੜੇ ਵਿੱਚ ਆ ਕੇ ਔਖਲ ਹੋ ਗਿਆ ਜਿਵੇਂ ਕੋਈ ਗਵਾਚਾ ਹੋਇਆ ਬੰਦਾ ਹੁੰਦਾ ਨਾ ਰਸ਼ੀਦੇ ਨੂੰ ਕੁਝ ਕਹਿਣ ਦੀ ਲੋੜ ਸੀ ਨਾ ਪੂਰਵ ਨੂੰ ਕੁਝ ਪੁੱਛਣ ਦੀ ਲੋੜ ਸੀ ਮੈਰੀ ਵੀ ਪਲ ਕੁ ਠੱਠੰਬਰ ਗਈ ਪੂਰੋ ਦੀ ਛਾਤੀ ਨਾਲੋਂ ਬੱਚੇ ਨੂੰ ਲਾ ਲੈਣਾ ਉਹਨੂੰ ਬੜਾ ਔਖਾ ਲੱਗਾ। ਛੇਤੀ ਹੋ ਉਤੋਂ ਉਤੋਂ ਕੁਵੇਲਾ ਪਿਆ ਹੁੰਦਾ। ਅਸੀਂ ਕੰਮੇਕਾਰੇ ਲੱਗਣਾ। ਨਾਲ ਦੇ ਤਰੇਮਾ ਬੰਦਿਆਂ ਨੇ ਖਰਵੀਆਂ ਹੋ ਕੇ ਆਖਿਆ। ਮੈਰੀ ਨੇ ਦੋਵੇਂ ਹੱਥ ਵਧਾ ਕੇ ਪੂਰੋ ਦੇ ਹੱਥਾਂ ਵਿੱਚੋਂ ਬੱਚਾ ਬੱਚੇ ਨੂੰ ਝੁਕ ਲਿਆ। ਮੁੰਡੇ ਦੀ ਮੁੱਠ ਪੂਰੋ ਦੇ ਪੱਲੇ ਨੂੰ ਪਈ। ਪੂਰੋ ਨੂੰ ਇਵੇਂ ਲੱਗਾ ਜਿਵੇਂ ਮੁੰਡਾ ਉਹਦੇ ਕਲੇਜੇ 'ਚੋਂ ਭਰ ਕੇ ਇੱਕ ਰੁਗ ਪਿਆ ਕੱਢਦਾ ਹੋਵੇ। ਪੂਰੋ ਦਾ ਪੱਲਾ ਨਾਲ ਖਿੱਚਿਆ ਗਿਆ। ਮੈਰੀ ਨੇ ਮੁੰਡੇ ਦੀ ਮੁੱਠ ਖੋਲ ਕੇ ਪੱਲਾ ਛੁਡਾ ਦਿੱਤਾ ਮੁੰਡਾ ਡੜਿਆ ਪਿਆ ਸ਼ਾਇਦ ਉਪਰੇ ਹੱਥਾਂ ਦੀ ਛੋਹ ਨਾਲ ਪੂਰੋ ਟੁੱਟੀ ਹੋਈ ਟਾਣੀ ਵਾਂਗ ਕੰਨ ਦਾ ਅਸਰਾ ਲੈ ਕੇ ਬਹਿ ਗਈ ਗਲੀ ਦੇ ਮੋੜ ਤੋਂ ਅਜੇ ਵੀ ਮੁੰਡੇ ਦੇ ਰੋਣ ਦੀ ਆਵਾਜ਼ ਆਉਂਦੀ ਪਈ ਸੀ ਅਰਕਾਲਾਂ ਵੇਲੇ ਤੱਕ ਪੂਰੋ ਦੀ ਛਾਤੀ ਵਿੱਚੋਂ ਦੁੱਧ ਸਿਮ-ਸਿਮ ਕੇ ਉਹਦੀ ਕਮੀਜ਼ ਗਿੱਲੀ ਹੋ ਗਈ ਉਹ ਕਹਿੰਦੀ ਸੀ ਮੁੰਡਾ ਜ਼ਰੂਰ ਭੁੱਖ ਨਾਲ ਬਿਲਕਦਾ ਹੋਣਾ ਤਾਈਓ ਦਾ ਦੁੱਧ ਤ੍ਰਿਪ-ਤ੍ਰਿਪ ਬਗਦਾਏ ਰਾਤੀ ਪੂਰੋ ਹੋ ਰਾਂਤ ਦੇ ਨਾ ਕਿਸੇ ਪੱਕੀ ਨਾ ਖਾਦੀ ਜਦੋਂ ਜਵੇਦ ਸਭੋ ਕੀ ਜੇ ਪੁੱਛਦਾ ਅੱਬਾ ਸਾਡੇ ਕਾਕੇ ਨੂੰ ਕਿੱਥੇ ਲੈ ਗਏ ਨੇ ਜਬਾ ਅੱਬਾ ਸਾਡਾ ਕਾਕਾ ਕਦੋਂ ਆਏਗਾ ਪੂਰੋ ਤੇ ਰਸ਼ੀਦਾ ਨੇ ਉੱਤਰ ਜੇ ਹੋ ਕੇ ਜਵੇਦ ਵੱਲ ਤੱਕ ਦੇ ਸ਼ਰਮਿੰਦੇ ਜਿਵੇਂ ਬੇਚੁੱਪ ਕਰ ਬੈੰਦੇ ਪੂਰੋ ਦੀਆਂ ਅੱਖਾਂ ਅੱਗੇ ਕੰਮੋਂ ਦਾ ਮੂੰਹ ਆਉਂਦਾ ਪੂਰੋ ਦੀਆਂ ਅੱਖਾਂ ਅੱਗੇ ਮੁੰਡੇ ਦਾ ਮੂੰਹ ਆਉਂਦਾ ਪੂਰੋ ਰਹਿ ਰਹਿ ਕੇ ਸੋਚਦੀ ਉਹ ਟੁੱਟੇ ਹੋਏ ਫੁੱਲਾਂ ਨੂੰ ਕਿਉਂ ਗਲ ਨਾਲ ਲਾ ਲਾ ਕੇ ਬੰਦੀ ਸੀ ਉਹ ਟੁੱਟੀਆਂ ਹੋਈਆਂ ਕਲੀਆਂ ਨੂੰ ਕਿਉਂ ਪਾਣੀ ਦੇ ਤਰੋਂਕੇ ਦੇ ਦੇ ਕੇ ਰੱਖਦੀ ਸੀ ਸਾਰੇ ਉਹਦੇ ਬਗਾਨੇ ਸਨ ਕੋਈ ਵੀ ਉਹਦਾ ਆਪਣਾ ਨਹੀਂ ਸੀ ਬੰਦਾ ਫਿਰ ਇਹ ਰਹਿ ਕੇ ਉਹਨੂੰ ਰਸ਼ੀਦੇ ਦਾ ਮੂੰਹ ਚੰਗਾ ਲੱਗਦਾ ਇੱਕੋ ਹੀ ਉਹਦੇ ਨਾਲ ਤੋੜ ਨਿਭਾਰਿਆ ਸੀ ਸਿਰਫ ਉਹ ਉਹਦਾ ਆਪਣਾ ਸੀ ਉਹਦੇ ਜਵੇਦ ਦਾ ਪਿਓ ਸੀ ਦੂਸਰੀ پلਕ ਤੇ ਤੀਸਰੀ پلਕ ਲੰਗੀ ਉਸ ਤੋਂ ਅਗਲੇਰੇ ਦਿਨ ਸਾਰੇ ਪਿੰਡ ਵਿੱਚ ਇੱਕੋ ਹੀ ਚਰਚਾ ਸੀ ਮੁੰਡੇ ਨੇ ਨਹੀਂ ਬਚਣਾ ਮੁੰਡਾ ਤਾਂ ਮਰਨ ਮਰਾਂਦ ਗਿਆ ਹੋਇਆ ਮੁੰਡੇ ਦਾ ਤਾਂ ਹਾਲ ਹੀ ਕੋਈ ਨਹੀਂ ਜਿਹੜਾ ਦੁੱਧ ਦਾ ਕੋਟੋ ਦੇ ਅੰਦਰ ਲੰਘਦਾ ਸਗਵੇਂ ਦਾ ਸਗਵਾ ਨਿਕਲ ਜਾਵੇ ਪੂਰੋ ਕੰਦਾ ਨਾਲ ਲੱਗ ਲੱਗ ਰੋਂਦੀ ਪੂਰੋ ਦੀਆਂ ਛਾਤੀਆਂ ਦੁੱਧ ਦੇ ਘੱਠ ਨਾਲ ਅਫਰ ਗਈਆਂ ਸਨ ਤੇ ਮੁੰਡੇ ਦਾ ਮੂੰਹ ਦੁੱਧ ਤੋਂ ਟੁੱਟਾ ਹੋਇਆ ਸੀ ਮੁੰਡੇ ਦੇ ਮੂੰਹ ਤੇ ਦੁੱਧ ਦੇ ਵਿੱਚ ਘਾਰ ਬੜੀ ਵਿੱਥ ਪੈ ਗਈ ਸੀ ਮੁੰਡਾ ਦੁੱਧੋਂ ਤੋੜ ਲਿਆ ਨੇ ਮੁੰਡੇ ਦੀ ਆਹ ਪੈ ਜਾਣੀ ਹੈ ਜੇ ਮੁੰਡਾ ਮਰ ਗਿਆ ਤਾਂ ਪਿੰਡ ਤੇ 60 ਸਤੀ ਆ ਜਾਣੀ ਹੈ ਮੈਂ ਤੇ ਆਪਣੇ ਆਦਮੀ ਨੂੰ ਆਖ ਲੀਆਂ ਭਲੇ ਲੋਕ ਬਣ ਕਿ ਜਿੱਥੋਂ ਮੁੰਡਾ ਆਂਦਾ ਹੀ ਉੱਥੇ ਛੱਡ ਆਓ ਅਸੀਂ ਆ ਬਾਲ ਬੱਚੇਦਾਰ ਆ ਕਿਸੇ ਦੀ ਆ ਵੀ ਪੈੜੀ ਹੁੰਦੀ ਏ ਮੇਰਾ ਮਰ ਦੀ ਆਪ ਖੁਦ ਰਾਈ ਮੈਂ ਤੇ ਪਹਿਲਾਂ ਹੀ ਵਰਜ ਰਹੀ ਸਾਂ ਕਿ ਪਰਾਈ ਅੱਗ ਵਿੱਚ ਤੂੰ ਕੀ ਲੈਣਾ ਕਹਿੰਦੇ ਨੇ ਰਾਤੀ ਮੈਰੀ ਨੇ ਠੰਡਾ ਦੁੱਧ ਮੁੰਡੇ ਨੂੰ ਪਿਆ ਛੱਡਿਆ ਮੁੰਡਾ ਉਸ ਵੇਲੇ ਦਾ ਹੋਰ ਦਾ ਹੋਰ ਹੋ ਗਿਆ ਮੱਝਾ ਦੁੱਧ ਪਲਾ ਲੂਏ ਜੇ ਬਾਲ ਨੂੰ ਕਿੱਥੋਂ ਪੱਚਦਾ ਹੈ ਮੁੰਡੇ ਨੂੰ ਪਰੋਂ ਛੱਲਾ ਆਉਣ ਲੱਗ ਪਈਆਂ ਨਹੀਂ 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 ਮੁੰਡੇ ਨੇ ਹੀਰਵਾ ਖਾਦਾ ਜਦੋਂ ਦਾ ਜੰਮਿਆ ਉਹ ਉਸੇ ਦਾ ਮੁੰਡਾ ਤੱਕ ਦਰਿਆ ਹੁਣ ਉਹ ਕਿੱਥੋਂ ਪਰਚੇ ਵਿਚਾਰਾ ਬੇਜ਼ਬਾਨ ਪਿੰਡ ਦੀਆਂ ਹਿੰਦੂ ਤ੍ਰਿਮਤਾ ਦੇ ਮੂੰਹ ਉੱਤੇ ਉਹੀ ਗੱਲਾਂ ਸਨ ਪੁਰੋ ਆਵਾਇਆਂ ਲੈਂਦੀ ਬੜਕਾਂ ਲੈਂਦੀ ਕੰਸੂਆਂ ਸੁਣਦੀ ਉਹਦਾ ਜੀ ਕਰਦਾ ਉਹ ਭੱਜੀ ਭੱਜੀ ਧਰਮਸ਼ਾਲਾ ਜਾਵੇ ਤੇ ਉਹਨੂੰ ਤਰਲੇ ਪਾਵੇ ਇੰਉ ਇੱਕ ਜੀ ਦਾ ਘਾਤ ਨਾ ਕਰੋ ਮੁੰਡਾ ਮੇਰੀ ਝੋਲੀ ਪਾ ਦੇ ਉਹ ਮੁੰਡਾ ਰਾਜ਼ੀ ਹੋ ਜਾਏਗਾ ਪੁਰੋ ਦੇ ਪੁਰੋ ਦੇ ਪੈਰਾਂ ਦਾ ਹੌਸਲਾ ਨਾ ਪੈਂਦਾ ਉਹਨੂੰ ਉਮੀਦ ਨਹੀਂ ਸੀ ਕਿ ਮਸਜਦ ਦੇ ਪੱਥਰ ਵਰਗੇ ਕੰਨ ਉਦੀ ਮਿੰਨਤ ਸੁਣ ਲੈਣਗੇ ਉਸ ਤੋਂ ਵੀ ਅਗਲੇ ਦਿਨ ਤੱਕ ਕੋਈ ਗੱਲ ਨਾ ਵਾਪਰੀ ਫਿਰ ਚੰ ਚੱਕਰ ઋષਿ ਦੇਵਰਾਂ ਦੇ ਵੇੜੇ 'ਚ ਦੋ ਤਰੇ ਬੰਦੇ ਆ ਖਲੋਤੇ ਆ ਲਓ ਇਹਦੀ ਜਿੰਦ ਤੁਹਾਡੇ ਹਵਾਲੇ ਕਰਨਿਆਂ ਜੇ ਬਚਦਾ ਜੇ ਤ ਬਚਾ ਲਓ ਤੇ ਉਹਨਾਂ ਚਿੱਟੇ ਕੱਪੜਿਆਂ 'ਚ ਵਿਲੇਟਿਆ ਹੋਇਆ ਪੀਲਾ ਬੇਸ ਸੁਰਤ ਵਾਲਾ ઋષਿ ਦੇ ਦੀ ਝੋਲੀ ਪਾ ਦਿੱਤਾ ਇੱਕ ਵਾਰ ਤਾਂ ઋષਿ ਦੇ ਦਾ ਜੀ ਕੀ ਤਾਂ ਕੱਸ ਕੇ ਇੱਕ ਚਪੇੜ ਉਹਨਾਂ ਦੇ ਮੂੰਹ ਤੇ ਮਾਰੇ ਮੇਰੀ 6 ਮਹੀਨਿਆਂ ਦੀ ਟਹਿਲ ਵਾਸਤੇ ਤੁਸੀਂ ਚਾਂਦੀ ਦੇ 4 ਸਿੱਕੇ ਦਿੰਦੇ ਸੋ ਹੁਣ ਕਬਰਾਂ ਚੋਂ ਦੀਆਂ ਲੱਤਾਂ ਲਟਕਾ ਕੇ ਮੇਰੇ ਹਵਾਲੇ ਕਰਨਾ ਆਇਓ ਜਾਓ ਜਿੱਥੇ ਮਰਜ਼ੀ ਲੈ ਜਾਓ ਪੂਰੋ ਦਾ ਹਲਾਸੀਆ ਭਇਆ ਮੂੰਹ ਵੇਖ ਕੇ ਰੀषि ਦਾ ਸਭੋ ਕੁਝ ਪੀ ਗਿਆ ਇੱਕ ਸੱਤੇ ਦੇ ਅੰਦਰ ਅੰਦਰ ਸਾਰੇ ਪਿੰਡ ਨੇ ਵੇਖਿਆ ਮੁੰਡਾ ਪੂਰੋ ਦੇ ਵੇੜੇ ਵਿੱਚ ਖੈਰੀ ਮੇਰੀ ਪਿਆ ਖੇਡਦਾ ਸੀ ਅਗਲਾ ਅੰਗ ਹੈ ਰਤੋਵਾਲ ਰਹੀਮੇ ਦੀ ਬੁੱਢੀ ਮਾਂ ਦੀਆਂ ਦੋਵੇਂ ਅੱਖਾਂ ਰੰਦੀਆਂ ਜਾਂਦੀਆਂ ਸਨ ਰਹੀਮੇ ਦੀ ਇੱਕ ਤ੍ਰਿਮਤ ਸੱਤ ਮਹੀਨਿਆਂ ਦੀ ਅਲੂਈ ਜੀ ਕੁੜੀ ਛੱਡ ਕੇ ਮਰ ਗਈ ਤੇ ਉਹਦੀ ਦੂਜੀ ਤ੍ਰਿਮਤ ਦੀ ਸੱਸ ਨਾਲ ਬਣਦੀ ਘਟ ਸੀ ਰਹੀਮੇ ਦੀ ਮਾਂ ਕੀ ਅਨੁ ਹੋਰ ਵੀ ਝੂਰਦੀ ਅਜੇ ਤੱਕ ਉਹਦੇ ਨੈਣ ਪ੍ਰਾਨ ਨਰੋਏ ਰਹੀ ਸਨ ਉਹ ਚੌਂਕੇ ਤੇ ਬੱਤੀ ਕੰਮ ਸਵਾਰਦੀ ਸੀ ਉਹਨੇ ਲੋਗੜ ਕੱਤ ਕਰਕੇ ਦਰਿਆ ਨਾਲ ਟਰੰਕ ਪਰ ਛੱਡੇ ਸਨ ਉਹਨੇ ਮਹੀਨਾ ਕੱਤ ਕਰਕੇ ਦੋ ਤਈਆਂ ਤੇ ਚੋ ਤਈਆਂ ਨਾਲ ਘਰ ਪਰ ਛੱਡਿਆ ਸੀ ਅਜੇ ਤੱਕ ਉਹ ਆਪਣੇ ਬੁੱਢੇ ਹੱਡਾਂ ਨਾਲ ਦਾਣੇ ਛੜ ਲੈਂਦੀ ਸੀ ਆਟਾ ਪੀ ਲੈਂਦੀ ਸੀ ਕਪਾ ਵੇਲ ਲੈਂਦੀ ਸੀ ਛਾ ਵੇਲੇ ਦੁੱਧ ਦਾ ਰਿੜਕਣਾ ਪਾ ਕੇ ਬਹਿ ਜਾਂਦੀ ਸੀ ਫਿਰ ਵੀ ਉਹ ਦਿਨ ਨੂੰ ਕਈ ਨਕਲਾਂ ਲਾਂਦੀ ਉਹ ਸੋਚਦੀ ਸੀ ਜੇ ਉਹ ਅੱਖਾਂ ਤੋਂ ਮੁਥਾਜ ਹੋ ਗਈ ਤਾਂ ਉਹਨੂੰ ਕਿਸੇ ਮਿੱਟੀ ਦੇ ਠੂਠੇ 'ਚ ਪਾਣੀ ਵੀ ਨਹੀਂ ਪੁੱਛਣਾ ਦਿਉ ਰਾਤੀ ਝੂੜਦੀ ਰਹੀ ਮੇ ਦੀ ਮਾਂ ਨੇ ਇੱਕ ਦਿਹਾੜੇ ਪੂਰੋ ਦਾ ਤਰਲਾ ਲਿਆ ਕਿ ਜੇ ਉਹ ਇੱਕ 15 ਦਿਹਾੜੇ ਉਹਦੇ ਨਾਲ ਚੱਲੇ ਤਾਂ ਉਹ ਆਪਣਾ ਇਲਾਜ ਕਰ ਵੇਖੀ ਖਰੇ ਉਹਦੀ ਸੁਣੀ ਜਾਏ ਅੱਮਾ ਉਹ ਸਿਆਣਾ ਕਿੱਥੇ ਰਹਿੰਦਾ ਹੈ ਪੁਰੋ ਨੇ ਪੁੱਛਿਆ ਸਿਆਣਾ ਕਿਤੇ ਨਹੀਂ ਧੀਏ ਇੱਕ ਬੋਲੀ ਉਹਨੂੰ ਪੀਰਾਂ ਦੀ ਦੇਣ ਹੈ ਆਂਦੇ ਨੇ ਉਹਦੇ ਪਾਣੀ ਨਾਲ ਰੋਜ਼ ਸਵੇਰੇ ਨਮਾਜ਼ ਪੜ੍ਹ ਕੇ ਅੱਖਾਂ ਧੋਈਏ ਤਾਂ ਦਿਹਾੜਿਆਂ ਵਿੱਚ ਅੱਖਾਂ ਵੱਲੋਂ ਪੈਂਦੀਆਂ ਨਹੀਂ ਸੁਣਿਆ ਉੱਥੇ ਕਈਆਂ ਦੀਆਂ ਬੰਦ ਹੋਈਆਂ ਅੱਖਾਂ ਵੀ ਖੁੱਲ ਗਈਆਂ ਨੇ ਬੋਲੀ ਦੀ ਮਿੱਟੀ ਵੀ ਅੱਖਾਂ ਤੇ ਲਾਉਂਦੇ ਨੇ ਕਿੱਥੇ ਵੀ ਅੱਮਾ ਉਹ ਬੋਲੀ ਰਤੋਵਾਲ ਪਿੰਡ 'ਚ ਇੱਕ ਸਾਈਂ ਉੱਥੇ ਰਹਿੰਦਾ ਹੈ ਆਏ ਗਏ ਮਰੀਜ਼ ਲਈ ਉਸ ਬੋਲੀ ਕੋਲ ਤੰਬੂ ਲਵਾਇਆ ਹੋਇਆ ਪੂਰੋ ਦੇ ਕੰਨਾਂ 'ਚ ਜਿਵੇਂ ਕਿਸੇ ਨੇ ਥੀਲਾ ਚੋਬ ਦਿੱਤਾ ਹੋਵੇ ਰਤੋਵਾਲ ਰਤੋਵਾਲ ਛਤੂਆਣੀ ਦੀਆਂ ਪਹਿਲੀਆਂ ਕੁਲ ਖਲੋਕੇ ਜਿਸ ਰਤੋਵਾਲ ਨੂੰ ਜਾਂਦੀ ਕੱਚੀ ਸੜਕ ਦਾ ਪੂਰੋ ਮੂੰਹ ਵੇਂਦੀ ਹੁੰਦੀ ਸੀ ਜਿਸ ਸੜਕ ਉੱਤੋਂ ਕਿਸੇ ਨੇ ਪੂਰੋ ਨੂੰ ਲੈਣ ਵਾਸਤੇ ਪੀੜੀ ਹੋਈ ਘੋੜੀ ਤੇ ਚੜ ਕੇ ਆਉਣਾ ਸੀ ਜਿਸ ਸੜਕ ਤੋਂ ਪਿੰਡ ਦੇ ਚਾਰ ਕਹਾਰਾ ਨੇ ਪੂਰੋ ਦਾ ਡੋਲਾ ਲੈ ਕੇ ਲੰਘਣਾ ਸੀ ਰਤੋਵਾਲ ਰਤੋਵਾਲ ਪੂਰੋ ਦੇ ਪੈਰਾਂ ਨਾਲ ਕਦੇ ਉਹ ਰਾਹ ਨਾ ਮੈਲੇ ਹੋਈ ਪੂਰੋ ਨੇ ਅੱਖਾਂ ਨਾਲ ਕਦੇ ਉਹ ਪਿੰਡ ਨਾਲ ਤੱਕਿਆ ਪੂਰੋ ਨੂੰ ਇੱਕ ਭੁੱਲਿਆ ਹੋਇਆ ਨਾਂ ਚੇਤੇ ਆਇਆ ਰਾਮਚੰਦ ਪੂਰੋ ਦੇ ਅੰਦਰੋਂ ਇੱਕ ਧੂਆ ਉੱਠਿਆ ਤੇ ਉਹ ਜਿਵੇਂ ਸਾਰੀ ਦੀ ਸਾਰੀ ਉਲੰਭਿਆਂ ਨਾਲ ਪਰ ਗਈ ਇੱਕ ਵਾਰ ਉਸ ਜਣੇ ਦਾ ਮੂੰਹ ਤੇ ਵੇਖਾਂ ਕਿ ਉਹ ਜਾਈ ਇੱਕ ਵਾਰ ਉਹਦਾ ਪਿੰਡ ਤੇ ਵੇਖਾਂ ਕਿ ਉਹ ਜਾਈ ਅੱਛਾ ਮੈਂ ਤੇਰੇ ਨਾਲ ਚੱਲਾਂਗੀ ਪੂਰੋ ਦੇ ਮੂੰਹੋਂ ਛੋਪਲੇ ਜੈ ਨਿਕਲ ਗਿਆ ਫਿਰ ਪੂਰੋ ਸ਼ਰਮਿੰਦੀ ਜੀ ਹੋ ਕੇ ਉਹਦੇ ਮੂੰਹ ਹਲ ਤੱਕਣ ਲੱਗ ਪਈ ਉਹਨੂੰ ਲੱਗਾ ਜਿਵੇਂ ਰਹੀਮੇ ਦੀ ਮਾਂ ਨੇ ਉਦੇ ਅੰਦਰ ਦੀ ਗੱਲ ਬੁੱਝ ਲਈ ਹੋਵੇ ਸਾਈ ਬੱਚੇ ਜੀਨੀ ਦੁੱਧੀ ਤੇ ਪੁੱਤਰੀ ਵਾਰ ਨਾ ਆਵੀ ਰਹੀਮੇ ਦੀ ਮਾਂ ਨੇ ਅੰਦਰੋਂ ਅਸੀਸਾਂ ਨਿਕਲੀਆਂ ਖਾਰੇ ਉਹਦੇ ਜੀ ਚੋ ਲੈ ਲਾਇਆ ਕਦੇ ਉਹਦਾ ਉਹਦਾ ਆਪਣੀ ਨੂੰ ਵੀ ਏਡਾ ਹੀ ਮਿੱਠਾ ਬੋਲ ਸਕਦੇ ਅਮਾ ਜਵੇਦ ਦੇ ਅੱਬਾ ਨੂੰ ਤੋਂ ਮਨਾਈ ਮੈਂ ਨਹੀਂ ਉਹ ਕਹਿਣਾ ਪੂਰੋਂ ਇੱਕ ਲਾਜ ਨਾਲ ਆਖਿਆ ਲੈ ਏਖ ਉਹ ਮੇਰਾ ਪੁੱਤਰ ਹੈ ਕਦੇ ਇਨਕਾਰੀ ਹੋ ਸਕਦਾ ਮੇਰੀ ਖਾਤਰ ਚਾਰ ਦਿਹਾੜੇ ਔਖੇ ਸੌਖੇ ਕੱਟ ਲਏਗਾ ਬੜੇ ਦਾਈਏ ਨਾਲ ਰਹੀਮੇ ਦੀ ਮਾਂ ਨੇ ਆਖਿਆ ਪੂਰੋ ਚੰਗੀ ਭਲੀ ਜਾਣਦੀ ਸੀ ਰਸ਼ੀਦਾ ਕਦੇ ਉਹਦੀ ਗੱਲ ਨਹੀਂ ਟਾਲਦਾ ਪਰ ਰਸ਼ੀਦੇ ਦੇ ਸਾਹਮਣੇ ਰਤੋਵਾਲ ਦਾ ਨਾਂ ਲੈਣਾ ਹੀ ਪੂਰੋ ਨੂੰ ਔਖਾ ਸੀ ਉਸ ਰਾਤ ਪੂਰੋ ਦੁਚਿੱਤੀਆਂ ਚ ਪਈ ਰਹੀ ਉਹ ਮੇਰਾ ਕੌਣ ਹੁੰਦਾ ਮੈਂ ਤੇ ਅੱਖ ਪੱਟ ਕੇ ਵੀ ਨਹੀਂ ਉਹਦੇ ਵੱਲ ਤੱਕਣਾ ਪਰ ਆਇਆ ਮਰਦ ਮੈਨੂੰ ਉਹਦੇ ਪਿੰਡ ਨਾਲ ਕੀ ਪਿੰਡ ਵਿੱਚ ਰਹਿੰਦਾ ਏ ਤਾਂ ਪਿਆਰ ਰਵੇ ਅਮਾ ਆਪਣਾ ਇਲਾਜ ਕਰੇਗੀ ਫਿਰ ਅਸੀਂ ਮੋੜਾਵਾਂਗੇ ਤੱਤੀਏ ਤੇਰੇ ਹੀ ਅੰਦਰੋਂ ਉਹਦੀਆਂ ਬਲੇਲਾ ਉੱਠਦੀਆਂ ਨੇ ਉਹਨੂੰ ਤੇ ਤੂੰ ਇੱਕ ਭੈੜੇ ਸੁਪਨੇ ਵਾਂਗ ਚੇਤੇ ਵੀ ਨਹੀਂ ਹੋਣੇ ਪੂਰੋ ਸੋਚਦੇ ਉਸ ਪਿੰਡ ਵਿੱਚ ਜਾ ਕੇ ਰਾਤ ਕੰ데요 ਉਹਦੇ ਅੰਦਰੋਂ ਜਿਵੇਂ ਕੋਈ ਸੁੱਤੀਆਂ ਹੋਈਆਂ ਖਬਰਾਂ ਨੂੰ ਪੁੱਟੇਗਾ ਉਹਦੇ ਅੰਦਰੋਂ ਜਿਵੇਂ ਕੋਈ ਮੁਰਦਿਆਂ ਨੂੰ ਜਗਾਏਗਾ ਇਹਨਾਂ ਕਫਨਾ ਨੂੰ ਲਾ ਕੇ ਕੀ ਲੈਣਾ ਸੀ ੁਰਤੋ ਵੱਲ ਨਾ ਜਾਏ ੁਰਤੋ ਵਾਲੇ ਰਾਹ ਵੀ ਨਾ ਲੰਗੇ ਪੂਰੋ ਦੀ ਜ਼ਬਾਨ ਨਾ ਨਾ ਨਿਕਲਦੀ ਨਾ ਹਾਂ ਨਿਕਲਦੀ ਜਵੇਦ ਪਿਓ ਦਾ ਵਸਾ ਨਹੀਂ ਸੀ ਖਾਂਦਾ ਰਸ਼ੀਦੇ ਨੇ ਉਹਨੂੰ ਨਾਲ ਨਾ ਤੁਰਿਆ ਦੋਹਾਂ ਤ੍ਰਿੰਦਤਾ ਨੂੰ ਆਪਣਾ ਨਵਾਸਤੇ ਰਹੀਮੇ ਹੋਰਾਂ ਦਾ ਇੱਕ ਪੁਰਾਣਾ ਕੰਮੀ ਉਹਨਾਂ ਦੇ ਨਾਲ ਤੁਰਿਆ ਪੂਰੋ ਛੋਟੇ ਜੱਤਕ ਨੂੰ ਨਾਲ ਲੈ ਗਈ ਉਹਨਾਂ ਦਾ ਕੰਮੀ ਯੱਕੇ ਦੇ ਅਗਲੇ ਫੱਟੇ ਤੇ ਯੱਕੇ ਵਾਲੇ ਦੇ ਨਾਲ ਬਹਿ ਗਿਆ ਆਪਣਾ ਸਾਰਾ ਨਿੱਕੜ ਸੁੱਖੜ ਪਿੱਛੇ ਧਰ ਕੇ ਪੂਰੋ ਤੇ ਅਮਾ ਅਮੋ ਸਾਹਮਣੇ ਫੱਟਿਆਂ ਉੱਤੇ ਬਹਿ ਗਈਆਂ ਯੱਕੇ ਦੇ ਪਹਿਲੇ ਹਿਚਕੋਲਿਆਂ ਨਾਲ ਹੀ ਪੂਰੋ ਦਾ ਜਤਕ ਉਹਦੀ ਝੋਲੀ 'ਚ ਸੌ ਗਿਆ। ਅੱਗੇ ਬੈਠੇ ਹੋਏ ਕਮੀ ਨੇ ਉਹਦਾ ਜਤਕ ਚੁੱਕ ਲਿਆ ਯੱਕਰ ਤੋਂ ਵਲ ਦੇ ਰਾਹ ਪੈ ਗਿਆ। ਘੋੜੇ ਦੇਆਂ ਖੁਰਾਂ ਦੀ ਆਵਾਜ਼ ਜਿਵੇਂ ਪੂਰੋ ਦੇ ਸਿਰ ਦੀਆਂ ਨਾੜਾਂ ਵਿੱਚ ਵੱਜਦੀ ਸੀ। ਉਹਨੇ ਆਪਣਾ ਮੱਥਾ ਯੱਕੇ ਦੀ ਬਾਈ ਨਾਲ ਲਾ ਲਿਆ ਤੇ ਉਂਗਲਾਂ ਦੇ। ਪੀੜੀ ਹੋਈ ਢੋਲੀ ਵਿੱਚ ਪੂਰੋ ਚਾਂਦੀ ਦੇ ਛਾਬੇ ਵਾਲਾ ਇੱਕ ਗੱਦਾ ਸਿਰ ਨਾਲ ਲਾ ਕੇ ਪਈ ਹੋਈ ਸੀ। ਚੂੜੇ ਦੇ ਭਾਰ ਨਾਲ ਉਹਦੀਆਂ ਬਾਹਾਂ ਮਨ ਨਹੀਂ ਸੰਠਦੀਆਂ। ਹਵਾ ਦੇ ਇੱਕ ਬੁੱਲੇ ਨਾਲ ਡੋਲੀ ਦਾ ਕਪੜਾ ਜ਼ਰਾ ਖੁੱਸਰ ਗਿਆ। ਨਿੰਮੇ ਜੇ ਚਾਨਣ ਚੁਣੇ ਤੱਕਿਆ ਉਹਦੇ ਹੱਥਾਂ ਉੱਤੇ ਮਹਿੰਦੀ ਦੇ ਠੱਪੇ ਪੈ ਗਏ ਸਨ। ਕਿਹੜੀ ਖਰੀ ਮਹਿੰਦੀ ਸੀ ਉਹਦੀਆਂ ਸਹੇਲੀਆਂ ਨੇ ਕਿੱਡੀ-ਕੀਡੀ ਥੱਪ ਦਿੱਤੀ ਸੀ। ਭੜੇ ਕਹਾਰਪੁਰ ਦੇ ਵੀ ਕਿਸ ਤਰ੍ਹਾਂ ਨੇ ਡੋਲੀ 'ਚ ਬੈਠੀ ਦੇ ਪਾਸੇ ਅੰਬ ਬਗਾਏ ਸਨ। ਡੋਲੀ ਨੂੰ ਕਿੱਡੇ ਹੱਥ ਕੋਲੇ ਪਿਆਉਂਦੇ ਨੇ। ਉਹਦੇ ਗੁੰਦੇ ਹੋਏ ਸਿਰ ਤੋਂ ਉਹਦਾ ਪੱਲਾ ਢਿਲਕ ਗਿਆ। ਉਹਨੇ ਹੱਥ ਉੱਚਾ ਕਰਕੇ ਪੱਲਾ ਠੀਕ ਕੀਤਾ। ਗਲੀਰਿਆਂ ਦੀ ਛੰਛਨ ਨਾਲ ਸਾਰੀ ਢੋਲੀ ਚ ਇਕ ਖੜਾਕ ਹੋਇਆ ਉਹਦੇ ਜੀ ਨੂੰ ਖੋਪਈ ਪੈਂਦੀ ਸੀ ਕੱਲ ਦਾ ਉਹਦੇ ਕੋਲੋਂ ਕੁਝ ਖਾਦਾ ਨਹੀਂ ਸੀ ਗਿਆ ਉਹਦੀ ਮਾਂ ਨੇ ਮਠੀਆਂ ਦਾ ਇੱਕ ਡੱਲੂ ਉਹਦੀ ਝੋਲੀ 'ਚ ਧਰਿਆ ਸੀ ਉਹਦਾ ਜੀ ਕੇ ਤਾਂ ਮਠੀ ਦਾ ਇੱਕ ਟੋਟਾ ਲੈ ਕੇ ਮੂੰਹ 'ਚ ਪਾਵੇ ਉਹਦਾ ਕਲੇਜਾ ਨਹੀਂ ਸੀ ਖਲੋਂਦਾ ਪੂਰੋਂ ਨੂੰ ਮੋਢੇ ਤੋਂ ਫੜ ਕੇ ਅੰਮਾ ਹਿਲਾਉਂਦੀ ਪਈ ਸੀ ਉਦੋਂ ਸਿਕਰ ਦੁਪਹਿਰਾਂ ਹੋ ਗਈਆਂ ਨੇ ਕੋਈ ਗਰਾਹ ਗਰਾਈ ਮੂੰਹ 'ਚ ਪਾਲਾ ਯੱਕੇ ਵਾਲੇ ਨੇ ਯੱਕਾ ਖਲਵਾਇਆ ਹੋਇਆ ਸੀ ਖਲਵਾਇਆ ਹੋਇਆ ਸੀ ਰਾਦ ਦੇ ਇੱਕ ਨਿੱਕੇ ਪਿੰਡ ਰਾਦ ਦੇ ਇੱਕ ਨਿੱਕੇ ਪਿੰਡ ਕੋਲ ਠਹਿਰ ਕੇ ਸਾਰਿਆਂ ਨੇ ਪਾਣੀ ਧਾਣੀ ਪੀਣਾ ਸੀ ਪੂਰੋਤਰੀ ਕੇ ਜਾਗ ਪਈ ਨਾ ਕੋਈ ਢੋਲੀ ਸੀ ਨਾ ਕਲੀਰੇ ਨਾ ਮਹਿੰਦੀ ਨਾ ਚੂੜਾ ਤੇ ਉਸ ਖਮਸਖਣੀ ਯੱਕੇ ਦੇ ਪਿਛਲੇ ਫੱਟੇ ਤੇ ਅੰਮਾ ਦੇ ਸਾਹਮਣੇ ਬੈਠੀ ਹੋਈ ਸੀ ਕਿਉਂ ਦਾ ਹੱਥ ਲਾ ਕੇ ਪੂਰੋ ਨੇ ਪਰੌਂਠੇ ਬਣਾ ਕੇ 라ਵ ਵਾਸਤੇ ਆਪਣੇ ਨਾਲ ਧਰੇ ਸੰ ਅੰਮਾ ਨੇ ਉਹ ਘੱਟ ਖੋਲੀ ਕੰਮੀ ਨੂੰ ਚਾਰ ਪ੍ਰਾਂਠੇ ਦਿੱਤੇ ਯੱਕੇ ਵਾਲੇ ਨੂੰ ਦਿੱਤੇ ਆਪੂ ਮੱਤੇ ਪੂਰੋ ਦੇ ਅੱਗੇ ਧਰ ਦਿੱਤੇ ਪੂਰੋ ਦੇ ਸੰਗ ਵਿੱਚੋਂ ਗ੍ਰਾਹੀ ਨਹੀਂ ਸੀ ਲੈਂਦੀ ਤਲੇ ਹੋਏ ਪ੍ਰਾਂਠੇ ਦਾ ਘਿਓ ਪੂਰੇ ਦੇ ਪੂਰੋ ਦੇ ਜੀ ਨੂੰ ਕਚਿਆਂ ਦਾ ਪਿਆ ਸੀ ਥੋੜਾ ਹੀ ਪੰਡਾ ਰਹਿ ਗਿਆ ਜਦ ਦੇ ਚਬਦੇ ਮੁਕਾ ਲਈਏ ਰਤੀ ਘੋੜੀ ਨੂੰ ਸਾਧਵਾ ਕੇ ਫਿਰ ਮੈਂ ਪਿੱਛਾਂ ਪਰਤਨਾ ਯੱਕੇ ਵਾਲਾ ਕਹਿ ਰਿਹਾ ਸੀ ਫਿਰ ਉੰਜ ਦੀਆਂ ਉੰਜੇ ਸਾਰੀਆਂ ਸਵਾਰੀਆਂ ਯੱਕੇ ਵਿੱਚ ਬਹਿ ਗਈਆਂ ਪੂਰੋ ਨੇ ਆਪਣਾ ਮੱਥਾ ਯੱਕੇ ਦੀ ਬਾਹਰ ਨਾਲ ਲਾ ਲਿਆ ਉਹ ਪਹਿਲੀ ਰਾਤ ਜਾ ਕੇ ਆਉਣ ਦਾ ਨਿਕ ਸੁਖ ਬੰਦ ਹੀ ਰਹੀ ਸੀ ਉਹਨੂੰ ਰਾਤ ਦਾ ਉਹ ਨੀਂਦਰਾ ਸੀ ਡੋਲੀ ਫੇਰ ਹਿਚਕੋਲੇ ਖਾਣ ਲੱਗ ਪਈ ਰਤੋਵਾਲ ਦਾ ਰਾਮ ਮੁੱਕਣ ਚ ਨੇ ਸੀ ਆਉਂਦਾ ਇੱਕੋ ਵਰਗੀ ਵਾਜਿਆਂ ਤੇ ਤੂਤੀਆਂ ਦੀ ਆਵਾਜ਼ ਬੜੀ ਉੱਚੀ ਹੋ ਗਈ ਡੋਲੀ ਦੇ ਦਿਵਾਲੀ ਵਾਜੇ ਵਾਜੇ ਪੈ ਵੱਜਦੇ ਸਨ ਫੂਰੋਂ ਨੇ ਜਾ ਤਾ ਰਤੋਵਾਲਾ ਪਹੁੰਚਾ ਸੀ ਵਾਜੇ ਹੋਰ ਉੱਚੇ ਹੋ ਗਏ ਕੁੜੀਆਂ ਗਾਉਣ ਪਈਆਂ ਗਾਉਣੀਆਂ ਸਨ ਇੱਕ ਜਨਾਨੀ ਨੇ ਉਹਦਾ ਖੁੰਡ ਉੱਚਾ ਕੀਤਾ ਤੇ ਫਿਰ ਕਿਸੇ ਨੇ ਇੱਕ ਨਿੱਕਾ ਜਿਹਾ ਬਾਲ ਉਹਦੀ ਝੋਲੀ ਚ ਪਾ ਦਿੱਤਾ ਬਾਲ ਉਹਦੀ ਉਪਰੀ ਝੋਲੀ ਚ ਰੋਂਦਾ ਸੀ ਜਨਨੀਆਂ ਖਿੜਖਿੜ ਹੱਸਦੀਆਂ ਸਨ ਉਹ ਬਾਲ ਦਾ ਸ਼ਗਨ ਕਰਦੀਆਂ ਸਨ ਅੰਮਾ ਉਹਦੇ ਮੋਢੇ ਨੂੰ ਹਿਲਾਉਂਦੀ ਸੀ ਭਈ ਅੱਜ ਤੈਨੂੰ ਕਿੱਡੀ ਨੀਂਦਰ ਆਈਏ ਮੁੰਡਾ ਫਿਰ ਹੁੰਦਾ ਹੀ ਪੂਰੋਂ ਫਿਰ ਤਰਹਿ ਕੇ ਜਾਗੀ ਯੱਕੇ ਦੇ ਪਿਛਲੇ ਫੱਟੇ ਤੇ ਬੈਠੀ ਹੋਈ ਅੰਮਾ ਉਹਦੇ ਨਾਲ ਗੱਲ ਵੀ ਕਰਦੀ ਸੀ ਇੰਨੀ ਵੱਡੀ ਸਾਡੇ ਕੋਲੋਂ ਦੀ ਜੰਜ ਲੰਘ ਗਈਏ ਮਾਰ ਵਾਜੇ ਤੇ ਵਾਜੇ ਪੇ ਵਜਦੇ ਸਨ ਤੁਹਾਨੂੰ ਜਾਗ ਨਹੀਂ ਆਈ ਕੰਮੀ ਪਿਆਨ ਦਾ ਸੀ ਤੈਨੂੰ ਸੁੱਤੀ ਪਈ ਨੂੰ ਉਹਨੇ ਜਦ ਤੱਕ ਫੜਾਇਆ ਉਹ ਵੀ ਤੂੰ ਫੜ ਲਿਆ ਫਿਰ ਵੀ ਤੇਰੀ ਨੀਂਦਰ ਨਹੀਂ ਖੁੱਲੀ ਅੰਮਾ ਕਹਿੰਦੀ ਕਹਿੰਦੀ ਹੱਸ ਪਈ ਯੱਕਾ ਰਤੋ ਵਾਲ ਦੇ ਨੇੜੇ ਟੇੜੇ ਅੱਪੜ ਗਿਆ ਸੀ ਜਦੋਂ ਬੌਲੀ ਦੇ ਲਾਗੇ ਜਾ ਕੇ ਸਾਰੇ ਜਣੇ ਯੱਕੇ ਵਿੱਚੋਂ ਲੱਥੇ ਸਾਹਮਣੇ ਸਾਈਂ ਦਾ ਕੋਠਾ ਸੀ ਤੰਬੂਆਂ ਦੀ ਥਾਂ ਹੁਣ ਸਾਈਂ ਨੇ ਦੋ ਤਰ੍ਹਾਂ ਨਿੱਕੇ ਕੱਚੇ ਕੋਠੇ ਪੁਆਲੇ ਸਨ ਜਿਨ੍ਹਾਂ ਵਿੱਚ ਦੂਰੋਂ ਪਾਰੋਂ ਆਏਗੀ ਗਏ ਮੁਸਾਫਰ ਰਹਿੰਦੇ ਸਨ ਬੋਲੀ ਦੀ ਮਿੱਟੀ ਬੋਲੀ ਦਾ ਪਾਣੀ ਅੱਖਾਂ ਨੂੰ ਲਾਉਂਦੇ ਸਨ ਮੁਰਾਦਾ ਮੰਗਦੇ ਸਨ ਸਾਈ ਨੇ ਇਹਨਾਂ ਨਵੇਂ ਮੁਸਾਫਰਾਂ ਨੂੰ ਇੱਕ ਕੋਠੜੀ ਦਿਵਾ ਦਿੱਤੀ ਕਾਮੇ ਨੇ ਸਾਰੀ ਗੰਨ ਫੋਟਲੀ ਕੋਠੜੀ 'ਚ ਰੱਖੀ ਤੇ ਅੰਮਾ ਨੂੰ ਲੈ ਕੇ ਸਾਈ ਕੁਲ ਚਲਾ ਗਿਆ ਪੂਰੋਂ ਨੇ ਕੋਠੜੀ 'ਚ ਪਈ ਹੋਈ ਬਾਣ ਦੀ ਕਮੰਜੀ ਉੱਤੇ ਖੇਸੀ ਸੁੱਟ ਕੇ ਮੁੰਡੇ ਨੂੰ ਪਾ ਦਿੱਤਾ ਤੇ ਕੋਠੜੀ ਦੇ ਬੂਹੇ 'ਚ ਖਲੋ ਕੇ ਸਾਹਮਣੀਆਂ ਪਹਿਲੀਆਂ ਤੋਂ ਪਾਰ ਪਿੰਡ ਦੇ ਘਰਾਂ ਵੱਲ ਤੱਕਣ ਲੱਗ ਪਈ ਮੇਰਤੋਵਾਲ ਆ ਗਈ ਮੈਨੂੰ ਕਿਸੇ ਬੁਲਾ ਨਾ ਭੇਜਿਆ ਮੈਨੂੰ ਇੱਕ ਵੀ ਬੰਦਾ ਲੈਣ ਨਾ ਆਇਆ ਕਿਸੇ ਇੱਕ ਵੀ ਤੂਤੀ ਨਾ ਹੋ ਜਾਈ ਕਿਸੇ ਇੱਕ ਵੀ ਗੌਣ ਨਾ ਗਾਵੇ ਕਿਸੀ ਇੱਕ ਵੀ ਚੂੜੀ ਮੇਰੇ ਹੱਥਾਂ 'ਚ ਨਾ ਪਈ ਇੱਕ ਵੀ ਕਾਡੀ ਮੇਰੀਆਂ ਬਾਹਾਂ ਵਿੱਚ ਨਾਲ ਨਾ ਛਣਕੀ ਮਹਿੰਦੀ ਦਾ ਇੱਕ ਪੱਤਾ ਵੀ ਮੇਰੇ ਹੱਥਾਂ ਤੇ ਨਾ ਲੱਗਾ ਪਿੰਡੋਂ ਬਾਹਰਲੀ ਬੋਲੀ ਦੀ ਚੁੱਪਚਾਂ ਪੂਰੋਂ ਨੂੰ ਖਾਂਦੀ ਪਈ ਸੀ ਉਹਦਾ ਜੀ ਕਰੇ ਉਹ ਇਸ ਪਿੰਡੋਂ ਭੱਜ ਜਾਏ ਉਹ ਇਥੋਂ ਨੱਸ ਜਾਏ ਰ rè ਕੇ ਉਹਨੂੰ ਇੱਕ ਕਚੀਚੀ ਆਉਂਦੀ ਸੀ ਕਿੰਨੇ ਨਿਕਦਰੇ ਲੋਕ ਨੇ ਇਸ ਪਿੰਡ ਦੇ ਕੋਈ ਉਹਨੂੰ ਕਹਿੰਦਾ ਨਹੀਂ ਬਹਿ ਜਾ ਕੋਈ ਉਹਨੂੰ ਕਹਿੰਦਾ ਨਹੀਂ ਰੱਖ ਸਾਈਂ ਦੀ ਕੋਈ ਉਹਨੂੰ ਨਹੀਂ ਕਹਿੰਦਾ ਪੂਰੋ ਫੇਰ ਕੁਝ ਸੰਭਲੀ ਉਹਨੂੰ ਲੱਗਾ ਉਹ ਚੱਲੀ ਹੁੰਦੀ ਜਾਂਦੀ ਸੀ ਕਿਤੇ ਉਸ ਦੇਣਾ ਵਾਂਗ ਪਿੰਡ ਦੀਆਂ ਗਲੀਆਂ ਚ ਨੰਸਣ ਲੱਗ ਪਵੇ ਕਿਤੇ ਆਪਣੇ ਕੱਪੜੇ ਨਾ ਪਾੜ ਸੁੱਟੇ ਕਿਤੇ ਉੱਚੀ ਉੱਚੀ ਨਾ ਬੋਲਣ ਲੱਗ ਪਏ ਅੰਮਾ ਨੂੰ ਸਾਈ ਨੇ ਦੱਸਿਆ ਪੂਰੇ 13 ਦਿਹਾੜੇ ਉਹਨਾਂ ਨੇ ਇੱਥੇ ਰਹਿਣਾ ਸੀ ਉਹਨਾਂ ਦਾ ਕੰਮੀ ਦੂਜੇ ਦਿਹਾੜੇ ਪਿੱਛਾ ਸੱਕੜ ਵਾਲੀ ਪਰਤ ਗਿਆ ਆਟਾ ਦਾਲ ਉਹਨਾਂ ਨੇ ਲੈ ਆਉਂਦਾ ਸੀ ਪੂਰੋਂ ਤੇ ਅੰਮਾ ਆਪਣੀ ਰੋਟੀ ਆਪੇ ਪਕਾਉਂਦੀਆਂ ਸਨ ਹੁਣ ਕੋਈ ਚਾਵੇ ਤਾਂ ਸਾਈਂ ਦੀ ਦਰਗਾਹ ਵਿੱਚੋਂ ਵੀ ਰੋਟੀ ਖਾ ਸਕਦਾ ਸੀ ਪੂਰੋਂ ਨੇ ਪਿੰਡ ਵੱਲ ਮੂੰਹ ਨਾ ਕੀਤਾ ਪਿੰਡ ਦੀ ਕੋਈ ਗੱਲ ਵੀ ਕਿਹਦੇ ਕੋਲੋਂ ਪੁੱਛਦੀ ਤੇ ਨਾਲੇ ਕੀ ਪੁੱਛਦੀ ਦਿਹਾੜੇ ਉੱਤੇ ਦਿਹਾੜਾ ਲੰਘਦਾ ਜਾਂਦਾ ਸੀ ਪਿੰਡ 'ਚੋਂ ਜਾਂਦੀ ਵੀ ਕਿਹੜੇ ਭੱਜ ਕਿਸੇ ਸ਼ਾਦੀ ਦੀ ਲੋੜ ਹੁੰਦੀ ਤਾਂ ਸਾਈਂ ਦੇ ਚੱਕਰ ਸੱਕਰ ਸਭੇ ਵਸਤਾਂ ਉਥੇ ਲਿਆ ਦਿੰਦੇ ਸਨ ਪੂਰਨੂ ਇਹ ਸੋਚ ਕੇ ਵੀ ਹੌਲ ਪੈਂਦਾ ਸੀ ਕਿ ਉਹ ਪਿੰਡ ਦੀਆਂ ਬਰੂਹਾਂ ਕੋਲੋਂ ਘਰਤ ਜਾਏਗੀ ਪਰ ਪਿੰਡ ਨੂੰ ਤੱਕ ਨਾ ਸਕੇਗੀ ਪੂਰੇ ਪੂਰੋ ਦਾਇ ਜੀ ਆਉਂਦਾ ਸੀ ਕਿਵੇਂ ਨਾ ਕਿਵੇਂ ਉਹ ਜਾ ਕੇ ਸਾਰਾ ਪਿੰਡ ਤੱਕ ਆਵੇ ਉਹਦਾ ਘਰ ਵੀ ਤੱਕ ਆਵੇ ਉਹਨੂੰ ਵੀ ਤੱਕ ਆਵੇ ਪਰ ਉਹਨੂੰ ਆਪ ਨੂੰ ਕੋਈ ਨਾ ਜਾਣੇ ਫਿਰ ਪੂਰੋ ਸੋਚਦੀ ਉਹਨੂੰ ਕਿਵੇਂ ਪਤਾ ਲੱਗੇਗਾ ਕਿ ਉਹਦਾ ਘਰ ਕਿਹੜਾ ਹੈ ਉਹ ਕਿਸੇ ਨੂੰ ਪੁੱਛੇ ਵੀ ਕਿਵੇਂ ਫਿਰ ਘਰ ਨੂੰ ਅੰਦਰੋਂ ਵੇਖੇ ਵੀ ਕਿਵੇਂ ਫਿਰ ਪੂਰੋ ਸੋਚਦੀ ਉਹਨੇ ਘਰ ਨੂੰ ਤੱਕ ਕੇ ਵੀ ਕੀ ਲੈਣਾ ਸੀ ਉਹਦਾ ਉਸ ਨਾਲ ਸਬੰਧ ਵੀ ਕੀ ਸੀ ਕਿਉਂ ਉਹਨੂੰ ਇਹੋ ਜੀਆਂ ਬਲੇਲਾ ਉੱਠਦੀਆਂ ਨੇ ਪੂਰੋ ਦਾ ਜੀ ਥਾਵੇਂ ਨਾ ਪੈਂਦਾ ਦਿਹਾੜੇ ਉੱਤੇ ਦਿਹਾੜਾ ਲੰਘਦਾ ਜਾਂਦਾ ਸੀ ਢੱਠੀ ਬੈਠੀ ਪੂਰੋ ਦੇ ਮੂੰਹੋਂ ਭਲਾ ਹੋਇਆ ਇੱਕ ਗੌਣ ਨਿਕਲ ਪਿਆ ਜਹੇ ਆਏ ਤਹੇ ਟੁਰ ਚਲੇ ਸਾਡੇ ਆਿਆਂ ਦਾ ਕਦਰ ਨਹੀਂ ਹਾਏ ਰੱਬਾ ਸਾਡੇ ਆਿਆਂ ਦਾ ਸਬਰ ਭਵੀ ਕਿੰਨੀ ਵਾਰ ਉਦੇਸ ਰੂਪ ਰੇਦੀ ਕਿੰਨੀ ਵਾਰ ਉਦੇਸ ਰੂਪੀ ਤੇ ਮੁੰਡੇ ਨੂੰ ਅੰਮਾ ਕੋਲ ਪਾ ਕੇ ਪੂਰੋਂ ਪੈਲੀਆਂ ਤੋਂ ਹੋ ਆਉਂਦੇ ਉਹ ਸੋਚਦੀ ਇੱਕ ਵਾਰ ਤੱਕਾਂ ਤੇ ਪਛਾਣ ਲਵਾਂ ਫਿਰ ਉਹ ਸੋਚਦੀ ਇੰਨੇ ਵੇਰੇ ਹੋ ਗਏ ਨੇ ਕੀ ਪਤਾ ਕਿ ਉਹ ਜੀ ਨੋਹਾਰ ਹੋ ਗਈ ਹੋਵੇ ਭਾਵੇਂ ਮੇਰੇ ਕੋਲੋਂ ਨਹੀਂ ਲੰਘ ਜਾਏ ਮੈਨੂੰ ਐਡੀ ਕਿਹੜਾ ਪਛਾਣ ਪਈ ਹੋਈ ਏ ਪੈਲੀਆਂ ਚ ਕੰਮ ਕਰਦੇ ਕਾਮਿਆਂ ਕੋਲੋਂ ਕਦੇ ਕਦੇ ਪੂਰੋਂ ਪੁੱਛ ਛੱਡਦੀ ਮੇਰੇ ਇੱਕੀ ਦੀਆਂ ਪੈਲੀਆਂ ਨੇ ਦੋ ਗਾਜਰਾਂ ਲੈਣੀਆਂ ਸਨ ਅਸੀਂ ਤੇ ਮੁਸਾਫਰਾਂ ਕੰਮੇ ਕਦੇ ਕਿਸੇ ਦਾ ਨਾਂ ਲੈਂਦੇ ਕਦੇ ਕਿਸੇ ਦਾ ਰਾਮਚੰਦ ਦਾ ਨਾਂ ਕੋਈ ਨਾ ਲੈਂਦਾ ਅਗਲੇ ਦਿਹਾੜੇ ਕਿਸੇ ਨੇ ਸੱਚੀ ਮੁੱਚੀ ਰਾਮਚੰਦ ਦਾ ਨਾਮ ਲਾ ਦਿੱਤਾ ਪੂਰੋ ਦੇ ਪੈਰ ਜਿਵੇਂ ਭੁਇਂ ਚ ਗੱਡੇ ਗਏ ਹੋਣ ਪੂਰੋ ਦੇ ਚਕਰਾਂਦੇ ਸਿਰ ਨੂੰ ਲੱਗਾ ਉਸੇ ਮਿੱਟੀ ਤੇ ਟਹਿ ਪੈ ਗਈ ਉਸੇ ਮਿੱਟੀ ਤੇ ਮਿੱਟੀ ਹੋ ਜਾਏਗੀ ਪੂਰੋ ਉਸੇ ਕਿਕਰ ਦੇ ਹੇਠਾਂ ਖਲੀ ਦੀ ਖਲੀ ਰਹੀ ਉਹਦੀਆਂ ਲੱਤਾਂ ਵਿੱਚ ਜਿਵੇਂ ਕਿਸੇ ਨੇ ਅੰਗਸ ਤੂਲੀ ਹੋਵੇ ਉਹਦੇ ਪੈਰ ਜਿਵੇਂ ਜੰਮ ਕੇ ਬਰਫ਼ ਤੇ ਟੇਲੇ ਹੋ ਗਏ ਹੁਣ ਉਸ ਮਿੱਟੀ ਨੂੰ ਜਿਵੇਂ ਪੂਰੋਂ ਨੂੰ ਘੁੱਟ ਕੇ ਫੜ ਲਿਆ ਹੋਵੇ ਪੂਰੋਂ ਨੂੰ ਜੱਪਿਆਂ ਉਖਲੋਤੀ ਦੀ ਖਲੋਤੀ ਅਨਾਰ ਦਾ ਇੱਕ ਬੂਟਾ ਬਣ ਕੇ ਉੱਥੇ ਉੱਗਾ ਏ ਉੱਗ ਪਈ ਸੀ ਜਿਹਦੇ ਸੁਹੇ ਨਾਰਾ ਨੂੰ ਜਦੋਂ ਵੀ ਕੋਈ ਤੋੜਨ ਲੱਗਦਾ ਉਹ ਕਾਲੀਆਂ ਚੁਆਕੀਆਂ ਹੋ ਕੇ ਟੈ ਪੈਂਦੇ ਉਹ ਸੁਹੇ ਨਾਰਾ ਨੂੰ ਜਦੋਂ ਵੀ ਰਾਮਚੰਦ ਤੋੜਦਾ ਅਨਾਰ ਦੇ ਲਾਲ ਦਾਣੇ ਲਹੂ ਦੇ ਟਿੱਪੇ ਬਣ ਕੇ ਉਹਦੇ ਛੱਗੇ ਉੱਤੇ ਡਿੱਗ ਪੈਂਦੇ ਤੇ ਉਹਨੂੰ ਅਨਾਰ ਦੇ ਬੂਟੇ ਵਿੱਚ ਇੱਕ ਆਵਾਜ਼ ਆਉਂਦੀ ਮੈਂ ਬੂਟਾ ਉੱਗੀ ਹੋਈ ਆ ਮੈਂ ਬੇਮੁਰਾਦੀ ਮੋਈ ਹਾਂ ਕਾਮੇ ਨੇ ਵੱਡੇ ਹੋਏ ਛੋਲਿਆਂ ਦਾ ਗੱਠਾ ਬਣਾ ਕੇ ਸਿਰ ਉੱਤੇ ਚਾ ਲਿਆ ਪੂਰੋ ਦੀ ਸੁਰਤ ਥਾਵੇਂ ਆਈ ਚੇਤੇ ਆਇਆ ਜਿਹੜੀ ਸ਼ਾਹਜ਼ਾਦੀ ਅਨਾਰ ਦਾ ਬੂਟਾ ਬਣ ਕੇ ਉੱਗ ਪਈ ਸੀ ਉਹਦੀ ਕਹਾਣੀਆਂ ਨੇ ਨਿੱਕੀਆਂ ਹੁੰਦਿਆਂ ਸੁਣੀ ਹੋਈ ਸੀ ਉਹ ਅਜੇ ਤੱਕ ਨਾ ਸ਼ਾਹਜ਼ਾਦੀ ਬਣੀ ਸੀ ਨਾ ਨਾਰ ਦਾ ਬੂਟਾ ਮਾਲਕ ਲਗਾ ਹੁੰਦਾ ਹੈ ਕਹਿੰਦੇ ਆ ਕਹਿੰਦੇ ਆ ਕੰਮ ਛੋਲੇ ਆਂਦਾ ਇਕੱਠਾ ਲੈ ਕੇ ਖੂਬਲ ਹੋ ਗਿਆ ਪੂਰੋ ਦੇ ਅੱਖਾਂ ਚੋਂ ਥਰੂ ਟਈ ਗਏ ਟਈ ਗਏ ਰਾਮਚੰਦ ਦਾ ਪੂਰੋ ਦੇ ਕੋਲੋਂ ਦੇ ਲੰਘਿਆ ਉਹਦੀਆਂ ਅੱਖਾਂ ਪੂਰੋ ਦੇ ਮੂੰਹ ਵੱਲ ਮੁੜੀਆਂ ਜਿਹਦੇ ਉੱਤੇ ਅਥਰੂਆਂ ਦੀ ਝਲਾਰ ਪਈ ਵਗਦੀ ਸੀ ਪੂਰੋ ਨੂੰ ਨਾ ਕਿਕਰਦੇ ਓਲੇ ਹੋ ਜਾਣਾ ਯਾਦ ਸੀ ਨਾ ਆਪਣੇ ਪੱਲੇ ਨਾਲ ਅਥਰੂ ਪਹੁੰਚ ਲੈਣੇ ਸ਼ਹਿਦ ਅਥਰੂਆਂ ਦੇ ਵਹਿਣ ਵਿੱਚ ਉਹਨੂੰ ਰਾਮਚੰਦ ਦਾ ਮੂੰਹ ਵੀ ਨਹੀਂ ਸੀ ਦਿਖਦਾ ਪਿਆ ਤੂੰ ਕੌਣ ਹੈ ਬੇਬੀ ਤੈਨੂੰ ਕੀ ਹੋਇਆ ਰਾਮਚੰਦ ਨੇ ਦੇ ਪੈਰ ਪੂਰੋ ਦੇ ਅੱਗੇ ਖਲੋ ਗਏ ਪੂਰੋ ਕੋ ਵੀ ਨਾ ਸਕੇ ਤੈਨੂੰ ਕੀ ਤਕਲੀਫ ਹੈ ਬੀਬੀ ਪੂਰੋ ਦੇ ਕੰਨਾਂ 'ਚ ਫੇਰ ਰਾਮਚੰਦ ਦੀ ਆਵਾਜ਼ ਆਈ ਪੂਰੋ ਦੀ ਜ਼ਬਾਨ ਜਿਵੇਂ ਕਿਸੇ ਨੇ ਪਚਾਹ ਨੂੰ ਖਿੱਚੀ ਹੋਈ ਸੀ ਉਹ ਬੁੱਤ ਦੇ ਬੁੱਤ ਖਲੋਤੇ ਰਹੀ ਉਹਦੇ ਅੰਦਰੋਂ ਗੱਜਾਂ ਦੇ ਗੱਜ ਡੁੱਲੇ ਉਹਦੇ ਮੂੰਹੋਂ ਇੱਕ ਹਰਫ ਨਾ ਬੋਲ ਹੋਇਆ ਰਾਮਚੰਦ ਛੱਠੰਬਰ ਗਿਆ ਹੁਣ ਇਹ ਇੱਧਰ ਉੱਧਰ ਵੇਖਿਆ ਸ਼ਾਇਦ ਉਹ ਕਿਸੇ ਕੰਮੇ ਨੂੰ ਮਦਦ ਲਈ ਬੁਲਾਉਂਦਾ ਪਰ ਪੂਰੋ ਦੇ ਪੈਰਾਂ ਵਿੱਚ ਜਿੰਦ ਮੁੜੀ ਤੇ ਪੂਰੋ ਚੁੱਪ ਦੀ ਚੁੱਪ ਗੁੱਮ ਪੈਲੀਆਂ ਵਿੱਚੋਂ ਬਾਹਰ ਚਲੀ ਗਈ ਪੂਰੋ ਬੁੱਤ ਦੇ ਬੁੱਤ ਆਪਣੀ ਕੋਠੜੀ ਚ ਆ ਕੇ ਪੈ ਗਈ ਉਸੇ ਸ਼ਾਮ ਸੱਕੜ ਵਾਲੇ ਉਹਨਾਂ ਦਾ ਕੰਮ ਆ ਗਿਆ ਸੀ ਅਗਲੀ ਫਲਕੋਨਾ ਸਾਰਿਆਂ ਨੇ ਪਿੰਡ ਪਰਤ ਜਾਣਾ ਸੀ ਉਸ ਰਾਤ ਪੂਰੋ ਦੀਆਂ ਅੱਖੀਆਂ ਦੇ ਛੱਪਰ ਅੱਖੀਆਂ ਦੇ ਨਾਲ ਨਾ ਲੱਗਦੇ ਇੱਕ ਬੋਲ ਵੀ ਨਾ ਉਹਦੇ ਤੋਂ ਬੋਲਿਆ ਪੁੱਛਦਾ ਸੀ ਤੂੰ ਕੌਣ ਹੈ ਬੀਬੀ ਮੈਂ ਉਹਨੂੰ ਕੀ ਦੱਸਦੀ ਮੈਂ ਕੌਣ ਮੇਰੀ ਵਿੱਤਿਆ ਨੂੰ ਕੌਣ ਬੋਲ ਕੇ ਦੱਸ ਸਕਦਾ ਹੈ ਕਦੇ ਸੁੱਤਿਆਂ ਬੈਠਿਆਂ ਉਹਨੂੰ ਮੇਰਾ ਰੋਂਦਾ ਮੂੰਹ ਯਾਦ ਆਏਗਾ ਉਹ ਸੋਚੇਗਾ ਮੈਂ ਕੌਣ ਸਾਂ ਫਿਰ ਖਰੇ ਉਹਨੂੰ ਕੋਈ ਭੁੱਲੀ ਹੋਈ ਕਹਾਣੀ ਚੇਤੇ ਆ ਜਾਏਗੀ ਉਹਦੀ ਮੋਈ ਹੋਈ ਪੂਰੋ ਉਹਨੂੰ ਚੇਤੇ ਆ ਜਾਏਗੀ ਫਿਰ ਖਰੇ ਉਹਦੀਆਂ ਅੱਖਾਂ ਵਿੱਚੋਂ ਵੀ ਇੱਕ ਅਤਰੂਟਾ ਪੈਗਾ ਫਿਰ ਪੂਰੋ ਸੋਚਦੀ ਕਦੇ ਮੈਂ ਵੀ ਉਸ ਸ਼ਹਿਜ਼ਾਦੀ ਵਾਂਗ ਅਨਾਰ ਦਾ ਬੂਟਾ ਬਣ ਸਕਦੀ ਉਹਦੇ ਖੇਤ ਵਿੱਚ ਉੱਗ ਪੈਂਦੀ ਉਹ ਮੇਰੇ ਅਨਾਰਾਂ ਨੂੰ ਤੋੜਦਾ ਫਿਰ ਮੈਂ ਅਨਾਰਾਂ ਵਿੱਚੋਂ ਬੋਲਦੀ ਖਰੇ ਕਿਹੜੇ ਜ਼ਮਾਨੇ ਦੀਆਂ ਗੱਲਾਂ ਨੇ ਅੱਜਕੱਲ ਤੇ ਕੋਈ ਬੂਟਾ ਨਹੀਂ ਬਣਦਾ ਰਾਤ ਦਾ ਪਿਛਲਾ ਪਿਆਰ ਜਿਵੇਂ ਸਵੇਰ ਨਹੀਂ ਸੀ ਬੜਿਆ ਪੂਰੇ ਨੂੰ ਜਿਵੇਂ ਕੋਈ ਹੱਥ ਫੜ ਕੇ ਮੰਜੀ ਤੋਂ ਉਠਾ ਦਿੰਦਾ ਹੈ ਉਹ ਬਾਗ ਪਹਿਲੀਆਂ ਨੂੰ ਚਲੀ ਗਈ ਰਾਤ ਦੇ ਹਨੇਰੇ ਵਿੱਚੀ ਉਨੇ ਉਹ ਕਿੱਕਰ ਪਛਾਤਾ ਜਿੱਥੇ ਕੱਲ ਲੋਢੇ ਵੇਲੇ ਰਾਮਚੰਦੂ ਦੇ ਸਾਹਮਣੇ ਖਲੋਤਾ ਰਿਹਾ ਸੀ ਪੂਰੋ ਨੇ ਉੜ ਕੇ ਉੱਥੋਂ ਹੀ ਉਹਦੇ ਪੈਰਾਂ ਦੀ ਮਿੱਟੀ ਚੁੱਕੀ ਦੋਵੇਂ ਅੱਖਾਂ ਨੂੰ ਟੀਆਂ ਤੇ ਮਿੱਟੀ ਦਾ ਬੁੱਕ ਆਪਣੀ ਅੱਖਾਂ ਉੱਤੇ ਲਾ ਲਿਆ ਅੱਖਾਂ ਨਾਲ ਲੱਗੇ ਹੋਏ ਪੂਰੋ ਦੇ ਦੋਵੇਂ ਹੱਥ ਕਿਸੇ ਨੇ ਆਪਣੇ ਹੱਥਾਂ 'ਚ ਫੜ ਲਏ ਪੂਰੋ ਨੇ ਤਰਿਆ ਕਿ ਧੱਕਿਆ ਰਾਮਚੰਦੂ ਦੇ ਸਾਹਮਣੇ ਖਲੋਤਾ ਸੀ ਕੀ ਤੂੰ ਪੂਰੋ ਹੀ ਰਾਮਚੰਦ ਪੁੱਛਦਾ ਭਿਆਸੀ ਸਾਰੀ ਰਾਤ ਕੋਈ ਨਾ ਮੇਰੇ ਕੰਨਾਂ 'ਚ ਭੌਂਦਾ ਰਿਹਾ ਏ ਸੱਚ ਦੱਸ ਤੇਰਾ ਨਾਂ ਪੂਰੋ ਏ ਰਾਮਚੰਦ ਨੇ ਫੇਰ ਆਖਿਆ ਪੂਰੋ ਦਾ ਦਿਲ ਕਹਿੰਦਾ ਸੀ ਉਹ ਰਾਮਚੰਦ ਦੇ ਪੈਰਾਂ ਤੇ ਟਹਿਪ ਹੋਏ ਉਹ ਰੱਜ ਰੱਜ ਕੇ ਰੋਵੇ ਉਹ ਪੂਰੋ ਸੀ ਉਹ ਠੀਕ ਠੀਕ ਕੇ ਆਖੇ ਕਿ ਉਹ ਪੂਰੋ ਸੀ ਉਹਦੀ ਪੂਰੋ ਸੀ ਜਿਹਨੂੰ ਉਹਨੇ ਘੋੜੀ ਤੇ ਚੜ੍ਹ ਕੇ ਲੈਣ ਜਾਣਾ ਸੀ ਉਹ ਉਹ ਪੂਰੋ ਸੀ ਜਿਹਦੇ ਨਾਲ ਉਹਨੇ ਪੂਰੀਆਂ ਚਾਰ ਲਾਵਾਂ ਲੈਣੀਆਂ ਸਨ ਉਹ ਪੂਰੋ ਸੀ ਜਿਹਨੇ ਉਹਦੇ ਘਰ ਡੋਲੀ ਵਿੱਚ ਪੈ ਕੇ ਆਉਣਾ ਸੀ ਉਹ ਪੂਰੋ ਸੀ ਪੂਰੋ ਦੀ ਜ਼ਬਾਨ ਨੂੰ ਅੱਜ ਵੀ ਕਿਸੇ ਨੇ ਖਿੱਚ ਲਿਆ ਪੂਰੋ ਇੱਕ ਵੀ ਬੋਲ ਨਾ ਬੋਲ ਸਕੇ ਰਾਮਚੰਦ ਦੇ ਹੱਥਾਂ ਵਿੱਚੋਂ ਪੂਰੋ ਨੇ ਆਪਣੇ ਦੋਵੇਂ ਹੱਥ ਵਾਪਸ ਲੈ ਲਏ ਤੇ ਉਹ ਜੇ ਦੀ ਜੇ ਗੋਮ ਦੇ ਕੰਮ ਪਿੱਛਾ ਪਰਤ ਪਈ ਜੇਤੂ ਪੂਰੋ ਐ ਮੈਨੂੰ ਇੱਕ ਵਾਰੀ ਦੱਸ ਜੇ ਰਾਮਚੰਦ ਨੇ ਪੂਰੋ ਦੀ ਪਿੱਠ ਪਿੱਛੇ ਦੋ ਕਾਲੇ ਕਦਮ ਤੁਰ ਕੇ ਆਖਿਆ ਮੈਂ ਸਾਰੀ ਰਾਤ ਖੇਤਾਂ ਵਿੱਚ ਰਿਹਾ ਹਾਂ ਪਤਾ ਨਹੀਂ ਕਿਉਂ ਮੇਰਾ ਦਿਲ ਗਵਾਈ ਦਿੰਦਾ ਸੀ ਤੂੰ ਫੇਰ ਆਵੇਂਗੀ ਮੇਰਾ ਦਿਲ ਗਵਾਈ ਦਿੰਦਾ ਏ ਤੂੰ ਪੂਰੋਏ ਪੂਰੋ ਚ ਰੋਕਣੀ ਮਰ ਗਈ ਏ ਪਤਾ ਨਹੀਂ ਕਿੰਜ ਪੂਰੋ ਦੇ ਮੂੰਹੋਂ ਨਿਕਲਿਆ ਪੂਰੋ ਪਿੱਛਾਂ ਪਰਤ ਕੇ ਵੀ ਨਾ ਤੱਕੀ ਪੂਰੋ ਅਗਾਹ ਦੀ ਅਗਾਹ ਚਲੀ ਗਈ ਅੰਮਾ ਨੇ ਬੋਲੀ ਵਾਲੇ ਸਾਈ ਨੂੰ ਸਰਦੀ ਪੂਜ ਦੀ ਸ਼ੇਰਨੀ ਚੜਾਈ ਅੰਮਾ ਤੇ ਉਹਦੇ ਬਾਕੀ ਸਾਥੀਆਂ ਨਾਲ ਲੱਦਿਆ ਹੋਇਆ ਯੱਕਾ ਸਵੇਰ ਦੀ ਧੁੱਪ ਚੜਨ ਤੋਂ ਪਹਿਲੇ ਸੱਕੜ ਵਾਲੀ ਦੇ ਰਾਹੀ ਪੈ ਗਿਆ ਅਗਲਾ ਲੰਘ ਹੈ ਇੱਕ ਅਗ ਇੱਕ ਇੱਕ ਕਰਕੇ ਕਈ ਦਿਨ ਲੰਘ ਗਏ ਦਿਨ ਦਿਨ ਕਰਕੇ ਮਹੀਨੇ ਤੇ ਮਹੀਨਾ ਮਹੀਨਾ ਕਰਕੇ ਬੜੀ ਲੰਘ ਗਏ ਦੁੱਧ ਦੀ ਭਰੀ ਹੋਈ ਕਾੜਨੀ ਨੂੰ ਜਦੋਂ ਪੂਰੋ ਫੜੋਲੀ ਵਿੱਚ ਕੜਨਾ ਰੱਖਣ ਲਈ ਸੁੱਕੀਆਂ ਪਾਥੀਆਂ ਜੋੜਦੀ ਤੇ ਸਾਰਾ ਦਿਨ ਧੁਕਣ ਵਾਸਤੇ ਪਾਈਆਂ ਵਿੱਚ ਨਿੱਕੀ ਨਿੱਕੀ ਅੱਗ ਸੁਲਗ ਪੈਂਦੀ ਪੂਰੋ ਨੂੰ ਲੱਗਦਾ ਉਹਦੀ ਛਾਤੀ ਦੀ ਅੰਦਰਲੀ ਤਹਿ ਵਿੱਚ ਕੋਲੇ ਦੀ ਕਿਚਿੰਗ ਪਈ ਹੋਈ ਸੀ ਜਿਹਦੇ ਨਾਲ ਕਿੰਨੇ ਦਿਨਾਂ ਤੋਂ ਉਹਦਾ ਅੰਦਰ ਕੁਝ ਧੁੱਕਦਾ ਰਹਿੰਦਾ ਸੀ ਕਦੇ ਪੂਰੋ ਸੋਚਦੀ ਸੀ ਕਿ ਅੱਜਕੱਲ ਉਹਦਾ ਖਾਦਾ ਪੀਤਾ ਉਹਦੀ ਛਾਤੀ ਉੱਤੇ ਪਿਆ ਰਹਿੰਦਾ ਸੀ ਉਹਦੇ ਗਲ ਵਿੱਚ ਕੁਝ ਅੜਿਆ ਰਹਿੰਦਾ ਸੀ ਉਹਨੇ ਦੇਸੀ ਜੁਵੈਂ ਦੀਆਂ ਤਲੀਆਂ ਵੀ ਬਹਿ ਪਾਣੀ ਨਾਲ 2-3 ਦਿਨ ਫੱਕੀਆਂ ਕਦੇ ਉਹ ਸੋਚਦੀ ਉਹਦੇ ਅੰਦਰ ਗਰਮੀ ਪੈ ਗਈ ਸੀ ਉਨੇ ਕੱਚੀ ਲੱਸੀ ਦੇ ਕਟੋਰੀ ਤਰੇ ਚਾਰ ਦਿਹਾੜੇ ਪੀਤੇ ਕਦੇ ਉਹ ਸੋਚਦੀ ਸੀ ਖੌਰੀ ਉਹਦੀ ਮਾਂ ਰਾਜ਼ੀ ਹੋਵੇ ਸੀ ਪਤਾ ਨਹੀਂ ਉਹਦੇ ਅੰਦਰ ਕਿਉਂ ਅਜੇ ਬਲੇਟ ਪੈਂਦੇ ਰਹਿੰਦੇ ਸੀ ਇਹਨਾਂ ਹੀ ਦਿਨਾਂ 'ਚ ਇੱਕ ਦਿਹਾੜਾ ਜਦੋਂ ਰਸ਼ੀਦ ਦਾ ਘਰ ਆਇਆ ਉਹਦਾ ਮੂੰਹ ਇੰਜ ਲੱਥਾ ਸੀ ਜਿਵੇਂ ਕਿਸੇ ਲੰਬੀ ਬਿਮਾਰੀ ਨਾਲ ਉਹਦੇ ਮੂੰਹ ਦੀਆਂ ਹੜਬਾਂ ਨਿਕਲ ਆਈਆਂ ਹੋਣ ਰਸ਼ੀਦ ਨੇ ਦੱਸਿਆ ਪੁੱਛਿਆ ਕੁਝ ਨਾ ਉਹਨੂੰ ਪੂਰੋ ਨਾਲ ਗੱਲਬਾਤ ਵੀ ਕਰਦਾ ਰਿਹਾ ਜਵੇਦ ਨਾਲ ਮਦਰਸੇ ਦੀਆਂ ਗੱਲਾਂ ਵੀ ਕਰਦਾ ਰਿਹਾ ਨਿੱਕੇ ਨਾਲ ਖੇਡਦਾ ਵੀ ਰਿਆ ਰੋਟੀ ਖਾਂਦੇ ਰਸ਼ੀਦੇ ਦੇ ਮੂਹਲ ਤੱਕ ਕੇ ਪੂਰੋਂ ਨੂੰ ਇੰਜ ਹੀ ਲੱਗੇ ਜਿਵੇਂ ਗਰਹੀ ਰਸ਼ੀਦੇ ਦੇ ਸੰਗ ਛੁੱਲਹਿੰਦੀ ਨਹੀਂ ਸੀ ਪਾਣੀ ਦੀਆਂ ਘੁੱਟਾਂ ਭਰ-ਭਰ ਕੇ ਰਸ਼ੀਦੇ ਨੇ ਕੁਝ ਗਰਹੀਆਂ ਅੰਦਰ ਘਤ ਲਈਆਂ ਰਸ਼ੀਦੇ ਦਾ ਲੱਥਾ ਹੋ ਗਿਆ ਮਨ ਪੂਰੋਂ ਪੂਰੋਂ ਤੋਂ ਗੁਜਾ ਨਹੀਂ ਸੀ ਨਾਲੋਂ ਨਾਲ ਡੱਠੀਆਂ ਹੋਈਆਂ ਮੰਜੀਆਂ ਤੇ ਪੈ ਕੇ ਪੂਰੋਂ ਨੇ ਰਸ਼ੀਦੇ ਦੇ ਜੀ ਨੂੰ ਫਰੋਲੇ ਅੱਜ ਮੇਰੇ ਪਿੰਡੋਂ ਇੱਕ ਬੰਦਾ ਆਇਆ ਸਾਡੇ ਆਪਣੇ ਖੇਤਾਂ ਦਾ ਬੰਦਾ ਰਸ਼ੀਦੇ ਨੇ ਪੜੀ ਕੁਛਪਰੇ ਕਿਆ ਕਿਆ ਛੱਤੋਂ ਆਣਿਓ ਆਹੋ ਫੇਰ ਉਹਨੇ ਦੱਸਿਆ ਸਾਡੀਆਂ ਕਟੀਆਂ ਹੋਈਆਂ ਫਸਲਾਂ ਦੇ ਬੋਲ ਲੱਗੇ ਹੋਏ ਸਨ ਮਣਾ ਮੂਹੇਂ ਦਾਣੇ ਢੇਰਾਂ ਦੇ ਢੇਰ ਪਏ ਸਨ ਫੇਰ ਕਿਸੇ ਨੇ ਰਾਤੋ ਰਾਤ ਅੱਗ ਲਾ ਦਿੱਤੀ ਹੈ ਸਾਰੀ ਫਸਲ ਵਿੱਚੋਂ ਫੱਕਾ ਦਾਣਾ ਨਹੀਂ ਬਚਿਆ ਕਿਸੇ ਨੇ ਜਾਣਬੁੱਝ ਕੇ ਲਾਈ ਸ਼ੱਕ ਤਾਂ ਹੀ ਹੋਈ ਹੈ ਐਡਾ ਕਿਹੜਾ ਸੀ ਆਂਦਾ ਇਹ ਅੱਗ ਦੀਆਂ ਲਾਟਾਂ ਨਾਲ ਸਾਰਾ ਅਸਮਾਨ ਲਾਲ ਹੋਇਆ ਹੋਇਆ ਸੀ ਫਿਰ ਹੁਣ ਸਾਡਾ ਹਿੱਸਾ ਜੋ ਹੈ ਸੀ ਉਹ ਹੈ ਸੀ ਉਹ ਵਿਚਾਰੇ ਕੀ ਕਰਨਗੇ ਉਹਨਾਂ ਵਿਚਾਰਿਆਂ ਤੋਂ ਪੂਰੋ ਦੀ ਮੁਰਾਦ ਰਸ਼ੀਦੇ ਦੇ ਵੱਡੇ ਭਰਾ ਤੇ ਚਾਚੇ ਤਾਇਆ ਤੋਂ ਸੀ ਜਿਨ੍ਹਾਂ ਸਾਰਿਆਂ ਦਾ ਸਾਂਝੀ ਫਸਲ 'ਚ ਹਿੱਸਾ ਸੀ ਰਸ਼ੀਦਾ ਚੁੱਪ ਕਰ ਗਿਆ ਪੂਰੋ ਵੀ ਜਿਵੇਂ ਦਲੀਲਾਂ 'ਚ ਪੈ ਗਈ ਬਾਲ ਸੁੱਤੇ ਪਏ ਸਨ ਪਰ ਰਸ਼ੀਦੇ ਤੇ ਪੂਰੋ ਦੀਆਂ ਅੱਖਾਂ 'ਚ ਨੀਂਦਰ ਨਹੀਂ ਸੀ ਪਰ ਦੂਜੇ ਦਾ ਘਰ ਫੂਕ ਕੇ ਕਿਸੇ ਨੇ ਕੀ ਲੈਣਾ ਸੀ ਪੂਰੋ ਨੇ ਕਿੰਨੀ ਵਾਰ ਰਹਿ ਰਹਿ ਕੇ ਆਖਿਆ ਰਸ਼ੀਦਾ ਚੁੱਪਦਾ ਚੁੱਪ ਰਿਆ ਪੂਰੋ ਵਹਿੰਦੀ ਰਹੀ ਰਸ਼ੀਦਾ ਕਦੇ ਸੱਜੇ ਪਾਸਾ ਪਰਤਦਾ ਸੀ ਕਦੇ ਖੱਬੇ ਪਾਸਾ ਪਰਤਦਾ ਸੀ ਕਈ ਵਾਰ ਅੱਖੀਆਂ ਵੀ ਮੀਟ-ਮੀਟ ਕੇ ਪੈਂਦਾ ਸੀ ਪਰ ਨੀਂਦਰ ਉਹਦੇ ਨੇੜੇ ਨਹੀਂ ਸੀ ਆਉਂਦੀ ਕਿੰਨੀ ਵਾਰ ਰਸ਼ੀਦੇ ਨੇ ਉੱਠ-ਉੱਠ ਕੇ ਪਾਣੀ ਦੀਆਂ ਚੁੱਲੀਆਂ ਭਰੀਆਂ ਮੁੰਡੇ ਨੂੰ ਵੱਖਰੀ ਮੰਜੀ ਉੱਤੇ ਪਾ ਦੇ ਮੈਨੂੰ ਅੱਜ ਇਹਦੇ ਨਾਲ ਸੁੱਤਿਆ ਨੀਂਦਰ ਨਹੀਂ ਆਉਂਦੀ ਰਸ਼ੀਦੇ ਨੇ ਇੱਕ ਵਾਰ ਆਖਿਆ ਜਵੇਦ ਹਮੇਸ਼ਾ ਪਿਓ ਨਾਲ ਸੌਂਦਾ ਹੁੰਦਾ ਸੀ ਨਿੱਕੇ ਨੂੰ ਪੂਰੋ ਆਪਣੇ ਨਾਲ ਪਾ ਲੈਂਦੀ ਸੀ ਅੱਗੇ ਕਦੇ ਨਹੀਂ ਸੀ ਰਸ਼ੀਦੇ ਨੇ ਇਸ ਤਰ੍ਹਾਂ ਆਖਿਆ ਅੱਜ ਪੂਰੋਂ ਹੈਰਾਨ ਸੀ ਪਰ ਪੂਰੋਂ ਨੇ ਚੁੱਪਚਾਪ ਜਵੇਦ ਨੂੰ ਛੁੱਕ ਕੇ ਵੱਖਰੀ ਮੰਜੀ ਤੇ ਪਾ ਦਿੱਤਾ ਫਿਰ ਵੀ ਕਿੰਨਾ ਹੀ ਚਿਰ ਲੰਘਿਆ ਰਸ਼ੀਦੇ ਦੇ ਪਾਸੇ ਵੀ ਪਰਤ ਪਰਤ ਗੇ ਹੰਭ ਗਏ ਪਰ ਨੀਂਦਰ ਰਸ਼ੀਦੇ ਦੀਆਂ ਪਲਕਾਂ ਦੇ ਨੇੜੇ ਨਾ ਠੁੱਕੇ ਇਹ ਕੁੜਦੀ ਉੜਦੀ ਗੱਲ ਸੁਣੀ ਹੈ ਖਬਰ ਨਹੀਂ ਸੱਚੇ ਕਿ ਝੂਠ ਕਈ ਪਈ ਰਸ਼ੀਦੇ ਨੇ ਆਖਿਆ ਕੀ ਪੂਰੋਂ ਨੇ ਤੜਕੇ ਪੁੱਛਿਆ ਰਸ਼ੀਦਾ ਫਿਰ ਚੁੱਪ ਹੋ ਗਿਆ ਜੀਵ ਦੇ ਨਾਲ ਫੈਸਲਾ ਪਿਆ ਕਰਦਾ ਸੀ ਕਿ ਕੀ ਉਹ ਗੱਲ ਪੂਰੋ ਨੂੰ ਦੱਸਣੀ ਚਾਹੀਦੀ ਹੈ ਕਿ ਨਹੀਂ ਰਿਸ਼ੀ ਦੇ ਦੀ ਚੁੱਪ ਲੰਮੀ ਸੀ ਪੂਰੋ ਆਪਣੀ ਮੰਜੀ ਤੋਂ ਉੱਠ ਕੇ ਰਿਸ਼ੀ ਦੇ ਦੇ ਮੰਜੇ ਤੇ ਆ ਬੈਠੀ ਸੁਣਿਆ ਪਿੰਡ 'ਚ ਇੱਕ ਉਪਰਾ ਜਵਾਨ ਆਇਆ ਸੀ ਉਹ ਬਹੁਤਾ ਕਿਸੇ ਨੂੰ ਮਿਲਿਆ ਗਿਆ ਨਹੀਂ ਪਿੰਡ ਦੇ ਇੱਕ ਦੋ ਬੰਦਿਆਂ ਦਾ ਸ਼ੱਕ ਕੇ ਪਿਉ ਤੇਰਾ ਭਰਾ ਸੀ ਮੇਰਾ ਭਰਾ ਪੂਰੋ ਜਿਵੇਂ ਬੜਵਾਏ ਬੋਲ ਪਈ ਕੁਝ ਕਿਹਾ ਨਹੀਂ ਜਾ ਸਕਦਾ ਮੈਨੂੰ ਤੇ ਪਿੰਡ ਵੀ ਗਿਆ ਕਿੰਨਾ ਹੀ ਚਿਰ ਹੋ ਗਿਆ ਹੈ ਉਸ ਬੰਦੇ ਦੀ ਜ਼ੁਬਾਨੀ ਇਹ ਗੱਲਾਂ ਨੇ ਰਸ਼ੀਦਾ ਕਹੇ ਕਿ ਫਿਰ ਚੁੱਪ ਹੋ ਗਿਆ ਪੂਰੇ ਦੇ ਸਿਰ ਨੂੰ ਜਿਵੇਂ ਭੌਂ ਆਉਣ ਲੱਗ ਪਏ ਮੇਰਾ ਭਰਾ ਮੇਰਾ ਭਰਾ ਹੁਣ ਜਵਾਨ ਹੋ ਗਿਆ ਹੋਣਾ 10 ਸਾਲੋਂ ਵਗਰੇ ਹੋ ਗਿਆ ਹੀ ਮੈਨੂੰ ਉਹਦੀ ਸ਼ਕਲ ਵੇਖਿਆ ਖੌਰੇ ਹੁਣ ਕਿ ਉਹ ਜੀ ਉਹਦੀ ਨੁਹਾਰੇ ਮੈਤੇ ਚਾਂਚਾ ਕੋ ਨੂੰ ਵੇਖ ਲਵਾਂ ਤੇ ਪਛਾਣਾ ਵੀ ਨਾ ਉਹਦੀ ਮਸ ਫੁੱਟੀ ਹੋਣੀ ਏ ਨਵਾਂ ਵਰੀਆਂ ਦਾ ਤੇ ਜਵੇਦ ਵੀ ਹੋਣ ਲੱਗਾ ਹੈ ਪੂਰੋ ਦੇ ਮਨ ਮਨ ਵਿੱਚ ਕਈ ਗੱਲਾਂ ਭੌਣ ਲੱਗ ਪਈਆਂ ਰਸ਼ੀਦ ਨੇ ਸਿਰਫ ਉਹਨੂੰ ਹੋਰ ਇੰਨਾ ਹੀ ਦੱਸਿਆ ਕਿ ਪੂਰੋ ਹੋਰਾਂ ਦੇ ਪੁਰਾਣੇ ਮਕਾਨ ਬਾਰੇ ਉਹਨੇ ਪਿੰਡ ਦੇ ਕਿਸੇ ਬੰਦੇ ਨੂੰ ਪੁੱਛਿਆ ਸੀ ਇਹ ਘਰ ਕਿਦਾ ਸੀ ਪਰ ਆਪਣੇ ਬਾਰੇ ਉਹਨੇ ਕਿਸੇ ਨੂੰ ਆਪਣੇ ਮੂੰਹ ਕੁਝ ਨਹੀਂ ਸੀ ਦੱਸਿਆ ਲੋਕਾਂ ਦਾ ਸ਼ੱਕ ਹੀ ਸ਼ੱਕ ਸੀ ਕਿਸੇ ਕੰਨਾਂ ਨਾਲ ਕੁਝ ਨਹੀਂ ਸੀ ਸੁਣਿਆ ਸੱਚੀ ਉਹ ਪਿੰਡ ਆਇਆ ਹੋਏਗਾ ਉਹਨੂੰ ਮੈਂ ਚੇਤੇ ਆਈ ਹੋਵਾਂਗੀ ਉਹਦੀ ਭੈਣ ਉਦੀ ਆਪਣੀ ਭੈਣ ਉਹਦੇ ਆਪਣੇ ਮਾਪਿਓ ਦੀ ਜੰਮੀ ਹੋਈ ਫੁਰ ਉਹਦੇ ਮਨ ਚ ਕਈ ਕੁਝ ਆਉਣ ਲੱਗ ਪਿਆ ਫੁਰ ਉਹਦੀ ਅੱਖਾਂ ਵਿੱਚ ਵੀ ਪਾਣੀ ਆ ਗਿਆ ਫੁਰ ਉਹਨੂੰ ਪਲ ਦੀ ਪਲ ਲੱਗੀ ਅੱਗ ਦਾ ਦੁੱਖ ਭੁੱਲ ਗਿਆ ਸੜੀਆਂ ਹੋਈਆਂ ਕਣਕਾਂ ਦੀ ਸੁਆਹ ਵਿੱਚੋਂ ਮਾਪਿਓ ਜਾਈਆਂ ਅੰਦਰਾਂ ਦਾ ਨਿਗਾਉਣ ਲੱਗ ਪਿਆ ਪਿਆਰ ਦੀ ਕਰੋਸ਼ਣ ਚੰਗਿਆੜੀ ਉਹਦੇ ਮਨ ਚ ਚਮਕਣ ਲੱਗ ਪਈ ਖਰੇ ਉਹਨੇ ਅੱਗ ਲਾਈਏ ਖਰੇ ਆਪਣੇ ਭਰੇ ਹੋਏ ਅੰਦਰ ਦਾ ਗੁਬਾਰ ਕੱਢਣ ਲਈ ਉਹਨੇ ਬਦਲਾ ਲਿਆ ਉਹਦੀਆਂ ਜਵਾਨ ਜਹਾਨ ਹੱਡੀਆਂ ਚ ਨਵਾਂ ਲਹੂ ਚੱਲਦਾ ਹੋਏਗਾ ਉਹਨੂੰ ਭੈਣ ਦਾ ਦੁੱਖ ਚੇਤੇ ਆਉਂਦਾ ਹੋਏਗਾ ਮੈਂ ਇੱਕ ਵਾਰ ਜੇ ਕਦੇ ਉਹਦਾ ਮੂੰਹ ਵੇਖ ਲਵਾਂ ਖਰੇ ਮੇਰੇ ਨਸੀਬਾਂ ਵਿੱਚ ਕੀ ਲਿਖਿਆ ਹੋਇਆ ਹੈ ਪੂਰੋ ਨੂੰ ਕਈ ਤਰ੍ਹਾਂ ਦੀਆਂ ਸੋਚਾਂ ਸੱਦਰਾਂ ਆਈਆਂ ਫਿਰ ਪੂਰੋ ਨੂੰ ਕਈ ਤਰ੍ਹਾਂ ਦੇ ਫਿਕਰ ਪੈ ਗਏ ਖੜੀ ਕੋ ਪਹਿਲਾਂ ਪੂਰੋ ਦਾ ਸਬੰਧ ਉਹਨਾਂ ਨਾਲ ਸੀ ਜਿਨ੍ਹਾਂ ਦਾ ਮਣਾ ਮੂੰਹ ਹੀ ਅਨ ਸੜ ਕੇ ਸੁਆਹ ਹੋ ਗਿਆ ਸੀ ਐਸ ਖੜੀ ਪੂਰੋ ਦੀ ਆਪਣਾਤ ਉਹਦੇ ਨਾਲ ਹੋ ਗਈ ਸੀ ਜਿਨੇ ਸ਼ਾਇਦ ਅਨ ਨੂੰ ਸੜ ਕੇ ਸੁਆਹ ਕਰ ਦਿੱਤਾ ਸੀ ਅੱਗ ਲਾਉਣ ਵਾਲਾ ਕਿਤੇ ਉਹੀ ਨਾ ਹੋਵੇ ਭਾਵੇਂ ਕਿਸੇ ਹੋਰ ਨੇ ਹੀ ਲਾਈ ਹੋਵੇ ਤੇ ਸ਼ੱਕ ਸ਼ੂਬੇ ਵਿੱਚ ਹੀ ਫੜਿਆ ਜਾਵੇ ਪੁਰੋ ਦੀਆਂ ਸੋਚਾਂ ਘੋਰ ਚਿੰਤਾ ਬਣ ਗਈਆਂ ਕੁਝ ਵੀ ਹੋਵੇ ਭਰਾ ਦੇ ਸਿਰ ਦੀ ਸਲਾਮਤੀ ਚਾਹੁੰਦੀ ਸੀ ਉਹ ਸੋਚਦੀ ਸੀ ਖੌਰੇਉ ਦੇ ਭਰਾ ਦੇ ਮਨ ਚ ਦੁੱਖ ਤੇ ਪਿਆਰ ਦੀ ਕੋਈ ਅੱਗ ਬਲਦੀ ਪਈ ਸੀ ਉਸੇ ਬਲਦੀ ਅੱਗ ਵਿੱਚੋਂ ਨੇ ਇੱਕ ਥਿਲੀ ਖੇਤਾਂ ਨੂੰ ਲਾ ਛੱਡੀ ਸੀ ਉਹ ਸੋਚਦੀ ਸੀ ਸ਼ਾਇਦ ਉਹਦੇ ਭਰਾ ਨੂੰ ਇਹਨਾਂ ਵੀ ਪਤਾ ਨਹੀਂ ਹੋਣਾ ਕਿ ਅੱਜ ਕੱਲ ਰਸ਼ੀਦ ਦਾ ਛੱਤੂ ਆਣੀ ਨਹੀਂ ਰਹਿੰਦਾ ਪੂਰੋ ਨੇ ਡਾਲ ਜੀ ਆਪਣੀ ਮੰਜੀ ਤੇ ਲੰਮੀ ਪੈ ਗਈ ਖੂਹ ਦੀਆਂ ਟੰਡਾਂ ਵਾਂਗ ਦਲੀਲਾਂ ਉਹਦੇ ਮਨ 'ਚ ਗਿੜਦੀਆਂ ਰਹੀਆਂ ਪੂਰੋ ਦੀ ਅੱਖ ਲੱਗ ਗਈ ਅੱਗ ਦੀ ਅੱਗ ਉਹਦੇ ਸਾਹਮਣੇ ਲੱਗੀ ਸੀ ਘਾਹ ਦੇ ਤਣਕਿਆਂ ਤੋਂ ਲੈ ਕੇ ਪਿੱਪਲਾਂ ਦੀ ਉਚਾਈ ਤੱਕ ਸਭ ਕੁਝ ਪਿਆ ਸੜਦਾ ਸੀ ਫਿਰ ਉਹਨੇ ਸੁਪਨੇ 'ਚ ਵੇਖਿਆ ਇੱਕ ਸੋਹਣਾ ਜਵਾਨ ਮੁੰਡਾ ਅੱਗ ਦੀਆਂ ਬਲਦੀਆਂ ਲਾਟਾਂ ਕੋਲ ਬਹਿ ਕੇ ਆਪਣੇ ਹੱਥ ਪਿਆ ਸੇਕਦਾ ਸੀ ਉੱਤਰ ਪੱਖੇ ਜਾਗ ਪਈ ਉਹਦਾ ਬੰਦ ਬੰਦ ਕੇ ਦੁੱਖਦਾ ਸੀ ਉਹਨੂੰ ਜਾਪਿਆ ਕਿੰਨੇ ਚੇਰਾਂ ਤੋਂ ਉਹਦੀ ਛਾਤੀ 'ਚ ਜਿਹੜੀ ਤੁਕ-ਤੁਕੀ ਲੱਗੀ ਹੋਈ ਸੀ ਜਿਹਦੇ ਵਾਸਤੇ ਉਹ ਜਵੈਣ ਫੱਕਦੀ ਰਹੀ ਸੀ ਤੇ ਕਦੀ ਲੱਸੀ ਪੀਂਦੀ ਸੀ ਅੱਜ ਉਹਦੇ ਵਿੱਚੋਂ ਲੰਬੇ ਨਿਕਲ-ਨਿਕਲ ਕੇ ਉਹਦੇ ਪਿੰਡੇ ਨੂੰ ਪਏ ਲੱਗਦੇ ਸਨ ਪਰ ਫੁਰੂ ਨੂੰ ਸਮਝ ਨਹੀਂ ਸੀ ਲੱਗਦੀ ਕਿ ਇਸ ਗੱਲ ਵਿੱਚੋਂ ਉਹਦੇ ਪਿੰਡੇ ਨੂੰ ਸੇਕ ਪਿਆ ਲੱਗਦਾ ਸੀ ਕਿ ਭਰਾ ਦੇ ਪਿਆਰ ਦਾ ਨਿਕਿਆ ਆਉਂਦਾ ਸੀ ਅਗਲਾ ਅੰਗ ਹੈ 1947 ਜਿਵੇਂ ਇੱਕ ਖਖੜੀ ਫਾੜੀਆਂ ਫਾੜੀਆਂ ਹੋ ਜਾਂਦੀ ਐ ਸ਼ਹਿਰਾਂ ਵਿੱਚ ਪਿੰਡਾਂ ਵਿੱਚ ਲੋਕਾਂ ਨਾਲੋਂ ਲੋਕ ਪਾਟਦੇ ਜਾਂਦੇ ਸਨ ਜਿਵੇਂ ਉੱਡ ਉੱਡ ਕੇ ਰਾਵਾਂ ਤੋਂ ਧੂੜਾਂ ਉੱਡਦੀਆਂ ਹਨ ਲਾਗੇ ਦੀਆਂ ਕਸਬਿਆਂ ਤੋਂ ਖਬਰਾਂ ਆਉਂਦੀਆਂ ਆਦਮੀਆਂ ਦੇ ਆਦਮੀ ਪੇ ਮਰੀਂਦੇ ਸਨ ਘਰਾਂ ਦੇ ਘਰ ਸੜੀਂਦੇ ਸਨ ਗਵਾਂਢੀ ਨੂੰ ਗਵਾਂਢੀ ਪਿਆ ਕੱਪਦਾ ਸੀ ਰਾਹ ਲ ਜਾਂਦੇ ਨੂੰ ਰਾਹ ਜਾਂਦਾ ਵੱਡ ਜਾਂਦਾ ਸੀ ਲੋਕਾਂ ਦੀ ਜਾਨ ਸਲਾਮਤ ਨਹੀਂ ਸੀ ਲੋਕਾਂ ਦੇ ਮਾਲ ਸਲਾਮਤ ਨਹੀਂ ਸਨ ਉਹ ਰੋੱਖਾਂ ਨਾਲ ਵੇਂਦੀ ਕੰਨਾਂ ਨਾਲ ਸੁੰਦੀ ਉਹਦੀ ਆਪਣੇ ਤੇ ਦੁਵਾਲੇ ਦੇ ਪਿੰਡਾਂ ਵਿੱਚ ਲੋਕੀ ਘਰਾਂ ਵਿੱਚ ਲੋਹਿਆਂ ਲੋਹਾ ਪਿਆ ਇਕੱਠਾ ਕਰਦੇ ਸਨ ਲੋਕੀ ਆਪਣੇ ਲੋਹਿਆਂ ਨੂੰ ਸਾਂ ਪੇਚੜਵਾਂਦੇ ਸਨ ਲੋਕੀ ਘਰਾਂ ਦੇ ਕੋਠਿਆਂ ਚ ਟਾਂ ਪੇ ਕਰਦੇ ਸਨ ਲੋਕੀ ਛਵੀਆਂ ਤੇ ਟੋਕੇ ਸਾਂ 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 ਕੇ ਅੰਦਰ ਪੇਤਰਦੇ ਸਨ ਇੱਥੇ ਸਾਡਾ ਆਪਣਾ ਰਾਜ ਆਏਗਾ ਇੱਥੇ ਸਾਡੀ ਆਪਣੀ ਹਕੂਮਤ ਹੋਏਗੀ ਜਣਾ ਖਣਾ ਆਖਦਾ ਸੀ ਅਸਾ ਇੱਥੇ ਹਿੰਦੂ ਦਾ ਵੀ ਨਹੀਂ ਰਹਿਣ ਦੇਣਾ ਲੋਕੀ ਰੰਗਾਂ ਤੇ ਖਲੋਖ ਲੋਕੇ ਆਉਂਦੇ ਸਨ। ਕਦੀ ਇਹ ਵੀ ਹੋਈ ਸੁਣੀ। ਪੂਰੋ ਮੁੜ ਮੁੜ ਕੇ ਸੋਚਦੀ। ਭਲਾ ਇੰਨੀ ਖਲਖਤ ਕਿੱਥੇ ਜਾਏਗੀ? ਪੂਰੋ ਰਹਿ ਰਹਿ ਕੇ ਸੋਚਦੀ। ਐਵੇਂ ਲੋਕਾਂ ਨੂੰ 110 ਹੁੰਦਾ ਪੂਰੋ ਕਹਿੰਦੀ ਚੌ ਦਿਨਾਂ ਦਾ ਇਹ ਛੜਿਆ ਆਵੇਗਾ ਟੁੱਟ ਜਾਏਗਾ। ਪਰ ਲੋਕੀ ਸੰਕੇ ਜਿਵੇਂ ਕਿਸੇ ਨੂੰ ਹਲਕ ਪਿਆ ਹੁੰਦਾ। ਭੈੜੀਆਂ ਗੱਲਾਂ ਹੀ ਕਰਦੇ ਸਨ। ਕਿਤੋਂ ਵੀ ਚੰਗੀ ਸੋ ਨਹੀਂ ਸੀ ਆਉਂਦੀ। ਫਿਰ ਪੂਰੋ ਨੇ ਸੁਣਿਆ ਕਿ ਸ਼ਹਿਰਾਂ ਵਿੱਚ ਗਲੀਆਂ ਨਹੀਂ ਗਲੀਆਂ ਲਹੂ ਨਾਲ ਭਰ ਗਈਆਂ ਨੇ। ਬਜ਼ਾਰਾਂ ਦੇ ਬਜ਼ਾਰ ਮੁਰਦਿਆਂ ਨਾਲ ਵਿੱਚ ਗਏ ਨੇ ਮੋਈ ਹੋਏ ਲੋਕਾਂ ਕੋਲੋਂ ਬੋਹਾਂ ਪਈਆਂ ਆਉਂਦੀਆਂ ਸਨ ਕੋਈ ਉਹਨਾਂ ਨੂੰ ਛੜਦਾ ਫੁਕਦਾ ਨਹੀਂ ਸੀ ਕੋਈ ਉਹਨਾਂ ਨੂੰ ਦਬਦਾ ਰੋੜਦਾ ਨਹੀਂ ਸੀ ਲੋਕ ਆਂਦੇ ਸਨ ਇੰਨੇ ਮੁਰਦਿਆਂ ਦੀ ਸੜਿਆਂ ਨਾਲ ਸਾਰੇ ਮੁਲਕ 'ਚ ਬਿਮਾਰੀ ਪੈ ਜਾਏਗੀ ਫਿਰ ਉਸ ਬਰੇ ਦੀ 15 ਅਗਸਤ ਵੀ ਲੰਘ ਗਈ ਪੂਰੋ ਹਰਾਂ ਦੇ ਪਿੰਡ ਵਿੱਚ ਢੋਲ ਵੱਜੇ ਸਾਵੇ ਰੰਗ ਦੇ ਚੰਨ ਤਾਰੇ ਵਾਲੇ ਝੰਡੇ ਲੱਗੇ ਰੋਜ਼ ਮਸਜਿਦਾਂ ਇਕੱਠ ਹੁੰਦੇ ਤੇ ਪੂਰੇ ਰਾਂਦੇ ਪਿੰਡ ਵਿੱਚ ਸਾਰਿਆਂ ਹਿੰਦੂਆਂ ਦੇ ਮੂੰਹਾਂ ਉੱਤੇ ਜਿਵੇਂ ਕਿਸੇ ਨੇ ਹਲਦੀ ਦਾ ਪੋਚਾ ਫੇਰਿਆ ਹੋਇਆ ਸੀ ਫਿਰ ਪੂਰੋਂ ਨੇ ਸੁਣਿਆ ਕਿ ਕੁਝ ਸ਼ਹਿਰਾਂ ਦੀਆਂ ਹੱਦਾਂ ਬਣ ਗਈਆਂ ਸਨ ਉਰਾਰਲੇ ਪਾਸੇ ਮੁਸਲਮਾਨ ਰਹਿ ਗਏ ਸਨ ਪਰਲੇ ਪਾਸੇ ਸਾਰੇ ਹਿੰਦੂ ਚਲੇ ਗਏ ਸਨ ਫਿਰ ਉਹਦੇ ਸੁਣਨ ਚ ਆਇਆ ਪਰਲੇ ਪਾਸੇ ਉਹ ਮੁਸਲਮਾਨ ਮਰੀਂਦੇ ਕੁੱਟੀਂਦੇ ਪਏ ਹੁੰਦੇ ਸਨ ਕਈ ਉੱਥੇ ਮਰ ਗਏ ਸਨ ਕਈ ਰਾਵਾਂ ਵਿੱਚ ਮਰ ਗਏ ਸਨ ਕਈ ਆਕੇ ਮਰਦੇ ਪਏ ਸਨ ਪੁਰੋ ਦੇ ਕੰਨ ਜਿਵੇਂ ਸੁਣ ਸੁਣ ਕੇ ਪਾਟਦੇ ਪਏ ਹੋਣ ਉਹਨੇ ਸੁਣਿਆ ਮੁਸਲਮਾਨ ਹਿੰਦੂਆਂ ਦੀਆਂ ਕੁੜੀਆਂ ਨੂੰ ਤੇ ਹਿੰਦੂ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਚੁੱਕ ਚੁੱਕ ਕੇ ਲੈ ਗਏ ਸਨ ਕਈਆਂ ਨੇ ਘਰੀਂ ਪਾ ਲਈਆਂ ਸਨ ਕਈਆਂ ਨੇ ਮਾਰ ਛੱਡੀਆਂ ਤੇ ਕਈਆਂ ਨੂੰ ਨੰਗਿਆਂ ਕਰ ਕਰਕੇ ਗਲੀਆਂ ਤੇ ਬਾਜ਼ਾਰਾਂ 'ਚ ਫੇਰਾਂਦੇ ਪਏ ਸਨ ਗੁਜਰਾਤ ਦੇ ਉਹਨਾਂ ਪਿੰਡਾਂ ਵਿੱਚ ਜਿਹੜੇ ਪੁਰੋ ਦੇ ਪਿੰਡ ਨੂੰ ਲਾਗੇ-ਚਾਗੇ ਲੱਗਦੇ ਸਨ ਸਭਨਾਂ ਤੋਂ ਪਿੱਛੋਂ ਵਾਪਰੀ ਪੁਰੋ ਨੇ ਪੁਰੋ ਦੇ ਆਪਣੇ ਪਿੰਡ ਵਾਲੇ ਪੂਰੋਦੀ ਆਪਣੀ ਬਰਾਦਰੀ ਵਾਲੇ ਪੂਰੋਦੇ ਆਪਣੇ ਰਸ਼ੀਦੇ ਨੂੰ ਛੱਡ ਕੇ ਰਸ਼ੀਦੇ ਦੇ ਸਾਰੇ ਅੰਗ ਸਾਖ ਵੀ ਭੁੱਤੇ ਹੋਏ ਕਰਦੇ ਸਨ ਪੂਰੋਦੀ ਵਾਹ ਨਹੀਂ ਕਹਿੰਦੀ ਰਸ਼ੀਦੇ ਦੇ ਵੱਸ ਦੀ ਗੱਲ ਨਹੀਂ ਸੀ ਕਿ ਉਹ ਕਿਸੇ ਨੂੰ ਸਮਝਾਵੇ ਬੁਝਾਵੇ ਕੋੜਕ ਉਹਨਾਂ ਦੇ ਲਾਗਲੇ ਪਿੰਡਾਂ ਵਿੱਚੋਂ ਹਿੰਦੂ ਨਸਲ ਲੱਗ ਪਏ ਉਹਨਾਂ ਦੀਆਂ ਗਾਈਆਂ ਕਿੱਲਿਆਂ ਨਾਲ ਵਧੀਆਂ ਰਹੀਆਂ ਉਹਨਾਂ ਦੀਆਂ ਮੱਝਾਂ ਡਾਂ ਡਾਂ ਕਰਦੀਆਂ ਰਹੀਆਂ ਉਹਨਾਂ ਦੇ ਘਰ ਭਰੇ ਪਕੁੰਨੇ ਪਿੱਛੇ ਰਹਿ ਗਏ ਉਹਨਾਂ ਦੀਆਂ ਪੈਲੀਆਂ ਸਾਈਆਂ ਦੇ ਮੂੰਹ ਤੱਕਦੀਆਂ ਰਹੀਆਂ ਉਰਾਤ ਬਰਤੀ ਭੱਜਦੇ ਉਹ ਪਿੰਡ ਦੇ ਜੂਛੀ ਮਰੀਂਦੇ ਜਾਂਦੇ ਉਹ ਕੋਹਾਂ ਦੇ ਕੋ ਟੁੱਟ ਟੁਰ ਕੇ ਮੋਏ ਹੋਏ ਲੱਭਦੇ ਪੂਰੇ ਉਹਦੇ ਪਿੰਡ ਵਿੱਚ ਨਿਹਰੇ ਮੁਸਲਮਾਨ ਰਹਿ ਗਏ ਸਨ ਹਿੰਦੂ ਪਿੰਡ ਵਿੱਚ ਡੱਕੇ ਹੋਏ ਜਾਨਵਰਾਂ ਵਾਂਗ ਹਵੇਲੀ 'ਚ ਪਏ ਸਨ ਇੱਕ ਦਿਹਾੜੇ ਉਹਦੇ ਪਿੰਡ ਵਾਲਿਆਂ ਨੇ ਹਵੇਲੀ ਤੇ ਰਲ ਕੇ ਹਮਲਾ ਕੀਤਾ ਉਹਨਾਂ ਨੇ ਠਾਨੀ ਠਾਣੀ ਸੀ ਕਿ ਉਹ ਹਵੇਲੀ ਵਾਲਿਆਂ ਦੇ ਧੋੜਾ ਦੇਣਗੇ ਉਹਨਾਂ ਨੇ ਬੰਦ ਕਰਾਂ ਦੇ ਜੰਦਰੇ ਮਰੋੜ ਛੱਡੇ ਸਨ ਉਹਨਾਂ ਨੇ ਵਖੋ ਵਖੋ ਕਰਾਂ ਦੀ ਮਾਲਕੀ ਮਿੱਥ ਲਈ ਸੀ ਕਦੇ ਕੋਈ ਰਾਤ ਬਰਾਤੀ ਹਵੇਲੀ ਤੋਂ ਲਹਿੰਦਾ ਪੂਰੇ ਪਿੰਡ ਵਿੱਚ ਪਈ ਹੋਈ ਉਹਦੀ লাশ ਵੇਖ ਲੈਂਦੀ ਇੱਕ ਦਿਹਾੜਾ ਕਿਵੇਂ ਨਾ ਕਿਵੇਂ ਉਹਨਾਂ ਨੇ ਹਵੇਲੀ ਦੇ ਬੂਏ ਬਾਰੀਆਂ ਉੱਤੇ ਤੇਲ ਪਾ ਲਿਆ ਸੀ ਤੇਲ ਨਾਲ ਭਿੱਜੀਆਂ ਹੋਈਆਂ ਬਾਰੀਆਂ ਨੂੰ ਉਹਨਾਂ ਨੇ ਚਿਬਾਤੀ ਲਾ ਲਈ ਸੀ ਜਦੋਂ Hindu military ਦੇ ਟਰੱਕ ਉਹਨਾਂ ਦੇ ਪਿੰਡ 'ਚ ਆ ਗਏ ਹਵੇਲੀ ਦੇ ਅੰਦਰੋਂ ਅੱਗ ਅੱਗ ਦੇ ਲਾਬਿਆਂ ਜੇਡੀਆਂ ਉੱਚੀਆਂ ਉੱਚੀਆਂ ਚੀਕਾਂ ਪਿਆ ਨਿਕਲਦੀਆਂ ਸਨ ਜਦੋਂ ਮਿਲਟਰੀ ਨੇ ਅੱਗ ਬੁਝਾਈ ਜਦੋਂ ਮਿਲਟਰੀ ਨੇ ਅੰਦਰੋਂ ਲੋਕੀ ਕੱਢੇ ਔਕ ਦੇ ਤੇ ਤੁਖ ਦੇ ਲੋਕੀ ਉਹਨਾਂ ਲਾਰੀਆਂ ਚ ਬਿਠਾ ਲਏ। ਉਹਨਾਂ ਨੇ ਤਿੰਨ ਅੱਧ ਸੜੇ ਹੋਏ ਬੰਦਿਆਂ ਨੂੰ ਕੱਢਿਆ ਜਿਨ੍ਹਾਂ ਦੇ ਪਿੰਡੇ ਵਿੱਚੋਂ ਚਰਬੀ ਪੀ ਵਗਦੀ ਸੀ। ਜਿਨ੍ਹਾਂ ਦਾ ਮਾਸ ਅੱਗ ਵਿੱਚ ਭੁਜ ਭੁਜ ਕੇ ਹੱਡੀਆਂ ਨਾਲੋਂ ਵੱਖਰ ਲਮਕਦਾ ਪਿਆ ਸੀ। ਅਰਕਾਂ ਤੇ ਗੋਡਿਆਂ ਤੋਂ ਜਿਨ੍ਹਾਂ ਦਾ ਅੰਦਰਲਾ ਪਿੰਜਰ ਬਾਹਰ ਨੂੰ ਨਿਕਲਿਆ ਹੋਇਆ ਸੀ। ਲਾਰੀਆਂ ਵਿੱਚ ਲੋਕਾਂ ਦੀ ਬਹਿੰਦਿਆਂ ਬਹਨੇ ਹੀ ਉਹਨਾਂ ਤ੍ਰੇਮਾਂ ਨੇ ਜਾਨ ਤੋੜ ਦਿੱਤੀ ਸੀ। ਉਹਨਾਂ ਦੀਆਂ ਲਾਸ਼ਾਂ ਨੂੰ ਉੱਥੇ ਭੁੰਜੇ ਸੁੱਟ ਕੇ ਲਾਰੀਆਂ ਤੁਰ ਪਈਆਂ ਸਨ। ਉਹਨਾਂ ਦੇ ਘਰਾਂ ਵਾਲੇ ਚੀਕਦੇ ਰਹਿ ਗਏ ਸਨ ਪਰ ਮਿਲਟਰੀ ਕੋਲੋਂ ਉਹਨਾਂ ਨੂੰ ਸਾੜਨ ਫੂਕਣ ਦਾ ਵੀ ਨਹੀਂ ਸੀ ਪੂਰੋ ਰੰ ਦਾ ਪਿੰਡ ਸਖਣਾ ਹੋ ਗਿਆ ਸੀ ਪਰਾਇ ਕੌਮ ਦਾ ਕੋਈ ਵੀ ਬੰਦਾ ਬਾਕੀ ਨਹੀਂ ਸੀ ਰਿਆ ਸਿਰਫ ਤਿੰਨ ਸੜੀਆਂ ਹੋਈਆਂ ਲਾਸ਼ਾਂ ਹਵੇਲੀ ਦੇ ਅੱਗੇ ਪਈਆਂ ਸਨ ਜਿਨ੍ਹਾਂ ਦੇ ਪਿੰਜਰਾ ਉੱਤੇ ਰਹੇ ਹੋਏ ਮਾਸ ਨੂੰ ਦੋ ਦਿਨਾਂ ਵਿੱਚ ਹੀ ਪਿੰਡ ਦੇ ਖਾਵਾ ਕੁੱਤਿਆਂ ਨੇ ਲਾ ਲਿਆ ਸੀ ਪਿੰਜਰਾ ਜੇ ਵੀ ਅੱਧੀ ਸੜੀ ਹੋਈ ਹਵੇਲੀ ਦੇ ਸਾਹਮਣੇ ਪਈ ਸਨ ਪੂਰੋ ਦੀਆਂ ਦੋਹਾਂ ਅੱਖਾਂ ਵਿੱਚ ਜਿਵੇਂ ਕਿਸੇ ਸ਼ੀਸ਼ੇ ਦੀਆਂ ਕੰਕਰਾਂ ਪਾ ਦਿੱਤੀਆਂ ਹੋਆਂ ਇਕ ਦਿਨ ਪੂਰੋ ਨੇ ਤੱਕਿਆ 10-12 ਮੰਚਲੇ ਜੇ ਮੁੰਡੇ ਇੱਕ ਨੰਗੀ ਜਵਾਨ ਕੁੜੀ ਨੂੰ ਆਪਣੇ ਅੱਗੇ ਲਾ ਕੇ ਦੋਹਾਂ ਹੱਥਾਂ ਨਾਲ ਢੋਲਟ ਮੱਕੇ ਵਜਾਉਂਦੇ। ਉਹਦੇ ਪਿੰਡ ਕੋਲੋਂ ਲੰਘੇ ਸਨ ਪਤਾ ਨਹੀਂ ਕਿਹੜੇ ਪਿੰਡੋਂ ਆਏ ਤੇ ਕਿਹੜੇ ਪਿੰਡ ਚੱਲੇ ਸਨ। ਪੂਰੋ ਨੂੰ ਇਹ ਵੀ ਲੱਗਦਾ ਜਿਵੇਂ ਇਸ ਦੁਨੀਆ 'ਚ ਜਿਉਣਾ ਹੀ ਹਰਾਮ ਏ। ਇਸ ਜੱਗ 'ਚ ਧੀ ਦਾ ਜੰਮਣਾ ਹੀ ਹਰਾਮ ਏ। ਉਸੇ ਸ਼ਾਮ ਨੂੰ ਪੂਰੋ ਨੇ ਗੰਨਿਆਂ ਦੇ ਖੇਤ 'ਚ ਲੁਕੀ ਹੋਈ ਇੱਕ ਜਵਾਨ ਕੁੜੀ ਤੱਕੀ ਜਿਹਨੂੰ ਰਾਤ ਦੇ ਘੁਬਨੇਰੇ 'ਚ ਆਪਣੇ ਘਰ ਲਿਆਇਆ। ਇਸ ਕੁੜੀ ਨੇ ਪੂਰੋ ਨੂੰ ਦੱਸਿਆ ਕਿ ਨਾਲ ਦੇ ਪਿੰਡ 'ਚ ਇੱਕ ਕੈਂਪ ਬਣਿਆ ਸੀ ਜਿੱਥੇ ਪਿੰਡ ਦੇ ਹਿੰਦੂ ਇਕੱਠੇ ਹੋ ਕੇ ਆਪਣੀ ਵਾਰ ਪੇਉਂਦੀਕਦੇ ਸਨ ਕਿ ਮਿਲਟਰੀ ਉਹਨਾਂ ਨੂੰ ਉੱਥੋਂ ਇੱਥੋਂ ਕੱਢ ਕੇ ਪਰਲੇ ਪਾਸੇ ਹਿੰਦੁਸਤਾਨ ਲੈ ਜਾਏਗੀ ਇਸ ਪਾਸੇ ਦੀ ਫੌਜ ਕੈਂਪ ਦੀ ਰਾਖੀ ਕਰਦੀ ਸੀ ਪਰ ਰੋਜ਼ ਰਾਤ ਨੂੰ ਕੁਝ ਮੁਸਲਮਾਨ ਆ ਕੇ ਚੋਰੀ-ਛਿਪੀ ਕੈਂਪ ਦੀਆਂ ਜਵਾਨ ਕੁੜੀਆਂ ਚੁਣ ਕੇ ਲੈ ਜਾਂਦੇ ਸਨ ਤੇ ਦੂਸਰੀ ਪਲਕ ਸਵੇਰ ਸਰ ਵਾਪਸ ਛੱਡ ਜਾਂਦੇ ਸਨ ਉਸ ਕੁੜੀ ਨੇ ਪੂਰੋ ਨੂੰ ਦੱਸਿਆ ਕਿ ਪੂਰੀਆਂ 9 ਰਾਤਾਂ ਹੋ ਗਈਆਂ ਸਨ ਉਹਨੂੰ ਰੋਜ਼ ਰਾਤੀ ਨਵੇਂ ਤੋਂ ਨਵੇਂ ਲੋਕਾਂ ਦੇ ਘਰ ਜਾਣਾ ਪੈਂਦਾ ਸੀ ਅੱਜ ਤੋਂ ਪਿਛਲੀ ਰਾਤ ਉਹ ਕਿਵੇਂ ਨਾ ਕਿਵੇਂ ਆਪਣੇ ਲਜਾਣ ਵਾਲੇ ਨੂੰ ਧੋਖਾ ਦੇ ਕੇ ਨਸ ਆਈ ਸੀ ਨਸਤੇ ਨਸਤੀ ਹੋਏ ਇਸ ਪਿੰਡ ਚ ਆ ਪਹੁੰਚੀ ਸੀ ਜਦੋਂ ਸਵੇਰ ਦਾ ਚਾਨਣ ਫੁੱਟ ਪਿਆ ਸੀ ਉਹਨੂੰ ਪਤਾ ਨਹੀਂ ਸੀ ਲੱਗਦਾ ਉਹ ਕਿੱਥੇ ਜਾਵੇ ਉਹ ਦਿਨ ਦਾ ਸਾਰਾ ਵੇਲਾ ਕਮਾਦ ਵਿੱਚ ਦੜਬਟ ਕੇ ਭੁੱਖੀ ਪਈ ਰਹੀ ਸੀ ਪੂਰੋ ਸੁਣ ਕੇ ਬੌਂਦਰ ਗਈ ਉਸ ਕੋਲ ਸੁਣਨਾ ਹੁੰਦਾ ਉਸ ਕੋਲ ਮੰਨਣਾ ਹੁੰਦਾ ਪੂਰੋ ਨੇ ਕੁੜੀ ਨੂੰ ਪਿਛਲੇ ਅੰਦਰ ਪਾ ਲਿਆ ਉਸੰਦਰ ਉਹਨਾਂ ਦੀ ਕਣਕ ਪਈ ਸੀ ਮੱਝ ਦਾ ਵੰਡ ਗੁੜੇ ਮਾਪਿਆ ਸੀ ਦੂਸਰੇ ਦਿਹਾੜੇ ਦੋ ਬੰਦੇ ਭੌਂਦੇ ਭੌਂਦੇ ਆਏ ਸਾਰੇ ਪਿੰਡ ਕੋਲ ਉਹਨਾਂ ਨੇ ਪੜਤਾਲਿਆ ਕਿ ਕਿਸੇ ਨੇ ਇੱਕ ਕੁੜੀ ਤੱਕੀ ਉਹ ਪਿੰਡ ਦੇ ਵੇੜਿਆਂ ਵਿੱਚ ਵੀ ਤਾਕ ਝਾਕ ਗਏ ਪਰ ਕੁੜੀ ਦੀ ਸੂ ਕਿਸੇ ਨੂੰ ਨਾ ਲੱਗੇ ਪੁਰੋ ਨੂੰ ਪਤਾ ਨਹੀਂ ਸੀ ਲੱਗਦਾ ਕਿ ਹੁਣ ਵੀ ਇਸ ਧਰਤੀ ਵਿੱਚੋਂ ਕਣਕ ਦੇ ਉਸੇ ਤਰ੍ਹਾਂ ਸੁਨਹਿਰੀ ਸਿੱਟੇ ਨਿਕਲਣਗੇ ਜਿਸ ਧਰਤੀ ਦੇ ਹੇਠੂ ਮਨੁੱਖਾਂ ਦਾ ਲਹੂ ਜੰਮ ਗਿਆ ਹੋਇਆ ਸੀ ਕੀ ਇਸ ਧਰਤੀ ਉੱਤੇ ਮੱਕੀ ਦੇ ਸਿੱਟਿਆਂ ਵਿੱਚੋਂ ਉਸੇ ਤਰ੍ਹਾਂ ਦੀ ਖੁਸ਼ਬੂ ਨਿਕਲੇਗੀ ਜਿਸ ਦੀਆਂ ਵੱਟਾਂ ਉੱਤੇ ਮੁਰਦੇ ਪਏ ਛੜਦੇ ਸਨ ਕੀ ਇਹ ਤ੍ਰਿੰਤਾ ਇਹਨਾਂ ਮਰਦਾਂ ਵਾਸਤੇ ਫੇਰ ਵੀ ਪੁੱਤਰ ਜੰਮਣਗੇ ਜਿਨ੍ਹਾਂ ਨੇ ਇਹਨਾਂ ਤ੍ਰਿੰਤਾ ਦੀਆਂ ਆਪਣੀਆਂ ਤ੍ਰਿੰਤਾ ਪਹਿਣਾ ਨੂੰ ਇਸ ਤਰ੍ਹਾਂ ਰੋਲਿਆ ਸੀ ਪੂਰੋ ਦੇ ਪਿੰਡ ਅੱਗੇ ਲੰਘਦਾ ਕਾਫਲਾ ਆਇਆ ਲੋਕੀ ਦੇ ਪੈਦਲ 'ਤੇ ਤੁਰਦੇ ਸਨ ਲੋਕਾਂ ਨੇ ਇੱਕ ਇੱਕ ਗੱਡੇ 'ਚ ਬਾਲਾਂ ਦੇ ਬਾਲ ਤੂੜੇ ਹੋਏ ਸਨ ਉਹਦੇ ਜੇ ਸਪਾਈ ਲੋਕਾਂ ਦੇ ਅੱਗੇ ਸਨ ਕੁਝ ਲੋਕਾਂ ਦੇ ਪਿੱਛੇ-ਪਿੱਛੇ ਸਨ ਲੋਕਾਂ ਦੀਆਂ ਅੱਖਾਂ ਲੱਥੀਆਂ ਹੋਈਆਂ ਸਨ ਰਾਵਾਂ ਦਾ ਘਟਾ ਉੱਡ-ਉਡ ਕੇ ਭੈੜੀ ਕਿਸਮਤ ਵਾਂਗ ਉਹਨਾਂ ਦੇ ਮੂੰਹ 'ਤੇ ਰੁੱਤੇ ਪਿਆ ਸੀ ਕਾਫਲੇ ਨੂੰ ਉਹ ਰਾਤ ਪਰ ਪੂਰ ਰਾਤ ਪੂਰ ਉਹਨਾਂ ਦੇ ਪਿੰਡ ਆਈ ਪੂਰੋ ਦਾ ਜੀਠਾਵੇਂ ਨਾ ਪਵੇ ਪੂਰੋ ਨੂੰ ਇੱਕੋ ਗੱਲ ਸੁਝੇ ਕਿ ਸੜਕ ਰਤੋਵਾਲ ਵੱਲੋਂ ਆਉਂਦੀ ਹੈ ਕਾਫਲੇ 'ਚ ਜ਼ਰੂਰ ਉਹਦਾ ਰਾਮਚੰਦ ਹੋਣਾ ਇੱਕ ਆਖਰੀ ਮੇਲਾ ਬਸ ਇੱਕ ਵਾਰੀ ਆਖਰੀ ਵਾਰੀ ਉਸ ਤੋਂ ਬਾਅਦ ਕਦੇ ਉਹਨੇ ਉਹਦੀ ਸੂ ਨਹੀਂ ਸੁਣੀ ਉਸ ਤੋਂ ਬਾਅਦ ਕਦੇ ਉਹਨੂੰ ਉਹਦੇ ਪਿੰਡ ਦੀ ਵਾ ਨਹੀਂ ਆਣੀ ਕਾਫਲੇ ਵਾਲੇ ਬੱਚੇ ਖੁਚੇ ਗਹਿਣੇ ਤੇ ਰੁਪਈਏ ਦੇ ਕੇ ਰਾਹ ਦੇ ਪਿੰਡਾਂ ਕੋਲੋਂ ਅੰਨ ਦਾਣਾ ਮੁੱਲ ਲੈਂਦੇ ਸਨ ਪਿੰਡਾਂ ਵਿੱਚੋਂ ਕੁਝ ਮਰਦ ਤਰੀਮਤਾਂ ਜਾ ਕੇ ਉਹਨਾਂ ਨਾਲ ਸੌਦਾ ਕਰ ਲੈਂਦੇ ਸਨ ਤੇ ਪਹਿਰੇ ਵਾਲੇ ਸਿਪਾਈਆਂ ਦੀ ਦੇਖ ਰਿਕ ਚ ਸੋਨੇ ਦੇ ਭਾਅ ਆਪਣਾ ਮੱਕੀ ਬਾਦਰਾ ਵੇਚ ਦਿੰਦੇ ਸਨ ਇਸੇ ਪੱਜਪੂਰੋ ਨੇ ਕਾਫਲੇ ਉੱਤੇ ਨਜ਼ਰ ਮਾਰੀ ਪੂਰੋ ਨੇ ਕਾਫਲੇ ਵਿੱਚ ਬੈਠੇ ਹੋਏ ਰਾਮਚੰਦ ਨੂੰ ਵੇਖਿਆ। ਰਾਮਚੰਦ ਨੇ ਰਤੂਵਾਲ ਦੀਆਂ ਪਹਿਲੀਆਂ ਚ ਖਲੋਤੀ ਅਤਰੂਆਂ ਨਾਲ ਭਿੱਜੇ ਹੋਏ ਮੂੰਹ ਵਾਲੇ ਪੂਰੋ ਦਾ ਮੂੰਹ ਪਛਾਣਿਆ। ਰਤੂਵਾਲ ਦੀਆਂ ਪਹਿਲੀਆਂ ਚ ਪੂਰੋ ਦਾ ਮੂੰਹ ਪੂਰੋ ਦੇ ਡੁੱਲ ਦੇ ਗੱਟ ਦੇ ਬੰਨਿਆ ਹੋਇਆ ਸੀ ਤੇ ਅੱਜ ਪੂਰੋ ਦਾ ਮੂੰਹ ਕੋਲ ਖਲੋਤੇ ਪਹਿਰੇ ਦੇ ਸਪਾਈਆਂ ਨੇ ਬੰਨਿਆ ਸੀ। ਪੂਰੋ ਕੁਝ ਕਹਿ ਨਾ ਸਕੀ। ਤੁਹਾਨੂੰ ਅੰਨ ਦਾਣਾ ਲੁੜਿੰਦਾ ਹੋਵੇਗਾ। ਫਿਰ ਪੂਰੋ ਨੇ ਰਾਮਚੰਦ ਵੱਲ ਮੂੰਹ ਕਰਕੇ ਆਖਿਆ, "ਹਾਂ। ਰਾਮਚੰਦ ਦੀ ਅੱਖ ਪੂਰੋ ਦੇ ਮੂੰਹ ਤੋਂ ਪਰਾ ਨਹੀਂ ਸੀ ਹੁੰਦੀ। ਸ਼ਾਇਦ ਅਜੇ ਵੀ ਉਹ ਪਛਾਣਦਾ ਫਿਆ ਸੀ। ਚੰਗਾ, ਮੁੱਲ ਤਿਆਰ ਰੱਖਣਾ। ਮੈਂ ਰਾਤੀ ਆ ਪੜਾ ਜਾਵਾਂਗੀ। ਕੋਲ ਖਲੋਤੇ ਹੋਏ ਸਿਪਾਹੀਵਲ ਵੇਖ ਕੇ ਪੂਰੋ ਨੇ ਰਾਮਚੰਦ ਵੱਲ ਵੇਖਿਆ ਤੇ ਮੁੜਾਈ। ਪੂਰੋ ਨੇ ਰਸ਼ੀਦੇ ਨੂੰ ਕਿਹਾ ਕਿ ਘਰ 'ਚ ਛੁਪੀ ਹੋਈ ਕੁੜੀ ਨੂੰ ਉਹਨੇ ਕਾਫਲੇ 'ਚ ਰਲਵਾਉਣਾ ਸੀ ਤੇ ਪੂਰੋ ਆਟੇ ਤੇ ਮਿੱਟੀ ਦੇ ਕੁਜੇ ਵਿੱਚ ਪਏ ਹੋਏ ਘਿਓ ਦੀ ਗੰਢ ਬਣ ਕੇ ਕੁੜੀ ਨੂੰ ਨਾਲ ਲੈ ਕੇ ਰਾਤ ਦੇ ਹਨੇਰੇ 'ਚ ਸੁੱਤੇ ਪੇ ਕਾਫਲੇ ਵੱਲ ਚਲੀ ਗਈ ਸਾਰੀ ਸਾਰੀ ਦਿਹਾੜ ਤੁਰ ਕੇ ਲੋਕੀ ਤਰੁੱਟੇ ਪਏ ਸਨ ਹਰ ਵੇਲੇ ਦਾ ਖਤਰਾ ਭਾਵੇਂ ਉਹਨਾਂ ਦੇ ਸਿਰ ਉੱਤੇ ਰਾਮ ਚੰਮ ਠੱਹਾ ਵਾਂਗ ਲਟਕਦਾ ਪਿਆ ਸੀ ਪਰ ਫਿਰ ਵੀ ਲੋਕੀ ਘੇੜੇ ਘੋੜੇ ਵੇਚ ਕੇ ਸੁੱਤੇ ਪਏ ਸਨ ਮੈਂ ਰਾਤੀ ਆਪਣਾ ਜਾਵਾਂਗੀ ਰਾਮਚੰਦ ਦੇ ਕੰਨਾਂ ਵਿੱਚ ਪੂਰੋ ਦੀ ਆਵਾਜ਼ ਤਰਕਾਲਾਂ ਵੇਲੇ ਦੀ ਪਈ ਗੁੰਦੀ ਸੀ ਰਾਮਚੰਦ ਰਾਤ ਦੇ ਸੁਨਹਰੇ ਚ ਕਿਸੇ ਦੇ ਪੈਰਾਂ ਦੀਆਂ ਬਿੜਕਾਂ ਪਿਆ ਲੈਂਦਾ ਸੀ ਬੈਨੇਦੀਸ ਬਾਈਫਰ ਤੁਰ ਕੇ ਪੈਰਾ ਦੰਦੇ ਸੰ ਜਦੋਂ ਪੂਰੋ ਪੱਬਾਂ ਦੇ ਭਾਰ ਤੁਰ ਤੁਰ ਕੇ ਕਾਫਲੇ ਚਾਰਲੇ ਰਾਮਚੰਦ ਦੇ ਅੱਗੇ ਉਹਨੇ ਸਿਰ ਦੀ ਗੰਢ ਰੱਖੀ ਤੇ ਨਾਲ ਕੁੜੀ ਨੂੰ ਬਿਠਾ ਦਿੱਤਾ ਤੂੰ ਪੂਰੋ ਹੀ ਨਾ ਤੂੰ ਪੂਰੋ ਹੀ ਹੈ ਨਾ ਰਾਮਚੰਦ ਨੇ ਅੱਜ ਵੀ ਰਤੋਵਾਲ ਦੀਆਂ ਪਹਿਲੀਆਂ ਵਾਲਾ ਸਵਾਲ ਕੀਤਾ ਅਜੇ ਵੀ ਕੁਝ ਪੁੱਛਣਾ ਬਾਕੀ ਹੈ ਅੱਜ ਪੂਰੋ ਨੇ ਇੱਕ ਨਿਹੁਰੇ ਨਾਲ ਆਖਿਆ ਕਿ ਪੂਰੋ ਦੀ ਸਾਰੀ ਜ਼ਿੰਦਗੀ ਵਿੱਚ ਉਹਦੇ ਨਾਲ ਪਹਿਲਾ ਤੇ ਅਖੇਰੀ ਉਲੰਭਾ ਸੀ रामचंद ਨੇ ਸਿਰ ਨੀਮਾ ਪਾਲਿਆ ਮੇਰੇ ਮਾਂ ਪਿਓ ਦੀ ਕੋਈ ਖਬਰ ਪੁਰੋ ਨੇ ਇੱਕ ਸਾਹ ਭਰ ਕੇ ਪੁੱਛਿਆ ਉਹ ਤੇ ਜਦੋਂ ਦਾ ਵਿਆਹ ਕਰਕੇ ਗਏ ਨੇ ਮੁੜ ਨਹੀਂ ਪਰਤੇ ਪਰ रामचंद ਕਹਿੰਦਾ ਖਲੋ ਗਿਆ ਵਿਆਹ ਕਿਹਦਾ ਵਿਆਹ ਪੁਰੋ ਨੂੰ ਸਮਝ ਨਹੀਂ ਸੀ ਪਈ ਤੇਰੇ ਗਵਾਚ ਜਾਣ ਪਿੱਛੇ ਉਹਨਾਂ ਨੇ ਚੁਪਾਤੇ ਕਿਰਾਤ ਤੇਰੀ ਛੋਟੀ ਭੈਣ ਨਾਲ ਮੇਰੀਆਂ ਲਾਵਾਂ ਦਿੱਤੀਆਂ ਤੇ ਤੇਰੀ ਭਰਾ ਨਾਲ ਮੇਰੀ ਭੈਣ ਦੀਆਂ ਲਾਵਾਂ ਹੋਈਆਂ ਉਹ ਦਿਨ ਤੋਂ ਪਿੰਡ ਨਹੀਂ ਪਰਤੇ ਅੱਜਕੱਲ ਵੀ ਸਿਆਮ ਰਹਿੰਦੇ ਨੇ ਪਰ ਪਰ ਰਾਮਚੰਦ ਫੇਰ ਕਹਿੰਦਾ ਕਹਿੰਦਾ ਰੁਕ ਗਿਆ ਮੇਰੀ ਭੈਣ ਤਾਂ ਤੇ ਉਹ ਵੀ ਕਾਫਲੇ 'ਚ ਹੋਣੀ ਹੈ ਪੂਰੇ ਵਕਤ ਪੂਰੇ ਵਾਸਤੇ ਰਾਮਚੰਦ ਨਾਲ ਆਪਣੀ ਭੈਣ ਦੇ ਵਿਆਹ ਦੀ ਖਬਰ ਬਿਲਕੁਲ ਨਵੀਂ ਸੀ ਨਹੀਂ ਪਿਛਲੇ ਦਿਨਾਂ 'ਚ ਤੇਰਾ ਭਰਾ ਆਇਆ ਸੀ ਉਹ ਆਪਣੀ ਧੀ ਨੂੰ ਪੇਕੇ ਛੱਡ ਗਿਆ ਸੀ ਤੇ ਭੈਣ ਨੂੰ ਪੇਕੇ ਲੈ ਗਿਆ ਸੀ ਜਿਉਂ ਇੱਥੇ ਹੁੰਦੀ ਤਾਂ ਉਹ ਵੀ ਰਾਮਚੰਦ ਦੀਆਂ ਅੱਖਾਂ 'ਚ ਛਮ-ਛਮ ਧਰੂਵਰਿਆ ਇਸਾ ਉਹ ਵੀ ਕੀ ਹੋਇਆ ਉਹਨੂੰ ਪੁਰੋ ਨੂੰ ਸਮਝ ਨਹੀਂ ਸੀ ਆਪੇ ਪਤਾ ਨਹੀਂ ਲੱਗਾ ਕਿਹੜੇ ਵੇਲੇ ਮੇਰੀ ਭੈਣ ਚੁੱਕੀ ਗਈ ਏ ਘਰੋਂ ਨਿਕਲਣ ਲੱਗਿਆ ਨਾਲ ਸੀ ਮੈਂ ਬੁੱਢੀ ਮਾਂ ਨੂੰ ਕਿੱਟ ਦੇ ਚੁੱਕ ਕੇ ਕਾਫਲੇ 'ਚ ਰਲਿਆ ਵਾਂ ਉਹ ਮੇਰੇ ਪਿੱਛੇ ਲੱਗੀ ਆਉਂਦੀ ਸੀ ਪਰ ਕਾਫਲੇ ਵਿੱਚ ਹੈ ਨਹੀਂ ਰਾਮਚੰਦ ਨੇ ਉੱਚੇ ਨਿਕਲਦੇ ਸਾਂ ਨੂੰ ਰੋਕ ਰੋਕ ਕੇ ਆਖਿਆ ਰਾਮਚੰਦ ਦੀਆਂ ਭੂਬਾਂ ਨਿਕਲ ਰਹੀਆਂ ਸਨ ਪਰ ਉਹਨੇ ਆਪਣੀ ਪੱਗ ਦਾ ਨੜਕ ਆਪਣੇ ਮੂੰਹ 'ਚ ਪਾ ਲਿਆ ਮੇਰੀ ਮਾਂ ਪਿੱਟ-ਪਿੱਟ ਕੇ ਨੀਲੀ ਹੋ ਗਈ ਏ ਰਾਮਚੰਦ ਨੇ ਕਿਹਾ ਪੂਰੋ ਦੀਆਂ ਆਂਦਰਾਂ ਵਿੱਚ ਆਂਦਰਾ ਇੱਕ ਵਲੇਟ ਖਾ ਕੇ ਇਕੱਠੀਆਂ ਹੋ ਗਈਆਂ ਕਿਤੇ ਪਤਾ ਕਰੀਂ ਜੇ ਕੋਈ ਸੂ ਲੱਗ ਜਾਏ ਖੋਰੇ ਮਰ ਗਈ ਏ ਕਿ ਜਿਉਂਦੀ ਰਾਮਚੰਦ ਨੇ ਅਖੀਰੀ ਵਾਹ ਨਾ ਲਾਖਿਆ ਆਂਦਰਾ ਵਿੱਚੋਂ ਉੱਠਦੀ ਪੀੜ ਨਾਲ ਪੂਰੋਂ ਕੋਲੋਂ ਬੋਲ ਨਾ ਹੋਇਆ ਲਾਜੂ ਸ਼ਾਇਦ ਉਹਦਾ ਨਾਂ ਏ ਪੂਰੋਂ ਨੂੰ ਪੁਰਾਣੀ ਯਾਦ ਆਈ ਆਪਣੀ ਮੰਗਣੀ ਵੇਲੇ ਉਹਨੇ ਆਪਣੇ ਭਰਾ ਦੀ ਮੰਗੇਤਰ ਦਾ ਨਾਂ ਸੁਣਿਆ ਸੀ ਆਹੂ ਦੀ ਬਾਹ ਤੇ ਵੀ ਉਹਦਾ ਨਾਂ ਸੁਣਿਆ ਹੋਇਆ ਰਾਮਚੰਦ ਦਸਤਾ ਪਿਆ ਸੀ ਸਪਾਈ ਉੰਜ ਦੇ ਉੰਜ ਪਹਿਰਾ ਦਿੰਦੇ ਪਏ ਸਨ ਸੁੱਤੇ ਪਏ ਲੋਕਾਂ ਵਿੱਚ ਬੈਠੇ ਹੋਏ ਰਾਮਚੰਦ ਤੇ ਪੂਰੋ ਹੌਲੀ-ਹੌਲੀ ਗੱਲਾਂ ਭੀ ਕਰਦੇ ਸਨ ਐਸ ਕੁੜੀ ਨੂੰ ਮੈਂ ਸੌਂਪਣਾ ਏ ਇਹਨੂੰ ਆਪਣੇ ਕਾਫਲੇ ਚ ਲੈ ਜਾਓ ਹਿੰਦੁਸਤਾਨ ਜਾ ਕੇ ਪਤਾ ਕਰਨਾ ਜੇ ਇਸ ਸ਼ੋਦੀ ਦੇ ਮਾਪਿਓ ਲੱਭ ਗਏ ਤਾਂ ਪੂਰੋ ਨੇ ਕੁੜੀ ਦੀ ਬਾਹ ਰਾਮਚੰਦ ਨੂੰ ਫੜਾਤੀ ਮੇਰਾ ਭਰਾ ਇੱਥੇ ਆਇਆ ਸੀ ਜੇ ਮੈਂ ਕਦੇ ਉਹਨੂੰ ਇੱਕ ਵਾਰੀ ਵੇਖ ਸਕਦੀ ਪੂਰੋ ਨੇ ਡਾਡਾ ਹਰਾ ਹਰਾਸ ਕੇ ਆਕਿਆ ਪਿਛਲੇ ਦਿਨੀ ਜਦੋਂ ਛੱਤ ਤੋਂ ਆਣੀ ਦੀਆਂ ਤੁਹਾਡੀਆਂ ਪਹਿਲੀਆਂ ਚੱਗ ਲੱਗੀ ਸੀ ਯਾਦੀ ਰਾਮਚੰਦ ਕਹਿੰਦਾ ਪਿਆ ਸੀ ਅੱਗ ਹਾਂ ਅੱਗ ਲੱਗੀ ਸੀ ਕਿ ਇਹ ਗੱਲ ਸੱਚ ਸੀ ਕਿ ਮੇਰੇ ਭਰਾ ਨੇ ਉਹ ਅੱਗ ਲਾਈ ਸੀ ਪੂਰੋ ਨੂੰ ਉਸ ਦਿਨ ਦਾ ਚੇਤਾ ਆ ਗਿਆ ਜਦੋਂ ਰਸ਼ੀਦੇ ਨੇ ਇਹ ਅਫਵਾਹ ਦੱਸੀ ਸੀ ਹਾਂ ਉਸੇ ਨੇ ਲਾਈ ਸੀ ਤੇਰਾ ਤੇ ਉਹਨੂੰ ਪਤਾ ਨਹੀਂ ਸੀ ਕਿ ਕਿੱਥੇ ਰਹਿਣੀ ਹੈ ਉਹਨੇ ਗੁੱਸੇ ਚ ਆ ਕੇ ਰਸ਼ੀਦੇ ਦੀਆਂ ਪਹਿਲੀਆਂ ਫੂਕ ਛੱਡੀਆਂ ਪੂਰੋ ਨੂੰ ਇੱਕ ਹਿਰਖ ਆਇਆ ਉਹਦਾ ਭਰਾ ਹੁਣ ਜਵਾਨ ਹੋ ਗਿਆ ਸੀ ਉਦੇ ਦਿਲ ਚ ਭੈਣ ਦਾ ਬਦਲਾ ਜਾਗਦਾ ਪਿਆ ਸੀ। ਉਦੇ ਦਿਲ ਚ ਭੈਣ ਦੀ ਯਾਦ ਵਸਦੀ ਸੀ। ਨਾਲੀਪੂਰੋਂ ਨੂੰ ਸੱਜਰੀ ਹੋਣੀ ਚੇਤੇ ਆ ਗਈ। ਉਦੇ ਭਰਾ ਦੀ ਬਹੁਤ ਠੀਖੜੀ ਚ ਗਈ ਸੀ। ਕਿਸੇ ਨੇ ਜੋਰੀ ਚੁੱਕ ਲਈ ਸੀ। ਪਤਾ ਨਹੀਂ ਕਿਹੜੇ ਹਾਲ ਵਿੱਚ ਸੀ। ਉਹ ਉਹਦੇ ਰਾਮਚੰਦ ਦੀ ਭੈਣ। ਮੈਨੂੰ ਸੱਕੜ ਵਾਲੀ ਇੱਕ ਚਿੱਠੀ ਪਾਵਿਆ ਜੀ। ਆਪਣਾ ਪਤਾ ਲਿਖਿਆ ਜੀ। ਜੇ ਕੁਝ ਲਾਜੂ ਦਾ ਪਤਾ ਲੱਗਾ ਤਾਂ ਮੈਂ ਲਿਖ ਕਰ ਲਾਂਗੀ। ਪੂਰੋਂ ਕਹਿਣ ਲੱਗੀ। ਰਾਤ ਦਾ ਹਨੇਰਾ ਪਤਲਾ ਹੁੰਦਾ ਜਾਂਦਾ ਸੀ ਸਿਪਾਹੀ ਕਾਫਲੇ ਵਾਲਿਆਂ ਨੂੰ ਜਗਾਣ ਲੱਗ ਪਏ ਸਨ ਕਾਫਲੇ ਨੇ ਪੰਦ ਪੈਣਾ ਸੀ ਪੂਰੋ ਉਠ ਖਲੋਤੀ ਪੂਰੋ ਨੇ ਦੋਵੇਂ ਹੱਥ ਰਾਮਚੰਦ ਅੱਗੇ ਜੋੜੇ ਪੂਰੋ ਕੋਲੋਂ ਕੁਝ ਨਾ ਬੋਲ ਹੋਇਆ ਖਲੋਤੀ ਹੋਈ ਪੂਰੋ ਨੇ ਕਾਫਲੇ ਤੋਂ ਪੈਰ ਬਾਹਰ ਕੱਢਿਆ ਸੀ ਕਿ ਇੱਕ ਸਿਪਾਹੀ ਨੇ ਉਹਦੇ ਅੱਗੇ ਲਾਠੀ ਤਾਣ ਲਈ ਤੂੰ ਕੌਣ ਹੈ ਕਿੱਥੇ ਚੱਲੀ ਹੈ ਮੈਂ ਦਾਣੇ ਵੇਚਣ ਆਈ ਸੀ ਕਿੰਨੇ ਤੂੰ ਵੇਚੇ ਨੇ ਪੈਸੇ ਵਖਾ ਸਿਪਾਹੀ ਨੇ ਜ਼ੋਰ ਨਾਲ ਪੁੱਛਿਆ ਪੂਰੋ ਨੇ ਬੁੱਕਲ ਵਿੱਚ ਹੱਥ ਕਰਕੇ ਆਪਣੀ ਚਾਂਦੀ ਦੀ ਬਾਂਕ ਲਾ ਲਈ ਤੇ ਸਿਪਾਈ ਨੂੰ ਵਿਖਾ ਕੇ ਪੂਰੋ ਨੇ ਚੱਬਦੇ-ਚੱਬਦੇ ਪਿੰਡ ਵੱਲ ਪੈਣ ਦੀ ਕੀਤੀ ਪਤਾ ਨਹੀਂ ਸਿਪਾਈ ਨੇ ਗੱਲ ਸੋਚੀ ਕਿ ਨਹੀਂ ਕਿ ਹਿੰਦੂ ਲੋਕ ਚਾਂਦੀ ਦੇ ਗਹਿਣੇ ਘਟ ਵੱਧ ਦੀ ਪਾਉਂਦੇ ਨੇ ਇਹਨੇ ਦਾਣਿਆਂ ਦੇ ਬਦਲੇ ਚਾਂਦੀ ਦੀ ਬਾਂਕ ਕਿਹਦੇ ਕੋਲੋਂ ਲਈ ਅਗਲਾ ਹੰਗ ਹੈ ਪੂਰੋ ਦੀ ਪੱਬੀ ਰਾਤਾਂ ਨੂੰ ਮੰਝੀ ਉੱਤੇ ਪਈ ਪੂਰੇ ਛੱਤ ਦੇ ਕਾਲੇ ਛੀਤਰਾ ਨੂੰ ਵਿੰਦੀ ਰਹਿੰਦੀ। ਉਹਦਾ ਮਨ ਉਹਨਾਂ ਲੋਕਾਂ ਦੀਆਂ ਬੰਦ ਕੋਠੜੀਆਂ 'ਚ ਭਾਂਦਾ ਰਹਿੰਦਾ ਜਿਨ੍ਹਾਂ ਦੇ ਅੰਦਰ ਲੋਕਾਂ ਨੇ ਲੋਕਾਂ ਦੀਆਂ ਧੀਆਂ, ਲੋਕਾਂ ਦੀਆਂ ਭੈਣਾਂ, ਲੋਕਾਂ ਦੀਆਂ ਬੀਵੀਆਂ ਜੋੜੀ ਪਾਈਆਂ ਹੋਈਆਂ ਸਨ। ਉਹਨਾਂ ਵਿੱਚ ਇੱਕ ਲਾਜੋ ਹੋਣੀ, ਲਾਜੋ ਰਾਮਚੰਦ ਦੀ ਭੈਣ ਤੇ ਉਹਦੀ ਆਪਣੀ ਭਾਬੀ। ਲਾਜੋ ਦਾ ਨਿੱਠਾ ਮੂੰਹ ਪੂਰੋਂ ਦੀਆਂ ਅੱਖਾਂ ਅੱਗੇ ਆ ਜਾਂਦਾ। ਟੁੱਟੇ ਹੋਏ ਪੱਤਰ ਵਰਗਾ ਲਾਜੋ ਦਾ ਮੂੰਹ ਝੜੀ ਹੋਈ ਖੰਭ ਵਰਗਾ ਲਾਜੋ ਦਾ ਮੂੰਹ ਪੂਰੋ ਸੋਚਦੀ ਲਾਜੋ ਵਿਆਹੀ ਵਰੀ ਸੀ ਖੌਰੀ ਉਹਦਾ ਕੋਈ ਬਾਲ ਵੀ ਹੋਣਾ ਉਹਦੇ ਦਿਲ ਨਾਲ ਕੀ ਕੀ ਬੀਤੀਆਂ ਹੋਣਗੀਆਂ ਉਹਦੇ ਹੱਡਾਂ ਨਾਲ ਕੀ ਕੀ ਗੁਜ਼ਰੀਆਂ ਹੋਣਗੀਆਂ ਖੌਰੀ ਉਹ ਤੱਤੀ ਇਸ ਵੇਲੇ ਕਿੱਥੇ ਸੀ ਕੋ ਉਹਨੂੰ ਕਿਵੇਂ ਲੱਭੇ ਕਿਵੇਂ ਪਛਾਣੇ ਪੂਰੋ ਸੋਚਦੀ ਉਸ ਦਿਨ ਕਮਾਦਾਂ ਚ ਲੁਕੀ ਹੁੰਦੀ ਕੁੜੀ ਲਾਜੋ ਹੀ ਨਿਕਲਉਂਦੀ ਉਹਨੂੰ ਕਾਫਲੇ ਨਾਲ ਰਲਾਉਂਦੀ ਉਹਨੂੰ ਰਾਮਚੰਦ ਦੇ ਹਵਾਲੇ ਕਰਉਂਦੀ ਪੂਰੋ ਨੇ ਸਾਰੀ ਦੀ ਸਾਰੀ ਗੱਲ ਰਸ਼ੀਦੇ ਨੂੰ ਦੱਸੀ ਤੇ ਰਸ਼ੀਦੇ ਦੇ ਪੈਰੀਂ ਡਿੱਗ ਪਈ ਜਿਉਂ ਜਾਣਨਾ ਹੈ ਮੇਰੇ ਤੇ ਕਰਮ ਕਰ ਮੈਂ ਸਾਰੀ ਉਮਰ ਤੇਰੇ ਕੋਲੋਂ ਕੁਝ ਨਹੀਂ ਮੰਗਿਆ ਲਾਜੋ ਦਾ ਪਤਾ ਲਾ ਦੇ ਜਿਉਂ ਜਾਣਨਾ ਹੈ ਪੂਰੋ ਦੀ ਅੱਖੋਂ ਅਥਰੂ ਨਹੀਂ ਸੀ ਸੁੱਕਦੇ ਰਸ਼ੀਦੇ ਨੇ ਉਹਦੇ ਨਾਲ ਇਕਰਾਰ ਕੀਤਾ ਉਹ ਆਪਣੇ ਵੱਲੋਂ ਕੋਈ ਫਰਕ ਨਹੀਂ ਕਰੇਗਾ ਰਸ਼ੀਦੋ ਨੂੰ ਇਹੋ ਥੋ ਲੱਗਦਾ ਸੀ ਲਾਜੋ ਹੈ ਤਾਂ ਹੈ ਰਤੋਵਾਲ ਵਿੱਚੀ ਘਰੋਂ ਭਰਾ ਦੇ ਨਾਲ ਨਿਕਲੀ ਸੀ ਕਾਫਲੇ ਚ ਰਲਈ ਕੋਈ ਨਹੀਂ ਇਕੱਠੇ ਹੁੰਦੇ ਲੋਕਾਂ ਦੀ ਆਪੋ ਥਾਪੀ ਚ ਉਹ ਕਿਸੇ ਦੇ ਵਾਸ ਪੈ ਗਈ ਹੈ ਰਸ਼ੀਦੇ ਨੇ ਦੋ ਚੱਕਰ ਰਤੋਵਾਲ ਦੇ ਲਾਏ ਪਰ ਉਹ ਲੋਕਾਂ ਦੇ ਵੇੜੇ ਕਿਸ ਤਰ੍ਹਾਂ ਫੋਲਦਾ ਉਹ ਪਿੰਡ ਦੀਆਂ ਕਿੰਨੀਆਂ ਹਟੀਆਂ ਤੋਂ ਸੌਦਾ ਪੱਤਾ ਖਰੀਦਾ ਪਰ ਉਹਨੂੰ ਕੋਈ ਸੁ ਨ ਲੱਗੀ ਇੰਨਾ ਉਹਨੇ ਜ਼ਰੂਰ ਸੁਣਿਆ ਸੀ ਕਿ ਪਿੰਡ ਦੇ ਕੁਝ ਮੁੰਡਿਆਂ ਨੇ ਜਾਂਦੇ ਕਾਫਲੇ ਵਿੱਚੋਂ ਦੋ ਚਾਰ ਕੁੜੀਆਂ ਉਡਾ ਲਈਆਂ ਸਨ ਰਸ਼ੀਦੇ ਨੂੰ ਪੱਕਾ ਹੀ ਯਕੀਨ ਸੀ ਲੱਜ ਉਹਨਾਂ ਵਿੱਚੋਂ ਹੀ ਕਿਤੇ ਸੀ ਉਸ ਪਿੰਡ ਵਾਲੇ ਰਸ਼ੀਦੇ ਤੋਂ ਜਾਣੂ ਨਹੀਂ ਸਨ ਰਸ਼ੀਦੇ ਦੇ ਕੋਈ ਅੰਗ ਸਾਖ ਵੀ ਉਸ ਪਿੰਡ 'ਚ ਨਹੀਂ ਸੀ ਕਿਹਦੇ ਕੋਲ ਉਹ ਚਾਰ ਦਿਨ ਰਹਿੰਦਾ ਕਿਹਦੇ ਕੋਲ ਉਹ ਪਿੰਡ ਦੀ ਸੋ ਬੋ ਲੈਂਦਾ ਰਸ਼ੀਦੇ ਨਾਲ ਪੂਰੋਂ ਨਹੀਂ ਇੱਕ ਬੰਦਤ ਬਣਾਈ ਬੋਲੀ ਵਾਲੇ ਸਾਈ ਨੂੰ ਉਹ ਜਾਣਦੇ ਸਨ ਦੋਵੇਂ ਜਣੇ ਬਾਲਾਂ ਨੂੰ ਨਾਲ ਲੈ ਕੇ ਸਾਈਂ ਦੀ ਕੋਠੜੀ 'ਚ ਜਟਕੇ ਪੂਰੋ ਦੀਆਂ ਉਂਝ ਵੀ ਫਿਕਰ ਨਾਲ ਰਾਤਾਂ ਜਾਗ ਜਾ ਕੇ ਅੱਖੀਆਂ ਘੁੱਟੀਆਂ ਘੁੱਟੀਆਂ ਹਸਨ। ਰੋਜ਼ ਸਵੇਰੇ ਪੂਰੋ ਨਮਾਜ਼ ਪੜ ਕੇ ਬੋਲੀ ਦੇ ਪਾਣੀ ਨਾਲ ਅੱਖੀਆਂ ਧੋਂਦੀ। ਸਾਈਂ ਨੂੰ ਸ਼ੇਰ ਨੇ ਚੜਾਉਂਦੀ ਤੇ ਦਿਹਾੜੀ। ਕੋਰੇ ਕੋਰੇ ਖੇਸਾਂ ਦੀ ਗੰਢ ਬਨ ਕੇ ਪਿੰਡ ਵਿੱਚ ਵੇਚਣ ਤੁਰ ਪੈਂਦੇ। ਪਿੰਡ ਦੇ ਮਰਦਮਾਣੂ ਖੇਤਾਂ ਉੱਤੇ ਹੁੰਦੇ ਸਨ। ਪਿੰਡ ਦੀਆਂ ਥੀਵੀਆਂ ਘਰਾਂ 'ਚ ਕੱਲੀਆਂ ਕਰੀਆਂ। ਆਪਣੇ ਆਰ ਪਰ ਲੱਗੀਆਂ ਹੁੰਦੀਆਂ ਪੂਰੋ ਹਰ ਇੱਕ ਵੇੜੇ 'ਚ ਜਾ ਪੁੱਛਦੀ ਉਹ ਏਡੀ 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 ਕੀਮਤ ਖੇਸਾਂ ਦੀ ਦਸਤੀ ਸੀ ਕਿ ਉਹਦਾ ਭਾਅ ਕਿਸੇ ਨਾਲ ਘਾਟ ਹੀ ਬਣਦਾ ਸੀ ਹੁਣ ਜੀ ਪਿੰਡਾਂ ਵਿੱਚ ਲੋਕਾਂ ਕੋਲ ਦਰੀਆਂ ਖੇਸ ਆਪਣੀ ਬਣਾਈ ਹੋਈ ਬਥੇਰੀ ਹੁੰਦੇ ਨੇ ਉਤੋਂ ਉਹਨਾਂ ਨੂੰ ਲੁੱਟਮਾਰ ਵਿੱਚੋਂ ਬਥੇਰਾ ਕੁਝ ਲੱਗ ਗਿਆ ਸੀ ਕਿਸੇ ਨੂੰ ਖਰੀਦਣ ਦੀ ਚਾਹ ਨਹੀਂ ਸੀ ਪਰ ਪੂਰੋ ਠੀਠਾਂ ਦੇ ਤਰ੍ਹਾਂ ਅਗਲਿਆਂ ਦੇ ਵੇੜਿਆਂ 'ਚ ਜਾ ਬਹਿੰਦੀ ਅੰਦਰ ਬਾਅਰ ਝਾਕਦੀ ਜਨਾਨੀਆਂ ਨੂੰ ਗੱਲੀ ਕੱਥੀ ਲਾ ਲੈਂਦੀ ਪਿੰਡ ਦੀ ਲੁੱਟ ਦੀਆਂ ਗੱਲਾਂ ਛੇੜ ਲੈਂਦੀ ਕੀ ਕੀ ਕਿਸੇ ਦੇ ਹਿੱਸੇ ਆਇਆ ਸੀ ਹੱਸ-ਹੱਸ ਕੇ ਉਹਨਾਂ ਨੂੰ ਪੁੱਛਦੀ ਫਿਰ ਹਿੰਦੂਆਂ ਦੇ ਛੱਡੇ ਹੋਏ ਮਕਾਨਾਂ ਦੀ ਗੱਲ ਛੇੜ ਲੈਂਦੀ ਪੁਰੋ ਨੂੰ ਰਾਮਚੰਦ ਦੇ ਘਰ ਦੀ ਪਛਾਣ ਨਹੀਂ ਸੀ ਪਰ ਉਹਨੇ ਗੱਲਾਂ ਕਥਾਂ ਤੋਂ ਉਹਦੇ ਘਰ ਦਾ ਥੋਲਾ ਲਿਆ ਸੀ ਰਸੀਦੇ ਤੇ ਪੁਰੋ ਨੂੰ ਡਾਡਾ ਸ਼ੱਕ ਸੀ ਹੋਵੇ ਨਾ ਹੋਵੇ ਜਿਹਨੇ ਲਾਜੋ ਨੂੰ ਖੜਿਆ ਸੀ ਉਹਨੇ ਖੌਰੇ ਲਾਜੋ ਦੇ ਘਰ ਨੂੰ ਵੀ ਸਾਂਭਿਆ ਹੋਵੇ ਪੂਰੋ ਨੇ ਉਸ ਘਰ ਚ ਇੱਕ ਅਦਾ ਫੇਰਾ ਵੀ ਲਾਇਆ ਪਰ ਇੱਕ ਬੁੱਢੀ ਜਨਾਨੀ ਬਾਹਰ ਲਈ ਡਿਉੜੀ ਵਿੱਚ ਹੀ ਉਹਨੂੰ ਮੋੜ ਦਿੰਦੀ ਕਿ ਉਹਨਾਂ ਨੇ ਕੁਝ ਨਹੀਂ ਲੈਣਾ ਇੱਕ ਦਿਹਾੜੇ ਪੂਰੋ ਜਿਵੇਂ ਜੋਰੀ ਕਿਸੇ ਦੇ ਅੰਦਰ ਵੜੀ ਦਾ ਵੜੀ ਵਿੱਚ ਲਿਗੀ ਅੰਮਾ ਨਾ ਕੁਝ ਲਵੀ ਵੇਖ ਤੇ ਲੈ ਮੈਂ ਤੇਰੇ ਕੋਲੋਂ ਵੇਖਣ ਦਾ ਮੁੱਲ ਤੇ ਨਹੀਂ ਮੰਗਦੀ ਤੇ ਪੂਰੋ ਨੇ ਖੇਸਾਂ ਦੀ ਗੰਢ ਭੋਏ ਤੇ ਰੱਖ ਕੇ ਖੇਸ ਖਿਲਾੜ ਦਿੱਤੇ ਵੜੇ ਚ ਉਸ ਬੁੱਢੀ ਤੋਂ ਬਗੈਰ ਕੋਈ ਵੀ ਨਹੀਂ ਸੀ ਅੱਲਾ ਫਜ਼ਲ ਕਰੇ ਮੈਨੂੰ ਪਾਣੀ ਦਾ ਘੁੱਟ ਤੇ ਪਿਆ ਸਵੇਰ ਦੀ ਧੁੱਪ ਲੱਥੀ ਆ ਪੂਰੋ ਨੇ ਬੁੱਢੇ ਨੂੰ ਹਿੰਮਤ ਨਾਲ ਕਿਹਾ ਪਾਣੀ ਛੱਡ ਕੇ ਤੂੰ ਲੱਸੀ ਦਾ ਛੰਨਾ ਪੀ ਲੈ ਪਰ ਜੇ ਤੂੰ ਖੇਸ ਚਾਦਰਾਂ ਵੇਚਣੀਆਂ ਨੇ ਤਾਂ ਕਿਸੇ ਸ਼ਹਿਰ ਚ ਜਾ ਉੱਥੇ ਲੋਕੀ ਨਾ ਕੱਤਦੇ ਨੇ ਨਾ ਤੁੰਬਦੇ ਨੇ ਪਿੰਡਾਂ ਵਿੱਚ ਕਿਹਦੇ ਕੋਲ ਖੇਸਾਂ ਦਾ ਘਟਾ ਹੈ ਬੁੱਢੀ ਨੇ ਪੂਰੋ ਨੂੰ ਸਲਾਹ ਦਿੱਤੀ ਤੇ ਅੰਦਰ ਵੱਲ ਮੂੰਹ ਕਰਕੇ ਵਾਜ ਦਿੱਤੀ ਨੇਕ ਬਖਤੀਏ ਲੱਸੀ ਦਾ ਇੱਕ ਕਟੋਰਾ ਤੇ ਲਿਆ ਪੂਰੋ ਦਾ ਜੀ ਧੜਕਣ ਲੱਗ ਪਿਆ ਅੰਦਰੋਂ ਆਉਣ ਵਾਲੀ ਮੁਟਿਆਰ ਦਾ ਮੂੰਹ ਸੱਚੀ ਮੁੱੱਚੀ ਟੁੱਟੇ ਹੋਏ ਪੱਤਰ ਵਰਗਾ ਸੀ ਖੁੱਸੇ ਹੋਏ ਖੰਭ ਵਰਗਾ ਸੀ ਪੂਰੋ ਦਾ ਮੱਥਾ ਠਣਕਿਆ ਹੋਵੇ ਨਾ ਹੋਵੇ ਤਾਂ ਇਹ ਲੱਜ ਹੋਏ ਜਿਨ੍ਹਾਂ ਚਿਰ ਪੂਰੋ ਨੂੰ ਲੱਜ ਹੁੰਦਾ ਕਿਤੇ ਸ਼ੱਕ ਨਹੀਂ ਸੀ ਪਿਆ ਉਹਨਾਂ ਚਿਰ ਪੂਰੋ ਨੂੰ ਇੱਕ ਲਗਨ ਸੀ ਕਿਤੇ ਲੱਜੋ ਦਿਸੇ ਹੁਣ ਪੂਰੋ ਨੂੰ ਲੱਜੋ ਦਾ ਸ਼ੱਕ ਪੈ ਗਿਆ ਸੀ ਪਰ ਉਹਨੂੰ ਸਮਝ ਨਾ ਆਵੇ ਕਿਵੇਂ ਉਹ ਆਪਣੇ ਸ਼ੱਕ ਦੀ ਨਿਵਿਰਤੀ ਕਰੇ ਕੁੜੀ ਵੱਲ ਜਈ ਤੇ ਹੈਵੇ ਪੂਰੋ ਨੇ ਬੁੱਢੀ ਨੂੰ ਬੜੀ ਹਮਦਰਦੀ ਨਾਲ ਕਿਹਾ ਤੇ ਮੋਟਿਆਰ ਦੇ ਹੱਥੋਂ ਲੱਸੀ ਦਾ ਕਟੋਰਾ ਫੜ ਲਿਆ। ਵਾਲੀ ਐ ਐਵੇਂ ਜ਼ਰਾ ਬੁੱਢੀ ਨੇ ਗੱਲ ਆਈ ਗਈ ਕਰ ਦਿੱਤੀ। ਲੋਣ ਦੀ ਡਲੀ ਹੈ ਵੀ ਰਤਾ ਖੋਰ ਲਵਾਂ। ਪੂਰੋ ਨੇ ਲੱਸੀ ਦਾ ਇੱਕ ਘੁੱਟ ਪਰ ਕੇ ਕਟੋਰਾ ਹੱਥ ਵਿੱਚ ਫੜ ਲਿਆ। ਮੋਟਿਆਰ ਨੇ ਚੁੱਪਚਾਪ ਲੋਣ ਦੀ ਡਲੀ ਲਿਆ ਕੇ ਪੂਰੋ ਦੇ ਅੱਗੇ ਕਰ ਦਿੱਤੀ। ਪੂਰੋ ਨੇ ਉਹਦੇ ਹੱਥ ਤੋਂ ਡਲੀ ਫੜਨ ਲੱਗਿਆ ਉਹਦੀ ਇੱਕ ਉਂਗਲ ਨੂੰ ਦਬਾਇਆ। ਮੋਟਿਆਰ ਜ਼ਰਾ ਤਰਬ ਕੇ ਪੂਰੋ ਵੱਲ ਤੱਕੀ। ਨਾ ਉਹਦੇ ਹੁੱਠਾਂ ਉੱਤੇ ਕੋਈ ਹਾਸੇ ਆਈ ਨਾ ਉਹਦੇ ਮੂੰਹੋਂ ਕੋਈ ਹਰਫ ਨਿਕਲਿਆ ਕੁੜੀ ਗੰਨੇ ਦੀ ਛਿੱਲੜ ਵਾਂਗ ਪੀਤੀ ਹੋਈ ਸੀ ਪੂਰੋ ਨੂੰ ਹੋਰ ਵੀ ਯਕੀਨ ਹੋ ਗਿਆ ਇਹ ਕੁੜੀ ਲੱਜੋ ਭਾਵੇਂ ਨਾ ਹੋਵੇ ਪਰ ਹੈ ਕੋਈ ਜੋਰੀ ਵਸਾਈ ਹੋਈ ਕੁੜੀ ਪੂਰੋ ਨੂੰ ਘਰ ਦਾ ਪੱਕਾ ਥੋ ਪਤਾ ਲੱਗਿਆ ਸੀ ਕਿ ਇਹੋ ਘਰ ਰਾਮਚੰਦ ਹੋਰਾ ਦਾ ਘਰ ਹੁੰਦਾ ਸੀ ਪੂਰੋ ਦਾ ਪੱਕਾ ਯਕੀਨ ਬੱਚੇ ਹੋਏ ਨਾ ਹੋਏ ਕੁੜੀ ਲੱਜੋਈ ਸੀ ਲੱਸੀ ਦੀ ਡੀਕ ਲਾ ਕੇ ਕਟੋਰਾ ਭਉਂਦੇ ਰੱਖਣ ਲੱਗਿਆ ਪੂਰੋ ਨੇ ਮੁਟਿਆਰ ਦੀ ਬਾਹ ਫੜ ਲਈ ਆਖਾ ਮੈਂ ਤੇਰੀ ਨਾੜ ਵੇਖਾਂ ਰੰਗ ਤੇ ਤੇਰਾ ਬਸਾਰ ਵਰਗਾ ਹੋਇਆ ਪਿਆ ਕਹਿੰਦੀ ਪੂਰੋ ਨੇ ਇੱਕ ਹੱਥ ਨਾਲ ਉਹਦੀ ਖੱਬੀ ਬਾਹ ਦਾ ਝੱਗਾ ਪਛਾਣ ਨੂੰ ਸਰਕਾ ਦਿੱਤਾ ਮੁਟਿਆਰ ਦੀ ਬਾਹ ਉਤੇ ਹਿੰਦੀ ਚ ਨਾਮਾ ਖੁਦ ਆਇਆ ਸੀ ਲਾਜੋ ਮੁਟਿਆਰ ਫਿਰ ਵੀ ਨਾ ਬੋਲੀ ਚਾਲੀ ਉਹ ਮਾਗਦੇ ਕੋਰੇ ਵਾਂਗ ਚੁੱਪ ਉਹਦੇ ਹੁੱਠਾਂ ਉਤੇ ਜੰਮੀ ਹੋਈ ਸੀ ਕੋਈ ਧਾਗਾ ਕਰ ਦੇਖਾ ਕੁੜੀ ਘਰ ਚ ਰਚ ਮਿਟ ਜਾਵੇ ਮੁੰਡੇ ਨਾਲ ਵੀ ਨਹੀਂ ਹੁੰਦੀ ਸੰਦੀ ਬੁੱਢੀ ਨੇ ਲੱਥੇ ਹੋਏ ਮੂੰਹ ਨਾਲ ਆਖਿਆ ਪੂਰੋ ਨੂੰ ਆਪਣਾ ਆਪ ਸੰਭਣਾ ਔਖਾ ਹੋਇਆ ਸੀ ਫਿਰ ਵੀ ਪੂਰੋ ਨੇ ਕਾਲੀ ਨਾਲ ਜਵਾਬ ਦਿੱਤਾ ਮੇਰੇ ਕੋਲ ਜਿਆ ਤਵੀਤ ਹੈਗਾ ਇਹ ਦਿਨਾਂ ਵਿੱਚ ਹੀ ਮੱਕੀ ਦੇ ਦਾਣੇ ਵਾਂਗ ਖਿੜ ਪਾਏਗੀ ਮੈਂ ਤੇਰਾ ਦੇਣੀਆਂ ਦੇਵਾਂਗੀ ਮੈਨੂੰ ਉਹ ਤਵੀਤ ਲਿਆ ਦੇ ਬੁੱਢੀ ਨੇ ਪੂਰੋ ਦੀ ਚਾਦਰ ਫੜ ਲਈ ਲੈ ਮੈਂ ਕੱਲ ਹੀ ਲੈ ਆਵਾਂਗੀ ਅੱਲਾ ਨਾਲ ਖੈਰ ਕੀਤੀ ਤਾਂ ਕਹਿੰਦੀ ਕਹਿੰਦੀ ਪੂਰੋ ਨੇ ਖੇਸਾਂ ਦੀ ਗੰਢ ਬੰਨ੍ਹ ਲਈ ਮੋਟਿਆ ਇੱਕ ਗੁੰਗੇ ਬੋਲੇ ਬੁੱਤ ਵਾਂਗ ਉਹਦੇ ਵੱਲ ਵਿੰਦੀ ਪਈ ਸੀ ਖੇਸਾਂ ਦੇ ਗੰਢੇ ਠਾ ਅੱਜ ਪੂਰੋ ਦਾ ਲੱਕ ਟੁੱਟਦਾ ਜਾਂਦਾ ਸੀ ਮਸਾਂ ਕਿਤੇ ਆਪਣੀ ਬੋਲੀ ਵਾਲੀ ਕੋਠੜੀ ਤੇ ਵਿੱਚ ਉਪੜੇ ਹੁਣ ਅੱਗੋਂ ਤੂੰ ਜਾਣ ਤੇਰਾ ਕੰਮ ਪੂਰੋ ਨੇ ਰਸ਼ੀਦੇ ਨੂੰ ਸਾਰੀ ਗੱਲ ਸੁਣਾ ਕੇ ਆਖਿਆ ਕੋਈ ਐਸੀ ਵਿਅੰਤ ਬਣੀ ਰਸ਼ੀਦਾ ਸੋਚਣ ਲੱਗ ਪਿਆ ਜਿਵੇਂ ਮੈਨੂੰ ਕੋੜੀ ਤੇ ਪਾਲਿਆ ਸਹੀ ਹੁਣ ਵੀ ਹਿੰਮਤ ਕਰ ਪੂਰੋ ਨੇ ਰਸ਼ੀਦੇ ਨੂੰ ਇੱਕ ਟਕੋਰ ਲਾਈ ਤੇ ਹੱਸ ਪਈ ਪੂਰੋ ਤੇ ਰਸ਼ੀਦਾ ਕਿੰਨੀ ਹੀ ਵਿੰਤਾ ਬਣਾਉਂਦੇ ਰਹੇ ਪਰ ਕੋਈ ਜੱਜ ਨਹੀਂ ਨਾ ਰਸ਼ੀਦਾ ਦਾ ਇੱਥੋਂ ਤੇ ਉਹਨੂੰ ਨਸਾ ਕੇ ਲੈ ਜਾਣਾ ਔਖਾ ਨਹੀਂ ਪਰ ਅੱਗੋਂ ਉਹਨੂੰ અપੜਾਵਾਂਗੇ ਕਿੱਥੇ ਪੂਰੋ ਨੂੰ ਅੱਗੇ ਕਦੇ ਨਹੀਂ ਸੀ ਖਿਆਲ ਆਇਆ ਪਰ ਅੱਜ ਉਹਨੂੰ ਇੱਕ ਸੋਚ ਆਈ ਮੇਰੇ ਮਾਪੇ ਉਹਨੇ ਮੈਨੂੰ ਨਾ ਮੁੜ ਕੇ ਕਬੂਲਿਆ ਆਪਣੀ ਧੀ ਨੂੰ ਹੁਣ ਆਪਣੀ ਨੂੰਹ ਨੂੰ ਕਬੂਲ ਲੈਣਗੇ ਜੇ ਉਹਨਾਂ ਵਾਪਸ ਲੈਣ ਤੋਂ ਨਾ ਕਰਦੇ ਤੀ ਤਾਂ ਰਸ਼ੀਦੇ ਨੇ ਪੂਰੋ ਨੂੰ ਦੱਸਿਆ ਕਿ ਹੁਣ ਉਹਨਾਂ ਦੀਆਂ ਸਰਕਾਰਾਂ ਵੱਲੋਂ ਐਲਾਨ ਨਿਕਲੇ ਸਨ ਕਿ ਜੋੜੀ ਚੁੱਕੀਆਂ ਨੂੰ ਲੱਭ-ਲੱਭ ਕੇ ਵਾਪਸ ਦੇ ਦਿਓ ਕਿਉਂਕਿ ਉਹਨਾਂ ਦੇ ਬਦਲੇ 'ਚ ਦੂਜੇ ਪਾਸੇ ਦੀਆਂ ਲਪੀਆਂ ਹੋਈਆਂ ਕੁੜੀਆਂ ਮਿਲਣੀਆਂ ਸਨ। ਸਾਰੀਆਂ ਦੇ ਮਾਪੇ ਉਹਨਾਂ ਨੂੰ ਵਾਪਸ ਲੈ ਲੈਣਗੇ। ਪੂਰੋ ਦੇ ਜੀਚ ਘਾਟ ਪਈ। ਉਹਦੀ ਵਾਰੀ ਦੁਨੀਆ ਦੇ ਸਾਰੇ ਧਰਮ ਉਹਦੇ ਰਾਹ 'ਚ ਕੰਡੇ ਬਣ ਕੇ ਵਿੱਚ ਗਏ ਸਨ। ਉਹਦੇ ਮਾਪੇ ਨਹੀਂ ਸਾਨੂੰ ਉਹਨੂੰ ਕਬੂਲਦੇ। ਉਹਦੇ ਸਹੁਰੇ ਨਹੀਂ ਸਾਨੂੰ ਉਹਨੂੰ ਕਬੂਲਦੇ। ਅੱਜ ਸਭਨਾ ਮਜ਼ਬਾਂ ਦੇ ਮਾਨ ਟੁੱਟ ਗਏ ਸਨ। ਅੱਜ ਆਪਣੀਆਂ ਸਾਰੀਆਂ ਸੋਚਾਂ ਪੂਰੋ ਨੇ ਡੱਕ ਲਈਆਂ। ਉਹ ਸਿਰਫ ਲਾਜੋ ਨੂੰ ਸੋਚਣ ਲੱਗ ਪਈ। ਗੀਟਿਆਂ ਗਿਣ-ਗਿਣ ਕੇ ਪੂਰੀ ਰਾਤ ਕੱਢੀ। ਉਹ ਦੂਜੀ ਭਲਕ ਵੇਲੇ ਦਾ ਥੋਹ ਲਾਂਦੀ ਰਹੀ ਕਿ ਕਿਹੜੇ ਕੋ ਵੇਲੇ ਲਾਜੋ ਦੇ ਘਰ ਵਾਲੀ ਬੁੱਢੀ ਆਪਣੇ ਪੁੱਤਰ ਨੂੰ ਖੇਤਾਂ ਵਿੱਚ ਰੋਟੀ ਦੇਣ ਲਈ ਗਈ ਹੋएगी। ਉਹਨੇ ਦੋ ਕੋ ਕੋਰੇ ਖੇਸੇ ਰੁੱਤੇ ਰੱਖੇ ਤੇ ਲੀੜੇ ਦੀ ਕੰਨੀ 'ਚ ਕਾਗਜ਼ 'ਚ ਬੁਲੇਟੀ ਹੋਈ ਚੁਟਕੀ ਕੁਸਵਾ ਬਨ ਲੇ। ਲਾਜੋ ਦੇ ਘਰ ਦਾ ਭੇੜਿਆ ਹੋਇਆ ਬੂਆ ਹੱਥਾਂ ਨਾਲ ਖੋਲਣ ਲੱਗਿਆ ਪੂਰੋ ਨੇ ਸਾਰੇ ਪੀਰ ਫਕੀਰ ਤੇ ਆਏ। ਪੁਰਾਣ ਉਚਰੋਖਣੀ ਭੁੱਲੇ ਹੋਏ ਦੇਵੀ ਦੇਵਤਿਆਂ ਦੇ ਨਾਂ ਚੇਤੇ ਆਏ ਉਸ ਤੋਂ ਪਹਿਲਾਂ ਕਿਸੇ ਵੀ ਦਿਨ ਰੱਬ ਤੇ ਖੁਦਾ ਦਾ ਨਾਂ ਲੈਣ ਲੱਗਿਆ ਪੁਰੋ ਕਹਿ ਦਿੰਦੀ ਹੁੰਦੀ ਸੀ ਕਿ ਰੱਬ ਉਹਦਾ ਮਤਰੀਆ ਪਿਓ ਏ ਖੁਦਾ ਦੀ ਉਹ ਮਤਰੀ ਹੀ ਥੀ ਕਿਸੇ ਵੀ ਰੱਬ ਖੁਦਾ ਨੂੰ ਉਹਦੀ ਖੇਚ ਪੇੜ ਨਹੀਂ ਪਰ ਅੱਜ ਪੁਰੋ ਨੂੰ ਇੱਕ ਸਹਿਮ ਆ ਗਿਆ ਉਹਨੇ ਝਿਜਕ ਜਈ ਵਿੱਚ ਕਿਸੇ ਰੱਬ ਰਹੀਮ ਨੂੰ ਚੇਤਾ ਕੀਤਾ ਕਿ ਕਿਵੇਂ ਉਹਦਾ ਮੇਲ ਇਕੱਲੀ ਲਾਜੋ ਨਾਲ ਹੋ ਜਾਈ ਦੁਪਹਿਰਾਂ ਦਾ ਪੱਤੇ ਵੇਲਾ ਪੂਰੋ ਨੂੰ ਬਹੁਤ ਪਿਆਸੇ। ਬੁੱਢੀ ਆਪਣੇ ਪੁੱਤਰ ਨੂੰ ਰੋਟੀ ਦੇਣ ਗਈ ਹੋਈ ਸੀ। ਕੱਲੀ ਕਾਰੀ ਲਾਜੋ ਵੇੜੇ 'ਚ ਇੱਕ ਅਲਾਣੀ ਮੰਜੀ ਤੇ ਪਈ ਸੀ। ਅੰਮਾ ਕਿੱਥੇ ਹੋਵੇ? ਪੂਰੋ ਨੇ ਵੇੜੇ 'ਚ ਪੈਰ ਪਾਉਂਦੇ ਹੀ ਪੁੱਛ ਲਿਆ। ਖੇਤਾਂ ਵੱਲ ਗਈ ਏ। ਲਾਜੋ ਨੇ ਕੱਲ ਦੀ ਖੇਸ ਵੇਚਣ ਵਾਲੀ ਨੂੰ ਤੱਕ ਕੇ ਕਿਹਾ। ਖੇਸਾਂ ਵਾਲੀ ਨਾਲ ਜਾਗੀ ਹੋਈ। ਲਾਜੋ ਦੀ ਦਿਲਚਸਪੀ ਲਾਜੋ ਦੇ ਮੂੰਹ ਤੇ ਪਈ ਲੱਭਦੀ ਸੀ। ਲਾਜੋ ਮੰਜੀ ਤੇ ਉੱਠ ਕੇ ਬਹਿ ਗਈ। ਪੂਰੋ ਨੂੰ ਇੱਕ ਵਾਰੀ ਆਪਣੀ ਮਾਂ ਦੀ ਸ਼ਕਲ ਆਪਣੀ ਭੈਣ ਦੀ ਸ਼ਕਲ ਆਪਣੀ ਭਾਬੀ ਦੀ ਸ਼ਕਲ ਲਾਜੋ ਦੇ ਮੂੰਹ 'ਚ ਉਹ ਦੀ ਸੀ ਪਰ ਲਾਜੋ ਦੇ ਗਲ ਨਾਲ ਚਮਟ ਗਈ ਪੂਰੋ ਦੇ ਅੰਦਰੋਂ ਰੋਣ ਉੱਠਿਆ ਉਹਨੂੰ ਲੱਗਾ ਉਹਦਾ ਰੋਣ ਕੰਧਾਂ ਨੂੰ ਪਾੜ ਦੇਗਾ ਉਹਦਾ ਰੋਣ ਖੇਤਾਂ ਨੂੰ چیر ਜਾਏਗਾ ਉਹਦਾ ਰੋਣ ਪਿੰਡਾਂ ਨੂੰ ਲੰਘ ਜਾਏਗਾ ਉਹਦਾ ਰੋਣ ਸ਼ਹਿਰਾਂ ਨੂੰ ਟੱਪ ਜਾਏਗਾ ਉਹਦਾ ਰੋਣ ਪੂਰੋ ਨੇ ਆਪਣੇ ਆਪਣਾ ਰੋਣ ਸੰਗ ਵਿੱਚੋਂ ਵੀ ਬਾਹਰ ਨਾ ਨਿਕਲਣ ਦਿੱਤਾ ਤੂੰ ਲਾਜੋ ਮੇਰੀ ਭਾਬੀ ਪੂਰੋ ਨੇ ਸਾਰਾ ਗੁਬਾਰ ਆਪਣੇ ਅੰਦਰ ਬੁਲੇਟ ਕੇ ਗਿਆ ਤੂ ਪੂਰੋ ਹੀ ਲਾਜੋ ਨੇ ਉਹਦੀ ਛਾਤੀ ਨਾਲੋਂ ਲੈ ਕੇ ਉਹਦਾ ਮੂੰਹ ਵੇਖਿਆ ਪਰ ਲਾਜੋ ਨੇ ਪਹਿਲਾਂ ਕਦੇ ਪੂਰੋ ਨੂੰ ਤੱਕਿਆ ਨਹੀਂ ਸੀ ਜੋ ਪਛਾਣਦੀ ਫੇਰ ਵੀ ਲਾਜੋ ਨੂੰ ਪੂਰੇ ਦਾ ਪੂਰੋ ਦਾ ਮੂੰਹ ਸਗਵੇਂ ਦਾ ਸਗਵਾ ਪੂਰੋ ਦੇ ਭਰਾ ਵਰਗਾ ਲੱਗਾ ਖਵਨ ਦੇ ਵਰਗਾ ਲਾਜੋ ਨੂੰ ਇੱਕ ਗੱਜ ਆਇਆ ਜਿਵੇਂ ਉਹ ਆਪਣੇ ਖਵਨ ਦੇ ਮੂੰਹ ਸਾਹਮਣੇ ਅੱਖਾਂ ਨਾ ਚੁੱਕ ਸਕਦੀ ਹੋਵੇ ਲਾਜੋ ਪੂਰੋ ਦੀਆਂ ਲੱਤਾਂ ਉੱਤੇ ਟਹਿ ਪਈ ਲਾਜੋ ਦੇ ਅੰਦਰ ਜੋ ਜੋ ਪਈਆਂ ਬੀਧੀਆਂ ਸਨ ਖਰੇ ਪੂਰੋ ਦੀਆਂ ਆਪਣੀਆਂ ਨਾੜਾਂ ਵਿੱਚੋਂ ਪਈਆਂ ਲੰਘਦੀਆਂ ਸਨ ਪੂਰੋ ਨੂੰ ਕੁਝ ਵੀ ਕੁਝ ਜੋ ਪੁੱਛਣ ਜੋ ਕਰਾ ਨਹੀਂ ਸੀ ਪੂਰੋ ਨੇ ਕੁੱਟ-ਕੁੱਟ ਕੇ ਲਾਜੋ ਨੂੰ ਕਲੇਜੇ ਨਾਲ ਲਾਇਆ ਕੋਈ ਆ ਜਾਏਗਾ ਲਾਜੋ ਮੇਰੀ ਗੱਲ ਸੁਣ ਪੂਰੋ ਨੂੰ ਸਮੇਂ ਦੀ ਸੁਰਤਾਈ ਲਾਜੋ ਦੀਆਂ ਭੁੱਬਾਂ ਨਹੀਂ ਸਨ ਝੁੱਕਦੀਆਂ ਲਾਜੋ ਦਾ ਸਾਹ ਨਹੀਂ ਸੀ ਸਾਹ ਚ ਰਲਦਾ ਉਹ ਕਿਹੜੇ ਵੇਲੇ ਪਰਤ ਆਉਂਦੀ ਹੈ ਪੂਰੋ ਨੇ ਫੇਰ ਪੁੱਛਿਆ ਮੈਨੂੰ ਕੁਝ ਪਤਾ ਨਹੀਂ ਮੈਨੂੰ ਆਪਣੇ ਕੋਲ ਲੈ ਚੱਲ ਲਾਜੋ ਸਿੱਧੇ ਨਹੀਂ ਸੀ ਹੁੰਦੇ ਪੁਰੋ ਦੀਆਂ ਲੱਤਾਂ ਨਾਲੋਂ ਲੈਂਦੀ ਨਹੀਂ ਸੀ ਲੈਣ ਤਾਂ ਆਈਆਂ ਹੋਰ ਕਰਨ ਕੇ ਆਈਆਂ ਮੇਰੀ ਗੱਲ ਤੇ ਸੁਣ ਪੁਰੋ ਨੇ ਮੋਢਿਆਂ ਤੋਂ ਫੜ ਕੇ ਲਾਜੋ ਦਾ ਮੂੰਹ ਉੱਚਾ ਕੀਤਾ ਹਾਏ ਮੈਨੂੰ ਲੈ ਚੱਲ ਪਰ ਤੂੰ ਸੰਭਲ ਕੇ ਬੈਠ ਕੋਈ ਉੱਤੋਂ ਆ ਜਾਏਗਾ ਮੈਨੂੰ ਲੈ ਕੇ ਨਸ ਚੱਲ ਮੈਂ ਸਾਰੀ ਉਮਰ ਤੇਰੀ ਚਾਕਰ ਬਣ ਕੇ ਰਵਾਂਗੀ ਕਮਲੀ ਨਾ ਬਣ ਇੰਜ ਨਸਾ ਕੇ ਕਿੱਥੇ ਲੈ ਜਾਵਾਂ ਮੇਰੀ ਗੱਲ ਸੁਣ ਹਾਏ ਮੈਂ ਕਿੱਥੇ ਜਾਵਾਂਗੀ ਮੈਂ ਇੱਥੇ ਤਰੱਕ ਕੇ ਮਰ ਜਾਵਾਂਗੀ ਲਾਜੋ ਦੇ ਮੂੰਹ ਤੋਂ ਅਥਰੂ ਨਹੀਂ ਸੀ ਸੁੱਕਦੇ ਪੂਰੋ ਡਰਦੀ ਸੀ ਗੱਲ ਵੀ ਨਹੀਂ ਕਰ ਹੋਣੀ ਤੇ ਬੁੱਢੀ ਆ ਜਾਣਾ ਪੂਰੋ ਨੇ ਪੱਲੇ ਨਾਲ ਲਾਜੋ ਦਾ ਮੂੰਹ ਪੁੰਜਿਆ ਤੇ ਵਾਸਤੇ ਦੇ ਦੇ ਕੇ ਉਹਨੂੰ ਚੁੱਪ ਕਰਾਇਆ ਕਦੇ ਤੂੰ ਬਾਹਰ ਅੰਦਰ ਜਾਨੀ ਨਾ ਪਰ ਸਵੇਰੇ ਤਾਂ ਪਹਿਲੀਆਂ ਨੂੰ ਜਾਂਦੀ ਹੋਏਗੀ ਨਾਲ ਉਹ ਹੁੰਦੀ ਅੱਜ ਸਬਬ ਨਾਲ ਮੱਸਿਆਏ ਅੱਜ ਰਾਤ ਨੂੰ ਜੇ ਤੂੰ ਬਾਹਰ ਲੇਖੂ ਕੋਲ ਆ ਸਕੇ ਉੱਥੇ ਰਸ਼ੀਦ ਦਾ ਘੋੜੀ ਲੈ ਕੇ ਖਲੋਤਾ ਹੋਏਗਾ ਲਾਜੋ ਜਿਵੇਂ ਝੱਕ ਗਈ ਉਹਨੂੰ ਰਾਤੀਂ ਖੂ ਕੋਲ ਕੱਲਿਆਂ ਪਹੁੰਚਣਾ ਹੀ ਮੋਹਲ ਲੱਗਦਾ ਸੀ ਫਿਰ ਉਹ ਰੁਸ਼ੀਦੇ ਨੂੰ ਜਾਣਦੀ ਵੀ ਨਹੀਂ ਸੀ ਕਿਸੇ ਨੇ ਤੱਕ ਲਿਆ ਤਾਂ ਕਿਸੇ ਦੀ ਜਾਨ ਸਲਾਮਤੀ ਨਹੀਂ ਮੈਂ ਘਰੋਂ ਨਿਕਲਾਂਗੀ ਕਿਵੇਂ ਰਾਤੀ ਸਾਰਿਆਂ ਦੇ ਸੁੱਤਿਆਂ ਦਾ ਲਾ ਲਵੀਂ ਉਥੇ दारू ਵੀ ਪਿੰਦਾ ਇਸ ਰਾਤ ਜਿਵੇਂ ਕਿਵੇਂ ਘੁੱਟ ਬਹੁਤਾ ਦੇ ਦੇਾਂਗੀ ਪਰ ਬਾਹਲੇ ਵੇੜੇ ਚ ਬੁੱਢੀ ਬੁੱਢੀ ਨਹੀਂ ਕੋਈ ਹਫੀਮ ਸ਼ੀਮ ਖਾਂਦੀ ਮੈਂ ਤੇ ਨਹੀਂ ਥੱਕਿਆ ਇੱਕ ਵਾਰ ਜੇ ਕਦੇ ਉਥੇ ਅੱਪੜ ਪਵੇਂ ਤਾਂ ਪਰ ਉਥੇ ਮੈਂ ਉਹਨੂੰ ਜਾਣਦੀ ਨਹੀਂ ਜੇ ਉਥੇ ਤੂੰ ਹੋਵੇਂ ਉਤੇ ਰਾਤੋਂ ਰਾਤ ਪੈਂਡਾ ਮਾਰ ਲਏਗਾ ਮੈਂ ਹੋਈ ਤਾਂ ਦੋਵੇਂ ਰਾਤ ਚ ਹੀ ਰਹਿ ਜਾਵਾਂਗੀ ਮੈਂ ਕਦੇ ਉਹਨੂੰ ਡਿਠਾ ਨਹੀਂ ਤੂੰ ਮੇਰੇ ਤੇ ਇਤਬਾਰ ਕਰ ਮੇ ਤੇਰੀ ਤਸੱਲੀ ਵਾਸਤੇ ਆ ਮੇਰੇ ਹੱਥ ਦੀ ਅੰਗੂਠੀ ਉਹਦੇ ਹੱਥ 'ਚ ਪਾਈ ਹੋਏਗੀ ਵੇਖ ਲੈ ਮੇ ਜੇ ਅੱਜ ਰਾਤ ਦਾ ਨਾ ਲੱਗਾ ਤਾਂ ਫਿਰ ਉਸ ਤੋਂ ਅਗਲੀ ਰਾਤ ਉਹ ਪੂਰੀਆਂ ਤਰ੍ਹਾਂ ਰਾਤਾਂ ਤੇਰੀ ਉਡੀਕ ਕਰੇਗਾ ਗਲੀ ਵਿੱਚੋਂ ਖੜਾਕ ਆਉਂਦਾ ਹੈ ਕੋਈ ਕੋਈ ਆ ਗਿਆ ਪੂਰਾ ਮਨਜੀਤ ਤੋਂ ਹੋ ਬੈਠੇ ਮੰਜੀ ਦੀ ਫੋਨਦੀ ਵੱਲ ਖੇਸਾ ਨੂੰ ਘਰਪੂਰੋਂ ਨੇ ਪੱਲੇ ਨਾਲ ਬੱਤੀ ਹੋਈ ਸੁਆਦੀ ਪੂੜੀ ਨੂੰ ਧੱਕਿਆ ਕਿ ਜੇ ਬੁੱਢੀ ਆ ਜਾਏ ਤਾਂ ਉਹ ਤੋਂ ਵੀਤ ਦੇ ਤੇ ਰੱਖ ਦੇ ਸਕੇ ਪਰ ਬੁੱਢੀ ਅਜੇ ਨਹੀਂ ਸੀ ਆਈ ਜੇ ਤੂੰ ਉਸ ਤੋਂ ਵੀਤ ਦੇ ਬਹਾਨੇ ਮੈਨੂੰ ਰੋਜ਼ ਕਿਸੇ ਬੋਲੀ ਖੂਹ ਤੇ ਲੈ ਜਾਇਆ ਕਰੇ ਤੇ ਫਿਰ ਇੱਕ ਦਿਨ ਲਾਜੋ ਨੇ ਆਪਣੀ ਬਾਜ ਅੱਗੇ ਨਾਲੋਂ ਵੀ ਹੌਲੀ ਕਰ ਲਈ ਇਸ ਤਰ੍ਹਾਂ ਮੇਰੇ ਤੇ ਪੂਰਾ ਸ਼ੱਕ ਹੋ ਜਾਏਗਾ ਮੈਂ ਤਾਂ ਨਹੀਂ ਆਉ ਤੈਨੂੰ ਲੈ ਕੇ ਪਿੰਡੋਂ ਨਿਕਲ ਜਾਏ ਤੇ ਮੈਂ ਪਿੱਛੋਂ ਵੀ ਦੋ ਤਿੰਨ ਦਿਨ ਪਿੰਡ ਵਿੱਚ ਫੇਰਾ ਪਾਂਦੀ ਰਵਾਂ ਕਿਸੇ ਨੂੰ ਮੇਰੇ ਉੱਤੇ ਉਂਗਲੀ ਨਾ ਹੋਵੇ ਮੈਨੂੰ ਡਰ ਲੱਗਦਾ ਜੇ ਕਿਸੇ ਰਾਹ 'ਚ ਹੀ ਫੜ ਲਿਆ ਫਿਰ ਜੋ ਕਿਸਮਤ 'ਚ ਲਿਖਿਆ ਹੋਇਆ ਅੱਗੇ ਕਿਹੜੇ ਕਰਮਾਂ ਦੇ ਸਿੱਧੇ ਹੋਏ ਪਏ ਨੇ ਪਰ ਮੈਂ ساری ਉਮਰ ਤੇਰੇ ਉੱਤੇ ਭਾਰੂ ਹੋ ਜਾਾਂਗੀ ਇਹ ਗੱਲਾਂ ਫੇਰ ਕਰਾਂਗੀ ਐਸ ਵੇਲੇ ਵੇਲਾ ਨਹੀਂ ਮੇਰੀ ਸਲਾਹ ਇਹ ਮੈਂ ਚਲੀ ਜਾਵਾਂ ਤਾਂ ਚੰਗਾ ਹੈ ਬੁੱਢੀ ਮੈਨੂੰ ਅੱਜ ਨਾ ਹੀ ਦੇਖੇ ਹਾਈ ਮੈਨੂੰ ਵੀ ਲੈ ਚੱਲ ਲਾਜੋ ਜਾਨਿਆਂ ਮੰਗ ਉੱਠਣ ਲੱਗੀ ਪੂਰੋਂ ਨੂੰ ਚੰਬੜ ਗਈ ਪੂਰੋਂ ਨੇ ਬੂਹੇ ਵਾਲ ਤੱਕਦਿਆਂ ਤੱਕਦਿਆਂ ਲਾਜੋ ਨੂੰ ਕੁੱਟ ਕੇ ਜੱਫਾ ਮਾਰਿਆ ਤੇ ਅੱਜ ਰਾਤੀ ਅਧੀ ਰਾਤੀ ਕੱਲ ਤੇ ਨਾ ਪਾਵੇਂ ਕਹਿੰਦੀ-ਕਹਿੰਦੀ ਪੂਰੋਂ ਖੇ ਸਾਨੂੰ ਸੰਭਾਲ ਕੇ ਘਰੋਂ ਬਾਹਰ ਹੋ ਗਈ ਵਾਣ ਦੀ ਮੰਜੀ ਉੱਤੇ ਲਾਜੋ ਨੇ ਦੋਹਾਂ ਪੈਰਾਂ ਨੂੰ ਲੰਮਿਆ ਰਿਆ ਅੱਜ ਲਾਜੋ ਦੇ ਸਾਰੇ ਅੰਗਾਂ ਵਿੱਚ ਇੱਕ ਚੰਮਲ ਆਈ ਫਿਰ ਲਾਜੋ ਨੂੰ ਜਿਵੇਂ ਸਾਰੀਆਂ ਕੰਧਾਂ ਵਿੱਚੋਂ ਆਵਾਜ਼ ਆਈ ਅੱਜ ਰਾਤੀ ਅਧੀ ਰਾਤੀ ਲਾਜੋ ਨੇ ਦਲੰਦੀ ਇੱਕ ਇੱਟ ਨੂੰ ਵੇਖਿਆ ਇਹੋ ਹੀ ਮੇਰਾ ਘਰ ਸੀ ਇੱਥੇ ਹੀ ਮੈਂ ਜੰਮੀ ਇੱਥੇ ਹੀ ਮੈਂ ਵੱਡੀ ਹੋਈ ਇਸੇ ਘਰੋਂ ਮੇਰੀ ਡੋਲੀ ਨਿਕਲੀ ਇੱਥੇ ਮੈਂ ਮੁਰ ਦੇ ਕੇ ਆਈ ਸਾਰੇ ਇਸ ਘਰ ਚੋਂ ਨਿਕਲ ਗਏ ਪਰ ਮੇਰਾ ਮੁਰਦਾ ਇਸੇ ਘਰ ਵਿੱਚ ਰੋਲਦਾ ਰਿਹਾ ਮੈਂ ਆਪਣੇ ਘਰ ਵਿੱਚ ਪਰਦੇਸਣ ਬਣ ਗਈ ਇਸੇ ਕਰਨੇ ਮੈਨੂੰ ਜੰਮਿਆ ਇਸੇ ਕਰਨੇ ਮੈਨੂੰ ਖਾ ਲਿਆ ਲਾਜੋ ਘਰ ਦੀਆਂ ਚੁਗਾਠਾਂ ਨੂੰ ਵੇਖਣ ਲੱਗ ਪਈ ਇਹਨਾਂ ਚੁਗਾਠਾਂ ਨੂੰ ਵੀ ਸ਼ਰਮ ਨਾ ਆਈ ਇਹਨਾਂ ਨੇ ਮੈਨੂੰ ਖੁਆਰ ਹੁੰਦਿਆਂ ਤੱਕਿਆ ਇਹਨਾਂ ਕੰੰਧਾਂ ਨੂੰ ਲਾਜ ਨਾ ਏ ਇਹਨਾਂ ਨੇ ਮੇਰੀ ਪਾਣ ਪੱਤ ਲਹਿੰਦੀ ਤੱਕੇ ਪਰ ਅੱਜ ਅੱਜ ਰਾਤੀ ਸੱਬੇ ਕੰੰਧਾਂ ਟੁੱਟ ਜਾਣਗੇ ਸੱਬੇ ਚੁਗਾਠਾਂ ਟੈ ਪੈਣਗੀਆਂ ਮੈਂ ਬੁੱਢੀ ਬਾਹਰ ਲਾ ਪੀੜਿਆ ਹੋਇਆ ਬੂਆ ਲਾ ਕੇ ਵੇੜੇ ਚ ਆ ਪਹੁੰਚੀ ਸੀ ਡੱਡੇ ਵੇਲੇ ਸੇ ਗਈਏ ਲਾਜੋ ਨੇ ਮਨੀ ਮਨਾਖਿਆ ਅੱਜ ਉਸ ਖੇਸਾਂ ਵਾਲੀ ਨੇ ਆਉਣਾ ਸੀ ਅਜੇ ਆਈ ਤੇ ਨਹੀਂ ਬੁੱਢੀ ਨੇ ਆਉਂਦੀ ਐ ਪਹਿਲੀ ਗੱਲ ਪੁੱਛੀ ਤੇ ਹੱਥ ਵਿੱਚ ਲਾ ਸਾਗ ਭਾਜੀ ਦਾ ਨਿਕਸੁਕ ਪੋਇੰਟ ਇਹ ਰਿਹਾ ਕਿ ਲਾਜੋ ਵਾਲੀ ਮੰਜੀ ਦੀ ਬਾਹੀ ਤੇ ਬਹਿ ਗਈ। ਖੇਸਾਂ ਵਾਲੀ ਦਾ ਨਾਂ ਸੁਣ ਕੇ ਲਾਜੋ ਦੇ ਮੂੰਹ ਉੱਤੇ ਇੱਕ ਟਰੌਨਿਕ ਜਿਹੀ ਫਿਰ ਗਈ। ਨਾ ਲਾਜੋ ਨੇ ਸਿਰ ਹਿਲਾ ਕੇ ਆਖਿਆ। ਫਿਰ ਲਾਜੋ ਸੋਚਣ ਲੱਗ ਪਈ ਪੂਰੋ ਨੂੰ ਪਤਾ ਕਿਵੇਂ ਲੱਗਾ ਕਿ ਮੈਂ ਇੱਥੇ ਰਹਿ ਰਹੀ ਆ। ਉਹ ਮੈਨੂੰ ਕਿਵੇਂ ਲੱਭਣ ਆਈ? ਉਹ ਕਿਹੜੇ ਪਿੰਡ ਵਿੱਚ ਰਹਿੰਦੀ ਐ? ਮੈਂ ਉਹਨੂੰ ਕੁਝ ਵੀ ਨਾ ਪੁੱਛਿਆ। ਪੁੱਛਣ ਦਾ ਵੇਲਾ ਹੀ ਨਹੀਂ ਸੀ। ਅੱਜ ਰਾਤ ਹੀ ਅੱਧੀ ਰਾਤ ਹੀ ਫਿਰ ਲਾਜੋ ਦੇ ਕੰਨਾਂ ਵਿੱਚੋਂ ਇਹ ਬਾਜ ਉੱਠ ਕੇ ਲਾਜੋ ਦੇ ਕੰਨਾਂ 'ਚ ਹੀ ਪੈਣ ਲੱਗ ਪਈ। ਮੈਂ ਅੱਕੇ ਫੱਕਾ ਨੂੰ ਮੋਟ ਪਾ ਕੇ ਚੌਲਾਂ ਦੀ ਬਲਟੋਹੀ ਧਰ ਦੇ। ਮੈਂ ਤੇ ਥੱਕ ਗਈਆਂ ਕਹਿੰਦੀ-ਕਹਿੰਦੀ ਬੁੱਢੀ ਮੰਜੀ ਤੇ ਮਿੱਸਲ ਹੋ ਕੇ ਪੈ ਗਈ। ਜਿਵੇਂ ਅਖੀਰੀ ਵਾਰ ਦੇ ਕੰਮ ਨੂੰ ਕੋਈ ਝੱਭਦੇ ਮੁਕਾਉਂਦਾ ਲਾਜੋ ਨੇ ਉੱਠ ਕੇ ਮੋਟ ਚੌਣੇ ਚੌਲ ਚੁਣੇ ਤੇ ਚੁੱਲ੍ਹੇ ਵਿੱਚ ਦੋ ਚਾਰ ਸਿੱਕੜ ਲਾ ਕੇ ਛੋਟੀ ਕੜਨੀ ਧਰ ਦਿੱਤੀ। ਅੱਗੇ ਬਹੁਤੀ ਵਾਰੀ ਬੁੱਢੀ ਆਟਾ ਗੁੰਨਦੀ ਸੀ ਪਰ ਅੱਜ ਆਪਣੇ ਆਪ ਲਾਜੋ ਨੇ ਆਟਾ ਛਾਣਿਆ ਤੇ ਗੁੱਦਾ ਅੱਜ ਦੀ ਦਿਹਾੜ ਟੁੱਟੀ ਹੋਈ ਜੁੱਤੀ ਵਾਂਗਣ ਵੱਧੀ ਜਾਂਦੀ ਸੀ ਮੱਸਾਂ ਕਿਤੇ ਤਰਕਾਲਾਂ ਪਈਆਂ ਜਦੋਂ ਬੁੱਢੀ ਦਾ ਪੁੱਤਰ ਘਰ ਆਇਆ ਲਾਜੋ ਨੂੰ ਅੱਜ ਬਹੁਤੀ ਕੈਂਡ ਨਾ ਚੜੀ ਅੱਗੇ ਰੋਜ਼ ਜਦੋਂ ਲਾਜੋ ਉਹਨੂੰ ਵੇਂਦੀ ਸੀ ਠਿਕਰੀਆਂ ਜਿਵੇਂ ਲਾਜੋ ਦੇ ਮੱਥੇ ਤੇ ਭੱਜ ਪੈਂਦੀਆਂ ਸਨ ਬਲਟੋਹੀ ਚ ਕਰਚੀ ਫੇਰਨ ਲੱਗਿਆ ਅੱਜ ਤ੍ਰੈ ਵਾਰੀ ਲਾਜੋ ਦੇ ਹੱਥੋਂ ਕਰਚੀ ਛੁੱਟ ਗਈ ਦੋ ਵਾਰੀ ਲਾਜੋ ਦੇ ਹੱਥੋਂ ਵੇਲਣਾ ਛੁੱਟ ਗਿਆ ਇੱਕ ਦੋ ਵਾਰਾਂ ਤਾਂ ਉਹਦੇ ਹੱਥੋਂ ਕਹਿੰਦਾ ਕਟੋਰਾ ਛੁੱਟ ਗਿਆ ਚੱਜ ਨਾਲ ਕੰਮ ਕਰ ਇਕ ਦੋ ਵਾਰਾਂ ਬੁੱਢੀ ਨੇ ਖਰਵੀ ਜੀ ਹੋ ਕੇ ਆਖਿਆ ਅੱਖੀਆਂ ਨਹੀਂ ਕਿ ਬਟਨ ਨਹੀਂ ਬੁੱਢੀ ਦੇ ਪੁੱਤਰ ਨੇ ਵੀ ਉਹਨੂੰ ਟੋਕਿਆ ਪਰ ਲਾਜ ਉਹਨੂੰ ਅਜ ਬੁੱਢੀ ਦਾ ਵੀ ਬੋਲ ਨਹੀਂ ਸਿੱਖਵਾਰਾ ਪਿਆ ਲੱਗਦਾ ਉਹਦੇ ਪੁੱਤਰ ਦੀ ਗੱਲ ਵੀ ਅਜ ਉਹ ਸੁਣਦੀ ਨਹੀਂ ਸੀ ਕੋਈ ਉਹਨੂੰ ਜੱਬਦਾ ਸੀ ਜਿਵੇਂ ਕਰਦਾ ਪਾਂਡਾ ਟਿੰਡਾ ਵੀ ਅਜ ਬੁੱਢੀ ਤੇ ਉਹਦੇ ਪੁੱਤਰ ਨੂੰ ਮੂੰਹ ਚ ਗੰਦਾ ਪਿਆ ਹੋਵੇ ਲਾਜ ਉਹ ਵਿਚ ਅਜ ਅੰਤਾਂ ਦੀ ਹਿੰਮਤ ਆ ਗਈ ਸੀ ਨਾ ਉਹਦਾ ਜੀਤ ਰਹਿੰਦਾ ਸੀ ਨਾਉ ਨੂੰ ਕੁਝ ਸੋਚ ਆਉਂਦੀ ਸੀ ਬਸ ਇੱਕ ਗਿਣਿਆ ਮਿੱਥਿਆ ਵੇਲਾ ਜਿਵੇਂ ਨੇੜੇ ਆ ਰਿਹਾ ਸੀ ਹੁਣੇ ਰਾਤ ਪੈ ਜਾਣੀ ਸੀ ਹੁਣੇ ਸਾਰਿਆਂ ਨੇ ਸੌ ਜਾਣਾ ਸੀ ਤੇ ਲਾਜੋ ਨੂੰ ਲੱਗਦਾ ਸੀ ਉਹਦੇ ਸਾਬਣ ਵਾਲੇ ਗੁੱਟ ਉੱਤੇ ਚੂੜੀ ਵਾਂਗ ਤਿਲਕ ਜਾਣਾ ਸੀ ਅੱਗੇ ਲਾਜੋ ਸੜਦੀ ਕੁੜਦੀ ਉੱਠ ਕੇ ਦਾਰੂ ਦੀ ਬੋਤਲ ਬੁੱਢੀ ਦੇ ਪੁੱਤਰ ਅੱਗੇ ਲਿਆ ਧਰਦੀ ਹੁੰਦੀ ਸੀ ਅੱਜ ਲਾਜੋ ਨੇ ਆਪੇ ਹੀ ਅੰਦਰੋਂ ਉੱਠ ਕੇ ਬੋਤਲ ਕੱਢ ਲਿਆਂਦੀ ਜਿਹੜੀ ਬੋਤਲ ਬੁੱਢੀ ਦੇ ਪੁੱਤਰ ਨੂੰ ਲਾਚੀਆਂ ਪਵਾ ਕੇ ਦੋ ਆਤਸ਼ਾਂ ਦੀ ਕੜਵਾਈ ਹੋਈ ਸੀ ਤੇ ਪੁਰਾਣੀ ਤੇਜ਼ ਹੋਣ ਕਰਕੇ ਵੱਖਰੀ ਧਰੀ ਹੋਈ ਸੀ। ਬੁੱਢੀ ਦਾ ਪੁੱਤਰ ਪਿਆ ਸੋਇਦਾ ਸੀ ਅੱਜ ਲਾਜੋ ਨੇ ਮੋਠਾਂ ਦੀ ਖਿਚੜੀ ਵੀ ਮਲਾਈ ਵਰਗੀ ਬਣਾਈ ਸੀ। ਅੱਜ ਲਾਜੋ ਨੇ ਆਪੇ ਹੀ ਦਾਰੂ ਦੀ ਬੋਤਲ ਕੱਢ ਲਿਆਂਦੀ ਸੀ। ਅੱਜ ਲਾਜੋ ਖੁਸ਼ ਸੀ ਅੱਜ। ਬੁੱਢੀ ਨੂੰ ਛਪਕੀਆਂ ਪਈਆਂ ਆਉਂਦੀਆਂ ਸਨ। ਵੇੜੇ 'ਚ ਠੰਡ ਉਤਰਾਈ। ਉਤਰ ਪਈਏ। ਮੈਂ ਤੇਰੀ ਮੰਜੀ ਢਾ ਦਿਤੀਏ ਜਾਂ ਲੰਮੀ ਪੈਰੋ। ਲਾਜੋ ਨੇ ਘਰ ਦੀ ਸੁਆਣੀ ਵਾਂਗ ਬੁੱਢੀ ਨੂੰ ਆਖਿਆ। ਇੱਕ ਵਾਰ ਤਾਂ ਬੁੱਢੀ ਨੇ ਛੜੀਆਂ ਜਿਹੀਆਂ ਅੱਖਾਂ ਨਾਲ ਲਾਜੋਵਲ ਵੇਖਿਆ ਅੱਜ ਤੇ ਜਿਵੇਂ ਦਿਨ ਹੀ ਫਿਰ ਪਏ ਨੇ ਅਜੇ ਤਾਂ ਮੈਂ ਇਹਨੂੰ ਤਬੀਰ ਪਵਾਉਣਾ ਸੀ ਪਹਿਲਾਂ ਹੀ ਅਸਰ ਹੋ ਗਿਆ ਬੁੱਢੀ ਨੇ ਦਿਲ ਦਿਲ ਹੀ ਦਿਲ ਵਿੱਚ ਸੋਚਿਆ ਤੇ ਅੰਦਰ ਜਲ ਲੰਮੀ ਪਈ ਰਾਤਾਂ ਹਨੇਰਾ ਪੈਰੂ ਪੈਰ ਸੰਘਣਾ ਹੁੰਦਾ ਜਾਂਦਾ ਸੀ ਬੁੱਢੇ ਦਾ ਪੁੱਤਰ ਦਾਰੂ 'ਚ ਘੁੱਟ ਹੋ ਕੇ ਲਾਜੋ ਦੀਆਂ ਬਾਹਾਂ 'ਪੇ ਖਿੱਚਦਾ ਸੀ ਰਾਤ ਦਾ ਪਹਿਲਾ ਪੈਰ 'ਚ ਰੋਕਣਾ ਲੰਘਿਆ ਸੀ ਬੁੱਢੇ ਦਾ ਪੁੱਤਰ ਦਾਰੂ 'ਚ ਘੁੱਟ ਹੋ ਕੇ ਮੰਜੀ ਉੱਤੇ ਪੈ ਚੁੱਕਾ ਸੀ ਕਰਦੀਆਂ ਕੰਧਾਂ ਕੜੀਆਂ ਨੇ ਜਿੱਥੇ ਅੱਗੇ ਇੰਨੇ ਹੋਰ ਫੇਰ ਵੇਖੇ ਸਨ ਅੱਧੀ ਕੁ ਰਾਤ ਵੇਲੇ ਇਹ ਵੀ ਵੇਖਿਆ ਕਿ ਲਾਜੋ ਦੱਬੇ ਪੈਰੀ ਡਿਊਟੀ ਦੇ ਬੂਆ ਲਾ ਕੇ ਕਰਦੀਆਂ ਮੂੰਹ ਹਾਠਾਂ ਵਿੱਚੋਂ ਬਾਹਰ ਲੰਘ ਗਏ ਗਿਣਵੇਂ ਪੈਰ ਤੁਰ ਕੇ ਲਾਜੋ ਨੂੰ ਇੱਕ ਤਪੱਕਾ ਪੰਦਾ ਕਿ ਕੋਈ ਉਹਦੇ ਪਿੱਛੇ ਪਿਆ ਹੁੰਦਾ ਏ ਕਿਸੇ ਨੂੰ ਮੋਢਿਆਂ ਤੋਂ ਨੱਪ ਲਿਆ ਏ ਕਿਸੇ ਨੇ ਉਹਨੂੰ ਸੰਗੀਤੋਂ ਫੜ ਲਿਆ ਸਿਆਲੇ ਦੀ ਉੱਤਰੀ ਠੰਡ ਵਿੱਚ ਵੀ ਲਾਜੋ ਨੂੰ ਪੁਰਪੁਰੀਆਂ ਉੱਤੇ ਪਸੀਨੇ ਦੀਆਂ ਬੂੰਦਾਂ ਆ ਗਈਆਂ ਰਾਤ ਭਾਵੇਂ ਹਨੇਰੀ ਸੀ ਪਰ ਛਿਟਕੇ ਹੋਏ ਤਾਰਿਆਂ ਦਾ ਚਾਨਣ ਵੀ ਲਾਜੋ ਨੂੰ ਤਿੱਖਾ ਪਿਆਦ ਲੱਗਦਾ ਸੀ ਲਾਜੋ ਆਪਣੇ ਘਰ ਦੀ ਪੱਕੀ ਕੰਧ ਲੰਘ ਕੇ ਅਗਲੇ ਘਰਾਂ ਦੇ ਰਾਹ ਪੈਣ ਲੱਗਿਆਂ ਛਠੰਬਰ ਗਈ ਲਾਜੋ ਨੇ ਆਪਣੀ ਗਿੱਚੀ ਮੋੜ ਕੇ ਘਰ ਦੀ ਲੰਮੀ ਦੀਵਾਰ ਵੱਲ ਵੇਖਿਆ ਸਾਰੀ ਦੀ ਸਾਰੀ ਗਲੀ ਵਿੱਚ ਚੁੱਪ ਚਾਂ ਕੋਰੇ ਵਾਂਗ ਜੰਮੀ ਹੋਈ ਸੀ ਫਿਰ ਵੀ ਲਾਜੋ ਨੇ ਗਲੀ ਦਾ ਸਿੱਧਾ ਰਾਹ ਛੱਡ ਕੇ ਘਰਾਂ ਦੇ ਪਿਛਲੇ ਪਾਸੇ ਵਾਲਾ ਲੰਮਾ ਰਾਹ ਫੜ ਲਿਆ। ਘਰਾਂ ਦੀ ਪਾਲ ਜਦੋਂ ਮੁੱਕ ਗਈ ਬਾਹਰਲੀ ਖੂਹ ਨੂੰ ਪਹੁੰਚਣ ਲੱਗਿਆਂ ਵਿੱਚ ਘਾਰ ਇੱਕ ਚੌੜਾ ਮੈਦਾਨ ਪੈਂਦਾ ਸੀ। ਇੱਥੋਂ ਇੱਥੇ ਲੱਜੋ ਦੇ ਨੰਗੇ ਪੈਰਾਂ ਵਿੱਚ ਕੰਬਣੀ ਜੀ ਉੱਠ ਕੇ ਉਹਦੇ ਮੱਥੇ ਦੀਆਂ ਨਾੜਾਂ 'ਚ ਫੈਲ ਗਈ। ਲੱਜੋ ਨੇ ਪਿੱਛਾ ਮੁੜ ਕੇ ਕਬਰਾਂ ਵਾਂਗ ਸੁੱਤੇ ਪਏ ਘਰਾਂ ਨੂੰ ਤੱਕਿਆ। ਅਜੇ ਤੱਕ ਕੋਈ ਪਰਲੋ ਨਹੀਂ ਸੀ ਆਈ। ਅਜੇ ਤੱਕ ਕਬਰਾਂ ਵਿੱਚੋਂ ਕੋਈ ਜਾਗ ਕੇ ਨਹੀਂ ਸੀ ਆਇਆ। ਲਾਜੋ ਨੂੰ ਆਪਣੀ ਸਾਦੀ ਆਵਾਜ਼ ਵੀ ਸੁਨਿਆਰੇ ਦੀ ਢੌਂਕਣੀ ਵਾਂਗਣ ਤੇ ਲੱਗਦੀ ਸੀ ਪਰ ਲਾਜੋ ਕੋਲ ਦਲੀਲੀ ਪਹਿਣ ਜੋਗਾ ਵੇਲਾ ਨਹੀਂ ਸੀ ਲਾਜੋ ਨੇ ਇੱਕ ਵਾਰ ਤਾਰਿਆਂ ਦੇ ਖੁੰਡੇ ਚਾਨਣ ਵੱਲ ਤੱਕਿਆ ਤੇ ਮੈਦਾਨ ਵਿੱਚ ਪੈ ਗਈ ਲਾਜੋ ਦੇ ਦਿਲ ਚ ਇੱਕ ਧੜਕੂ ਸੀ ਕਿ ਮੈਦਾਨ ਵਿੱਚੋਂ ਲੰਘਦੀ ਨੂੰ ਕੋਈ ਵੀ ਦੂਰੋਂ ਵੀ ਵੇਖ ਸਕਦਾ ਸੀ ਲਾਜੋ ਦੇ ਗਲ ਚ ਕੱਪੜੇ ਵੀ ਕੁਝ ਕੁਝ ਚਟਿਆਲੇ ਸਨ ਉਹਨੂੰ ਹਨੇਰਿਆਂ ਵਿੱਚ ਆਪਣੇ ਕੱਪੜਿਆਂ ਦੀ ਚਟਾਈ ਵੀ ਡਰਾਉਂਦੀ ਪਈ ਸੀ ਉਹਨੇ ਸਾਰਾ ਮੈਦਾਨ ਲੰਘ ਲਿਆ ਸੀ ਉਹਨੇ ਪਿੱਛਾਂ ਭੌਂਕੇ ਤੱਕਿਆ ਪਿੱਛੇ ਸਾਰਾ ਮੈਦਾਨ ਖਾਲੀ ਦਾ ਖਾਲੀ ਸੀ ਖੂਹੀ ਨੂੰ ਇੱਕ ਨਜ਼ਰ ਫੇਰ ਕੇ ਲਾਜੋ ਨੂੰ ਹੌਲ ਪਿਆ ਜਾਣੀ ਦਾ ਖੂਹੀ ਉੱਤੇ ਕੋਈ ਵੀ ਨਹੀਂ ਸੀ ਰਸ਼ੀਦ ਦਾ ਕੋਈ ਵੀ ਨਾ ਆਇਆ ਉਹ ਕਿਤੇ ਜੋਗੀ ਨਾ ਰਹੀ ਲਾਜੋ ਨੂੰ ਪਿੱਛਾਂ ਮੁੜਨ ਦਾ ਖਿਆਲ ਮੱਥੇ ਦੀ ਸੱਟ ਵਾਂਗ ਲੱਗਦਾ ਸੀ ਖੁਦ ਹੀ ਪੌਣੀ ਦਿਵਾਲੀ ਉਹਨੇ ਪੂਰਾ ਚੱਕਰ ਲਾਇਆ ਉਹਨੇ ਜਿਵੇਂ ਦਿਲ 'ਚ ਧਾਰ ਲਈ ਕਿ ਜੇ ਹੁਣ ਜੱਗ ਉੱਤੇ ਉਹਦਾ ਕੋਈ ਥਾਂ ਨਹੀਂ ਸੀ ਤਾਜ ਉਹ ਇਸੇ ਖੂਚ ਡੁੱਬ ਜਾਏਗੀ ਚਾਦਰ ਦੇ ਝੁੰਬ ਮਾਰ ਕੇ ਲਗਦੀਆਂ ਝਾੜੀਆਂ ਚੋਂ ਇੱਕ ਬੰਦਾ ਨਿਕਲਿਆ ਭੈਣ ਤੂੰ ਲਾਜੋ ਬੰਦੇ ਬੰਦੇ ਨੇ ਲਾਜੋ ਕੋਲ ਆ ਕੇ ਵਿਲੇਟੀ ਹੋਈ ਚਾਦਰ ਵਿੱਚੋਂ ਪੂਰਾ ਮੂੰਹ ਬਾਹਰ ਨੂੰ ਕੱਢਿਆ ਮੇਰੀ ਨਿਸ਼ਾਨੀ ਵਿਖਾ ਦੇ ਵੀਰਾ ਲਾਜੋ ਨੇ ਰਸ਼ੀਦ ਦੇ ਦੇ ਮੂੰਹ ਅਲਚਾਤ ਮਰੀ ਰਸ਼ੀਦ ਦੇ ਮੂੰਹ ਉੱਤੇ ਊੜਕਾਂ ਦਾ ਤਰਸ ਮੋਰ ਵਾਂਗ ਲੱਗਾ ਹੋਇਆ ਸੀ ਲਾਜੋ ਦਾ ਜੀ ਥਾਵੇਂ ਆਇਆ ਰਸ਼ੀਦੇ ਨੇ ਹੱਥ ਦਾ ਛੱਲਾ ਲਾਜੋ ਦੇ ਅੱਗੇ ਕਰ ਦਿੱਤਾ ਤੈਨੂੰ ਅਪੜਾ ਕੇ ਕੱਲ ਜਾਂ ਪਰਸੋਂ ਪੂਰੋਂ ਨੂੰ ਲੈ ਜਾਂਗਾ ਜੱਤ ਕੋ ਦੇ ਨਾਲ ਨੇ ਰਸ਼ੀਦੇ ਨੇ ਖੂਦ ਹੀ ਮੌਣ ਤੋਂ ਉਤਰ ਕੇ ਝਾੜੀਆਂ ਤੋਂ ਪਾਰ ਬੱਦੀ ਹੋਈ ਘੋੜੀ ਖੋਲ ਲਿਆਂਦੀ ਯਾ ਅੱਲਾ ਰਸ਼ੀਦੇ ਨੇ ਇੱਕ ਵਾਰ ਕੇ ਹੱਥੇ ਲਾਜੋ ਨੂੰ ਬੰਦ ਆਸਰਾ ਦੇ ਕੇ ਘੋੜੀ ਤੇ ਬਿਠਾ ਲਿਆ ਘੋੜੀ ਨੂੰ ਪਹਿਲੀ ੱਡੀ ਲਾਉਂਦਿਆਂ ਹੀ ਰਸ਼ੀਦੇ ਦੇ ਆਪਣੇ ਮਨ 'ਚ ਉਹ ਵੇਲਾ ਆ ਗਿਆ ਜਦੋਂ ਉਹਨੇ ਪੂਰੋਂ ਨੂੰ ਛੱਤੋਂ ਆਣੀ ਦੇ ਕੱਚੇ ਪਹੇਤੋ ਤਰੂ ਕੇ ਆਪਣੀ ਘੋੜੀ ਤੇ ਸੁੱਟ ਲਿਆ ਸੀ ਰਸ਼ੀਦਾ ਹੈਰਾਨ ਸੀ ਉਹਨੂੰ ਫੇਰ ਇੱਕ ਵਾਰ ਆਪਣੀ ਘੋੜੀ ਪਹਜਾਉਣੀ ਪਈ ਪਿੰਡ ਦੀ ਇੱਕ ਹੋਰ ਮੁਟਿਆਰ ਫੇਰ ਨਸਾਉਣੀ ਪਈ ਜਵਾਨੀ ਦਾ ਉਹ ਲੇਲ ਅੱਜ ਰਸ਼ੀਦੇ ਦੀਆਂ ਬਾਹਾਂ 'ਚ ਨਹੀਂ ਸੀ ਪਰ ਰਸ਼ੀਦਾ ਸੋਚ ਰਿਹਾ ਸੀ ਪੂਰੋਂ ਨੂੰ ਨਸਾ ਕੇ ਜਿਉਂ-ਜਿਉਂ ਆਪਣੀ ਘੋੜੀ ਪਹਜਾਉਂਦਾ ਜਾਂਦਾ ਸੀ ਮਣਾ-ਮਾਣੀਆਂ ਦਾ ਇੱਕ ਪੱਥਰ ਉਹਦੀ ਰੂਹ ਤੇ ਪੈਂਦਾ ਜਾਂਦਾ ਸੀ ਵਰਿਆਂ ਦੇ ਬਰੇ ਉਹਦੀ ਰੂਹ ਤੇ ਇੱਕ ਭਾਰ ਲੱਦਿਆ ਰਿਹਾ ਸੀ ਅੱਜ ਜਿਉਂ-ਜਿਉਂ ਰਸ਼ੀਦੇ ਦੀ ਕੋੜੀ ਰਤੋਵਾਲ ਦੀਆਂ ਜੂਹਾਂ ਪਿੱਛੇ ਛੱਡਦੀ ਜਾਂਦੀ ਸੀ ਰਸ਼ੀਦੇ ਨੂੰ ਜਪਦਾ ਉਹਦੀ ਰੂਹ ਤੋਮਣਾ ਮਾਣੀਆਂ ਦਾ ਉਹ ਪੱਥਰ ਪਰਾਂ ਸਰਕਦਾ ਜਾਂਦਾ ਸੀ ਰਸ਼ੀਦਾ ਜਿਵੇਂ ਹੌਲੇ ਫੁੱਲ ਖੰਭਾ ਵਾਂਗ ਕੋੜੀ ਨੂੰ ਭਜਾਈ ਜਾਂਦਾ ਸੀ ਅਗਲਾ ਅੰਗ ਹੈ ਹਮੀਦਾ ਸਵੇਰ ਦੇ ਫੈਲ ਦੇ ਚਾਨਣ ਵਾਲੀ ਪਿੰਡ ਵਿੱਚ ਲਾਜੋ ਦੇ ਗੁੰਮ ਹੋ ਜਾਣ ਦੀ ਖਬਰ ਫੈਲ ਗਈ ਸੀ ਚਾਟੀਆਂ 'ਚ ਜਿੰਮ ਤਾਣੀਆਂ ਪਈਆਂ ਹੋਈਆਂ ਸਨ ਜਦੋਂ ਹਰ ਇੱਕ ਘਰ ਵਿੱਚ ਲਾਜੋ ਦੀ ਗੱਲ ਹੋਣ ਲੱਗ ਪਈ। ਆਲੇ ਦੁਆਲੇ ਦੇ ਪਿੰਡਾਂ ਵਿੱਚ ਕਿਤੇ ਹਿੰਦੂ ਦੇ ਜਣੇ ਦਾ ਨਾਂ ਨਿਸ਼ਾਨ ਨਹੀਂ ਸੀ ਤੇ ਕਿਸੇ ਮੁਸਲਮਾਨ ਇਹ ਕੰਮ ਕਾਦੇ ਵਾਸਤੇ ਕਰਨਾ ਸੀ ਲੋਕੀ ਹੈਰਾਨ ਪਰੇਸ਼ਾਨ ਸਨ। ਚਾਨਣਾ ਪੈਰੋਂ ਪੈਰ ਉੱਚਾ ਹੋ ਕੇ ਚੜੀ ਹੋਈ ਧੁੱਪ ਬਣ ਗਿਆ ਸੀ। ਗੋਹਿਆਂ ਦੀਆਂ ਪੜੌਲੀਆਂ ਵਿੱਚ ਲੋਕਾਂ ਦੀਆਂ ਦਾਲਾਂ ਰਿੱਝ ਗਈਆਂ ਸਨ। ਤਰੀਮਤਾ ਜੇ ਤੰਦੂਰ ਪਈਆਂ ਤਾਂਦੀਆਂ ਸਨ। ਜਿਨ੍ਹਾਂ ਵਿੱਚੋਂ ਬਲਦੀ ਮਨਛਟੀ ਦੀ ਖੁਸ਼ਬੂ ਉੱਠਦੇ ਧੂਏ ਦੀ ਹਵਾੜ ਨਿਕਲ ਕੇ ਸਾਰੇ ਪਿੰਡ ਉੱਤੇ ਲਿਪੀ ਪਈ ਸੀ ਜਦੋਂ ਪੂਰੋ ਨੇ ਪਿੰਡ ਦੀ ਦਹਲਗੀ ਜ਼ੋਤੇ ਪੈਰ ਰੱਖਿਆ ਅੱਜ ਲਾਜੋਰਾ ਦੇ ਘਰ ਦਾ ਬੂਹਾ ਕਿਸੇ ਜਾਨਵਰ ਦੇ ਟੱਡੇ ਹੋਏ ਮੂੰਹ ਵਾਂਗ ਖੁੱਲਾ ਹੋਇਆ ਸੀ ਪੂਰੋ ਨੇ ਜਦੋਂ ਉਸ ਘਰ ਦੇ ਬੂਹੇ ਵਿੱਚ ਪੈਰ ਪਾਇਆ ਵੇੜੇ 'ਚ ਖਿਲਰੇ ਹੋਏ ਰਾਤ ਦੇ ਝੂਠੇ ਭਾਂਡਿਆਂ ਉੱਤੇ ਮੱਖੀਆਂ ਪਈਆਂ ਭਿੰਕਦੀਆਂ ਸਨ ਪੂਰੋਂ ਨੂੰ ਦੇਸ ਪਿਆ ਸਵੇਰ ਦਾ ਕਿਸਨੇ ਕੁਝ ਕਿਸੇ ਨੇ ਕੁਝ ਖਾਦਾ ਪਕਾ ਨਹੀਂ ਸੀ ਨੀ ਕਿਤੇ ਉਹ ਕ ਲੈਣੀ ਤੱਕੀ ਉਹ ਬੁੱਢੀ ਦੇ ਮੱਥੇ ਉੱਤੇ ਤਿਉੜੀਆਂ ਦੇ ਇੰਨੇ ਵੱਟ ਪਏ ਸਨ ਜਿਵੇਂ ਮਿੱਟੀ ਦੀ ਸਬੂਤੀ ਕੁੰਨੀ ਕਿਸੇ ਨੇ ਉਹਦੇ ਮੱਥੇ ਤੇ ਭੰਦੀ ਹੋਵੇ ਕੌਣ ਅੰਮਾ ਪੂਰੋਂ ਨੇ ਸਿਰ ਉੱਤੇਲੇ ਖੇਸ ਵੇੜੇ ਚ ਧਰਦਿਆਂ ਪੁੱਛਿਆ ਨੀ ਉਹ ਚੰਦਰੀ ਅੱਲਾ ਲਵੀ ਉਹਨੂੰ ਬੁੱਢੀ ਨੇ ਫੇਰ ਆਪਣੇ ਸਾਰੇ ਸਾਰੀ ਨਫ਼ਰਤ ਮੱਥੇ ਦੇ ਵੱਟਾਂ ਚ ਭਰ ਕੇ ਆਖਿਆ ਹਾਈ ਹਾਈ ਕੌਣ ਨੂੰ ਕਿਥੇ ਨੀ ਉਹ ਤੇ ਸੜ ਜਾਣੀ ਉਦਲ ਗਈ ਐ ਹਾਈ ਹਾਈ ਕਿਦੇ ਨਾਲ ਮੈਂ ਤੇ ਉਹਦੇ ਜੋ ਗਤ ਤਵੀਤ ਤੇ ਰੱਖ ਲੈ ਕੇ ਆਈਆਂ ਚੁੱਲ੍ਹੇ 'ਚ ਭੂਖ ਤਵੀਤ ਤੇ ਰੱਖਾਂ ਉਹਨੂੰ ਤਾਂ ਖੌਰੇ ਜਿੰਨ ਲੈ ਗਏ ਨੇ ਕਿ ਭੂਤ ਛੱਡ ਨਹੀਂ ਅੰਮਾ ਪਿੰਡ ਵਿੱਚੋਂ ਕਿਨੇ ਚੁੱਕੇ ਲੈ ਜਾਣਾ ਸੀ ਬਾਹਰ ਪੈਲੀਆਂ ਛਲੀਆਂ ਵੱਲ ਗਈ ਹੋਣੀ ਹੁਣੇ ਆ ਜਾਂਦੀ ਹੈ ਵੇਖਾਂ ਪੈਲੀਆਂ ਵੱਲ ਗਈ ਐ ਉਹ ਤੋਂ ਸਿਕਰ ਦੁਪਹਿਰਾ ਹੋ ਗਈਆਂ ਨੇ ਪਰ ਅੰਮਾ ਉਹ ਕੋਈ ਰੋਟੀ ਦਾ ਟੁੱਕਰ ਤੇ ਨਹੀਂ ਜੀ ਨੂੰ ਕਾਂ ਪੈ ਗਏ ਇਹੋ ਤੇ ਮੈਂ ਆਨੀ ਆ ਖਾਰੇ ਕਿਤੇ ਖੂਚ ਡੁੱਬ ਕੇ ਮੋਈ ਖਾਰੇ ਕਿਤੇ ਛੱਪੜ ਚ ਟੈਪਈ ਮੈਂ ਤੇ ਉਹਦਾ ਪਹਿਲੇ ਦਿਨੋਂ ਹੀ ਵਸਾ ਨਹੀਂ ਸਕਾਂਦੀ ਹੁੰਦੀ ਪਰ ਮੁੰਡਾ ਹੀ ਤੱਤਾ ਉਹਦੇ ਮਰਾਣੇ ਮਰਦਾ ਸੀ ਤੇ ਆਂਦਾ ਹੁੰਦਾ ਸੀ ਹੁਣ ਇਹਨੇ ਜਾਣਾ ਕਿੱਥੇ ਵੀ ਇਹਦਾ ਕੋਈ ਲਾਗੇ ਨਾ ਛਾਕੇ ਕਿਉਂ ਮਾਂ ਉਹਦੇ ਮਾਪਿਓ ਕਿਹੜੇ ਪਿੰਡ ਨੇ ਨਹੀਂ ਉੱਜੜ ਗਏ ਮਾਪਿਓ ਮੈਂ ਤੇ ਪਹਿਲੇ ਦਿਨੋਂ ਹੀ ਆਂਦੀ ਸੀ ਇੰਜ ਪ੍ਰਾਈਟਿੰਗ ਕਰਨੀ ਵਸਤੇ ਪਰ ਉਹਦਾ ਜੋ ਦਿਲ ਆ ਗਿਆ ਬੁੱਢੀ ਦੀ ਕੌਣ ਸੁਣਦਾ ਸੀ ਬੈ ਹੁਣ ਤੇਰੇ ਕੋਲੋਂ ਕੀ ਲੁਕਾਏ ਸਾਰਾ ਪਿੰਡ ਜਾਣਦਾ ਏ ਇਹ Hindu ਨਸਨ ਲੱਗੇ ਤਾਂ ਮੇਰਾ ਮੁੰਡਾ ਇਹਨੂੰ ਕਿਥੋਂ ਲੈ ਆਇਆ ਅੱਲਾ ਜਾਣਦਾ ਏ ਮੈਂ ਤੇ ਪਹਿਲੇ ਦਿਨੋਂ ਹੀ ਆਂਦੀ ਸਾਂ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਐਵੇਂ ਤੂੰ ਅੱਲਾ ਦਿੱਤੇ ਆਪਾਪ ਦੀ ਗੰਡ ਚੁੱਕ ਲਈ ਆ ਕਿਹੜੇ ਕਿਹੜੇ ਰੋਜ਼ ਸਿਰ ਰੋਲਾਵਾਗੇ ਹੂੰ ਇਹ ਗੱਲ ਸੀ ਤਾਈਂਓ ਅੰਮਾ ਉਪੀਤੀ ਹੋਈ ਲੱਗਦੀ ਸੀ ਪਰ ਨਸ ਕੇ ਜਾਵੇਗੀ ਕਿਥੇ ਉਹ ਦਾ ਕੋਈ ਨੇੜੇ ਨਾ ਤੇੜੇ ਕਾਵਾਂ ਤੋਂ ਖੁੱਥੀ ਤੇ ਇਲਾ ਦੇ ਅੱਗੇ ਮੇਰੀ ਜਾਚੇ ਤਾਂ ਕਿਤੇ ਖੂ ਖਾਤੇ ਚ ਡਿੱਗ ਟੈ ਪਈ ਭਾਵੇਂ ਤੇ ਉਹ ਜਾਣ ਕੇ ਮੋਈਏ ਤੇ ਭਾਵੇਂ ਉਹਦੀ ਆਈ ਹੋਈ ਸੀ ਹਾਈ ਨਹੀਂ ਕਲੰਕ ਤੇ ਮਗਰੋਂ ਲੱਥਾ ਪਰ ਮੁੰਡਾ ਮੇਰੀਆਂ ਹੱਡੀਆਂ ਪਿਆ ਤੋੜਦਾ ਕਿ ਤੂੰ ਅੰਨੀ ਸੈ ਤੈਨੂੰ ਪਤਾ ਨਾ ਲੱਗਾ ਉਹ ਕੋਈ ਚਿੜੀ ਬੋਟ ਤੇ ਨਹੀਂ ਸੀ ਜੋ ਕਿਸੇ ਨੇ ਬੁੱਝੇ ਚ ਪਾਲੀ ਪਰ ਅмма ਉਹ ਕਦੇ ਅੱਗੇ ਵੀ ਕੱਲੀ ਕਾਰੀ ਬਾਹਰ ਜਾਂਦੀ ਹੁੰਦੀ ਸੀ ਨੀ ਕਿੱਥੇ ਜਾਣਾ ਮੋਇਆਂ ਕੋਲ ਸਾਸੂ ਪਹਿਲਾਂ ਪਹਿਲਾਂ ਤੇ ਮੈਂ ਜਦੋਂ ਮੁੰਡੇ ਦਾ ਭੱਤਾ ਦੇਣ ਜਾਣਾ ਤਾਂ ਬਾਹਰੋਂ ਦੀ ਜੰਦਰਾ ਲਾ ਜਾਣਾ ਫਿਰ ਮੁੰਡਾ ਵੀ ਆਖੇ ਤੇ ਮੈਂ ਵੀ ਸੋਚਿਆ ਵੀ ਇਸ ਛੋਧੀ ਨੇ ਜਾਣਾ ਕਿੱਥੇ ਵੀ ਇੰਜ ਬੰਦੇ ਦਾ ਘਰ ਚ ਜੀ ਨਹੀਂ ਪੈਂਦਾ ਜੇ ਅੱਠੇ ਪੈਰੋਂ ਦੀ ਸਿਰ ਉਤੇ ਖਲੋਤੇ ਰਵੋ ਬਸ ਦੁਪਹਿਰਾਂ ਦਾ ਘੜੀ ਪਾਲੀ ਉਹ ਕੱਲੀ ਰਹਿੰਦੀ ਸੀ ਕੱਲ ਵੀ ਮੈਂ ਰੋਟੀ ਦੇ ਕੇ ਆਈ ਸਾਂ ਚੰਗੀ ਭਲੀ ਇੱਥੇ ਬੈਠੀ ਸੀ ਮੂਠ ਪਾ ਕੇ ਰਤੀ ਖਿਚੜੀ ਰੰਨੀ ਸੀ ਬਾਥੂ ਦਾ ਸਾਗ ਤਾਂ ਵੀ ਇਹ ਚ ਸੌੜਿਆ ਸੋ ਰੋਟੀ ਪਕਾਈ ਸੂ ਸਾਨੂੰ ਮਾਂ ਪੁੱਤਰਾਂ ਨੂੰ ਖੁਆਈ ਸੂ ਆਪ ਖਾ ਦਿੱਸੂ ਫਿਰ ਮੇਰੀ ਮੰਜੀ ਰਾਤੀਂ ਅੰਦਰ ਝਾੜਾਈ ਸੂ ਆਖੇ ਅੰਮਾ ਵੇੜੇ ਵਿੱਚ ਠੰਡ ਹੋ ਗਈਏ ਮੁੰਡੇ ਨੇ ਜਰਾ दारू ਦਾ ਘੁੱਟ ਪੀਤਾ ਏ ਫਿਰ ਮੈਂ ਤੇ ਸੌਂ ਖੱਪ ਗਈ ਪਤਾ ਨਹੀਂ ਕਿਹੜੀ ਹੋਣੀ ਕਿਹੜੇ ਵੇਲੇ ਵਰਤ ਗਈਏ ਦਿਨੇ ਉੱਠੀ ਤੇ ਬਾਜਾਂ ਦੇਣ ਲੱਗੀ ਆ ਪਰ ਕੋਈ ਹੋਵੇ ਤਾਂ ਕੋਈ ਕਵੇ ਮੈਂ ਆਖਿਆ ਕੋਈ ਖੁਸ਼ ਹੋ ਫਲਾਈ ਜੀ ਹੁਣ ਉਹ ਕਿੱਥੇ ਜਾਣ ਵਾਲੀ ਏ ਜਾਣਾ ਵੀ ਕਿਹਦੇ ਨਾਲ ਸਾ ਸਾਸੂ ਬੁੱਢੀ ਨੇ ਟੱਠੇ ਹੋਈ ਮੱਥੇ ਨੂੰ ਆਪਣੇ ਗੋਡਿਆਂ ਉੱਤੇ ਪਾ ਲਿਆ ਹੈਰਾਨਗੀ ਦੀ ਗੱਲ ਏ ਮਾਸ ਦੀ ਕੋਈ ਬੋਟੀ ਤਾਂ ਨਹੀਂ ਸੀ ਨਾ ਜੋ ਕੁੱਤੇ ਬਿੱਲੀ ਨੇ ਮੂੰਹ ਚ ਪਾ ਲਈ ਪਿੰਡ ਤੇ ਸਾਰਾ ਤੁਸਫੂਲੀ ਘੱਟਾ ਹੋਏਗਾ ਆਹੋ ਸਵੇਰ ਦਾ ਇੱਥੇ ਤਾਂ ਪਿੰਡ ਦਾ ਜਣਾ ਜਣਾ ਆਇਆ ਏ ਲੋਕਾਂ ਨੇ ਚੱਪਾ ਚੱਪਾ ਸਾਰੀ ਭੋਂ ਦਾ ਗਾਂ ਛੱਡੀ ਗਾਂ ਛੱਡੀ ਹੈ ਹੁਣ ਮੇਰਾ ਅੱਲਾ ਦਿੱਤਾ ਤੇ ਪਿੰਡ ਦੇ ਕੋਈ ਜਣੇ ਖੂ ਫਲਣ ਗਏ ਹੋਏ ਨੇ ਹੋ ਜਾਣੇ ਮੋਈ ਖੱਪੀ ਹੋਈ ਦੀ ਲੋਥੀ ਲੱਪਵੇ ਤਾਂ ਮੁੰਡੇ ਨੂੰ ਹਿਰਕ ਤਾਂ ਨਾ ਰਵੇ ਕਿ ਕਿੱਥੇ ਗਈ ਮੁੰਡੇ ਦੀ ਜਾਨ ਸਲਾਮਤੀ ਰਵੇ ਜਨਾਨੀਆਂ ਹੋਰ ਬਥੇਰੀਆਂ ਅਜੇ ਤੱਕ ਪੂਰੋ ਹਰਖ-ਸ਼ੋਕ ਦੇ ਸਾਰੇ ਭਾਵਾਂ ਨੂੰ ਆਪਣੇ ਮੂੰਹ ਤੇ ਉਤਾਰ ਦੀ ਚੜਾਉਂਦੀ ਆਈ ਸੀ ਹੁਣ ਦੋ ਤਰੇ ਬੰਦੇ ਬਾਹਰੋਂ ਆ ਗਏ ਸਨ ਅਸੀਂ ਇਥੇ ਸਾਰੇ ਖੂ ਸ਼ੂ ਫੁਲਾ ਆਇਆ ਉਹਦੀ ਤੇ ਕਿਤੇ ਹੱਡੀ ਪਸਲੀ ਵੀ ਨਹੀਂ ਲੱਭਦੀ ਕਹਿ ਕੇ ਤ੍ਰੇਵੇਂ ਬੰਦੇ ਵੇੜੇ ਦੀਆਂ ਮੰਝੀਆਂ ਤੇ ਬਹਿ ਗਏ ਜਣਦਿਆਂ ਦਾ ਸਿਰ ਖਾਏ ਤੂੰ ਤੂੰ ਕਾ ਨੂੰ ਆਪਣੀ ਜਾਨ ਨੂੰ ਰੋਗ ਲਾ ਲਿਆ ਕੋਈ ਭੂਤ ਪ੍ਰੇਤ ਪੈ ਗਏ ਹੋਣਗੇ ਸੋ ਬੁੱਢੀ ਨੇ ਅੱਲਾ ਦਿੱਤੇ ਵੱਲ ਮੂੰਹ ਕਰਕੇ ਡਾਢੇ ਹਿਰਕਣਾ ਲਾ ਆਖਿਆ ਪੂਰੋ ਜਾਨ ਚ ਲਿਆ ਇਹੋ ਅੱਲਾ ਦਿੱਤਾ ਹੋਣਾ ਪੂਰੋ ਨੂੰ ਲਾਜੋ ਦਾ ਲੱਥਾ ਹੋਇਆ ਮੂੰਹ ਚ ਤੇ ਆਇਆ ਤੇ ਪੂਰੋ ਨੂੰ ਉਹਦਾ ਮੂੰਹ ਕਿਸੇ ਚਿੜੀ ਦੇ ਉਸ ਪਿੰਜਰ ਵਰਗਾ ਲਗਾ ਜਿਹੜੀ ਜਾਨ ਜਿਹਦੀ ਜਾਨ ਇਸ ਭਣਕੇ ਹੋਏ ਇੱਲ ਦੇ ਪੌਂਚੇ ਵਿੱਚ ਕਈ ਦਿਨ ਪੀੜੀ ਰਹੀ ਹੋਵੇ ਮੇਰੀ ਚਾਚੇ ਰਾਤੀ ਬਰਾਤੀ ਉੱਠ ਕੇ ਬਾਹਰ ਨੂੰ ਗਈ ਏ ਕੋਈ ਜਾਨਵਰ ਪੈ ਗਿਆ ਇੱਕ ਬੰਦੇ ਨੇ ਅੱਲਾ ਦਿੱਤੇ ਵੱਲ ਮੂੰਹ ਕਰਕੇ ਕਿਹਾ ਇੱਥੇ ਕੋਈ ਗਿੱਦੜ ਛਿੱਦੜ ਭਾਵੇਂ ਫਿਰਦਾ ਹੋਵੇ ਹੋਰ ਪਿੰਡ ਦੇ ਕੋਲ ਕਿਹੜਾ ਜਾਨਵਰ ਪੈ ਜਾਣਾ ਸੀ ਦੂਏ ਨੇ ਕੋਲੋਂ ਕਿਹਾ ਸਾਡੀ ਵੱਲੋਂ ਚੋਰ ਖੜਨ ਸੂ ਤੂੰ ਕੋਈ ਗਰਾਈ ਦੇ ਗਰਾਈ ਤੇ ਮੂੰਹ ਚ ਪਾ ਬੁੱਢੀ ਨੇ ਆਪਣੇ ਪੁੱਤ ਨੂੰ ਦਿਲਾਸੇ ਨਾਲ ਕਿਹਾ ਤੇ ਉੱਠ ਕੇ ਰੋਟੀ ਟੁਕਦਾਰ ਕਰਨ ਲੱਗੇ ਚੰਗਾ ਅੰਮਾ ਅੱਲਾ ਤੇਰੀਆਂ ਅੰਦਰਾਂ 'ਚ ਠੰਡ ਪਾਵੇ ਮੈਂ ਚੱਲ ਨਹੀਂ ਆ ਪੂਰੋ ਨੇ ਖੇਸਾਂ ਦੀ ਬੱਧੀ ਵਿਧਾਈ ਗੰਢ ਸਿਰ ਤੇ ਚਾਲੇ ਮਖੇ ਤੂੰ ਕੌਣ ਹੈ ਅੱਲਾ ਦਿੱਤੇ ਨੇ ਪੂਰੋ ਵੱਲ ਕੁਰੀ ਜੀ ਪਾ ਕੇ ਆਖਿਆ ਅਜੇ ਤੱਕ ਪੂਰੋ ਨੂੰ ਪਿੰਡ ਦੀ ਤ੍ਰਿਮਤ ਸਮਝ ਕੇ ਅੱਲਾ ਦਿੱਤੇ ਨੇ ਧਿਆਨ ਨਹੀਂ ਸੀ ਕੀਤਾ ਪਰ ਖੇਸਾਂ ਦੀ ਗੰਢ ਚੁੱਕਦਿਆਂ ਤੱਕ ਕੇ ਅੱਲਾ ਦਿੱਤੇ ਨੇ ਉਹਨੂੰ ਖਰਵਾ ਜੇ ਬੁਲ ਬੁਲੇ ਇਹ ਕੌਣ ਹੈ ਖੇਸੇ ਜ ਵੇਚਦੀ ਹੈ ਹੋਰ ਕੌਣ ਹੈ ਕੋਲੋਂ ਬੁੱਢੀ ਨੇ ਜਵਾਬ ਦਿੱਤਾ ਮੈਂ ਅੱਗੇ ਤੇ ਕਦੀ ਨਹੀਂ ਵੇਖਿਆ ਤੈਨੂੰ ਇਸ ਪਿੰਡ ਚ ਅੱਲਾ ਦਿੱਤੇ ਨੇ ਸ਼ੱਕ ਪਾਉਂਦੀ ਪੁੱਤ ਕਿੰਨਾ ਕਿੰਨੇ ਦਿਨਾਂ ਤੋਂ ਵੀ ਇੱਥੇ ਵੇਚਦੀ ਵੱਟਦੀ ਏ ਬੁੱਢੀ ਨੇ ਫੇਰ ਇੱਕ ਝਾੜਨਾ ਲਾਖਿਆ ਪਰ ਤੂੰ ਕਿਹੜੇ ਪਿੰਡੋਂ ਆਈ ਏ ਅੱਲਾਹ ਦਿੱਤੇ ਨੇ ਪੂਰੋ ਹਲਮੂ ਕਰਕੇ ਆਖੇ ਦੋ ਚੱਤ ਜਦ ਤੱਕ ਮੇਰੀ ਕੁਛੜ ਨਹੀਂ ਸਾਰੇ ਪਿੰਡਾਂ ਜਪੋਂ ਭੋਂ ਭੋਂ ਕੇ ਚਾਰ ਪੈਸੇ ਵੱਟ ਲੈਣੇ ਆ ਪੂਰੋ ਦਾ ਜੀ ਕਰੇ ਉਹ ਖੰਭ ਲਾਕੇ ਥੋੜ ਜਾਵੇ ਕਾਨੂੰ ਉਹ ਪਿੱਛੇ ਪਿੰਡ ਚ ਰਹਿ ਪਈ ਰਾਤੀਂ ਨਾਲੇ ਤੁਰ ਜਾਂਦੀ ਤਾਂ ਮੋਇਆਂ ਨੇ ਉਹਦਾ ਪਤਾ ਕਰਨਾ ਸੀ ਪਰ ਤੂੰ Hindu ਏ ਮੁਸਲਮਾਨ ਅੱਲਾ ਦੇਤੇ ਦਾ ਸ਼ੱਕ ਜੇ ਵੀ ਨਹੀਂ ਸੀ ਗਿਆ ਉਹਦੇ ਦੋਵੇਂ ਸਾਥੀ ਮੁਸਕੜੀਆਂ ਲੈਣ ਲੱਗ ਪਏ ਕੀ ਸਲਾਈ ਹੁਣੇ ਘਰ ਪਾਣੀ ਹੈ ਅੱਲਾ ਦੇਤੇ ਨੂੰ ਨਾਲ ਦੇ ਸਾਥੀ ਨੇ ਇੱਕ ਕੁਤਕਤਾਰੀ ਜਿਹੀ ਖੱਢ ਕੇ ਆਖਿਆ ਹਾਈਵੇ ਭਰਾਵਾ ਮੈਂ Hindu ਕਿਹੜੇ ਪਾਸਿਓਂ ਆਈ ਤੇ ਪੂਰੋ ਨੇ ਆਪਣੀ ਪਰਾਂ ਪਈ ਹੋਈ ਜੁੱਤੀ ਆਪਣੇ ਪੈਰਾਂ 'ਚ ਅੜਾ ਲਈ ਤੇ ਗੰਡ ਸੰਭਾਲ ਕੇ ਬਾਹਰ ਜਾਣ ਲੱਗੀ Hindu ਦਾ ਨਾਂ ਕੋਈ ਉਹਦੇ ਮੱਥੇ ਉੱਤੇ ਤੇ ਨਹੀਂ ਲਿਖਿਆ ਹੁੰਦਾ ਅੱਲਾ ਦਿੱਤੇ ਨੇ ਫੇਰ ਇੱਕ ਭਾਰੀ ਜੀ ਆਵਾਜ਼ ਨਾਲ ਕਿਹਾ ਤੇਰਾ ਤੇ ਭਰਾਵਾ ਜਾਨੀ ਨਹੀਂ ਜਾਂਦਾ ਆ ਵੇਖ ਮੇਰਾ ਨਾਮ ਹਮਿਦਾ ਏ ਤੇ ਪੂਰੋਂ ਨੇ ਦਲੇਜਾਂ ਚ ਖਲੋ ਕੇ ਆਪਣੀ ਖੱਬੀ ਬਾਹ ਤੇ ਲਿਖਿਆ ਹੋਇਆ ਨਾਮਾ ਵਿਖਾ ਦਿੱਤਾ ਜਾਨੀ ਜਾ ਇਹਦਾ ਤੇ ਸਿਰ ਫਿਰਿਆ ਹੋਇਆ ਬੁੱਢੀ ਨੇ ਪਰੇ ਨਹੀਂ ਬਾਜ ਦਿੱਤੀ ਮੈਨੂੰ ਜੇ ਕਿਸੂ ਲੱਗੀ ਤੇ ਮੈਂ ਆਪ ਆ ਕੇ ਦੱਸਾਂਗੀ ਅੰਮਾ ਕਹਿੰਦੀ-ਕਹਿੰਦੀ ਪੂਰੋਂ ਨੇ ਆਪਣੇ ਪੈਰ ਛੱਬਦੇ-ਛੱਬਦੇ ਗਲੀ ਚ ਪਾ ਲੈ ਬੋਲੀ ਵਾਲੀ ਕੋਠੜੀ 'ਚ ਪੂਰੋ ਨੇ ਆਪਣੇ ਦੋਵੇਂ ਨਾਲੇ ਛੱਡੇ ਸਨ ਜਵੇਦ ਹੁਣ ਸਿਆਣਾ ਹੋ ਪਿਆ ਸੀ ਨਿੱਕੇ ਨੂੰ ਉਹ ਬਲਾਈ ਰੱਖਦਾ ਸੀ ਪੂਰੋ ਨੇ ਉਹ ਰਾਤ ਘੜੀਆਂ ਗਿੰਣ-ਗਿੰਣ ਕੇ ਕੱਟੀ ਦੂਸਰੀ ਭਲਕ ਉਹਦੇ ਰਸ਼ੀਦ ਦੇ ਨੇ ਲਾਜੋ ਨੂੰ ਸਖੜੇ ਵਾਲੀ ਆਪਣੇ ਘਰ ਛੱਡ ਕੇ ਮੁੜ ਪੂਰੋ ਕੋਲ ਪਰਤ ਆਉਣਾ ਸੀ ਉਹ ਰਾਤ ਰਤੋਵਾਲ 'ਚ ਪੂਰੇ ਪੂਰੋ ਦੀ ਆਖਰੀ ਰਾਤ ਸੀ ਉਹ ਗੀਟੀਆਂ ਗਿਣਦੀ ਦੋਹਾਂ ਜਾਤਕਾਂ ਨੂੰ ਨਾਲ ਲੈ ਕੇ ਮੰਜੀ ਤੇ ਪਹ ਗਈ ਰਤੋਵਾਲ ਚ ਪੂਰੋ ਦੀਆਂ ਅੱਜ ਸਾਰੀਆਂ ਯਾਦਾਂ ਫਰਿਆਦਾਂ ਸਾਂਭੀਆਂ ਗਈਆਂ ਸਾਂ ਪੂਰੋ ਨੂੰ ਪਿਛਲੀ ਵਾਰ ਦਾ ਆਪਣਾ ਰਤੋਵਾਲ ਆਉਣਾ ਚੇਤੇ ਆਇਆ ਖੇਤਾਂ ਪਹਿਲੀਆਂ ਵਿੱਚ ਆਪਣਾ ਪਾਉਣਾ ਚੇਤੇ ਆਇਆ ਫਿਰ ਆਪਣੇ ਅਖੀਰਲੇ ਦਿਹਾੜੇ ਰਾਮਚੰਦ ਦੇ ਖੇਤ ਵਿੱਚ ਮਿਲਣਾ ਚੇਤੇ ਆਇਆ ਪਿਛਲੀ ਵਾਰ ਪੂਰੋ ਨੇ ਰਾਮਚੰਦ ਦੇ ਖੇਤ ਪਹਿਲੀਆਂ ਤੱਕੇ ਸਨ ਐਥੇ ਪੂਰੋ ਨੇ ਰਾਮਚੰਦ ਦਾ ਘਰਵੇੜਾ ਵੀ ਤੱਕਿਆ ਜਿਹਦੇ ਤੱਕਣ ਦੀ ਲਾਲਸਾ ਪੂਰੋ ਨੂੰ ਬਰਿਆਂ ਦੇ ਬਰੇ ਲੱਗੀ ਰਹੀ ਸੀ ਪੂਰੇ ਸੋਚਣ ਲੱਗ ਪਈ ਇਸੇ ਘਰ ਚ ਉਹਨੇ ਘਰ ਦੇ ਨੂੰ ਬਣ ਕੇ ਆਉਣਾ ਸੀ ਇਸੇ ਘਰ ਚੋਂ ਦੀ ਭੈਣ ਵਿਆਹ ਕੇ ਆਈ ਇਸੇ ਘਰ ਚੋਂ ਦਾ ਭਰਾ ਢੁੱਕ ਕੇ ਆਇਆ ਪਰ ਪੂਰੇ ਨੇ ਇਸ ਘਰ ਦਾ ਮੂੰਹ ਮੱਥਾ ਕਦੋਂ ਤੱਕਿਆ ਜਦੋਂ ਇਸ ਘਰ ਚ ਘਰ ਵਾਲਿਆਂ ਦਾ ਪਰਛਾਵਾਂ ਵੀ ਬਾਕੀ ਨਾ ਰਿਹਾ ਇਸ ਘਰ ਦੀਆਂ ਦਾੜਾਂ ਵਿੱਚ ਸਿਰਫ ਉਹਨੇ ਲਾਜੋ ਦਾ ਚਿੱਥਿਆ ਹੋਇਆ ਪਿੰਜਰ ਵੇਖਿਆ ਸ਼ੁਕਰ ਹੈ ਲਾਜੋ ਦੀ ਇਸ ਵੇਲੇ ਤੱਕ ਬੰਦ ਖਲਾਸੀ ਹੋ ਗਈ ਸੀ ਪੂਰੇ ਪੂਰੇ ਫਿਰ ਸੋਚਣ ਲੱਗ ਪਈ ਅੱਜ ਤੀ ਉਹ ਆਪ ਹੀ ਉਸ ਘਰ ਦੇ ਪਿੰਜਰੇ ਵਿੱਚ ਫਸੀ ਹੋਈ ਸੀ ਅਮੀਤਾ ਤੇ ਇੱਕ ਨਾਵੇਂ ਨੇ ਉਹਨੂੰ ਬਚਾ ਲਿਆ ਪਤਾ ਨਹੀਂ ਕਿਹੜੇ ਵੇਲੇ ਪੂਰੋ ਦੀ ਅੱਖ ਲੱਗੀ ਰਾਤ ਦੀ ਸਿਆਹੀ ਰਹਿ ਰਹਿ ਕੇ ਸਵੇਰ ਬਣ ਗਈ ਅਗਲਾ ਅੰਗ ਹੈ ਕਰਦੀਆਂ ਗੱਲੂੜੀਆਂ ਔਨ ਜਾਣ ਦਾ ਸਾਲਮ ਯੱਕਾ ਕਰਕੇ ਰਸੀਦਾਂ ਰਤੋ ਵਾਲਾ ਆ ਤੇ ਪੂਰੋ ਨੂੰ ਲੈ ਕੇ ਸੱਕੜੇ ਵਾਲੀ ਪਰਤ ਗਿਆ ਲਾਜੋ ਦੀਆਂ ਜਿਵੇਂ ਦੋਵੇਂ ਅੱਖੀਆਂ ਬੰਦ ਬੂਹੇ ਵਾਲੀ ਲਗੀਆਂ ਸਨ ਪੂਰੋਂ ਹਰਾਂ ਦੇ ਪਹੁੰਚਣ ਦੇ ਪਹਿਲੇ ਖੜਾਕ ਨਾਲੀ ਲਾਜੋ ਨੇ ਬੰਦ ਬੂਹੇ ਦੀ ਕੁੰਡੀ ਲਾਈ ਬਾਰੋਂ ਦੀ ਵੀਕ ਜੰਦਰਾ ਰਸ਼ੀਦੇ ਨੇ ਮਾਰਿਆ ਹੋਇਆ ਸੀ ਜੋ ਪਿੰਡ ਵਾਲਿਆਂ ਨੂੰ ਸ਼ੱਕ ਨਾ ਪਵੇ ਡਿਉੜੀ ਦਾ ਬੂਹਾ ਅੰਦਰੋਂ ਮਾਰ ਕੇ ਪੂਰੋਂ ਲਾਜੋ ਤੇ ਰਸ਼ੀਦਾ ਆਪਣੇ ਪਿਛਲੇ ਅੰਦਰ ਇੱਕ ਵਾਰਤਾਇਓ ਬਹਿ ਗਏ ਜਿਵੇਂ ਸ਼ੀਂਹ ਕੋਲੋਂ ਡਰ ਗਈ ਹੋਈ ਹੇਰਨਾ ਦੀ ਡਾਰ ਨੂੰ ਜੰਗਲ ਦੀ ਕੋਈ ਨਵੇਕਲੀ ਖੋ ਲੱਪੇ ਹੋਵੇ ਲਾਜੋ ਤੇ ਪੂਰੋ ਦੋਹਾਂ ਨੂੰ ਲੱਗਾ ਜਿਵੇਂ ਉਹ ਇਕੱਠੀਆਂ ਖੇਡੀਆਂ ਹੋਣ ਇਕੱਠੀਆਂ ਪਲੀਆਂ ਹੋਣ ਦੋਵੇਂ ਇੱਕ ਦੂਜੇ ਦੀਆਂ ਹਾਂ ਪਰ ਸਮੇਂ ਦੇ ਫੇਰ ਨਾਲ ਵਰਿਆਂ ਬੱਦੀ ਨਿਕੜ ਗਈਆਂ ਹੋਣ ਤੇ ਫੇਰ ਅੱਜ ਕਿਸੇ ਛੱਕੜ ਦੇ ਪਿੱਛੋਂ ਕਿਸੇ ਹਨੇਰੀ ਪਿੱਛੋਂ ਦੋਵੇਂ ਜਣੀਆਂ ਆਪੋ ਚ ਮਿਲ ਗਈਆਂ ਹੋਣ ਵਰਿਆਂ ਦੇ ਵਿੱਚ ਛੋੜੇ ਤੇ ਜੀਵਨ ਦੀਆਂ ਕਹਾਣੀਆਂ ਦੋਹਾਂ ਦੇ ਹੋਠਾਂ ਉੱਤੇ ਜੰਮੀਆਂ ਸਨ ਦੋਵੇਂ ਦੀਆਂ ਦੋਵੇਂ ਕਹਿਣ ਨੂੰ ਕਾਲੀਆਂ ਸਨ ਦੋਵੇਂ ਦੀਆਂ ਦੋਵੇਂ ਸੁਨਨ ਦੇ ਕਾਲੀਆਂ ਸਨ ਖਾਓ ਪੀਓ ਤੋਂ ਵੇਲੇ ਹੁੰਦਿਆਂ ਚੰਗੀ ਚਰਖ ਹੋ ਗਈ ਹੋਈ ਸੀ ਰਸ਼ੀਦੇ ਨੂੰ ਇਸ ਕਰਦੀ ਸੂ ਸੀ ਪਈ ਦੋਵੇਂ ਇਕੱਲੀਆਂ ਕਾਰੀਆਂ ਬਹਿ ਕੇ ਦਿਲਾਂ ਦੀਆਂ ਲੈ ਦੇ ਲੈਣ ਅਸਲ ਵਿੱਚ ਰਸ਼ੀਦਾ ਮੂਲੋਂ ਹੀ ਦਿਲ ਦਾ ਖੋਟਾ ਨਹੀਂ ਸੀ ਉਹ ਸੋਚਦਾ ਹੁੰਦਾ ਸੀ ਪੂਰਨ ਨਾਲ ਉਹਦੇ ਲੈਣੀਆਂ ਦੇਣੀਆਂ ਦੇ ਹਿਸਾਬ ਨਾਲ ਨਹੀਂ ਤਾਂ ਉਹ ਐਡਾ ਮਾੜਾ ਨਹੀਂ ਸੀ ਰਾਜਾਂ ਦੀ ਕਿਸੇ ਦੀ ਸਾਉਤੀ ਭੈਣ ਨੂੰ ਜੋਰੇ ਘਰ ਪਾਲਣ ਪੂਰੋ ਨੂੰ ਆਪਣੇ ਤ੍ਰਿਮਤ ਬਣਾ ਲੈਣ ਪਿੱਛੋਂ ਰਸ਼ੀਦੇ ਨੇ ਕਦੇ ਅੱਖ ਪਟਕੇ ਵੀ ਕਿਸੇ ਦੀ ਧੀ ਭੈਣ ਵੱਲ ਨਹੀਂ ਸੀ ਡਿਠਾ ਦੋਹਾਂ ਬਾਲਾਂ ਨੂੰ ਸੁਆਕੇ ਦੋਵੇਂ ਜਣੀਆਂ ਪਿਛਲੇ ਅੰਦਰ ਮੰਜੀ ਢਾ ਕੇ ਪੈ ਗਈਆਂ ਰਸ਼ੀਦਾ ਉਸ ਦਿਹਾੜੇ ਨਾਲ ਦੇ ਸੋਫੇ 'ਚ ਸੁੱਤਾ ਰਤੋਵਾਲ ਦਾ ਕਾਫਲਾ ਇਸ ਪਿੰਡੋਂ ਲੰਘਿਆ ਸੀ ਪੂਰੋ ਨੇ ਪਹਿਲੀ ਗੱਲ ਕੀਤੀ ਤੂੰ ਡਿਠਾ ਸੀ ਲਾਜੋ ਤੇ ਪੂਰੋ ਅੱਜ ਅਜੇ ਤੱਕ ਰਲ ਨਹੀਂ ਸੀ ਬੈਠੀਆਂ ਲਾਜੋ ਨੂੰ ਕੁਝ ਵੀ ਪਤਾ ਨਹੀਂ ਸੀ ਕਿ ਪੂਰੋ ਨੇ ਉਹਨੂੰ ਕਿੰਜ ਲੱਭਿਆ ਕਿਉਂ ਲੱਭਿਆ ਮੈਂ ਤੇਰੇ ਭਰਾ ਨੂੰ ਮਿਲੀ ਸੀ ਤਾਈਆਂ ਤੇ ਮੈਨੂੰ ਤੇਰਾ ਪਤਾ ਲੱਗਾ ਹੈ ਹਾਂ ਤੇ ਪੂਰੋ ਉਸ ਦਿਨ ਦੇ ਕਾਫਲੇ ਵਾਲਾ ਰਾਮਚੰਦ ਦਾ ਮੂੰਹ ਅੱਖਾਂ ਅੱਗੇ ਆ ਗਿਆ ਤੂੰ ਉਹਨੂੰ ਕਿੰਜ ਪਛਾਤਾ ਤੂੰ ਤੇ ਉਹਨੂੰ ਕਦੇ ਡਿੱਠਾ ਵੀ ਨਹੀਂ ਸੀ ਲਾਜੋ ਦੇ ਦਿਲ ਹੀ ਦਿਲ ਵਿੱਚ ਸਾਰੀਆਂ ਸੋਚਾਂ ਫੇਰੀਆਂ ਕਿੰਜ ਪੂਰੋ ਉਹਦੇ ਭਰਾ ਨਾਲ ਮੰਗੀ ਹੋਈ ਸੀ ਕਿੰਜ ਉਹਦੇ ਭਰਾ ਦਾ ਵਿਆਹ ਰਚੀਣ ਵਾਲਾ ਸੀ ਕਿੰਝ ਫੇਰ ਪੂਰੋ ਗੁੰਮ ਦੀ ਗੁੰਮ ਹੋ ਗਈ ਕਿੰਜ ਫੇਰ ਪੂਰੋ ਦੀ ਨਿੱਕੀ ਭੈਣ ਉਹਦੇ ਨਾਲ ਵਿਆਹ ਕਰਤੀ ਮੈਂ ਉਹਨੂੰ ਅੱਗੇ ਵੀ ਇਕ ਵਾਰ ਡਿੱਠਾ ਸੀ ਪੂਰੋ ਨੇ ਰਤੋਵਾਲ ਦੇ ਖੇਤਾਂ ਵਾਲੀ ਸਾਰੀ ਗੱਲ ਅੱਜ ਉਹਨੂੰ ਸੁਣਾਈ ਪੂਰੋ ਨੇ ਇਹ ਵੀ ਦੱਸਿਆ ਕਿ ਉਦੋਂ ਤੱਕ ਉਹਨੂੰ ਪਤਾ ਨਹੀਂ ਸੀ ਕਿ ਰਾਮਚੰਦ ਉਹਦਾ ਭਣਵਈਆ ਬਣ ਚੁੱਕਾ ਹੈ ਮੈਨੂੰ ਕਦੇ ਵੀ ਕੋਈ ਸੂਹ ਖਬਰ ਨਹੀਂ ਲੱਗੀ ਸਿਰਫ ਜਿਸ ਦਿਹਾੜੇ ਕਾਫਲਾ ਇੱਥੋਂ ਲੰਘਿਆ ਮੋਇਆ ਹੋਇਆ ਨੂੰ ਵੀ ਲੋਕੀ ਇੱਚੇ ਤੇ ਕਰਦੇ ਨੇ ਉਹਨਾਂ ਦੇ ਨਾਂ ਤੇ ਸਰਾਦ ਖੋਹਦੇ ਨੇ ਕਦੇ ਕਦੇ ਮੇਰਾ ਵੀ ਨਾਂ ਕੋਈ ਘਰ ਵਿੱਚ ਲੈਂਦਾ ਹੋਏਗਾ ਪੂਰੋ ਦਾ ਗੱਜ ਭਰ ਗਿਆ ਲੱਜ ਨੇ ਉਹਨੂੰ ਦੱਸਿਆ ਕਿ ਉਹਦਾ ਪਿਓ ਪ੍ਰਾਰ ਦਾ ਮਰ ਗਿਆ ਹੋਇਆ ਸੀ ਮਾਂ ਉਹਦੀ ਕਈ ਵਾਰ ਪੂਰੋ ਦਾ ਨਾਂ ਲੈ ਕੇ ਵੈਣ ਪਾਉਂਦੀ ਹੁੰਦੀ ਸੀ ਮੇਰੀ ਮਾਂ ਦੇ ਕਰਮ ਧੀ ਵੀ ਉਹਦੇ ਜਿਉਂਦੀ ਮਰ ਗਈ ਤੇ ਅਗੋਂ ਉਹ ਵੀ ਪੂਰੋ ਨੇ ਕਿਹਾ ਤੇ ਪੂਰੋ ਤੇ ਲੱਜ ਉਫਿਸ ਪਈਆਂ ਬੁੱਚੜਖਾਨੇ ਦੀਆਂ ਗਊਆਂ ਵਾਂਗਣ ਦੋਵੇਂ ਜਣੀਆਂ ਮੰਜੇ ਦੀਆਂ ਬਾਹਾਂ ਨਾਲ ਲੱਗੀਆਂ ਰਹੀਆਂ ਜਦੋਂ ਉੱਥੇ ਜਾਵਾਂਗੇ ਮੇਰੀ ਮਾਂ ਨੂੰ ਮਿਲेंगी ਇੱਕ ਵਾਰ ਉਹਨੂੰ ਆਖੀ ਮੇਰੇ ਜੀਉਂਦੀ ਦਾ ਮੂੰਹ ਵੇਖੇ ਪੂਰੋ ਨੇ ਹੋਰ ਵੀ ਫਿਸ ਕੇ ਆਖਿਆ ਮੈਂ ਮੈਂ ਉੱਥੇ ਕਿੱਥੇ ਜਾਣਾ ਤੂੰ ਆਪਣੇ ਘਰ ਜਾਏਂਗੀ ਆਪਣੇ ਖਾਬੰਦ ਕੋਲ ਆਪਣੇ ਭਰਾ ਕੋਲ ਮੈਂ ਤੇ ਜੀਉਂਦੀ ਮਰ ਗਈਆਂ ਮੈਨੂੰ ਕੌਣ ਕਬੂਲਦਾ ਨਹੀਂ ਲੱਜ ਮੈਂ ਜਿਉਂਦੇ ਜੀਏ ਅਨਿਆਂ ਨਾ ਹੋਣ ਦਿਆਂਗੀ ਤੂੰ ਆਪਣੇ ਘਰ ਜਾਏਂਗੀ ਤੇਰਾ ਇਹਦੇ ਚ ਕੀ ਦੋਸ਼ ਏ ਪਰ ਤੇਰਾ ਕੀ ਦੋਸ਼ ਸੀ ਤੈਨੂੰ ਅੱਜ ਤੀਕੜਨਾ ਕਰਦਿਆਂ ਨੇ ਕਬੂਲਿਆ ਮੇਰੀ ਗੱਲ ਹੋਰ ਸੀ ਲਾਜੋ ਕਿਉਂ ਤੇਰੀ ਗੱਲ ਹੋਰ ਸੀ ਤੂੰ ਕੋਈ ਆਪਣੀ ਮਰਜ਼ੀ ਨਾ ਲਾਈ ਸਾਂ ਤੂੰ ਵੀ ਤੇ ਬਦੀ ਰੁੱਦੀ ਨਹੀਂ ਹਾਂ ਲਾਜੋ ਪਰ ਉਹਦੋਂ ਮੈਂ ਕੱਲੀ ਸਾਂ ਮੇਰੇ ਮਾਪਿਆਂ ਦਾ ਜੇਰਾ ਨਾ ਪਿਆ ਕਿ ਲੋਕਾਂ ਦੀਆਂ ਗੱਲਾਂ ਖਵਾ ਲੈ ਤੇ ਮੇਰੇ ਮਾਪਿਆਂ ਨੇ ਆਪਣੀਆਂ ਅੰਦਰਾਂ ਟੁੱਕ ਛੱਡੀਆਂ ਹੁਣ ਕਿਸੇ ਇੱਕ ਨੂੰ ਨਹੀਂ ਸਾਰਿਆਂ ਦੇ ਕਲੇਜੇ ਨੂੰ ਲੱਗੀ ਹੋਈ ਏ ਨਹੀਂ ਪੂਰੋ ਮੇਰੀ ਕਿਸਮਤ ਚੰਗੀ ਹੁੰਦੀ ਤੇ ਪਹਿਲੋਂ ਹੀ ਮੇਰੇ ਨਾਲ ਇਹ ਜ਼ੁਲਮ ਨਾ ਵਰਤਦਾ ਮੈਨੂੰ ਪਤਾ ਹੈ ਮੈਨੂੰ ਕਿਸੇ ਨੇ ਲੈਣਾ ਨਹੀਂ ਮੈਂ ਜਵਾਨੀ ਆ ਤੇਰੇ ਭਰਾ ਦਾ ਜ਼ਰੂਰ ਖਤ ਆਏਗਾ ਅਸੀਂ ਤੇਰਾ ਪਤਾ ਦੇਵਾਂਗੇ ਤਾਂ ਉਹ ਜ਼ਰੂਰ ਤੈਨੂੰ ਲੈਣ ਆਉਣਗੇ ਮੇਰਾ ਵੀਰ ਕਿਉਂ ਜਾਂ ਲੱਗਦਾ ਹੈ ਪੂਰਾ ਇੱਕ ਸੰਧਰ ਨਾਲ ਪੁੱਛਣ ਲੱਗ ਪਈ ਲਾਜੋ ਨੂੰ ਆਪਣਾ ਪਤੀ ਚੇਤੇ ਆਇਆ ਉਹ ਕਿਵੇਂ ਉਹਦਾ ਮੂੰਹ ਤੱਕੇਗੀ ਉਹ ਕਿਵੇਂ ਘਰਦਿਆਂ ਦੇ ਸਾਹਮਣੇ ਹੋਏਗੀ ਲਾਜੋ ਸੋਚਣ ਲੱਗ ਪਈ ਪਰ ਲਾਜੋ ਦੇ ਦਿਲ 'ਚ ਜਿਵੇਂ ਇੱਕ ਯਕੀਨ ਸੀ ਕਿ ਉਹਨੂੰ ਕਿਸੇ ਨੇ ਲੈਣ ਨਹੀਂ ਆਉਣਾ ਐਵੇਂ ਮਨ ਦੇ ਲੱਡੂ ਨੇ ਉਹ ਬੈਕੇਜ ਜਿੰਨੀ ਮਰਜ਼ੀ ਭੋਰ ਲਵੇ ਨਹੀਂ ਲਾਜੋ ਕੋਈ ਨਾ ਕੋਈ ਜ਼ਰੂਰ ਤੈਨੂੰ ਲੈਣਾ ਆਏਗਾ ਅੱਜ ਕਿਸੇ ਨੂੰ ਕਿਸੇ ਦਾ ਮਹਿਣਾ ਨਹੀਂ ਸਾਰਾ ਲੋਕ ਪਿਆ ਆਪਣੀਆਂ ਧੀਆਂ ਭੈਣਾਂ ਨੂੰ ਲੱਜਾਂਦਾ ਹੈ ਰਸ਼ੀਦਾਂ ਆਂਦਾ ਹੈ ਉਧਰੋਂ ਵੀ ਲੱਭ ਲੱਭ ਕੇ ਲੋਕ ਆਪਣੀ ਤ੍ਰਿੰਮਤਾ ਤੇ ਮੋੜ ਲਿਆਉਂਦੇ ਨੇ ਕਈਆਂ ਦੇ ਘਰ ਤੇ ਜੱਤਕ ਵੀ ਹੋ ਗਏ ਨੇ ਤੇ ਫਿਰ ਦੋਵੇਂ ਜਣੀਆਂ ਘੁਮਸਮ ਹੋ ਕੇ ਤ੍ਰਿੰਮਤਾ ਦੀ ਇਸ ਬੇਬਸੀ ਨੂੰ ਸੋਚਣ ਲੱਗ ਪਈਆਂ ਲਾਜੋ ਸੋਚਣ ਲੱਗਦੀ ਅੱਜ ਤੱਕ ਉਹਦੇ ਘਰ ਕੋਈ ਬਾਲ ਨਹੀਂ ਸੀ ਹੋਇਆ ਪਤਾ ਨਹੀਂ ਉਹਨੂੰ ਕੀ ਔਰ ਸੀ ਅਜੇ ਹੋਰ ਫਲ ਪਈ ਸੀ ਨਹੀਂ ਤਾਂ ਪਤਾ ਨਹੀਂ ਉਹਦਾ ਵੀ ਕੀ ਹਾਲ ਹੁੰਦਾ ਜਿੱਥੇ ਉਹ ਇੱਕ ਨੂੰ ਰੋਂਦੇ ਨੇ ਹੁਣ ਦੋਹਾਂ ਨੂੰ ਰੋ ਛੱਡਣਗੇ ਮੈਂ ਕਿਤੇ ਨਹੀਂ ਜਾਣਾ ਤੂਰ ਮੈਂ ਕਿਹੜੇ ਮੂੰਹ ਨਾਲ ਜਾਵਾਂਗੀ ਮੈਂ ਤੇਰੇ ਬਾਲਾਂ ਦੀ ਚੱਕਰੀ ਕਰਕੇ ਰੋਟੀ ਖਾ ਚੱਡਾਂਗੀ ਇੰਜ ਕਿਉਂ ਆਉਣੀ ਐ ਲਾਜੋ ਮੇਰੇ ਜ਼ਖਮਾਂ ਉੱਤੇ ਲੋਨ ਨਾ ਲਾ ਇਹ ਤੇਰਾ ਆਪਣਾ ਘਰ ਏ ਪਰ ਲਾਜੋ ਉਹ ਤੇਨੂੰ ਜ਼ਰੂਰ ਲੈ ਜਾਣਗੇ ਮੈਂ ਸਾਰੀ ਦੁਨੀਆ ਦੇ ਹਾੜੇ-ਪਾਪਾ ਉਹਨਾਂ ਨੂੰ ਮਨਾ ਲਾਂਗੇ ਲਾਜੋ ਨੇ ਪੂਰੋਂ ਨੂੰ ਬਾਹਾਂ 'ਚ ਘੁੱਟ ਲਿਆ ਤੂੰ ਆਪਣੇ ਘਰ ਕਿਹੋ ਜਿਹੀ ਐ ਪੂਰੋ ਰਸ਼ੀਦੇ ਦਾ ਪਿੱਛਾ ਸੁਣੀਂਦਾ ਏ ਪਹਿਲਾ ਗੁਨਾਹ ਤੇ ਜੋ ਉਸ ਕੀਤਾ ਸੀ ਕੀਤਾ ਫਿਰ ਉਸ ਮੈਨੂੰ ਕਦੇ ਮਾੜੀ ਚੰਗੀ ਨਹੀਂ ਆਖੀ ਉਹਨਾਂ ਮੇਰੀ ਵੱਲ ਹੁੰਦਾ ਤੇ ਮੈਂ ਤੈਨੂੰ ਕਿੱਥੋਂ ਲੱਭ ਕੇ ਲਿਆਉਣਾ ਸੀ ਮੈਨੂੰ ਲਿਆਉਣ ਵਿੱਚ ਉਹਨੇ ਆਪਣੀ ਜਾਨ ਬੜੀ ਜੋਖੰਡ 'ਚ ਪਾਈ ਏ ਜੇ ਕਦੀ ਉਸ ਰਾਖਸ਼ ਨੂੰ ਪਤਾ ਲੱਗ ਜਾਂਦਾ ਤਾਂ ਉਹਨੇ ਮੇਰੀਆਂ ਹੱਡੀਆਂ ਵੀ ਫੂਕ ਕੇ ਪਾਣੀ ਪੀਣਾ ਸੀ ਉਹਨੇ ਫੋਕੜੀਆਂ ਕਿੱਥੇ ਸਨ ਪੈੜੀਏ ਉਹ ਲੋਕ ਤੇ ਦੱਬਦੇ ਨਹੀਂ ਹੋਇਆ ਨਾ ਪਰ ਪੂਰੋ ਕਿਤੇ ਹੋਏ ਇਸ ਪਿੰਡ ਦੀ ਸੂਹ ਤੇ ਨਹੀਂ ਲਾ ਲਏਗਾ ਮੇਰਾ ਤੇ ਜੀ ਡਰਦਾ ਮਤੇ ਤੁਹਾਡਾ ਵਸਦਾ ਘਰ ਵੀ ਨੰਬਰ ਬਰਬਾਦ ਕਰਾ ਅਜੇ ਤੱਕ ਤਾਂ ਉਹਨਾਂ ਨੂੰ ਤੇਰੇ ਪਰਛਾਵੇਂ ਦਾ ਵੀ ਨਹੀਂ ਸੀ ਪਤਾ ਲੱਗਾ ਤੇ ਪੂਰੋ ਨੇ ਉਹ ਸਾਰੀ ਗੱਲ ਸੁਣਾਈ ਜਿਵੇਂ ਉਹ ਲਾਜੋ ਦੇ ਗੁੰਮ ਹੋ ਜਾਣ ਪਿੱਛੋਂ ਬੁੱਢੀ ਤੇ ਬੁੱਢੀ ਦੇ ਪੁੱਤਰ ਨੂੰ ਮਿਲੀ ਸੀ ਅੱਗੇ ਇਸੇ ਪਿਛਲੇ ਕੋਠੇ ਵਿੱਚ ਮੈਂ ਕਈ ਦਿਹਾੜੀ ਇੱਕ ਹਿੰਦੂ ਕੁੜੀ ਛੁਪਾਈ ਰੱਖੀ ਸੀ ਕਿਸੇ ਨੂੰ ਉਹਦੀ ਬਾਤ ਆ ਵੀ ਨਹੀਂ ਪਤਾ ਲੱਗਾ ਫਿਰ ਮੈਂ ਉਸ ਦਿਨ ਉਹਨੂੰ ਕਾਫਲੇ ਨਾਲ ਰਲਾ ਆਇਆ ਤੈਨੂੰ ਵੀ ਇਹ ਸੰਦਰ ਚੋਰੀ ਰੱਖਣੀ ਤਾਂ ਕਿ ਪਿੰਡ 'ਚ ਕੋਈ ਮੁਸ਼ਕ ਨਾ ਨਿਕਲ ਜਾਏ ਉਸ ਦਿਹਾੜੇ ਖੱਤ ਪੱਤਰ ਆ ਗਿਆ ਜਿਸ ਦਿਹਾੜੇ ਖੱਤ ਪੱਤਰ ਆ ਗਿਆ ਤੈਨੂੰ ਛੁਪੜੀ ਜਾ ਕੇ ਲਾਹੌਰ ਛੱਡ ਆਉਣਾ ਹੈ ਕਿਸੇ ਨੂੰ ਕੰਨੋਂ ਕੰਨੀ ਖਬਰ ਵੀ ਨਹੀਂ ਹੋਣੀ ਭਲਾਂ ਜੀ ਉਹਨਾਂ ਦਾ ਖੱਤ ਨਾ ਆਇਆ ਮੇਰਾ ਦਿਲ ਸਾਖੀ ਦਿੰਦਾ ਲਾਜੋ ਤੇਰਾ ਭਰਾ ਜ਼ਰੂਰ ਖਤ ਪਾਏਗਾ ਅਗਲਾ ਅੰਕ ਹੈ ਹਿਚਕੋਲੀ ਦਿਨਾਂ ਉਤੇ ਦਿਨ ਪੈਂਦੇ ਗਏ ਹਰ ਸਵੇਰ ਮੂੰਹ ਚੁੱਕਦੀ ਰਹੀ ਹਰ ਸ਼ਾਮ ਨੂੰ ਸਿਰ ਸੁੱਟਦੀ ਰਹੀ ਨਾ ਲਾਜੋ ਦੀ ਸੋ ਕੋਈ ਬਾਹਰ ਨਿਕਲੀ ਨਾ ਲਾਜੋ ਦੇ ਘਰਦਿਆਂ ਦੀ ਕੋਈ ਉਗ ਸੁੱਕ ਕੱਪੜੀ ਮੁੰਜ ਪੂਰੋ ਤੇ ਲਾਜੋ ਇੱਕ ਦੂਜੇ ਦੀ ਸਾਹੀ ਸਹ ਲੈੰਦੀਆਂ ਸਨ ਰਾਤ ਨੂੰ ਜਦੋਂ ਨੀਂਦਰ ਉਹਨਾਂ ਦੀਆਂ ਅੱਖੀਆਂ ਚ ਖੁੱਲ ਜਾਂਦੀ ਤੁਹਾਨੀ ਅੱਖੀਆਂ ਵਿੱਚ ਸੁਪਨੇ ਹੀ ਸੁਪਨੇ ਖਿੱਲਰ ਜਾਂਦੇ ਮੂੰਹ ਹਨੇਰੇ ਉੱਠ ਉੱਟ ਕੇ ਕੋਈ ਇੱਕ ਦੂਜੀ ਨਾਲ ਦਲੀਲੇ ਪੈ ਜਾਂਦੀਆਂ ਸੁਪਨਿਆਂ ਦੇ ਸ਼ਗਨ ਅਪਸ਼ਗਨ ਸੋਚਦੀਆਂ ਕਦੇ ਉਹਨਾਂ ਦਾ ਮਨ ਢੇਰੀਆਂ ਟਾ ਦਿੰਦਾ ਕਦੇ ਉਹਨਾਂ ਦਾ ਮਨ ਥੰਮ ਜਾਂਦਾ ਕਿੰਨੀ ਵਾਰ ਲੱਜੋ ਬਾਲਾਂ ਵਾਂਗ ਚੁੱਲ੍ਹੇ ਵਿੱਚੋਂ ਕੋਲਾ ਲੈ ਕੇ ਜ਼ਮੀਨ ਉੱਤੇ ਲੀਕਾ ਮਾਉਣ ਲੱਗ ਜਾਂਦੀ ਕਦੇ ਉਹਨੂੰ ਔਸੀਆਂ ਰਾਹ ਦੇ ਦਿੰਦੀਆਂ ਕਦੇ ਨਾਂ ਦਿੰਦੀਆਂ ਕਿੰਨੀ ਵਾਰ ਲੱਜੋ ਦੀਆਂ ਗੱਲਾਂ ਉੱਤੇ ਹੰਝੂਆਂ ਦੀਆਂ ਘਰਾਲਾਂ ਵਗ ਜਾਂਦੀਆਂ ਕਿੰਨੀ ਵਾਰ ਲਾਜੋ ਪੂਰੋ ਦੇ ਪੁੱਤਰਾਂ ਨੂੰ ਖੇਡ ਕੇ ਜੀ ਨੂੰ ਵਰਾ ਲੈਂਦੀ ਉੰਜ ਲਾਜੋ ਦਾ ਮਨ ਅਕਸਰ ਟੈਂਦੀਆਂ ਗੱਲਾਂ ਸੋਚਦਾ ਸੀ ਉਹਨੂੰ ਆਸ ਨਹੀਂ ਸੀ ਵੱਜਦੀ ਕਿ ਕਦੇ ਕੋਈ ਉਹਦੀ ਖਬਰ ਸਾਰ ਲਾਏਗਾ ਪਰ ਪੂਰੋ ਦੇ ਮਨ ਨੂੰ ਪਤਾ ਨਹੀਂ ਕੌਣ ਅੰਦਰੋਂ ਸ਼ਾਦੀ ਦਿੰਦਾ ਸੀ ਕਿ ਕਿਸੇ ਦਿਨ ਛੁਪਲੇ ਕੋਈ ਕੋਈ ਬੋੜ ਪਾਏਗਾ ਕਿਸੇ ਦਿਨ ਚਾਨ ਚੱਕ ਕੋਈ ਖਤ ਪੱਤਰ ਆ ਜਾਏਗਾ ਲਾਜੋ ਦੇ ਨਿਆੜੇ ਫੇਰ ਪਹਿਣਗੇ ਪੂਰੋ ਆਪਣੇ ਵੱਲੋਂ ਲਾਜੋ ਦੀਆਂ ਪੂਰੀਆਂ ਮਹਿਮਾਨੀਆਂ ਕਰਦੀ ਸੋਚਦੀ ਸੀ ਕਿ ਥੋੜੇ ਦਿਨਾਂ ਦੀ ਮੰਤ ਉਹਦੇ ਕੋਲ ਹੈ ਫਿਰ ਉਹ ਸ਼ਾਇਦ ਉਹਨੂੰ ਕਦੇ ਨਾ ਮਿਲ ਸਕੇਗੀ ਕਦੇ ਨਾ ਵੇਖ ਸਕੇਗੀ ਬਾਕੀ ਸਾਰਿਆਂ ਦੇ ਮੂੰਹ ਵੀ ਉਹਨੂੰ ਉਸ ਵੇਲੇ ਸਿਰਫ ਲਾਜੋ ਦੇ ਮੂੰਹ ਵਿੱਚੋਂ ਹੀ ਦਿਸਦੇ ਸਨ ਕਦੋਂ ਕਿਸੇ ਨੇ ਉਹਦੇ ਘਰ ਰਹਿਣ ਆਉਣਾ ਸੀ ਕਦੋਂ ਕਿਸੇ ਨੇ ਉਹਨੂੰ ਮਿਲਣ ਆਉਣਾ ਸੀ ਉਹਦੇ ਆਪਣੇ ਅੰਗਾ ਸਾਕਾਂ ਵਿੱਚੋਂ ਲਾਜੋ ਉਹਦੇ ਘਰ ਪਹਿਲੀ ਤੇ ਆਖਰੀ ਮਹਿਮਾਨ ਸੀ ਦਿਨ ਦੇ ਚਾਨਣ ਵਿੱਚ ਲਾਜੋ ਨੇ ਕਦੇ ਬੁਰੂਆਂ ਨਹੀਂ ਸੰਤਰਪੀਆਂ ਰਾਤ ਦੇ ਹਨੇਰੀਆਂ ਨੇ ਲਾਜੋ ਦਾ ਪੇਤ ਬੜੀ ਵਫਾਦਾਰੀ ਨਾਲ ਸਾਹਮ ਕੇ ਰੱਖਿਆ ਸੀ ਪਰ ਪਿੰਡ ਦੇ ਡਾਕੀਏ ਨੇ ਤਿੰਨਾ ਪੈਸਿਆਂ ਦਾ ਇੱਕ ਵੀ ਕਾੜ ਲਿਆ ਕੇ ਉਹਨਾਂ ਦੇ ਜੇੜੇ ਵਿੱਚ ਨਾ ਸੁੱਟਿਆ ਦਲੀਲਾਂ ਜਿਵੇਂ ਲਾਜੋ ਦੇ ਪੂਰੋ ਲਾਜੋ ਤੇ ਪੂਰੋ ਦੇ ਮੂੰਹ ਤੇ ਖੁਣੀਆਂ ਗਈਆਂ ਸਨ ਸਿਰਫ ਲਾਜੋ ਦੇ ਜੀ ਨੂੰ ਇੱਕ ਤਰਵਾਸ ਸੀ ਕਿ ਕਦੇ ਪੂਰੋ ਤੇ ਰਸ਼ੀਦ ਦੇ ਨਹੀਂ ਉਹਦਾ ਜੀ ਨਹੀਂ ਸੀ ਥੋੜਾ ਹੌਣ ਦਿੱਤਾ ਪਰ ਸਾਰਾ ਦਿਨ ਛੁਪੀ ਹੋਈ ਡੱਕੀ ਹੋਈ ਲਾਜੋ ਸੋਚਦੀ ਸੀ ਪਹਾੜ ਜਿੱਡੀ ਉਮਰ ਉਹਦੇ ਸਿਰ ਉਤੇ ਲਟਕਦੀ ਪਈ ਸੀ ਕਦੋਂ ਉਹਦੇ ਦਿਨ ਪੂਰੇ ਹੋਣਗੇ ਪੂਰੋ ਦਾ ਕਿਸੇ ਨਾਲ ਲਾਉਣਾ ਜਾਣਾ ਵੀ ਬਹੁਤਾ ਨਹੀਂ ਸੀ ਲਾਜੋ ਪਿਛਲੇ ਅੰਦਰ ਹੀ ਬੰਦੀ ਸੀ ਜਾਂ ਦੁਪਹਿਰ ਵੇਲੇ ਬਾਹਰ ਲੱਕ ਹੁੰਡਾ ਲਾ ਕੇ ਦੋਵੇਂ ਜਣੀਆਂ ਚਰਖਾ ਛੋ ਬੰਦੀਆਂ ਛੋਪਿਆਂ ਦੇ ਛੋਪੇ ਮੁੱਕ ਜਾਂਦੇ ਦਿਹਾੜਾ ਮੁੱਕ ਜਾਂਦੀਆਂ ਦਿਲੀਲਾਂ ਨਾ ਮੁੱਕਦੀ ਭਾਰ ਸਿਆਲਾ ਲੰਘਿਆ ਸੀ ਫੱਗਣ ਦਾ ਵੀ ਪਿਛੋਖੜ ਆ ਗਿਆ ਸੀ ਪਾਣੀਆਂ ਦੇ ਠਾਰ ਭੱਜ ਗਏ ਸਨ ਇੱਕ ਦਿਹਾੜੇ ਢਲਦੀਆਂ ਦੁਪਹਿਰਾਂ ਨਾਲ ਰਸ਼ੀਦਾ ਜਦੋਂ ਘਰ ਦੀਆਂ ਬਰੂਹਾਂ ਲੰਘਿਆ ਲਾਜੋ ਤੇ ਪੂਰੋ ਨੂੰ ਵੇਖਦੇ ਆ ਉਹਦੀਆਂ ਅੱਖਾਂ ਵਿੱਚ ਧੱਕ ਧੱਕ ਪਾਣੀ ਆ ਗਿਆ ਸੈਮੀ ਹੋਏ ਮੂੰਹ ਨਾਲ ਦੋਵੇਂ ਜਣੀਆਂ ਉਹਦੇ ਸੱਜੇ ਖੱਬੇ ਹੋ ਗਈਆਂ ਕਿੰਨੇ ਮਿੰਟ ਰਸ਼ੀਦੇ ਦੇ ਮੂੰਹੋਂ ਕੁਝ ਨਾ ਨਿਕਲਿਆ ਲਾਜੋ ਦੇ ਕਲੇਜੇ ਨੂੰ ਜਿਵੇਂ ਕੋਈ ਮੁੱਠ ਭਰ ਕੇ ਕੱਢਦਾ ਪਿਆ ਸੀ ਉਹਨੂੰ ਇੱਕੋ ਹੀ ਡਰ ਸੀ ਕਿ ਰਤੋਵਾਲ ਦੀ ਬੁੱਢੀ ਤੇ ਉਹਦੇ ਪੁੱਤਰ ਨੂੰ ਲਾਜੋ ਦਾ ਥੋ ਪਤਾ ਲੱਗ ਗਿਆ ਹੋਣਾ ਫੋਨ ਨੂੰ ਜੋਰੀ ਤਰੀਕੇ ਲੈ ਜਾਣਗੇ ਤਾਂ ਪਤਾ ਨਹੀਂ ਪੂਰੋ ਹੋਰ ਨਾਲ ਕੀ ਬਣੇਗਾ ਰਿਸ਼ੀ ਦਾ ਮੰਜੀ ਦੀ ਬਾਹ ਤੇ ਬਹਿ ਗਿਆ ਛੱਗੇ ਦੀ ਬਾਹ ਨਾਲ ਦੋਵੇਂ ਅੱਖਾਂ ਪੁੰਚ ਕੇ ਉਹਨੇ ਲੱਜੋ ਦੀ ਪਿੱਠ ਉੱਤੇ ਪਿਆਰ ਦਿੱਤਾ ਉਹਦੇ ਹੱਥਾਂ ਵਿੱਚ ਉਹੀ ਉਲੇਲ ਸੀ ਜਿਹੜਾ ਇੱਕ ਬਜ਼ੁਰਗ ਪਿਓ ਨੂੰ ਧੀ ਦੇ ਸਹੁਰੇ ਤੋਰਨ ਵੇਲੇ ਹੁੰਦਾ ਰਿਸ਼ੀ ਦੇ ਦਜੀ ਭਰਿਆ ਹੋਇਆ ਸੀ ਪਰ ਰਿਸ਼ੀ ਦੇ ਨੇ ਜੀ ਨੂੰ ਥੰਮ ਕੇ ਆਖਿਆ ਅੱਜ ਰਾਮਚੰਦ ਆਇਆ ਸੀ ਇੱਥੇ ਲੱਜੋ ਤੇ ਪੂਰੋ ਦੋਹਾਂ ਦੇ ਮੂੰਹ ਵਿੱਚੋਂ ਕੱਠੀ ਬਾਜ਼ ਨਿਕਲੀ ਹਾਂ ਨਾਲ ਕੁਝ ਹਿੰਦੁਸਤਾਨੀ ਪੁਲਿਸ ਦੇ ਸਿਪਾਹੀ ਨੇ ਤੇ ਕੁਝ ਪਾਕਿਸਤਾਨ ਦੇ ਲੋਕੀ ਇਸੇ ਤਰ੍ਹਾਂ ਪਿੰਡਾਂ ਪਿੰਡਾਂ ਸ਼ਹਿਰਾਂ ਸ਼ਹਿਰਾਂ ਵਿੱਚ ਗਵਾਚੀਆਂ ਹੋਈਆਂ ਕੁੜੀਆਂ ਨੂੰ ਲੱਭਦੇ ਨੇ ਮੈਨੂੰ ਕੱਲਿਆਂ ਵੀ ਰਾਮਚੰਦ ਮਿਲਿਆ ਇਹ ਰਸ਼ੀਦਾ ਕਹਿ ਰਹੀ ਸੀ ਸੱਚੀ ਮੁੱਚੀ ਮੈਨੂੰ ਲੈਣ ਆਏ ਨੇ ਲਾਜੋ ਨੇ ਅੱਬੜਵਾਏ ਆਖਿਆ ਤੇ ਆਕੇ ਫਿਰ ਅੱਪੀ ਕੱਚੀ ਜੀ ਪੈ ਗਈ ਉਹਨੂੰ ਜਾਪਿਆ ਕਿ ਉਹਦਾ ਸਵਾਲ ਬੇਥਵਾ ਸੀ ਛੱਲੀ ਜਾਈ ਤੇ ਹੋਰ ਕੀ ਕਰਨ ਆਏ ਨੇ ਰਸ਼ੀਦੇ ਨੇ ਕਿਹਾ ਪੂਰੋ ਨੇ ਅਜੇ ਤੱਕ ਚੁੱਪ ਨਹੀਂ ਸੀ ਥੋੜੀ ਉਹਨੂੰ ਅੰਦਰੋਂ ਅੰਦਰ ਇੱਕ ਪਰਵੀ ਖੁਸ਼ੀ ਹੋ ਰਹੀ ਸੀ ਕਿ ਉਹਦਾ ਯਕੀਨ ਸੱਚ ਸੀ। ਉਹਨੂੰ ਪਤਾ ਸੀ ਰਾਮਚੰਦ ਆਏਗਾ। ਉਹਨੂੰ ਪਤਾ ਸੀ ਉਹਦੀ ਘਾਲ ਥਾਂ ਹੀ ਪੈਗੀ। ਲਾਜੋ ਤੇ ਐਵੇਂ ਦਿਲ ਛੱਡ ਪੈਂਦੀ ਸੀ। ਜਿਨ੍ਹਾਂ ਦੇ ਨਾਲ ਵਿੱਚ ਰਿਸ਼ੀ ਦਾ ਵੀ ਮਨ ਟਾਲਦਾ ਸੀ। ਪੂਰੇ ਦੇ ਅੰਦਰ ਕੋਈ ਸ਼ਾਦੀ ਦਿੰਦਾ ਸੀ। ਰਾਮਚੰਦ ਜ਼ਰੂਰ ਆਏਗਾ। ਸੋ ਅੱਜ ਉਹ ਦਿਨ ਆ ਗਿਆ ਸੀ। ਰਾਮਚੰਦ ਸੱਚਮੁੱਚ ਹੀ ਆ ਗਿਆ ਸੀ। ਕੱਲਾ ਇਹ ਲਾਜੋ ਨੇ ਪੁੱਛਿਆ। ਰਿਸ਼ੀ ਦਾ ਸਮਝ ਗਿਆ ਕਿ ਲਾਜੋ ਦੇ ਪੁੱਛ ਦਾ ਕੀ ਮਤਲਬ ਹੈ। ਅੱਜ ਇੱਥੇ ਕੱਲਾ ਆਇਆ ਹੈ ਪਰ ਤੂੰ ਚਿੰਤਾ ਨਾ ਕਰ ਲਾਜੋ ਤੇਰੇ ਸਾਰੇ ਘਰ ਦੇ ਤੈਨੂੰ ਜੀ ਸਦਕੇ ਕਹਿ ਕੇ ਲੈ ਜਾਣਗੇ ਲਾਜੋ ਨੇ ਜੀ ਕੁਝ ਥਾਵੇਂ ਪਾ ਲਿਆ ਤੇਰਾ ਨਾਂ ਸੁਣ ਕੇ ਤੇਰੀ ਖਬਰ ਸੁਣ ਕੇ ਰਾਮਚੰਦ ਅਰੋਂ ਨਹੀਂ ਸੀ ਥੰਮਦਾ ਉਹਨੂੰ ਵੇਖ ਕੇ ਮੇਰਾ ਜੀ ਭਰ ਆਉਂਦਾ ਰਿਹਾ ਰਛੀ ਦੇ ਦੀਆਂ ਫੇਰ ਅੱਖਾਂ ਭਰ ਆਈਆਂ ਲਾਜੋ ਤੇ ਪੂਰੋ ਦਾ ਰੋਣ ਨਿਕਲ ਗਿਆ ਮੈਂ ਉਹਨਾਂ ਨੂੰ ਚੰਗੇ ਤਰ੍ਹਾਂ ਸਮਝਾ ਬਚਾ ਦਿੱਤਾ ਅੱਜ ਇੱਥੇ ਇਸੇ ਤਰ੍ਹਾਂ ਤੈਨੂੰ ਦੇ ਦੇਣ ਨਾਲ ਸਾਰੇ ਪਿੰਡ ਚ ਖਬਰ ਹੋ ਜਾਣੀ ਸੀ ਪਤਾ ਨਹੀਂ ਰਤੋਵਾਲ ਤੱਕ ਵੀ ਗੱਲ ਪੜ ਜਾਂਦੀ ਮੈਂ ਉਹਨਾਂ ਨੂੰ ਕਿਹਾ ਤੁਸੀਂ ਵਾਪਸ ਲੋਹਾਰ ਚੱਲੋ ਮੈਂ ਕੁੜੀ ਨੂੰ ਲੈ ਕੇ ਲੋਹਾਰ ਰੱਪੜ ਜਾਣਾ ਵਾ ਉੱਥੇ ਤੁਹਾਡੇ ਹਵਾਲੇ ਕਰ ਦਿਆਂਗਾ ਇਹ ਚੰਗਾ ਕੀਤਾ ਹੀ ਪੂਰੋ ਨੇ جواب ਦਿੱਤਾ ਅਸੀਂ ਉੱਥੇ ਅੱਜ ਤੋਂ ਪੰਜਵੇਂ ਦਿਹਾੜੇ ਪੜਾਂਗੇ ਉਦੋਂ ਤੱਕ ਪੂਰੋ ਦੇ ਭਰਾ ਨੂੰ ਵੀ ਅਮਰਸਰੋਂ ਬੁਲਾ ਲੈਣਗੇ ਮੈਂ ਸੋਚਿਆ ਸੀ ਕਿ ਇੱਕ ਵਾਰੀ ਪੂਰੋ ਵੀ ਆਪਣੇ ਭਰਾ ਨੂੰ ਮਿਲ ਲਏਗੀ ਰਸੀਦਾ ਲਾਜੋ ਦੀ ਪਿੱਠ ਉੱਤੇ ਪਿਆਰ ਦੇ ਕੇ ਲਾਜੋ ਨੂੰ ਕਹਿੰਦਾ ਸੀ ਪੂਰੋ ਦਾ ਟੱਕਿਆ ਹੋਇਆ ਰੋਣ ਨਿਕਲ ਗਿਆ ਲਾਜੋ ਨੇ ਪੂਰੋ ਦੀ ਝੋਲੀ 'ਚ ਸਿਰ ਰੱਖ ਕੇ ਪੂਰੋ ਨੂੰ ਆਪਣੇ ਨਾਲ ਘੁੱਟ ਲਿਆ ਦੋਵੇਂ ਜਣੀਆਂ ਇੱਕ ਦੂਸਰੀ ਵਿੱਚ ਪੰਗਰੀਆਂ ਪਈਆਂ ਸਨ ਦੋਹਾਂ ਦੇ ਦੁੱਖ ਸਾਂਝੇ ਹੋ ਗਏ ਸਨ ਦੋਹਾਂ ਦੇ ਅਥਰੂ ਇੱਕ ਦੂਜੀ ਦੇ ਅਥਰੂਆਂ 'ਚ ਘੁਲ ਗਏ ਸਨ ਲਾਹੌਰ ਫੌਜੰਦਾਰਾ ਮਸਾਂ ਡੂਡ ਕੁ ਦਿਹਾੜੀ ਦਾ ਸੀ ਅਜੇ ਇੱਥੋਂ ਤੁਰੰਚ ਪੂਰੀਆਂ ਤਰੇਹ ਦਿਹਾੜੀਆਂ ਰਹਿਣੀਆਂ ਸਨ ਅਗਲੇ ਦਿਨ ਪੂਰੋਂ ਨੇ ਵੇਸਣ ਮੰਗਵਾਇਆ ਮਹਿੰਦਾ ਜੋੜਿਆ ਹੋਇਆ ਮੱਕਣ ਕੱਢਿਆ ਗਿਰੀਆਂ ਤੇ ਮੇਵੇ ਪਾ ਕੇ ਸਾਰਾ ਦਿਨ ਪੂਰੋਂ ਪਿੰਨੀਆਂ ਬਣਾਉਂਦੀ ਰਹੀ ਜਿਵੇਂ ਧੀਆਂ ਨੂੰ ਸੋਹਰੇ ਤੋਰੀ ਦੇ ਪੂਰੋਂ ਨੇ ਇੱਕ ਸੁੱਚਾ ਤੇਵਰ ਕੱਢਿਆ ਲਾਜੋ ਨੂੰ ਗਲ ਨਾਲ ਲਾਉਂਦੀ ਰਹੀ ਲਾਜੋ ਨੂੰ ਮਿਲ ਮਿਲ ਰੋਂਦੀ ਰਹੀ ਉਹ ਤੋਂ ਤੀਏ ਦਿਹਾੜੀ ਦੋਹਾਂ ਬਾਲਾਂ ਨੂੰ ਨਾਲ ਲੈ ਕੇ ਪੂਰੋ ਲਾਜੋ ਤੇ ਰਸ਼ੀਦ ਦਾ ਮੂੰਹ ਨੇਰੇ ਪਿੰਡੋਂ ਨਿਕਲ ਕੇ ਗੱਡੀ ਜਾ ਚੜੀ। ਪਿਛਲੀਆਂ ਚਾਰ ਦਿਹਾੜੀਆਂ ਤੋਂ ਸਾਰਾ ਸਾਰਾ ਦਿਨ ਪੂਰੋ ਨੂੰ ਵਲੇਲਾ ਉੱਠਦੀਆਂ ਰਹੀਆਂ ਸਨ। ਸਾਰੀ ਰਾਤ ਸਾਰੀ ਸਾਰੀ ਰਾਤ ਪੂਰੋ ਨੂੰ ਦਲੀਲਾ ਆਉਂਦੀਆਂ। ਪੂਰੋ ਮਨ ਹੀ ਮਨ ਚ ਕੁਝ ਘੜਦੀ ਰਹੀ ਸੀ। ਮੈਂ ਲਾਜੋ ਨੂੰ ਆਖਾਂਗੀ। ਮੇਰੀ ਮਾਂ ਨੂੰ ਜਾ ਕੇ ਇਹ ਆਖੀ ਮੇਰੇ ਮਾਂ ਨੂੰ ਜਾ ਕੇ ਇਹ ਦੱਸੇ। ਥੋੜੇ ਇੱਕ ਵਾਰੀ ਤੇ ਮੇਰੀ ਜਿਉਂਦੀ ਦਾ ਮੂੰਹ ਵੇਖੇ। ਸੋਚਦੀ ਪੂਰੋ ਦਾ ਗੱਜ ਡੁੱਲ ਪੈਂਦਾ ਸੋਚਦੀ ਸੋਚਦੀ ਪੂਰੋ ਨੂੰ ਕਹਿਣ ਵਾਸਤੇ ਬੜਾ ਕੁ ਜੋੜਦਾ ਸੋਚਦੀ ਸੋਚਦੀ ਪੂਰੋ ਦੇ ਮੂੰਹ ਮਾਸਾ ਗੱਲ ਵੀ ਨਾ ਨਿਕਲਦੀ ਲਾਜੋ ਨੂੰ ਆਪਣੇ ਭਰਾ ਦਾ ਤੇ ਆਪਣੇ ਖਾਵਨ ਦਾ ਮੂੰਹ ਵੇਖਣਾ ਏਡਾ ਹੀ ਅਸਚਰਜ ਲੱਗਦਾ ਸੀ ਜਿਵੇਂ ਕੋਈ ਮਰ ਕੇ ਅਗਲੀ ਦੁਨੀਆ ਵਿੱਚ ਗਵਾਚੇ ਹੋਏ ਮੂੰਹਾਂ ਨੂੰ ਵੇਖਣ ਦੀ ਆਸ ਕਰੇ ਭਾਵੇਂ ਲਾਜੋ ਨੂੰ ਆਪਣੇ ਘਰ ਦੇੋਂ ਤੋਂ ਨਿਕੜੇ ਹਮ 5-6 ਮਹੀਨੇ ਹੋਏ ਸਨ ਲਾਜੋ ਨੂੰ ਸਗਵਾ ਇੰਜ ਵੀ ਲੱਗਦਾ ਸੀ ਕਿ ਉਹ ਇੱਕ ਵਾਰ ਮਰ ਮੁੱਕ ਕੇ ਫੇਰ ਇਸ ਦੁਨੀਆ ਉਤੇ ਜੰਮ ਪਈ ਹੈ ਗੱਡੀ ਦਾ ਸਾਰਾ ਰਾਹ ਦੋਹਾਂ ਦਾ ਮਨ ਹਿਚਕੋਲੇ ਖੰਦਾਰੇ ਅਖੀਰਲਾ ਅੰਗ ਇੱਕ ਕੜੀ ਪੁਲਿਸ ਦੇ ਪੇਰੇ ਵਿੱਚ ਜਦੋਂ ਮਿਲੇ ਲਾਜੋ ਦੀਆਂ ਪਲਕਾਂ ਚੁੱਕੀਆਂ ਵੀ ਨਹੀਂ ਸੰਚੁੱਕਦੀਆਂ ਪੁਰੋ ਨੇ ਆਪਣੇ ਭਰਾ ਦਾ ਮੂੰਹ ਥੱਕਿਆ ਮੇਲ ਦੀ ਸੀ ਇੱਕ ਕੜੀ ਦੇ ਉਰਾਰਲੀ ਬੰਨੇ ਅੰਤਾਂ ਦਾ ਵਿਛੋੜਾ ਰਿਹਾ ਸੀ ਮੇਲ ਦੀ ਇਸ ਇੱਕ ਘੜੀ ਦੇ ਪਾਰਲੇ ਬੰਨੇ ਕਹਿਰਾਂ ਦਾ ਵਿਛੋੜਾ ਨਜ਼ਰ ਆ ਰਿਹਾ ਸੀ ਕਿਸੇ ਦੇ ਵੀ ਅਥਰੂ ਥੰਮਣ ਜੋਗ ਨਹੀਂ ਸਰ ਮਰਦ ਮਾਣੂ ਆਂ ਦਾ ਵੀ ਢੇਰਾ ਟੁੱਟ ਗਿਆ ਸੀ ਹੋਣੀ ਦੇ ਇਸ ਟੁੱਟੇ ਹੋਏ ਪਹਾੜ ਅੱਗੇ ਕਿਸੇ ਕੋਲ ਪੁੱਛਣ ਦੱਸਣ ਜੋਗਾ ਨਹੀਂ ਸੀ ਰਿਆ ਰੋ ਰੋ ਉਹਨਾਂ ਦੇ ਹੱਥ ਭਿੱਜ ਗਏ ਰੋ ਰੋ ਕੇ ਉਹਨਾਂ ਦੇ ਲੀੜੇ ਭਿੱਜ ਗਏ ਹਾੜਾ ਜੀ ਕਦੇ ਭੁੱਲ ਕੇ ਵੀ ਲਾਜੋ ਦਾ ਨਿਰਾਦਰ ਨਾ ਕਰਿਓ ਪਹਿਲਾਂ ਪਹਿਲ ਪੂਰੋ ਬੋਲੀ ਲਾਜੋ ਦੇ ਖਾਬੰਦ ਦਾ ਮੂੰਹ ਨਹੀਂ ਵਾਸੀ ਲਾਜੋ ਦੇ ਭਰਾ ਦਾ ਮੂੰਹ ਨਹੀਂ ਵਾਸੀ ਪੂਰੋ ਸਾਨੂੰ ਸ਼ਰਮਿੰਦਿਆ ਨਾ ਕਰ ਅਖੀਰ ਲਾਜੋ ਦੇ ਭਰਾ ਨੇ ਆਖਿਆ ਲਾਜੋ ਦਾ ਖਾਬੰਦ ਨਾ ਕੁਝ ਬੋਲ ਸਕਿਆ ਨਾ ਖੋਰੇ ਕੁਝ ਸੁਣ ਸਕਿਆ ਅੱਜ ਉਹਨੇ ਨਿਰੀ ਆਪਣੀ ਗਵਾਚੀ ਹੋਈ ਤ੍ਰਿਮਤ ਨਹੀਂ ਸੀ ਤੱਕੀ ਅੱਜ ਉਹਨੇ ਆਪਣੀ ਹੋਸ਼ ਤੋਂ ਪਹਿਲਾਂ ਦੀ ਗਵਾਚੀ ਆਪਣੀ ਭੈਣ ਤੱਕੀ ਸੀ ਵਰਿਆਂ ਦੇ ਬਰੇ ਉਹਦੇ ਅੰਦਰ ਇੱਕ ਅੱਗ ਸੁਲਗਦੀ ਰਹੀ ਸੀ ਉਸੇ ਅੱਗ ਦੀ ਇੱਕ ਚੰਗਿਆੜੀ ਉਹਨੇ ਰਸ਼ੀਦੇ ਹੋਰਾਂ ਦੇ ਖੇਤਾਂ ਨੂੰ ਲਾਈ ਸੀ ਜਿਹਦਾ ਸਭ ਕੁਝ ਸੜ ਕੇ ਸੁਆਹ ਹੋ ਗਿਆ ਸੀ ਵਰਿਆਂ ਦੇ ਬਰੇ ਉਸ ਸ਼ਾਹਜ਼ਾਦੀ ਦੀ ਕਹਾਣੀ ਨੂੰ ਸੋਚਦਾ ਰਿਹਾ ਸੀ ਜਿਸ ਨੂੰ ਇੱਕ ਦੰਤ ਚੁਰਾ ਕੇ ਲੈ ਗਿਆ ਸੀ ਤੇ ਫਿਰ ਪੂਰਬ ਦੇਸ਼ ਦਾ ਇੱਕ ਰਾਜਕੁਮਾਰ ਆਪਣੇ ਜਾਦੂ ਵਾਲੇ ਤੀਰਾਂ ਦੇ ਬਲ ਨਾਲ ਛੁਡਾ ਕੇ ਲਿਆਇਆ ਸੀ ਛੋਟਾ ਹੁੰਦਾ ਕਈ ਵਾਰ ਸਾਧੂਆਂ ਸੰਤਾਂ ਕੋਲੋਂ ਜਾਦੂ ਵਾਲੇ ਤੀਰ ਮੰਗਦਾ ਰਿਹਾ ਸੀ ਵੱਡਾ ਹੋ ਕੇ ਉਹ ਪੂਰੋ ਨੂੰ ਸੋਚ-ਸੋਚ ਕੇ ਕਚੀਚੀਆਂ ਖਾਂਦਾ ਰਿਹਾ ਸੀ। ਅਜਵਰੇ ਅੰਦੀ ਗਵਾਚੀ ਹੋਈ ਪੂਰੋ ਦੀਆਂ ਅੱਖਾਂ ਦੇ ਬੈਠੀ ਹੋਈ ਸੀ। ਐਸ ਖੜੇ ਉਹ ਭੁੱਲ ਗਿਆ ਹੋਇਆ ਸੀ ਕਿ ਰਿਸ਼ੀਦੇ ਨੇ ਉਹਦੀ ਤ੍ਰੀਮਤ ਨੂੰ ਬਚਾਇਆ ਹੈ। ਐਸ ਖੜੇ ਉਹਨੂੰ ਸਿਰਫ ਇਹੀ ਯਾਦ ਸੀ ਕਿ ਰਿਸ਼ੀਦੇ ਨੇ ਉਹਦੀ ਭੈਣ ਨੂੰ ਚੁੱਕ ਖੜਿਆ ਸੀ। ਪੁਲਿਸ ਵਾਲਿਆਂ ਦੀ ਲੜੀ ਤਿਆਰ ਹੋ ਗਈ ਸੀ। ਹਿੰਦੁਸਤਾਨੀ ਪੁਲਿਸ ਦੇ ਸਿਪਾਈਆਂ ਨੇ ਆਵਾਜ਼ ਦਿੱਤੀ ਆਓ ਉਧਰ ਜਾਣ ਵਾਲੇ ਹਿੰਦੂ ਇੱਕ ਪਾਸੇ ਹੋ ਜਾਣ ਲਾਰੀ ਤਿਆਰ ਹੈ ਰਾਮਚੰਦ ਨੇ ਰਸ਼ੀਦੇ ਦੇ ਗਲ ਨਾਲ ਲਾ ਕੇ ਉਹਨੂੰ ਮੁਰਮੁੜ ਆਖਿਆ ਤੇਰੀ ਮਿਹਰਬਾਨੀ ਭਰਾਵਾ ਤੇਰਾ ਹਸਾਨ ਨਾ ਭੁੱਲਾਂਗਾ ਰਸ਼ੀਦੇ ਦੇ ਮੂੰਹ ਉੱਤੇ ਇੱਕ ਐਸਾਨ ਚੜ੍ਹਨ ਦੀ ਖੁਸ਼ੀ ਵੀ ਸੀ ਪਰ ਰਸ਼ੀਦੇ ਦੀਆਂ ਨਜ਼ਰਾਂ ਲਾਜੋ ਨੂੰ ਬਚਾ ਕੇ ਵੀ ਸ਼ਰਮਿੰਦੀਆਂ ਸਨ ਰਸ਼ੀਦ ਨੂੰ ਪੂਰੋ ਦਾ ਚੁੱਕ ਖੜਨਾ ਯਾਦ ਆ ਰਿਹਾ ਸੀ ਫਿਰ ਵੀ ਉਹਨੂੰ ਲੱਗਦਾ ਸੀ ਉਹਦੇ ਸਿਰ ਉੱਤੇ ਚੜਿਆ ਹੋਇਆ ਕਰਜ਼ਾ ਕੁਝ ਨਾ ਕੁਝ ਲਹਿ ਰਿਹਾ ਸੀ ਇੱਕ ਵਾਜ ਫੇਰ ਆਈ ਉਧਰ ਜਾਣ ਵਾਲੇ ਹਿੰਦੂ ਇੱਕ ਪਾਸੇ ਹੋ ਜਾਣ ਪੂਰੋ ਨੇ ਸੁੱਚੇ ਤੇ ਵਰਤੇ ਵੇਸਣ ਦੀਆਂ ਕਿੰਨੀਆਂ ਦੀ ਗੰਡ ਲਾਜੋ ਦੇ ਹੱਥਾਂ 'ਚ ਫੜਾਈ ਲਾਜੋ ਨੂੰ ਘੁੱਟ-ਘੁੱਟ ਗਲ ਨਾਲ ਲਾਇਆ ਤੇ ਫੇਰ ਆਪਣੀ ਆਖਰੀ ਮਿਲਣੀ ਲਈ ਆਪਣੇ ਵੀਰ ਦੇ ਗਲ ਨਾਲ ਲੱਗ ਗਈ ਪੂਰੋ ਪੂਰੋ ਦਾ ਪੂਰੋ ਦਾ ਪ੍ਰਾਸਰ ਫੇਰ ਨਹੀਂ ਕਹਿ ਸਕਿਆ ਤੇ ਉਹਨੇ ਪੂਰੋ ਦੀ ਬਾਹਂ ਘੁੱਟ ਕੇ ਫੜ ਲਈ ਮੇਰੀ ਗੱਲ ਸੁਣ ਇਸ ਵੇਲੇ ਪੂਰੋ ਦੇ ਭਰਾ ਨੇ ਫਿਰ ਜੇਰਾ ਕਰਕੇ ਆਖਿਆ ਪੂਰੋ ਨੇ ਆਪਣੇ ਭਰਾ ਦਾ ਕਹਿਣਾ ਸਮਝਿਆ ਪੂਰੋ ਨੂੰ ਵੀ ਇੱਕ ਵਾਰ ਸੱਦ ਰਾਈ ਜੇ ਮੈਂ ਇਸ ਵੇਲੇ ਕਹਿ ਦਿਆਂ ਮੈਂ ਇੱਕ Hindu trimata ਮੈਨੂੰ ਜ਼ਰੂਰ ਹੋ ਇਹਨਾਂ ਦੇ ਨਾਲ ਲਾਰੀ ਵਿੱਚ ਬਿਠਾ ਲੈ ਜਾਣਗੇ ਮੈਂ ਵੀ ਵਾਪਸ ਹੋ ਸਕਦੀ ਆ ਮੈਂ ਵੀ ਲਾਜੋ ਆਖਰ ਮੁਲਕ ਦੀਆਂ ਹਜ਼ਾਰਾਂ ਕੁੜੀਆਂ ਵਾਕਰ ਪੂਰੋ ਦੇ ਪਿਛਾਂ ਪਰਤੇ ਹੋਏ ਗਲੇਡੂ ਪਰ ਆਏ ਉਹਨੇ ਹੌਲੀ ਜਿਹੀ ਆਪਣੇ ਭਰਾ ਕੋਲੋਂ ਆਪਣੀ ਬਾਹਂ ਛੁਡਾ ਲਈ ਤੇ ਪਰ ਅਨਕਲੀਉਤੇ ਹੋਏ ਰਸ਼ੀਦੇ ਦੇ ਕੋਲ ਜਾ ਕੇ ਆਪਣੇ ਪੁੱਤਰ ਨੂੰ ਆਪਣੇ ਗਲ ਨਾਲ ਲਾ ਲਿਆ ਲਾਜੋ ਆਪਣੇ ਘਰ ਮੁੜ ਜਾਏਗੀ ਤਾਂ ਸਮਝਣਾ ਪੂਰੋ ਅੱਜ ਇਹਦੇ ਵਿੱਚ ਹੀ ਆ ਗਈ ਏ ਮੇਰੇ ਜੋਗੀ ਹੁਣ ਇੱਥੇ ਹੀ ਥਾਂ ਏ ਪੂਰੋ ਨੇ ਲਾਰੀ ਤੇ ਚੜਨ ਲੱਗੇ ਭਰਾ ਨੂੰ ਹੌਲੀ ਜੀ ਆਖਿਆ ਰਾਮਚੰਦ ਨੇ ਝੁਕੇ ਹੋਏ ਸਿਰ ਨਾਲ ਦੋਵੇਂ ਹੱਥ ਪੂਰੋ ਅੱਗੇ ਜੋੜੇ ਕੋਈ ਅੰਦਰਲੀ ਪੀੜ ਰਾਮਚੰਦ ਦੇ ਹੋਠਾਂ ਉੱਤੇ ਜੰਮੀ ਸੀ ਰਾਮਚੰਦ ਕੂ ਨਾ ਸਕਿਆ ਪਾਵੇਂ ਕੋਈ Hindu ਕੁੜੀ ਹੋਵੇ ਪਾਵੇਂ ਮੁਸਲਮਾਨ ਜਿਹੜੀ ਵੀ ਕੁੜੀ ਵਾਪਸ ਟਿਕਾਣੇ ਪਹੁੰਚਦੀ ਪਈ ਏ ਸਮਝੋ ਉਹਦੇ ਵਿੱਚ ਪੂਰੋ ਦੀ ਰੂਹ ਟਿਕਾਣੇ ਪਹੁੰਚਦੀ ਪਈ ਏ ਪੂਰੋ ਨੇ ਆਪਣੇ ਅੰਦਰ ਹੀ ਅੰਦਰ ਆਖਿਆ ਤੇ ਦੋਹਾਂ ਅੱਖੀਆਂ ਨੂੰ ਧਰਤੀ ਵੱਲ ਨਿਵਾ ਕੇ ਰਾਮਚੰਦ ਨੂੰ ਆਖਰੀ ਪ੍ਰਣਾਮ ਕੀਤੀ ਲਾਰੀ ਚੱਲ ਪਈ ਸੀ ਖਾਲੀ ਸੜਕ ਉੱਤੇ ਇੱਕ ਧੂੜ ਖੇਲਰ ਗਈ ਸੀ ਧੰਨਵਾਦ ਓਵਰ ਐਂਡ ਆਲੋ